ਏਆਰਪੀਏ 1550 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। 9 ਅਪ੍ਰੈਲ ਦਾ ਦਿਨ ਹੈ, ਵਧਾ 2020 ਦਾ ਵੀਰਵਾਰ ਹੈ ਤੇ 27 ਚੇਤ ਨਾਨਕ ਸਿਮਤ 551 ਨਿੱਘਾ ਹਾਰਦਿਕ ਸਵਾਗਤ ਹੈ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਜਨਮ ਦਿਨ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ। ਪਹਿਲੇ ਹਿੱਸੇ ਚ ਨਿਊਟਨ ਸਿੱਧੂ ਹਰ ਰੋਜ਼ ਦੀ ਤਰ੍ਹਾਂ ਅਪਡੇਟ ਦੇਣਗੇ ਕਿ ਕੀ ਹੋ ਰਿਹਾ ਪੰਜਾਬ ਚ, 24 ਘੰਟਿਆਂ ਦੇ ਵਿੱਚ ਕੀ ਹੋਇਆ, ਕਿੱਥੇ ਕੁ ਗੱਲ ਕੈਨੇਡੀਅਨ ਹਾਈ ਕਮਿਸ਼ਨਰ ਨਾਲ ਖੜੀ ਹੈ, ਕਿਸ ਦਿਨ ਜਿਹੜਾ ਭਾਈਚਾਰਾ ਉੱਥੋਂ ਉਹਨਾਂ ਦੀਆਂ ਫਲਾਈਟ ਸ਼ੁਰੂ ਹੋ ਸਕਦੀਆਂ ਨੇ, ਤੇ ਫਿਰ ਲੋਕਲ ਇੱਥੇ ਜਿਹੜੇ ਪੋਲੀਟੀਕਲ ਸਾਡੇ ਆਪੋਜੀਸ਼ਨ ਦੇ ਕੁਛ ਐਮ ਪੀ ਨੇ ਜਿਹਨਾਂ ਚ ਐਡ ਫਾਸਟ ਨੇ ਆਨਰੇਬਲ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੇ ਨਾਲ ਇਸ ਮਿਹਨਤ ਕੀਤੀ ਆ। ਉਸ ਤੋਂ ਬਾਅਦ ਟਿਮ ਉੱਪਲ ਜੀ, ਉਹ ਇਸ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ। ਕਮਲ ਖਹਿਰਾ ਜੀ ਐਮ ਪੀ ਨੇ ਅੰਟੇਰੀਓ ਦੇ, ਤੇ ਜਿਹਨਾਂ ਨੇ ਐਜ਼ ਏ ਨਰਸ ਵੀ ਉਹ ਕੰਮ ਕਰ ਰਹੇ ਨੇ। ਤੇ ਪੰਜਾਬ ਚੋਂ ਇੱਕ ਪਰਿਵਾਰ ਨਾਲ ਮੈਂ ਗੱਲ ਕਰਨੀ ਚਾਹੁੰਦਾ, ਜਿਹਨਾਂ ਨੂੰ ਮੀਰਾ ਬੇਨਸ ਉਹਨਾਂ ਨੇ ਸੀ ਬੀ ਸੀ ਦੇ ਵਿੱਚ ਕਵਰ ਕੀਤਾ। ਜੌਹਲ ਪਰਿਵਾਰ ਹੈ, ਉਹ ਆਪਣੀ ਦਾਸਤਾਨ ਦੱਸਣੀ ਚਾਹੁੰਦੇ ਨੇ। ਬਹੁਤ ਮੁਸ਼ਕਲ ਹੈ ਇਸ ਘੜੀ ਦੇ ਵਿੱਚ, ਕਿਉਂਕਿ ਜਦ ਤੁਸੀਂ ਦੁੱਖ ਕਿਤੇ ਸੁਣਾ ਦਿੰਦੇ ਹੋ ਨਾ, ਤੁਸੀਂ ਸੌਖ ਮਹਿਸੂਸ ਕਰਦੇ। ਹੁਣ ਇਹਦੇ ਚ ਕੋਈ ਇਹ ਨਹੀਂ ਕਿ ਵਾਹਵਾ ਕੋਈ ਵਡਿਆਈ ਆ, ਮੈਂ ਜਿਵੇਂ ਫੇਸਬੁੱਕ ਤੇ ਲਿਖ ਕੇ ਹਟਿਆ। 7 ਵਜਦਿਆਂ ਨੂੰ ਉੱਥੇ ਸਵੇਰ ਦੇ 7:30 ਵੱਜ ਜਾਂਦੇ ਨੇ, ਉੱਥੋਂ ਫੋਨ ਸ਼ੁਰੂ ਹੋ ਜਾਂਦੇ, ਰਾਤ ਦਾ 1 ਵੱਜ ਜਾਂਦਾ, 2-3 ਘੰਟੇ ਸੌਂ ਕੇ 4:30 ਵਜਦੇ ਨੂੰ 5 ਵਜਦੇ ਨੂੰ ਉੱਠ ਕੇ ਜਦ ਇੱਧਰ ਨੂੰ ਫੋਨ ਖੋਲੀਦਾ ਤਾਂ ਇੱਥੇ ਆਲੇ ਜਾਣ ਨੂੰ ਸ਼ੁਰੂ ਹੋ ਜਾਂਦੇ ਨੇ। ਗੱਲ ਇੱਕੋ ਹੀ ਆ, ਉੱਥੇ ਵੀ ਉਹੀ ਕਰਦੇ ਨੇ, ਇੱਥੇ ਦਾ ਪਰਿਵਾਰ ਵੀ ਉਹੀ ਕਰਦਾ, ਪਰ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਇੱਕ ਪਰਿਵਾਰ ਸੀ ਆਪਣੇ ਓਕਨਾਗਨ ਵੈਲੀ ਦਾ, ਉਹਨਾਂ ਦੇ ਬੱਚਿਆਂ ਨੂੰ ਜਿਹੜੀ ਦਵਾਈ ਆਪਣੇ ਇੰਸੂਲਿਨ ਲੱਗਦੀ ਹੈ, ਟਾਈਪ 1 ਜਿਹੜੀ ਡਾਇਬਟੀਜ਼ ਆ, ਉਹਨਾਂ ਨੂੰ ਮੁਸ਼ਕਲ ਹੋ ਰਹੀ ਸੀ। ਅਹਿਮਦਗੜ੍ਹ ਸੀ ਉਹ ਸਾਡੇ ਨੇੜੇ ਪਿੰਡਾਂ ਦੇ, ਬਾਈ ਜੀ ਹਰਵੀਰ ਸਿੰਘ ਗਰੇਵਾਲ ਦੀ ਡਿਊਟੀ ਹਲਵਾਰੇ ਲਾਈ, ਉਹਨਾਂ ਨੂੰ ਦਵਾਈ ਪਹੁੰਚ ਦੀ ਕਰਵਾਈ ਹੈ ਅਹਿਮਦਗੜ੍ਹ। ਕਹਿਣ ਨੂੰ ਜਿਹੜਾ ਕੁਛ ਤੁਸੀਂ ਮਰਜ਼ੀ ਕਹੀ ਚੱਲੋ, ਗੱਲਾਂ ਜਿੰਨੀਆਂ ਮਰਜ਼ੀ ਕਰੀ ਚੱਲੋ, ਕਰਨਾ ਬਹੁਤ ਔਖਾ। ਲੱਗਦਾ ਹੁੰਦਾ ਕਿਸੇ ਨੂੰ ਤੁਰੇ ਜਾਂਦੇ ਨੂੰ ਵੀ ਇਹਨੂੰ ਸਿੱਟ ਲਓ, ਕਦੇ ਸ਼ੁਰੂ ਤਾਂ ਕਰਕੇ ਵੇਖੋ, ਕੋਈ ਕਰੋ ਤਾਂ ਸਹੀ, ਕੋਈ ਰੋਕਦਾ ਨਹੀਂ। ਬਹੁਤ ਮੀਡੀਆ ਇੱਥੇ, ਬਣਾਓ ਗਰੁੱਪ, ਹੁਣ ਸ਼ੁਰੂ ਕਰ ਲਓ, ਅਸੀਂ ਤਾਂ ਲੈ ਕੇ ਆਇਆ, ਤੁਸੀਂ 5-4 ਫਲਾਈਟਾਂ ਲੈ ਆਓ, ਕਰਕੇ ਤਾਂ ਵੇਖੋ, ਫਿਰ ਪਤਾ ਲੱਗਦਾ ਵੀ ਬਿਨਾਂ ਸਵਾਰਥ ਤੋਂ, ਜਦ ਇੱਕ ਪੈਨੀ ਦਾ ਕੋਈ ਸਵਾਰਥ ਨਾ ਹੋਵੇ ਕਿਸੇ ਲਈ ਫੋਨ ਚੱਕਣੇ ਦਿਨ ਰਾਤ, ਬਹੁਤ ਔਖੇ। ਮੈਂ ਤਾਂ ਚਾਹੁੰਦਾ ਜਿਵੇਂ ਅਸੀਂ ਇਸ, ਧੰਨਵਾਦ ਹੈ ਪਲੇਟਫਾਰਮ ਦਾ ਜਿਹਨਾਂ ਨੇ ਅਲਾਓ ਕੀਤਾ ਹੋਇਆ ਪਿਛਲੇ 10 ਦਿਨ ਹੋ ਗਏ ਵੀ ਕਰ ਲਓ ਜਿੰਨਾ ਵੀ ਕਰਦੇ ਹੋ। ਇਹ 1550 ਜਿਹੜਾ ਸ਼ੇਰੇ ਪੰਜਾਬ ਹੈ, ਲੋਕਾਂ ਦਾ ਰੇਡੀਓ ਸੀ ਤੇ ਲੋਕਾਂ ਲਈ ਕੰਮ ਕਰਦਾ, ਕੋਈ ਨੀ ਰੋਕਦਾ। ਘੰਟਿਆਂ ਵਧੀ ਆਪਾਂ ਇਸ ਤੇ ਗੱਲ ਕਰਦੇ। ਧੰਨਵਾਦ ਤੁਹਾਡਾ, ਜਿਹੜੇ ਹੋਰ ਬਹੁਤ ਕੁਛ ਸੁਣਨ ਨੂੰ ਬੈਠੇ ਪਰ ਇਹ ਗੱਲ ਤੁਸੀਂ ਸੁਣਦੇ। ਬਹੁਤ ਮੀਡੀਆ ਆਊਟਲੈਟ ਨੇ ਸਾਰੇ ਕੈਨੇਡਾ ਦੇ ਵਿੱਚ, ਕਰੋ ਮੁਹਿੰਮ ਸ਼ੁਰੂ ਆਪਣੇ ਆਪਣੇ ਪਲੇਟਫਾਰਮ ਤੋਂ, ਕਰੋ ਪੰਜਾਬ ਚ ਬੰਦਾ ਸੈੱਟ ਤੇ, ਕਰੋ ਕੈਨੇਡੀਅਨ ਹਾਈ ਕਮਿਸ਼ਨ ਨਾਲ ਗੱਲ ਤੇ ਤੋਰੋ। ਚਾਰਟਰਡ ਏਅਰਲਾਈਨ ਦੇ ਜਿਹੜੇ ਐਡਰੈਸ ਨੇ ਅਸੀਂ ਦਿੰਦੇ ਹਾਂ ਤੁਹਾਨੂੰ, ਜਿਹਨਾਂ ਨੂੰ ਅਸੀਂ ਕੰਟੈਕਟ ਕੀਤਾ, ਤੁਸੀਂ ਲਿਆਓ ਭਰ ਕੇ। ਆਪਾਂ ਨੂੰ ਚਾਹੀਦੀਆਂ ਫਲਾਈਟਾਂ ਘੱਟੋ ਘੱਟ ਚਾਹੀਦੀਆਂ, 15,000 ਬੰਦਾ ਉੱਥੇ, ਤੁਸੀਂ ਵੀ 5-4 ਲਿਆਓ, ਵੇਖੋ ਕਰਕੇ, ਫਿਰ ਪਤਾ ਲੱਗਦਾ। ਜਦ ਪਿੰਡਾਂ ਦੇ ਵਿੱਚ ਦੀ ਪਾਣੀ ਗਿੜ ਗਿੜ ਕੇ ਡਿੱਗਦਾ ਨਾ ਆ ਕੇ ਪਾਰਸ ਚ, ਫਿਰ ਪਤਾ ਲੱਗਦਾ ਕਿ ਹੁੰਦਾ ਕਿਵੇਂ ਹੈ। ਬਾਕੀ ਜਿਹੜਾ ਕੋਈ ਮਰਜ਼ੀ ਕਿਸੇ ਦਾ ਮਨ ਹੈ ਉਹ ਕਹਿ ਸਕਦਾ, ਕਿਸੇ ਨੂੰ ਆਪਾਂ ਕੰਟਰੋਲ ਨਹੀਂ ਕਰਦੇ, ਨਾ ਹੀ ਕਿਸੇ ਨੂੰ ਨਿੰਦਦੇ ਹਾਂ, ਸਾਰੇ ਆਪਣੀ ਜਗ੍ਹਾ ਠੀਕ ਨੇ। ਪਰ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਕਰ ਲੈਣ ਦਿਓ, ਸਾਡੀ ਇਹ ਡਿਊਟੀ ਚਾਹੀਦੀ। ਤੇ ਆਖਰੀ ਘੰਟੇ ਦੇ ਵਿੱਚ ਹਾਸਾ ਮਜ਼ਾਕ ਕੁਛ ਆ, ਵੀਰਵਾਰ ਨੂੰ ਭਾਈਚਾਰੇ ਦਾ ਦਿਨ ਜਿਹੜਾ ਇਹ ਹੁੰਦਾ, 1-2 ਵਜੇ ਤੱਕ ਮੈਂ ਅੱਜ ਗੱਲ ਕਰਨੀ ਆ। ਪੁਰਾਣੀਆਂ ਯਾਦਾਂ ਹੁਣ ਘਰੇ ਬੈਠੇ ਹੋ ਰਹੀਆਂ ਸ਼ੁਰੂ, ਕੋਈ ਗੱਲ ਕਰ ਰਿਹਾ 20-25 ਵਰੇ ਪਹਿਲਾਂ ਦੀ, ਵਿਆਹ ਦੀ, ਕੋਈ ਪੁਰਾਣੀਆਂ ਵਿਆਹ ਦੀਆਂ ਫੋਟੋਆਂ ਲੱਭਦਾ, ਕੋਈ ਪੰਜਾਬ ਦੇ ਵਿੱਚ ਜਿਹੜੀ ਐਲ ਬੰਬ ਹੁੰਦੀ ਸੀ ਆਪਣੀ, ਉਹ ਐਲ ਬੰਬ ਲੱਭਦਾ ਕੋਈ, ਤੇ ਪੁਰਾਣੀ ਕੋਈ 20 ਵਰੇ ਹੋਏ ਵਿਆਹ ਨੂੰ ਵੇਖਦਾ, ਜਾਂ ਲੱਡੂ ਭੋਰ ਭੋਰ ਕੇ ਹੱਥ ਨੇ ਬੰਦੇ ਨੂੰ ਸ਼ੂਗਰ ਕਰ ਦਿੰਦੇ, ਜਿਹੜੀ ਬੇਬੇ ਆਉਂਦੀ ਆ ਲੱਡੂ ਅੱਧਾ ਦਾੜੀ ਚ ਅੱਧਾ ਮੂੰਹ ਚ, ਤੇ ਉਹ ਕੁਛ ਕੁ ਵੀਡੀਓ ਖੋਈਆਂ ਵੀ ਹੋਈਆਂ ਨੇ। ਮੂੰਗੀ ਗੀ ਜਿਹਨੂੰ ਗੱਗੇ ਨਾਲ ਕਹਿੰਦੇ ਹੁੰਦੀ ਸੀ ਮਾਮਾ, ਜਦੋਂ ਚੱਲਣ ਲੱਗੀ ਉਸਦੀ ਗੱਲਬਾਤ ਹੋਏਗੀ। ਵਿਆਹ ਦੇ ਵਿੱਚ ਮੂਵੀਆਂ ਕਿਵੇਂ ਬਣਦੀਆਂ ਸੀ, ਮੂਵੀਆਂ ਨੂੰ ਕਿਵੇਂ ਸੈੱਟ ਕਰਦੇ ਸੀ, ਤੇ ਮੂਵੀ ਬਣਾਉਣ ਵਾਲਾ ਜਦ ਆਉਂਦਾ ਸੀ ਬੰਦਾ ਸਿੱਧਾ ਕਿਵੇਂ ਹੁੰਦਾ ਸੀ, ਤਿਆਰ ਪਿੰਡ ਦੀਆਂ ਕੁੜੀਆਂ ਜਿਹੜੀਆਂ ਸਰੋਂ ਦੇ ਤੇਲ ਦੇ ਨਾਲ ਆਪਣਾ ਚਮੜੀ ਠੀਕ ਕਰਦੀਆਂ, ਜਦ ਆਖਰੀ ਦਿਨ ਆ ਕੇ ਉਹਨਾਂ ਦੇ ਮੂੰਹ ਤੇ ਲਿਓੜ ਚਾੜਦੀਆਂ ਨੇੜੇ ਸ਼ਹਿਰ ਦੇ ਵਿੱਚੋਂ ਬੀਬੀਆਂ ਆ ਕੇ, ਤੇ ਕਿਵੇਂ ਉਹ ਚਮੜੀ ਦਾ ਸੱਤਿਆਨਾਸ਼ ਹੁੰਦਾ,
ਉਹ ਗੱਲਬਾਤ ਕਰਾਂਗੇ ਤੇ ਇੱਕ ਬੇਨਤੀ ਕਰਨੀ ਹੈ। ਇੱਕ ਪਰਿਵਾਰ ਨੇ ਅਲਬਰਟਾ ਤੋਂ ਬੇਨਤੀ ਕੀਤੀ ਹੈ, ਉਹ ਇੱਥੇ ਪਹਿਲਾਂ ਰਹਿੰਦੇ ਸੀ, ਹੀਰਾ ਜਵੈਲਰਸ ਇੱਕ ਜਿਹੜੀ ਹੈ ਆਪਣੀ ਸ਼ੌਪ ਸੀ ਉਹਦੇ ਤੇ ਉਹ ਕੰਮ ਕਰਦੇ ਸੀ। ਉਹਨਾਂ ਦੀ ਵਿਆਹ ਦੀ ਵੀਡੀਓ ਉਸ ਸਮੇਂ ਨਾਲ ਇੱਕ ਕੰਮ ਕਰਦੀ ਬੀਬੀ ਕੋਲ ਰਹਿ ਗਈ। ਕਾਹਲੋਂ ਪਰਿਵਾਰ ਹੈ ਮਾਝੇ ਦਾ, ਉਹਨਾਂ ਨੇ ਜਿਹੜਾ ਮੈਨੂੰ ਦੱਸਿਆ। ਮੈਂ ਕਿਹਾ ਮਜਾਇਲ ਤਾਂ ਜੇ ਆਪਾਂ ਨੂੰ ਲੱਭ ਗਏ, ਉਹਨਾਂ ਨੇ ਦੋ ਦਿਹਾੜੀ 'ਚ ਤੁਹਾਨੂੰ ਦੇ ਦੇਣੀ। ਸੋ ਭੈਣ ਜੀ ਤਜਿੰਦਰ ਕੌਰ ਕਾਹਲੋਂ ਉਹਨਾਂ ਦਾ ਨਾਂ ਹੈ, ਉਹਨਾਂ ਦੇ ਸਰਦਾਰ ਜੀ ਦਾ ਸਰਦਾਰ ਨਗਿੰਦਰ ਸਿੰਘ ਕਾਹਲੋਂ ਹੈ। ਉਹ ਹੀਰਾ ਜਵੈਲਰਸ ਤੇ ਕੰਮ ਕਰਦੇ ਸੀ 2001 'ਚ, 18-19 ਵਰੇ ਪਹਿਲਾਂ। ਉਹਨਾਂ ਦੇ ਕੋਲ ਇੱਕ ਅਲਬਰਟਾ ਦੇ ਪਰਿਵਾਰ ਦੀ ਵਿਆਹ ਦੀ ਵੀਡੀਓ ਰਹਿ ਗਈ, ਜਿਹੜੀ ਮੂਵੀ ਹੈ। ਉਹ ਕਿਤੇ ਇੱਕ ਦੂਜੇ ਨੂੰ ਦਿੱਤੇ ਤੇ ਉਹ ਅਲਬਰਟਾ ਮੂਵ ਹੋ ਗਏ, ਉਹ ਭੁੱਲ ਗਏ। ਹੁਣ ਕਹਿੰਦੇ ਅਸੀਂ ਜਦ ਘਰੇ ਬੈਠਿਆ ਸੀਗਾ ਵਿਆਹ ਦੀ, ਉਹ ਮੂਵੀ ਦੇਖ ਲਈ, ਉਹ ਮੂਵੀ ਨਹੀਂ ਲੱਭੀ। ਉਹਨਾਂ ਨੇ ਆਪਾਂ ਨੂੰ ਕਿਹਾ, ਮੈਂ ਕਿਹਾ ਆਪਾਂ ਸੁਨੇਹਾ ਦੇ ਦਿੰਦੇ ਹਾਂ, ਹੋਕਰਾ ਹੀ ਦੇਣਾ, ਜੇ ਕੋਈ ਹੋਇਆ ਤਾਂ ਪਲੀਜ਼ ਮੈਨੂੰ ਫੋਨ ਕਰਿਓ। ਜੇ ਕਾਹਲੋਂ ਪਰਿਵਾਰ ਸੁਣਦਾ ਤੁਹਾਡੇ ਕੋਲ ਵੀਡੀਓ ਆ ਕਿਸੇ ਦੀ, ਆਪਣੇ ਗਰੇਵਾਲ ਪਰਿਵਾਰ ਦੀ ਐਡਮਿੰਟਨ ਤੋਂ, ਤੁਸੀਂ ਵੇਖਿਓ ਜੇ ਕਿੱਥੇ ਆ, ਨਹੀਂ ਤਾਂ ਨਹੀਂ ਵੀ ਹੈ ਤਾਂ ਮੈਨੂੰ ਕੰਟੈਕਟ ਕਰਿਓ, ਤੁਹਾਡਾ ਨੰਬਰ ਮੈਂ ਭੇਜਾਂ ਉਹਨਾਂ ਨੂੰ, ਤੁਸੀਂ ਆਪਸ ਵਿੱਚ ਨਾਲੇ ਪੁਰਾਣੇ ਸਮੇਂ ਦੇ ਦੁਆਰਾ ਗੱਲਬਾਤ ਕਰੋਗੇ। 604-729-1224 604-729-1224 ਤੇ ਤੁਸੀਂ ਮੈਨੂੰ ਕੰਟੈਕਟ ਕਰਿਓ। ਕਾਹਲੋਂ ਪਰਿਵਾਰ ਆ ਮਾਝੇ ਦਾ ਕੋਈ, ਤੇ ਉਹ ਭੈਣ ਜੀ ਕੰਮ ਕਰਦੇ ਸੀ ਇੱਥੇ ਹੀਰਾ ਜਵੈਲਰਸ ਤੇ ਉਹ ਇੱਕ ਦੂਜੇ ਨੂੰ ਸਹੇਲੀਆਂ ਜਿਵੇਂ ਦੇ ਦਿੰਦੀਆਂ ਵੀ ਲੈ ਮੈਂ ਤੈਨੂੰ ਵਿਆਹ ਦੀ ਆਪਣੀ ਮੂਵੀ ਦਿਖਾਵਾਂ, ਤੇ ਉਹ ਭੁੱਲ ਗਏ। ਬਸ ਉਹ ਭੁੱਲੇ ਕਾਹਦੇ, ਉਹ ਅਲਬਰਟਾ ਨੂੰ ਚਲੇ ਗਏ। 19 ਵਰੇ ਹੋ ਗਏ, ਹੁਣ ਯਾਦ ਆਇਆ ਵੀ ਕਰੋਨਾ ਦੇ ਸਮੇਂ ਇਹ ਵੀ ਕਰੋਨਾ ਵੇਖੀ, ਜਿਹੜਾ 25 ਸਾਲ ਪਹਿਲਾਂ ਚਿੰਬੜਿਆ ਤਾਂ ਨੀ ਮੈਂ ਕਹਿ ਸਕਦਾ, ਸ਼ੁਰੂ ਕੀਤਾ। ਕਈਆਂ ਦਾ ਸੂਤ ਆ ਗਿਆ, ਕਈਆਂ ਦਾ ਸੂਤ ਨੀ ਆਇਆ। 1-844-247-1550 ਜਿਵੇਂ ਕਰੋਨੇ ਦੇ ਨਾਲ ਆਪਾਂ ਹੁਣ ਸਿੱਝ ਰਹੇ ਹਾਂ, ਮੰਨ ਰਹੇ ਨਾ ਸਾਰੀਆਂ ਗੱਲਾਂ। ਵਿਆਹ ਜਿਹੜਾ ਜ਼ਿੰਦਗੀ ਹੈ ਇਦੋਂ ਵੀ ਵਧੀਆ, ਉਹਦੇ ਨਾਲ ਵੀ ਸਿੱਝਣਾ ਚਾਹੀਦਾ। ਹੁਣ ਜਿਹੜੇ ਰੈਜੋਲਿਊਸ਼ਨ ਸੈੱਟ ਹੋਣੇ ਚਾਹੀਦੇ ਨੇ, ਇੱਕ ਦੂਜੇ ਦੀ ਮੰਨਣੀ ਚਾਹੀਦੀ, ਜਿਹੜੀ ਰੜਖਿਸ ਆ ਕਿਸੇ ਦੀ ਉਹਨੂੰ ਕੱਢ ਲਓ, ਸਿੱਧੇ ਕਰ ਲਓ ਹੁਣ ਕੰਮ, ਵੀ ਦੇਖ ਲਾ ਜ਼ਿੰਦਗੀ ਆਹੀ ਹੈ, ਘੜਮਚੂ ਬੋਲਣ ਦਾ ਪਤਾ ਨਹੀਂ ਲੱਗਣਾ। ਵੈਂਟੀਵੈਂਟੀਲੇਟਰ ਜਿਹੜੇ ਨੇ ਹੁਣ ਤਾਂ ਪਰਸਨਲ ਖਰੀਦ ਕੇ ਲਿਆਉਣੇ ਪੈਣੇ ਨੇ, ਸਾਹ ਵਾਲੀਆਂ ਮਸ਼ੀਨਾਂ ਜਿਹੜੇ ਜਵਾਕਾਂ ਦੀ ਛਾਤੀ ਜਾਮ ਹੁੰਦੀ ਸੀ ਪੰਜਾਬ 'ਚ ਦਿੰਦੇ ਹੁੰਦੇ ਨਾ, ਮੂੰਹ ਨੂੰ ਲਾ ਕੇ ਲੋਕਲ ਜਿਹੜੀ ਲਾਉਂਦੇ ਹੁੰਦੇ ਸੀ ਪਿੰਡ ਵਾਲੇ ਆਰ ਐਮ ਪੀ ਤੋਂ, ਤੇ ਜਿਹ 'ਚ ਬ੍ਰਿਕਸ ਘੋਲ ਕੇ ਪਲਾਉਂਦੇ ਹੁੰਦੇ ਸੀ, ਉਹ ਹੁਣ ਪੰਜਾਬ ਤੋਂ ਮੰਗਾਉਣੀਆਂ ਪੈਣੀਆਂ ਨੇ ਭਾਈ ਸਾਹਿਬ। ਇਹ ਹਰ ਸਾਲ ਗੇੜਾ ਆਇਆ ਕਰਨਾ ਇਹਨਾਂ ਦਾ, ਜਿਵੇਂ ਉੱਥੇ ਗਰਮੀ ਦੇ ਵਿੱਚ ਆਪਾਂ ਨੂੰ ਮੱਛਰਾਂ ਦਾ ਆਉਂਦਾ ਹੀ ਕਨੀਨ ਦਾ। ਤੇ ਆਹ ਗੱਲ ਇੱਕ ਯਾਦ ਆ ਗਈ ਮੈਨੂੰ ਜੈਬੇ ਦੀ। ਜੈਬੇ ਨੂੰ ਹੋ ਗਿਆ ਬਈ ਮਲੇਰੀਆ। ਜੈਬੇ ਨੂੰ ਬੀਬੀ ਹੋਣੀਆਂ ਦੁੱਧ ਘੱਟ ਕਦੇ ਕਦੇ ਪਾਉਂਦੀਆਂ ਸੀ, ਉਹ ਕਹਿੰਦਾ ਚਾਚੀ ਢਾਕਾਂ ਤੇ ਹੱਥ ਕੜੀ ਪਾਈ ਕਰੀ ਖੜਾ, ਝੱਗਾ ਉੱਚਾ, ਨੀਕਰ ਹੈ ਜਿਹੜੀ ਉਹ ਵੀ ਥੋੜੀ ਜਿਹੀ ਉੱਚੀ, ਢਾਕਾਂ ਤੇ ਦੋਨਾਂ ਦੇ ਢਾਕਾਂ ਦਾ ਜਿਹੜਾ ਹੱਡ ਹੁੰਦਾ ਉਹਨਾਂ ਚ ਅੰਗੂਠਾ ਫਸਾਈ ਖੜਾ ਚਾਰੇ ਪਾਸੇ ਦੋਨੇ ਪਾਸੇ। ਚਾਚੀ ਉਹ ਕਹਿੰਦੀ ਹਾਂ ਭਾਈ, ਮੈਂ ਲਿਆਇਆ ਕਨੈਣ ਦੀਆਂ ਗੋਲੀਆਂ। ਉਹ ਕਹਿੰਦੀ ਇਹ ਤਾਂ ਕਨੈਣ ਦੀਆਂ ਬਹੁਤ ਸਿਰ ਚੱਕ ਦਿੰਦੀਆਂ ਹੁੰਦੀਆਂ ਜੈਬਿਆ। ਉਹ ਕਹਿੰਦੀ ਮੈਂ ਤਾਂ ਹੀ ਕਿਹਾ, ਡਾਕਟਰ ਨੇ ਕਿਹਾ, ਡਾਕਟਰ ਨੇ ਵੀ ਇਹਦੇ ਨਾਲ ਲੀਟਰ ਦੁੱਧ ਪੀਣਾ, ਹੁਣ ਲੀਟਰ ਦੁੱਧ ਨੂੰ ਗਰਮ ਕਰਦੇ ਤੂੰ, ਮੈਂ ਕਨੈਣ ਦੀਆਂ ਗੋਲੀਆਂ ਖਾ ਕੇ ਤੂੜੀ ਵਾਲੇ ਪੈਣਾ। ਉਹ ਕਹਿੰਦੀ ਤੂੜੀ ਵਾਲੇ ਕਿਉਂ ਪੈਣਾ, ਇਹਦੇ ਨਾਲ ਗਰਮੀ ਆਉਂਦੀ ਹੈ, ਗਰਮੀ ਆਉਣ ਤੋਂ ਬਾਅਦ ਮਲੇਰੀਆ ਉਤਰਨਾ। ਸੈੱਟ ਪ੍ਰੋਟੋਕਾਲ ਸੀ ਪੰਜਾਬ 'ਚ ਕਿ ਕਨੀਨ ਦੀਆਂ ਗੋਲੀਆਂ ਖਾ ਕੇ ਉੱਪਰ ਰਜਾਈ ਲੈਣੀ, ਵੀ ਗਰਮੀ ਆਊ ਤਾਂ ਬੁਖਾਰ ਮਲੇਰੀਆ ਉਤਰੂ। ਇੱਥੇ ਜਵਾਕ ਦੇ ਕੱਪੜੇ ਲਾ ਕੇ ਉਹਨੂੰ ਟੱਬ 'ਚ ਪਾ ਦਿੰਦੇ ਆ, ਪੁੱਠਾ ਦੇਸ਼ ਹੈ ਨਾ, ਤਾਂ ਹੀ ਤਾਂ ਸੁੱਚਾਂ ਪੁੱਠੀਆਂ ਹੈ। 1-844-247-1550 ਆਉਂਦੇ ਆ ਨੰਬਰ, ਹੈ KRPRadio.com ਤੇ ਸਿੱਧਾ ਪ੍ਰਸਾਰਣ ਚੱਲਦਾ। 604-729-1224 604-729-1224 ਵਟਸਐਪ ਤੇ ਟੈਕਸਟ ਲਈ ਨੰਬਰ ਹੈ, ਜਿਹੜਾ ਖੜਕਦਾ ਘੜਿਆ ਲਾਂਗੂ ਦਿਨ ਰਾਤ ਕੋਈ ਨਾ ਮਾਣ ਹੈ। harjeet.gt@krpradio.com ਇਹ ਈਮੇਲ ਹੈ, ਤੇ ਨਿੰਮੀ ਡੋਲਾ ਜੀ ਦਾ ਨੰਬਰ ਹੈ 604-440-6662 info@krpradio.com ਦਫ਼ਤਰ ਦੀ ਈਮੇਲ ਹੈ। ਜੇ ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ ਉਹੀ ਸਾਡੀ ਅਕਲ ਦਾ ਆਧਾਰ ਹੈ, ਬਸ ਇੰਨਾ ਹੀ ਹੈ, ਸੌਣ ਦੇ ਅੰਨੇ ਨੂੰ ਹਰਾ ਦਿਖਦਾ ਹੈ। ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ ਉਹੀ ਸਾਡੀ ਅਕਲ ਦਾ ਆਧਾਰ ਹੈ, ਜੋ ਪਰਬਤਾਂ ਤੇ ਸਾਗਰਾਂ ਦਾ ਪਿਆਰ ਹੈ ਉਸੇ ਹੀ ਤੀਖਣਤਾ 'ਚ ਹੁੰਦਾ ਪਾਰ ਹੈ, ਜੋ ਵਗ ਰਹੀ ਇਸ ਪੌਣ ਤੇ ਸਵਾਰ ਹੈ, ਜੋ ਧੁੱਪਾਂ ਦੇ ਰੰਗ ਦਾ ਵਿਥਿਆਕਾਰ ਹੈ, ਉਸ ਦਾ ਦਿਲ ਦਰਿਆਓ ਮਨ ਮਿਨਾਰ ਹੈ, ਜੋ ਸ਼ਬਦ ਗ੍ਰੰਥਾਂ ਪੋਥੀਏ ਸ਼ਿੰਗਾਰ ਹੈ, ਹੋਰ ਰਸਤਿਆਂ ਦੀ ਧੂੜ ਦਾ ਅਵਤਾਰ ਹੈ, ਜੋ ਲੱਭਿਆ ਚੌਂ ਕੰਕਰਾਂ ਵਿਚਕਾਰ ਹੈ, ਤੇ ਜਾਂ ਮਿਲੀ ਵੇਦਾਂ 'ਚ ਜਿਸ ਨੂੰ ਠਾਹਰ ਹੈ, ਇਹ ਧਰਤ ਹੀ ਆਧਾਰ ਹੈ, ਸਿਰਜਣਹਾਰ ਹੈ,
ਆਕਾਸ਼ ਕੁਲ ਦੁਨੀਆਂ ਦਾ ਪਹਿਰੇਦਾਰ ਹੈ, ਸਾਰੀ ਸ੍ਰਿਸ਼ਟੀ ਜਿਸ ਦਾ ਖਿਲਾਰ ਹੈ, ਜਿਸ ਦਾ ਨਾ ਕੋਈ ਅੰਗ ਨਾ ਆਕਾਰ ਹੈ, ਕਿ ਜੋ ਸਮੇਂ ਦੀ ਚਾਲ ਤੋਂ ਵੀ ਪਾਰ ਹੈ, ਨਿਰਭਉ ਹੈ, ਨਿਰਵੈਰ ਹੈ, ਸ਼ਾਹਕਾਰ ਹੈ, ਜੋ ਅਮੂਰਤ ਹੈ, ਸਭ ਥਾਈ ਰਮਿਆ ਪਿਆਰ ਹੈ, ਉਹੀ ਸੱਚ ਹੈ, ਉਹਨੂੰ ਮੇਰਾ ਨਮਸਕਾਰ ਹੈ, ਉਹੀ ਸੱਚ ਹੈ, ਉਹਨੂੰ ਮੇਰਾ ਨਿਮਸ਼ਕਾਰ ਹੈ। ਹਰਮਨਜੀਤ ਲਿਖਦਾ ਹੈ। ਸਾਰਿਆਂ ਦਾ ਧੰਨਵਾਦ ਹੈ ਜੀ ਫੇਰ, ਤੇ ਨਿਊਟਨ ਸਿੱਧੂ ਜੀ ਮੇਰੇ ਨਾਲ ਨੇ ਅਪਡੇਟ ਦੇਣ ਲਈ। ਸਿੱਧੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। 24 ਘੰਟਿਆਂ ਦੇ ਵਿੱਚ ਕੀ ਹੋਇਆ ਜੀ, ਸਾਰੇ ਸੁਣ ਲਈ ਅੜੀਕ ਰਹੇ ਨੇ, ਤੇ ਕੀ ਖਬਰ ਹੈ ਜੀ ਅੱਜ ਦੀ? ਅੱਜ ਦੀ ਖਬਰ ਇਹ ਹੈ ਜੀ, ਅੱਜ ਹਾਈ ਕਮਿਸ਼ਨ ਵਾਲਿਆਂ ਨੇ ਇੱਕ ਬੰਦੇ ਦੀ ਡਿਊਟੀ ਲਾਤੀ ਹੈ ਸਾਡੇ ਨਾਲ, ਜਿਹੜਾ ਡੇ ਟੂ ਡੇ ਬੇਸ ਤੇ ਇੰਟਰੈਕਟ ਕਰ ਰਿਹਾ ਜੀ। ਉਹਨਾਂ ਨੇ ਆਪਣਾ ਪਰਸਨਲ ਨੰਬਰ ਵੀ ਸ਼ੇਅਰ ਕਰਤਾ, ਆਪਣਾ ਵਟਸਐਪ ਨੰਬਰ ਵੀ ਸਾਡੇ ਨਾਲ, ਤਾਂ ਕਿ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ। ਕੋਈ ਇਸ਼ੂ ਹੈ, ਉਹਨਾਂ ਨੇ ਜੋ ਸਾਡੇ ਤੋਂ ਪੈਕੇਜ ਮੰਗਿਆ ਸੀਗਾ ਉਹ ਪੈਕੇਜ ਉਹਨਾਂ ਨੂੰ ਬਿਲਕੁਲ ਠੀਕ ਲੱਗਿਆ ਜੀ। ਪੈਕੇਜ ਦੇ ਵਿੱਚ ਜਿਹੜੀ ਏਅਰਲਾਈਨ ਦੀ ਡਿਟੇਲ ਸੀਗੀ, ਕਿਹੜੀ ਕੰਪਨੀ ਹੈ, ਚਾਰਟਰ ਕੀ ਹੈ, ਕੀ ਪ੍ਰਾਈਸਿੰਗ ਹੋਏਗੀ, ਕਿਸ ਤਰ੍ਹਾਂ ਟਿਕਟਾਂ ਕੱਟੀਆਂ ਜਾਣਗੀਆਂ, ਜਿਹੜਾ ਬੰਦੇ ਨੇ ਟਿਕਟਾਂ ਕਟਾਣੀਆਂ ਉਹਨਾਂ ਦੇ ਪੈਸੇ ਕਿਵੇਂ ਸੇਫ ਰਹਿਣਗੇ, ਉਹ ਸਾਰੀ ਇਨਫੋਰਮੇਸ਼ਨ ਜੋ ਸੀ ਅਸੀਂ ਉਹਨਾਂ ਨੂੰ ਦਿੱਤੀ। ਬੇਸਡ ਔਨ ਦੈਟ ਉਹਨਾਂ ਨੇ ਜਿਹੜੀ ਆਪਣੀਆਂ ਚਿੱਠੀਆਂ ਬਣਾ ਕੇ ਅੱਗੇ ਦੇਣੀਆਂ ਹੁੰਦੀਆਂ MEA ਨੂੰ ਤੇ ਹੋਰ ਡਿਪਾਰਟਮੈਂਟਸ, ਉਹਨਾਂ ਨੇ ਸਾਰੀਆਂ ਕਰ ਲਈਆਂ। ਤੇ ਅੱਜ ਉਹਨਾਂ ਦਾ ਥੋੜਾ ਟਾਈਮ ਕੰਮ ਕਰਨ ਦਾ ਘੱਟ ਸੀ ਕਿਉਂਕਿ ਈਸਟਰ ਹੈਗਾ, ਈਸਟਰ ਹੋਲੀਡੇ ਸੀ, ਉਸ ਚੱਕਰ ਚ ਉਹ ਸਾਰੇ ਉਧਰ ਬਿਜੀ ਸੀ। ਸ਼ਾਮ ਨੂੰ ਮਾਸ ਸੀਗਾ ਉਹਨਾਂ ਦਾ ਈਸਟਰ ਦਾ, ਜਿੱਥੇ ਸਾਰਿਆਂ ਨੇ ਜਾਣਾ ਸੀ ਉਸ ਚੱਕਰ। ਬਟ ਉਹ ਫੇਰ ਵੀ ਉਹਨਾਂ ਨੇ ਕਿਹਾ ਅਸੀਂ ਹੋਵਾਂਗੇ, ਅਸੀਂ 24/7 ਅਵੇਲੇਬਲ ਹੈ ਤੁਹਾਡੇ ਲਈ ਕਾਲ ਕਰਨ ਲਈ। ਉਹ ਪਟੇਲ ਸਾਹਿਬ ਦਾ ਤਾਂ ਹੀ ਕਰਕੇ ਵੀ ਆਰ ਵੈਰੀ ਥੈਂਕਫੁਲ ਟੂ ਹਿਮ ਕਿ ਉਹਨਾਂ ਨੇ ਵਾਰ ਫੁਟਿੰਗ ਤੇ ਲਾਸਟ 2 ਡੇਜ਼ ਦੇ ਵਿੱਚ ਬਹੁਤ ਜ਼ਿਆਦਾ ਕਰਕੇ ਚੀਜ਼ਾਂ ਅਪਰੂਵਲ ਲਈ ਚਿੱਠੀਆਂ। ਤੇ ਇੱਕ ਬੜਾ ਸੀਨੀਅਰ ਡਿਪਲੋਮੈਟ, ਉਹਨਾਂ ਨਾਮ ਜਦੋਂ ਟਾਈਮ ਆਏਗਾ ਅਸੀਂ ਦੱਸ ਦਾਂਗੇ ਕਿਹੜੇ ਸੀਨੀਅਰ ਡਿਪਲੋਮੈਟ ਹੈਗੇ ਜਿਹੜੇ ਸਾਡੇ ਨਾਲ ਕੋਆਰਡੀਨੇਟ ਕਰ ਰਹੇ ਹਾਂ ਹਰ ਇੱਕ ਚੀਜ਼ ਨਾਲ, ਇੱਕ ਇੱਕ ਚੀਜ਼ ਸਾਨੂੰ ਗਾਈਡ ਕਰ ਰਹੇ ਹਾਂ, ਈਮੇਲ ਤੇ ਦੱਸ ਰਹੇ ਹਾਂ, ਤੇ ਉਹਨਾਂ ਨੇ ਚੀਜ਼ਾਂ ਸਾਨੂੰ ਦੱਸਤੀਆਂ। ਤੇ ਵੈਰੀ ਸ਼ੋਰਟਲੀ ਅਸੀਂ, ਜਿਵੇਂ ਤੁਸੀਂ ਕੱਲ੍ਹ ਅਪਡੇਟ ਤੁਹਾਨੂੰ ਦਊਂਗਾ, ਤੇ ਕਾਫੀ ਕੁਛ ਕਲੈਰਿਟੀ ਆ ਜਾਏਗੀ ਲੋਕਾਂ ਨੂੰ ਕਿ ਵੀ ਕੀ ਚੱਲ ਰਿਹਾ, ਕਦੋਂ ਫਲਾਈਟ ਚੜ੍ਹਨੀ ਹੈ, ਕਦੋਂ ਉਤਰਨੀ ਹੈ, ਕੀ ਹੋਏਗਾ, ਕਿਸ ਤਰ੍ਹਾਂ ਹੈ, ਕੌਣ ਚੜ੍ਹਨਾ, ਕਿਹਨੇ ਨਹੀਂ ਚੜ੍ਹਨਾ, ਸਾਰੀ ਸਾਰੀ। ਤੇ ਅਸੀਂ ਜਿਹੜੀ ਆ ਲਿਸਟਾਂ ਵੀ ਸੀ ਬਣਾਈਆਂ ਉਹ ਅਸੀਂ ਉਹਨਾਂ ਨਾਲ ਸ਼ੇਅਰ ਕਰ ਚੁੱਕੇ ਹਾਂ, ਉਹਨਾਂ ਨੂੰ ਭੇਜ ਚੁੱਕੇ ਹਾਂ ਬਣਾ ਕੇ ਵੀ ਇਹ ਬੰਦੇ ਸਾਡੇ ਨਾਲ ਰਜਿਸਟਰ ਹੋਏ ਸੀ, ਹਾਲੀ ਹੋਰ ਹੋਈ ਜਾ ਰਹੇ, ਉਹ ਵੀ ਫਿਰ ਅਸੀਂ ਇਕੱਠੀ ਕਰਕੇ ਉਹਨਾਂ ਨੂੰ ਭੇਜਾਂਗੇ ਦੁਬਾਰਾ ਜੀ, ਤੇ ਹੋਰ ਬੰਦੇ ਸਾਡੇ ਕੋਲ ਆ ਗਏ। ਸਿੱਧੂ ਸਾਹਿਬ, ਜਦ ਤੱਕ ਕੋਈ ਚੀਜ਼ ਸ਼ੁਰੂ ਨਹੀਂ ਹੁੰਦੀ, ਤੁਸੀਂ ਮਾਨਸਿਕ ਸਥਿਤੀ ਸਭ ਦੀ ਜਾਣ ਰਹੇ ਹੋ, ਬਈ ਗਰਮੀ ਵੱਧ ਰਹੀ ਹੈ, ਅਨਪਲੈਨਡ ਜਿਹੜੀ ਵਿਜ਼ਿਟ ਹੈ ਉਹਦੇ ਲਈ ਬਹੁਤ ਔਖਾ ਹੈ, ਦਿਨ ਵੱਧ ਰਹੇ ਨੇ, ਤੇ ਜਦ ਤੱਕ ਸ਼ੁਰੂ ਨਹੀਂ ਹੋ ਰਿਹਾ, ਬਹੁਤ ਨੇ ਜਿਹੜੇ ਬੈਠੇ ਨੇ ਦੇਖ ਰਹੇ ਨੇ, ਲਿਸਟ ਤੁਹਾਡੇ ਕੋਲ 5-6 ਹਜ਼ਾਰ ਦੀ ਹਲੇ ਹੈਗੀ ਹੈ, ਜਿਹੜੀ 6 ਤੋਂ ਫਿਰ 15 ਹਜ਼ਾਰ ਹੁੰਦਿਆਂ 24 ਘੰਟੇ ਲੱਗਣੇ, ਕਿਉਂਕਿ ਫਿਰ ਆਪਾਂ ਪਲੀਜ਼ ਇੱਕੋ ਹੀ ਮੇਰੀ ਬੇਨਤੀ ਆ ਕਿ ਆਪਾਂ ਬਿਲਕੁਲ ਸਾਰਿਆਂ ਦੇ ਭਲੇ ਲਈ ਕਰ ਰਹੇ ਹਾਂ, ਸਭ ਆਉਣਾ ਚਾਹੁੰਦੇ ਨੇ, ਪਰ ਉਸ ਸਮੇਂ ਪ੍ਰਾਇਓਰਿਟੀ ਆਪਾਂ ਰੱਖਣੀ ਹੈ ਵੀ ਪਹਿਲੀ ਫਲਾਈਟ ਜਿਹੜੀ ਹੈ ਉਹਦੇ ਵਿੱਚ ਬੱਚੇ ਜਿਹੜੇ ਵਲਨਰੇਬਲ ਨੇ 15-14 ਸਾਲ ਤੋਂ ਛੋਟੇ, ਤੇ ਬਜ਼ੁਰਗ 60-65 ਸਾਲ ਤੋਂ ਉੱਪਰ ਨੇ ਜਿਹੜੇ ਆਉਣਾ ਚਾਹੁੰਦੇ ਆ, ਕਿਸੇ ਦੀ ਦਵਾਈ ਮੁੱਕ ਰਹੀ ਆ ਕਿਸੇ ਦੀ, ਪਲੀਜ਼ ਇਹ ਤੁਹਾਨੂੰ, ਮੈਨੂੰ ਪਤਾ ਵੀ ਬਹੁਤ ਆਈਡੈਂਟੀਫਾਈ ਕਰਨਾ ਤੁਹਾਨੂੰ ਔਖਾ ਹੋਣਾ ਤੁਹਾਡੀ ਟੀਮ ਨੂੰ ਉੱਥੇ, ਕਿਉਂਕਿ ਅਸੀਂ ਕੁਛ ਨਹੀਂ ਕਰ ਰਹੇ ਵੀ ਕੌਣ ਪਹਿਲੀ ਫਲਾਈਟ, ਕੌਣ ਦੂਜੀ ਚ, ਕੌਣ ਤੀਜੀ ਚ, ਕੌਣ ਚੌਥੀ ਚ, ਕੋਈ VVIP ਟ੍ਰੀਟਮੈਂਟ ਨਹੀਂ, ਕੋਈ ਕੁਛ ਨਹੀਂ, ਇਹ ਫਿਰ ਜਿਹੜਾ ਇਨਫਲਕਸ ਹੋਣਾ ਇਹਦੇ ਲਈ ਤੁਸੀਂ ਤਿਆਰ ਰਹਿਣਾ ਜੀ ਪਲੀਜ਼। ਹਾਂਜੀ ਬਿਲਕੁਲ ਜੀ, ਅਸੀਂ ਉਸ ਹਿਸਾਬ ਨਾਲ ਜਾਤੀ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਸੀ, ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਉਦੋਂ ਅਸੀਂ ਲੋਕਾਂ ਨੂੰ ਕਿਹਾ ਸੀ ਸਾਨੂੰ ਇਹ ਦੱਸੋ ਤੁਸੀਂ ਪੰਜਾਬ 'ਚ ਕਿੱਥੇ ਫਸੇ ਹੋਏ ਹੋ, ਆਪਣਾ ਨਾਂ ਦੱਸ ਦਿਓ, ਆਪਣਾ ਮੋਬਾਈਲ ਨੰਬਰ, ਜਿਹੜਾ ਉਹ 3-4 ਚੀਜ਼ਾਂ ਮੰਗੀਆਂ ਸੀਗੀਆਂ, ਉਸ ਪੇਜ 'ਤੇ ਸਾਨੂੰ ਪਤਾ ਚੱਲ ਗਿਆ ਸੀ ਕਿਹੜੇ ਕਿਹੜੇ ਏਰੀਆ 'ਚ। ਉਸ ਤੋਂ ਬਾਅਦ ਜਦ ਹਾਈ ਕਮਿਸ਼ਨ ਨਾਲ ਸਾਡੀ ਗੱਲ ਚੱਲੀ, ਹਾਈ ਕਮਿਸ਼ਨ ਕਹਿੰਦਾ ਜੀ ਇਹ ਤਾਂ ਤੁਸੀਂ ਠੀਕ ਹੈ ਇਨਫੋਰਮੇਸ਼ਨ ਸਾਨੂੰ ਦੇ ਰਹੇ ਹੋ, ਬਟ ਕਿਉਂਕਿ ਅਸੀਂ ਪੈਸੇਂਜਰ ਮੈਨੀਫੈਸਟ ਬਣਾਉਣਾ ਹੁੰਦਾ, ਪੈਸੇਂਜਰ ਮੈਨੀਫੈਸਟ ਮਤਲਬ ਕਿ ਪੈਸੇਂਜਰਾਂ ਦੀ ਲਿਸਟ ਬਣਾਉਣੀ ਹੁੰਦੀ ਕੌਣ ਕੌਣ ਹੈ, ਤੇ ਅਸੀਂ ਇੰਡੀਅਨ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਵੀ ਲਿਸਟ ਭੇਜਣੀ ਹੁੰਦੀ ਹੈ ਕਿ ਕਿਹੜੇ ਕਿਹੜੇ ਬੰਦੇ ਆ ਰਹੇ ਹੈ ਉਹਨਾਂ ਦਾ। ਕਹਿੰਦੇ ਜਿਹੜੀ ਵੀਜ਼ਾ ਦੀ, ਕਈ ਜਿਵੇਂ ਵੀਜ਼ਾ ਲੈ ਕੇ ਆਉਂਦੇ ਆ ਕੈਨੇਡੀਅਨ ਸਿਟੀਜ਼ਨ ਹੈਗੇ, ਉਹ ਵੀਜ਼ਾ ਦੀ ਕਹਿੰਦੇ ਫੋਟੋ, ਉਹਨੇ ਬੜਾ ਕਲੀਅਰ ਦੱਸਿਆ ਵਰਡ ਦੇ ਵਿੱਚ ਪੇਸਟ ਕਰਕੇ ਤੁਸੀਂ ਦੇਣੀ ਹੈ ਕਿ ਇਹ ਉਹਨਾਂ ਦੀ ਪਾਸਪੋਰਟ ਦੀ ਕਾਪੀ ਹੈ ਜੀ, ਇਹ ਉਹਨਾਂ ਦੀ ਵੀਜ਼ੇ ਦੀ ਕਾਪੀ ਹੈ ਜਾਂ OCI ਕਾਰਡ ਦੀ ਕਾਪੀ ਹੈ। ਇਹ ਚੀਜ਼ਾਂ
ਤੁਸੀਂ ਸਾਨੂੰ ਇੱਕ ਪੇਜ ਦੇ ਉੱਤੇ ਪ੍ਰਿੰਟ ਕਰਕੇ ਵਰਡ ਦੇ ਡਾਕੂਮੈਂਟ ਸਾਨੂੰ ਦੇਣੀ ਹੈ, ਇਹ ਉਹਨਾਂ ਨੇ ਕਿਹਾ। ਫਿਰ ਅਸੀਂ ਲੋਕਾਂ ਨੂੰ ਕਿਹਾ ਕਿ ਜੀ ਇਹ ਇਨਫੋਰਮੇਸ਼ਨ ਸਾਡੇ ਤੋਂ ਮੰਗੀ ਗਈ ਹੈ ਜਿਹੜੇ ਜਿਹੜੇ ਫਾਰਮੈਟ ਚੋਂ, ਅਸੀਂ ਉਹਨਾਂ ਨੂੰ ਫਿਰ ਸਾਰਿਆਂ ਨੂੰ ਕਹੀ। ਉਹਨਾਂ ਚੋਂ ਕਈ ਲੋਕਾਂ ਨੂੰ ਹੋਇਆ ਨਹੀਂ ਜੀ ਅਸੀਂ ਨਹੀਂ ਪ੍ਰੋਵਾਈਡ ਕਰਨੀ, ਅਸੀਂ ਕਿਹਾ ਜੀ ਕੋਈ ਗੱਲ ਨਹੀਂ ਪ੍ਰੋਵਾਈਡ ਕਰਨੀ, ਤੁਸੀਂ ਨਹੀਂ ਕਰ ਸਕਦੇ, ਤੁਹਾਡਾ ਨਾਮ ਲਿਸਟ ਨਹੀਂ ਆਏਗਾ। ਅਗਰ ਤੁਸੀਂ ਕਲੈਰੀਫਿਕੇਸ਼ਨ ਲੈਣੀ ਹੈ ਤੁਸੀਂ ਹਾਈ ਕਮਿਸ਼ਨ ਨੂੰ ਪੁੱਛ ਸਕਦੇ ਹੋ ਕਿ ਵੀ ਇਨਫੋਰਮੇਸ਼ਨ ਕਿਉਂ ਦਿੱਤੀ ਜਾ ਰਹੀ ਹੈ। ਤਾਂ ਉਹਦੀ ਵੀ ਕਲੈਰਿਟੀ ਮੈਂ ਜੋ ਲਾਸਟ ਟਾਈਮ ਵੀ ਦੱਸਿਆ ਸੀ, ਉਹ ਲਿਸਟ ਇਸ ਲਈ ਹੈ ਬਿਕੋਜ਼ ਉਹ ਇਹ ਇਵੈਕਿਊਏਟ ਹੋ ਰਹੇ ਹੈ, ਇੱਥੋਂ ਇਹ ਨੋਰਮਲ ਪ੍ਰੋਸੈਸ ਨਹੀਂ ਆ ਰਹੇ। ਤਾਂ ਇਮੀਗ੍ਰੇਸ਼ਨ ਅਥਾਰਟੀਜ਼ ਇੰਡੀਆ ਵਾਲਿਆਂ ਨੂੰ ਪਹਿਲਾਂ ਦੱਸਣਾ ਪੈਂਦਾ ਜੀ ਇਹ ਸਾਡੇ ਕੈਨੇਡੀਅਨ ਸਿਟੀਜ਼ਨ ਆਏ ਹੋਏ ਸੀ, ਤਾਂ ਕਿ ਉਹਨਾਂ ਦੇ ਸਿਸਟਮ ਚੋਂ ਹੋ ਜੇ ਕਿ ਉਤਰ ਇੱਥੋਂ ਜਾ ਰਹੇ ਹੈ, ਕਿ ਉਤਰੇ ਤਾਂ ਸੀਗੇ, ਤਿੰਨ ਹੋ ਚੁੱਕੇ ਇੰਡੀਆ ਚੋਂ, ਫਿਰ ਇਹਨਾਂ ਨੇ ਆਊਟ ਵੀ ਹੋਣਾ ਹੁੰਦਾ। ਸੋ ਇਮੀਗ੍ਰੇਸ਼ਨ ਵਾਲਿਆਂ ਨੂੰ ਦੱਸਣਾ ਪੈਂਦਾ ਉਹ ਸਾਰਾ ਕਿ ਭਾਈ ਇਹ ਚੀਜ਼ ਜਾ ਰਹੇ ਸੀ ਬੰਦੇ, ਤਾਂ ਕਿ ਬਿਫੋਰ ਐਂਡ ਹੋਵੇ, ਕਿਉਂਕਿ ਜਹਾਜ਼ ਨੇ ਇਹ ਤਾਂ ਹੈ ਨਹੀਂ ਉੱਥੇ ਖੜੇ ਰਹਿਣਾ ਕਿ ਇੱਕ ਇੱਕ ਬੰਦੇ ਦਾ ਉਹ ਪਹਿਲਾਂ ਚੈੱਕ ਕਰਨ ਜੀ ਦਿੱਲੀ ਤੋਂ ਕਰਨ। ਸੋ ਉਹਨਾਂ ਕੋਲ ਜਦ ਬਿਫੋਰ ਹੈਂਡ ਸਾਰਾ ਹੋਜੂ, ਤੇ ਅਸੀਂ ਉਹੀ ਬੰਦਿਆਂ ਨੂੰ ਕਹਿਣਾ ਜਿਹਨਾਂ ਦੇ ਆ ਗਏ ਕਿ ਵੀ ਪਹਿਲੀ ਫਲਾਈਟ 'ਚ ਬੰਦੇ ਨਾਮ ਹੈ, ਉਹੀ ਬੰਦਿਆਂ ਨੇ ਟਿਕਟਾਂ ਬੁੱਕ ਕਰਾਣੀ ਹੈ, ਉਹਨਾਂ ਨੇ ਹੀ ਅੱਗੇ ਪਹੁੰਚਣਾ ਜੀ। ਤਾਂ ਇਸ ਕਰਕੇ ਇਨਫੋਰਮੇਸ਼ਨ ਇਹ ਲਿੱਤੀ ਗਈ ਸੀਗੀ ਜੀ, ਜਿਹੜੇ ਨਹੀਂ ਵੀ ਦਿੱਤੀ ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਅਗਰ ਤੁਹਾਨੂੰ ਕੋਈ ਡਾਊਟ ਲੱਗਦਾ ਕੋਈ ਟੈਨਸ਼ਨ ਨਹੀਂ, ਤੁਸੀਂ ਨਾ ਦਿਓ ਜੀ। ਸਿੱਧੂ ਸਾਹਿਬ ਆਹੀ ਗੱਲ 'ਚ ਮੈਂ ਇਹਨੂੰ ਅਲੈਬੋਰੇਟ ਹੋਰ ਕਰਨਾ, ਇੱਕ ਗੱਲ ਬੜੀ ਚੱਲ ਰਹੀ ਹੈ ਜੀ, ਥਰਡ ਪਰਸਨ ਨੇ ਨਿਊਟਨ ਸਿੱਧੂ ਜਾਂ ਹਰਜੀਤ ਸਿੰਘ ਜਾਂ ਜੀਨਾ ਤੱਖਰ, ਉਹ ਲੋਕਾਂ ਦੇ ਜਾਂ ਸੁੱਖੀ ਹੋਣੀ ਜਾਂ ਉਹ ਲੋਕਾਂ ਦੇ ਕਿਉਂ ਪਾਸਪੋਰਟਾਂ ਦੀਆਂ ਡਿਟੇਲ ਲੈ ਰਹੇ ਨੇ ਹੁਣ ਉਹ ਜਿਹੜੀ, ਕਿਉਂਕਿ ਤੁਹਾਡੀ ਮੇਰੀ ਕਨਵਰਸੇਸ਼ਨ ਆ ਜਿਹੜੀ ਨਾਦਰ ਪਟੇਲ ਉਹਨਾਂ ਦੀ, ਅਸੀਂ ਲੋਕਾਂ ਨੂੰ ਜਨਤਕ ਤਾਂ ਕਰ ਨਹੀਂ ਸਕਦੇ। ਉਹ 'ਚ ਕਲੀਅਰ ਹਾਈ ਕਮਿਸ਼ਨਰ ਨੇ ਕਿਹਾ ਕਿ ਆਹ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰੋ, ਜੇ ਲੋਕਾਂ ਦੀ ਸਿਕਿਉਰਿਟੀ ਦੀ ਕੋਈ ਹੁੰਦੀ ਤਾਂ ਨਾਦਰ ਪਟੇਲ ਹੋਣੀ ਸਾਤੋਂ ਲਿਸਟ ਮੰਗ ਲੈਂਦੇ ਉਹ 6,000 ਦੀ, ਵੀ ਆ ਦਿਓ ਆਪਾਂ ਨੂੰ ਲਿਸਟ, ਇਹਨਾਂ ਨੂੰ ਮੈਂ ਡਾਇਰੈਕਟ ਕੰਟੈਕਟ ਕਰਕੇ ਇਹਨਾਂ ਤੋਂ ਮੈਂ ਸਾਰੀ ਇਨਫੋਰਮੇਸ਼ਨ ਲੈਂਦਾ। ਪਰ ਫੇਰ ਵੀ ਕਿਉਂਕਿ ਅਸੀਂ ਇਨੀਸ਼ੀਏਟਿਵ ਲੈ ਰਹੇ ਸੀ, ਉਹਨਾਂ ਨੇ ਸਾਡੀ ਡਿਊਟੀ ਲਾ ਦਿੱਤੀ, ਉਹ ਬਣੀ ਬਣਾਈ ਲਿਸਟ ਉਸ ਤੋਂ ਭੋਜਦੀ, ਕਿਉਂਕਿ ਇਹ ਗੱਲ ਮੁੜ ਮੁੜ ਕੇ ਆ ਰਹੀ ਹੈ ਜੀ, ਹਾਂ ਹਾਂ ਇਹਨਾਂ ਨੇ ਕੈਨੇਡੀਅਨ ਲੋਕਾਂ ਦੀ ਜਾਣਕਾਰੀ ਕਿਉਂ ਲਈ ਜੀ। ਇਹ ਜਾਣਕਾਰੀ ਕੋਈ ਇੰਨੀ ਪ੍ਰਾਈਵੇਟ ਨਹੀਂ ਹੈ, ਦੇਖੋ ਪਬਲਿਕ, ਇਹਨਾਂ ਨੇ ਜਦ ਕਿਤੇ ਵੀ ਜਾਣਾ ਹੈ ਉੱਥੇ ਵੀ ਤਾਂ ਪਾਸਪੋਰਟ ਨੇ ਆਪਣੇ ਟਿਕਟਿੰਗ ਏਜੰਟ ਨੂੰ ਤਾਂ ਇਹਨਾਂ ਨੇ ਆਹੀ ਸੇਮ ਇਨਫੋਰਮੇਸ਼ਨ ਦੇਣੀ ਹੈ। ਜਦ ਟਿਕਟਿੰਗ ਏਜੰਟ ਕੋਲ ਵੀ ਜਾਣਾ ਹੈ ਉਹਨੂੰ ਵੀ ਇਹਨਾਂ ਨੇ, ਹੁਣ ਚੱਕਰ ਕੀ ਹੈ, ਹਰ ਇੱਕ ਪਾਸੇ ਕਰਫਿਊ ਲੱਗਿਆ ਹੋਇਆ, ਲੋਕਡਾਊਨ ਹੈ, ਇਹ ਇਨਫੋਰਮੇਸ਼ਨ ਫਿਰ ਟਿਕਟਿੰਗ ਏਜੰਟ, ਉਹਨੇ ਤਾਂ ਟਿਕਟਿੰਗ ਏਜੰਟ ਨੇ ਟਿਕਟ ਤਾਂ ਹੀ ਇਸ਼ੂ ਕਰਨੀ ਜਦ ਉਹਨੂੰ ਪਤਾ ਹੋਏਗਾ ਵੀ ਇਹ ਪਾਸਪੋਰਟ ਡਿਟੇਲ ਹੈ, ਸਾਰੀਆਂ ਚੀਜ਼ਾਂ ਹੈਗੀਆਂ। ਤਾਂ ਇਹ ਇੱਕ ਪ੍ਰੋਸੈਸ ਹੈ ਜਿਹੜਾ ਅਸੀਂ ਫੋਲੋ ਕੀਤਾ। ਅਸੀਂ ਕਿਸੇ ਤੋਂ ਕ੍ਰੈਡਿਟ ਕਾਰਡ ਨਹੀਂ ਮੰਗਿਆ, ਕਿਸੇ ਨੂੰ ਪੇਮੈਂਟ ਦਾ ਨਹੀਂ ਕਿਹਾ, ਬਿਕੋਜ਼ ਅਸੀਂ ਆਥੋਰਾਈਜ਼ ਨਹੀਂ ਹੈ, ਨਾ ਅਸੀਂ ਟਿਕਟਾਂ ਕਿਸੇ ਦੀ ਕੱਟਣੀ ਹੈ। ਉਹ ਟਿਕਟਾਂ ਕੱਟਣ ਵਾਸਤੇ ਵੀ ਅਸੀਂ ਹਾਈ ਕਮਿਸ਼ਨ ਨੂੰ ਲਿਖਿਆ ਜੀ ਇਹ ਸਾਡੇ ਕੋਲ ਏਜੰਟਸ ਹੈਗੇ, ਇਹ ਜਿਹੜੇ ਅਪਰੂਵਡ ਹੈ ਆਈਟਾ ਦੇ, ਅਪਰੂਵਡ ਹੈ ਇੰਟਰਨੈਸ਼ਨਲ ਏਅਰ ਟਰੈਵਲ ਐਸੋਸੀਏਸ਼ਨ ਵਾਲਿਆਂ ਦੇ, ਤੁਸੀਂ ਇਹਨਾਂ 'ਚੋਂ ਦੱਸੋ ਅਸੀਂ ਕਿਹੜਾ ਲਈਏ। ਬਿਕੋਜ਼ ਅਸੀਂ ਉਹਨਾਂ ਨੂੰ ਏਜੰਟਸ ਨੂੰ ਵੀ ਕਿਹਾ ਜੀ ਕਿ ਤੁਸੀਂ ਕਿਸੇ ਤੋਂ ਆਪਣੇ ਸਰਵਿਸ ਚਾਰਜਿਸ ਲੈਣੇ, ਇਹ ਵੋਲੰਟਰੀ ਕਰਨਾ ਹੈ। ਪਲੱਸ ਜਿਹੜੀ ਹੋਰ ਸਭ ਤੋਂ ਜ਼ਰੂਰੀ ਗੱਲ ਹੈ, ਅਗਰ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ, ਅਸੀਂ ਉਹ ਲਿਸਟ ਬਣਾ ਕੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਲਿਖਿਆ ਸੀ, ਅਤੇ ਨਾਲੇ ਅੱਗੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਫਾਈਨੈਂਸ ਮਿਨਿਸਟਰ ਨੂੰ ਕਹਿਣ ਕਿ ਇਹਦੇ ਉੱਤੇ ਜਿਹੜਾ GST ਲੱਗਦਾ, ਟੈਕਸ ਲੱਗਦਾ, ਉਹ ਟੈਕਸ ਨਾ ਲੱਗੇ, ਬਿਕੋਜ਼ ਇਹ ਵੋਲੰਟਰੀ ਹੈ, ਫਸੇ ਹੋਏ ਜਾ ਰਹੇ ਹੈ। ਤਾਂ ਉਹ ਵੀ ਗੌਰਮੈਂਟ ਕੰਸਿਡਰ ਕਰ ਰਹੀ ਹੈ, ਗੌਰਮੈਂਟ ਆਫ ਇੰਡੀਆ, ਕਿ ਅਸੀਂ ਉਹਦੇ ਜਿਹੜੀ ਟਿਕਟਾਂ 'ਤੇ ਟੈਕਸ ਲੱਗਣਾ ਹੈ, ਜਿਹੜਾ ਚਾਰਟਰ ਪਲੇਨ 'ਤੇ ਬੇਸਿਕਲੀ ਟੈਕਸ ਲੱਗਣਾ, ਉਹ ਅੱਧਾ ਹੋ ਜਾਵੇ। ਅਸੀਂ ਉਹਦੇ ਉੱਤੇ ਵੀ ਗੱਲ ਚੱਲ ਰਹੀ ਹੈ, ਉਹ ਵੀ ਅਸੀਂ ਉੱਥੇ ਗੱਲ ਤੋਰੀ ਹੋਈ ਹੈ, ਜਿਹੜੀ ਅੱਗੇ ਕਾਫੀ ਅੱਗੇ ਤੱਕ ਪਹੁੰਚ ਗਈ ਹੈ ਜੀ। ਅੱਛਾ, ਹੁਣ ਟੈਂਟੇਟਿਵਲੀ ਜਦ ਤੁਸੀਂ ਫਾਈਨਲ ਫੇਜ਼ ਦੇ ਵਿੱਚ ਚਲੇ ਗਏ ਕੈਨੇਡੀਅਨ ਹਾਈ ਕਮਿਸ਼ਨਰ ਨੂੰ, ਚਾਰਟਰਡ ਏਅਰਲਾਈਨ ਦੇ ਨਾਲ ਤੁਸੀਂ ਇਨ ਟੱਚ ਹੋ, ਤੁਹਾਡੇ ਕੋਲ ਦਾ ਕੋਟੇਸ਼ਨ ਹੈ, ਤੇ ਉਹਦੇ ਬਾਅਦ ਗਰਾਊਂਡ ਟਰਾਂਸਪੋਰਟੇਸ਼ਨ ਲਈ ਤੁਸੀਂ ਇੱਕ ਬਹੁਤ ਵੱਡੀ ਟਰਾਂਸਪੋਰਟ ਕੰਪਨੀ ਨੂੰ ਪੰਜਾਬ 'ਚ ਗੱਲ ਕੀਤੀ ਹੈ, ਤੇ ਹਾਂਜੀ ਜੇ ਇਸ ਤਰ੍ਹਾਂ ਸਮੂਥ ਚੱਲਦਾ ਰਿਹਾ ਸਿੱਧੂ ਸਾਹਿਬ, ਕੀ ਅਸੀਂ ਸੋਚ ਸਕਦੇ ਹਾਂ ਵੀ ਨੈਕਸਟ ਵੀਕ ਮੰਗਲਵਾਰ ਬੁੱਧਵਾਰ ਤੱਕ ਕੁਛ ਫਾਈਨਲ ਅਸੀਂ ਹਾਰਵੈਸਟਿੰਗ 'ਚ ਆ ਜਾਂਗੇ? ਬਿਲਕੁਲ ਜੀ, ਹਾਂਜੀ, ਮੈਨੂੰ ਲੱਗਦਾ ਸ਼ਾਇਦ ਅਸੀਂ ਅਰਲੀ ਨੈਕਸਟ ਵੀਕ 'ਚ ਸਾਡੇ ਤੇ ਗੱਲ ਬਣ ਜਾਏਗੀ ਤੇ ਫਲਾਈਟਸ ਇੱਥੋਂ ਚੱਲ ਸਕਣਗੀਆਂ ਜੀ। ਅਸੀਂ ਬਹੁਤ ਹੋਪਫੁਲ ਹੈ, ਬਟ ਕਹਿੰਦੇ ਕਿ ਜਿਹੜੀਆਂ ਇਹ ਇਨਫੋਰਮੇਸ਼ਨ ਜਾ ਰਹੀਆਂ ਆ ਰਹੀਆਂ ਕਰਦੇ ਡੇਲੀ ਅਸੀਂ ਲੱਗੇ ਹੁੰਦੇ ਹਾਂ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਈ ਇਹ ਚੀਜ਼ ਚੱਲ ਰਹੀ। ਤਾਂ ਹੀ ਮੈਂ ਇੱਕ ਇੱਕ ਚੀਜ਼ ਅਸੀਂ ਆਪਣੇ ਫੇਸਬੁੱਕ ਪੋਸਟ 'ਤੇ ਵੀ, ਮੈਂ ਸਾਰੇ ਜਿਹੜੇ ਸਿਟੀਜ਼ਨ ਇੱਥੇ ਫਸੇ ਉਹਨਾਂ ਨਾਲ ਵੀ ਸ਼ੇਅਰ ਕੀਤੀ ਹੈ ਜੀ, ਅਸੀਂ ਕਿਹੜੀ ਇਨਫੋਰਮੇਸ਼ਨ ਤੁਹਾਨੂੰ ਕਿਹੜੇ ਕਿਹੜੇ ਦਿਨ ਸ਼ੇਅਰ ਕਰਾਂਗੇ, ਦੱਸਾਂਗੇ
ਕਿ ਵੀ ਅੱਜ ਇਹ ਅਸੀਂ ਟਰੈਵਲ ਏਜੰਟ ਤੁਹਾਡਾ ਬੁੱਕ, ਟਿਕਟਿੰਗ ਏਜੰਟ ਬੁੱਕ ਹੋ ਗਿਆ ਜੀ, ਹੁਣ ਬੱਸਾਂ ਵਾਲੇ ਦੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ, ਫਿਰ ਅਸੀਂ ਇਹਨਾਂ ਨਾਲ ਸ਼ੇਅਰ ਕਰਾਂਗੇ ਜੀ ਕਰਫਿਊ ਪਾਸ ਦੀ ਡਿਟੇਲ, ਕਿ ਹਰ ਇੱਕ ਨੂੰ ਕਰਫਿਊ ਪਾਸਿਸ ਵੀ ਬਣਨੇ ਆ, ਉਹ ਵੀ ਅਸੀਂ ਪੁਲਿਸ ਨਾਲ ਗੱਲ ਕਰ ਚੁੱਕੇ ਹਾਂ ਇਹਨਾਂ ਦੇ ਪੁਲਿਸ ਹੈੱਡਕੁਆਰਟਰ ਚ, ਉਹਨਾਂ ਨੇ SSP ਨੂੰ ਕਿਹਾ ਕਿ ਅਸੀਂ ਦੱਸ ਦਿਓ ਕਿੱਥੋਂ ਜਾਣਾ, ਟਰਾਂਸਪੋਰਟ ਕੰਪਨੀ ਨੂੰ ਵੀ ਅਸੀਂ ਦੱਸਣਾ ਜੀ ਜਲੰਧਰ ਸ਼ਹਿਰ ਤੁਸੀਂ ਕਿੱਥੇ ਬੱਸ ਖੜੀ ਕਰਨੀ ਹੈ, ਉਹ ਫਿਰ ਜਿਹੜੇ ਜਲੰਧਰ ਵਾਲੇ ਬੰਦੇ ਹੋਣਗੇ ਉਹਨਾਂ ਨੂੰ ਦੱਸਾਂਗੇ ਜੀ ਉੱਥੇ ਪਹੁੰਚੋ, ਉਹਨਾਂ ਦੇ ਕਰਫਿਊ ਪਾਸ ਹੋਣਗੇ। ਤੇ ਪੂਰੀ ਇੱਕ ਚੀਜ਼ ਹੈ ਜਿਹਦੇ ਚ ਅਸੀਂ ਲੱਗੇ ਹੋਏ ਹਾਂ ਕਰਕੇ, ਤਾਂ ਅਸੀਂ ਰੈਗੂਲਰ ਬੇਸਿਸ ਤੇ ਇਨਫੋਰਮੇਸ਼ਨ ਵੀ ਸ਼ੇਅਰ ਕਰ ਰਹੇ ਹਾਂ ਜੀ, ਹਰ ਇੱਕ ਨਾਲ ਇਨਫੋਰਮੇਸ਼ਨ ਸ਼ੇਅਰ ਹੋ ਰਹੀ ਹੈ ਕਿ ਅਸੀਂ ਕਿੱਥੇ ਪਹੁੰਚ ਗਏ ਹਾਂ ਜੀ, ਕਿੱਥੇ ਕੀ ਅਸੀਂ ਲੱਗੇ ਹਾਂ ਕਰਨ ਜੀ, ਉਹ ਟੋਟਲ ਅਸੀਂ ਕਰ ਰਹੇ ਹਾਂ। ਇੱਕ ਜਣੀ ਮੈਨੂੰ ਇਸ ਗੱਲ ਤੇ ਹੁਣ ਬੜੀ ਤਸੱਲੀ ਹੈ ਕਿ ਕੈਨੇਡੀਅਨ ਹਾਈ ਕਮਿਸ਼ਨਰ ਸਾਡੇ ਨਾਲ ਸੇਮ ਪਲੈਟਫਾਰਮ ਤੇ, ਅਜੇ ਉਹਨਾਂ ਨੇ ਸੀਨੀਅਰ ਡਿਪਲੋਮੈਟ ਦੀ ਤੁਹਾਡੇ ਨਾਲ ਡਿਊਟੀ ਲਾ ਦਿੱਤੀ, ਚੀਜ਼ਾਂ ਸੌਖੀਆਂ ਹੋ ਗਈਆਂ, ਤੁਹਾਡਾ ਇੱਕ ਸਾਰਟ ਆਫ ਹੌਟ ਲਾਈਨ ਤੇ ਉਹ ਆ ਗਏ, ਜਿਹਦੇ ਲਈ ਪ੍ਰਾਈਮ ਮਿਨਿਸਟਰ ਆਫਿਸ ਦਾ ਬਹੁਤ ਧੰਨਵਾਦ ਹੈ, ਤੇ ਹੋਰ ਜਿਹੜੇ ਵੀ ਰਾਜਨੀਤਿਕ ਬੰਦਿਆਂ ਨੂੰ ਪਤਾ ਮਦਦ ਕੀਤੀ ਉਹਨਾਂ ਦਾ ਵੀ ਤੁਹਾਨੂੰ ਦੱਸਦਾ। ਇਨਫੈਕਟ ਹੁਣ ਪਿੱਛੇ ਜੇ ਕੁਛ ਤੁਹਾਡੇ ਉੱਥੇ ਕੋਈ ਪਾਰਟੀ ਹੈ, NDP ਪਾਰਟੀ ਹੈ ਕੋਈ, ਉਹਨਾਂ ਦੇ ਉੱਥੇ ਕਈ ਬੰਦਿਆਂ ਨੇ ਚਿੱਠੀਆਂ ਵੀ ਲਿਖੀਆਂ ਤੇ ਆਪਣਾ ਪ੍ਰਾਈਮ ਮਿਨਿਸਟਰ ਆਫਿਸ ਨੂੰ, ਫਿਰ ਪ੍ਰਾਈਮ ਮਿਨਿਸਟਰ ਆਫਿਸ ਉੱਥੇ ਕੋਈ ਲੇਡੀ ਹੈ ਕੀਥ ਹੈ ਜਿਹੜੀ ਕਿ ਇਨ ਟੱਚ ਹੈ, ਉਹਨਾਂ ਨੇ ਵੀ ਮੇਲ ਕੀਤੀ ਕਿ ਪੂਰੀ ਹੈਲਪ ਕਰੋ ਤੇ ਨਾਦਰ ਪਟੇਲ ਹੁਣਾਂ ਨੂੰ ਕਰਕੇ, ਤੇ ਮੈਨੂੰ ਵੀ ਵਿੱਚ ਕਾਪੀ ਰੱਖਿਆ ਸੀ, ਤੁਹਾਨੂੰ ਵੀ ਰੱਖਿਆ ਕਿ ਵੀ ਇਹ ਚੀਜ਼ਾਂ ਚੱਲ ਰਹੀਆਂ। ਤੇ ਜਿਹੜੇ NDP ਲੀਡਰ ਹੋ ਗਏ ਆਪਣੇ, ਤੁਹਾਡੇ ਜਗਮੀਤ ਸਿੰਘ ਹੈ, ਐਡਫਾਸਟ ਹੋ ਗਏ, ਟਿਮ ਉੱਪਲ, ਤਾਰਾ ਜਸਮੀਨ, ਇਹ ਜਗ ਜੀ, ਜਸਰਾਜ ਜੀ, ਇਹਨਾਂ ਨੇ ਵੀ ਲੈਟਰਾਂ ਲਿਖੀਆਂ, ਉਹਦੀਆਂ ਕਾਪੀਆਂ ਮੈਨੂੰ ਵੀ ਪਤਾ ਨੀ ਕਿੱਥੋਂ ਲੋਕਾਂ ਨੇ ਭੇਜੀਆਂ, ਤੇ ਕੁਝ ਚਿੱਠੀਆਂ ਲਿਖੀਆਂ। ਕੋਈ ਸ਼ਾਇਦ ਲਿਬਰਲ ਦੇ ਵੀ MP ਹੈ, ਕਮਲ ਖਹਿਰਾ ਹੈਗੇ ਸ਼ਾਇਦ, ਉਹਨਾਂ ਨੇ ਵੀ ਕਾਫੀ ਲਿੱਤਾ। ਇੱਕ ਆਪਣੇ ਧਾਲੀਵਾਲ ਸਾਹਿਬ ਕਾਫੀ ਟਾਈਮ ਤੋਂ ਜੁੜੇ ਸੀ, ਉਹਨਾਂ ਨੇ ਵੀ ਜ਼ੋਰ ਲਾ ਰਹੇ ਹੈ। ਇੱਕ ਮੈਨੂੰ ਪਿੱਛੇ ਅਲਬਰਟਾ ਪ੍ਰੋਵਿੰਸ ਦੇ ਤੁਹਾਡੇ ਉੱਥੇ MLA ਹੈ ਕੋਈ, ਦਵਿੰਦਰ ਤੂਰ ਸਾਹਿਬ, ਉਹਨਾਂ ਨੇ ਪਰਸਨਲੀ ਮੈਸੇਜ ਵੀ ਮੈਨੂੰ ਕੀਤਾ ਤੇ ਉਹ ਵੀ ਜ਼ੋਰ ਲਾਉਣ ਲੱਗੇ ਹੋਏ ਆ ਪੂਰਾ। ਉਸ ਤੋਂ ਇਲਾਵਾ ਤੁਸੀਂ ਤਾਂ ਲੱਗੇ ਹੋਏ ਹੋ ਸਾਰੇ ਇੱਥੇ, ਆਪਣਾ ਸੁਖੀ ਸੰਧੂ ਜੀ ਵੀ, ਉਹ ਸਵੇਰੇ ਸਵੇਰੇ ਉਹ ਮੈਨੂੰ ਪਤਾ ਨੀ ਕਿੰਨੇ ਵਜੇ ਸੌਂਦੇ ਆ ਕਿ ਜਾਗਦੇ ਆ, ਉਹ ਵੀ ਦਿਨ ਚ 5-6 ਵਾਰੀ ਤਾਂ ਮੈਨੂੰ ਫੋਨ ਕਰ ਹੀ ਲੈਂਦੇ ਆ। ਬਿਲਕੁਲ, ਸੋ ਸਾਰਿਆਂ ਦੀ ਹੁਣ ਜੁਆਇੰਟ ਐਫਰਟ ਹੈ। ਹਾਂਜੀ, ਨਾਲੇ ਹੁਣ ਉਹਨਾਂ ਨੇ ਵੀ ਪੂਰਾ ਦੇਖੋ ਜ਼ੋਰ ਉੱਥੇ ਵੀ ਲਾਇਆ ਹੋਇਆ, ਉੱਥੋਂ ਵੀ ਪ੍ਰੈਸ਼ਰ ਹੈ ਹਰ ਪਾਸਿਓਂ ਪਿਆ ਹੋਇਆ ਕਿ ਇਹਨੂੰ ਜਿੰਨੀ ਜਲਦੀ ਤੋਂ ਜਲਦੀ ਹੋਵੇ, ਕਿਉਂਕਿ ਇੰਡੀਆ 'ਚ ਲੋਕਡਾਊਨ ਵੱਧ ਗਿਆ ਹੈ, 30 ਤੱਕ ਚਲਾ ਗਿਆ ਹੈ ਜੀ, 30 April ਤੱਕ ਪੰਜਾਬ ਦੇ ਵਿੱਚ ਕਰਫਿਊ ਜਿਹੜਾ ਹੈ ਉਹ 30 April ਤੱਕ ਇਹਨਾਂ ਨੇ ਐਕਸਟੈਂਡ ਕਰਤਾ ਹੈ ਜੀ। ਸਾਨੂੰ ਇਹ ਹੈ ਕਿ ਹਾਂਜੀ, ਇਹਦੀ ਨੈਕਸਟ ਪਿਕਚਰ ਮੈਂ ਵੇਖਾਂ ਜੀ ਸਿੱਧੂ ਸਾਹਿਬ, ਜੇ ਗੁਰੂ ਕਿਰਪਾ ਨਾਲ ਸਾਡੀਆਂ 8 ਫਲਾਈਟਾਂ ਸਕਸੈਸ ਹੋ ਜਾਂਦੀਆਂ ਨੇ, 4 ਟੋਰਾਂਟੋ ਨੂੰ, 4 ਵੈਨਕੂਵਰ ਨੂੰ, ਜੇ 400 ਆਪਾਂ ਐਵਰੇਜ ਲਾਈਏ ਤਾਂ 3,000-3,200 ਰੈਸਕਿਊ ਹੋ ਜਾਂਦਾ, ਲਿਸਟ ਉਹ ਵੱਧ ਜਾਣੀ ਹੈ। ਕੀ ਫੇਰ ਉਸ ਇਹਨਾਂ 10-15 ਦਿਨਾਂ ਦੇ ਇਸ ਟ੍ਰਾਂਜੈਕਸ਼ਨ ਦੇ ਵਿੱਚ, ਟ੍ਰਾਂਜੀਸ਼ਨ ਦੇ ਵਿੱਚ, ਕੀ ਕੈਨੇਡੀਅਨ ਹਾਈ ਕਮਿਸ਼ਨਰ ਨੈਕਸਟ ਮੂਵ ਤੇ ਉਹਨਾਂ ਵੱਲੋਂ ਇਨੀਸ਼ੀਏਟਿਵ ਲੈ ਰਿਹਾ, ਜਾਂ ਆਪਾਂ ਇਸ ਆਪਰੇਸ਼ਨ ਨੂੰ ਫਰਦਰ ਅੱਗੇ ਕਰ ਸਕਦੇ, ਤੁਹਾਡਾ ਮਨ ਕੀ ਕਹਿ ਰਿਹਾ? ਨਹੀਂ, ਅਸੀਂ ਵੀ ਉਹਨਾਂ ਨੇ ਆਹੀ ਜਿਹੜੀ ਗੱਲ ਹੋਈ ਸੀ ਹੁਣ ਪੁੱਛਿਆ, ਉਹ ਕਹਿੰਦੇ ਤੁਸੀਂ ਹੋਰ ਚਲਾ ਸਕਦੇ ਹੋ, ਮੈਂ ਕਿਹਾ ਜੀ ਅਸੀਂ ਚਾਰਟਰ ਕੰਪਨੀ ਨਾਲ ਗੱਲ ਕਰ ਲਾਂਗੇ, ਦੇ ਕੈਨ ਆਲਸੋ ਰਨ ਮੋਰ, ਇਹ ਉਹਨਾਂ ਨੇ ਪੁੱਛਿਆ ਸਾਨੂੰ ਹਾਈ ਕਮਿਸ਼ਨ ਨੇ ਕਿ ਤੁਸੀਂ ਹੋਰ ਵੀ ਚਲਾ ਸਕੋਗੇ, ਮੈਂ ਕਿਹਾ ਜੀ ਵੀ ਕੈਨ ਸਟਿਲ ਵਰਕਆਊਟ, ਅਗਰ ਚਾਰਟਰਡ ਕੰਪਨੀ ਮੰਨ ਜਾਂਦੀ ਹੈ, ਪਲੇਨ ਸਪੇਅਰ ਕਰ ਸਕਦੀ ਹੈ, ਅਸੀਂ ਉਹਨਾਂ ਨੂੰ ਪਹਿਲਾਂ ਇਨਫੋਰਮ ਕਰਨਾ ਪੈਂਦਾ ਤੇ ਅਸੀਂ ਕਰ ਲਾਂਗੇ ਉਹ, ਬਿਕੋਜ਼ ਉਹ ਵੀ ਇਹੀ ਕਹਿ ਸੀ, ਕਹਿੰਦੇ ਅਸੀਂ ਵੀ ਲੱਗੇ ਹੋਏ ਹਾਂ ਫਲਾਈਟਸ ਦਾ ਆਰਗਨਾਈਜ਼ ਕਰਨ, ਕਈ ਚੀਜ਼ਾਂ ਚੱਲ ਰਹੀਆਂ, ਤੇ ਉਹਨਾਂ ਨੇ ਮੇਰੇ ਤੋਂ ਵੀ ਇਨਫੈਕਟ ਪੁੱਛਿਆ, ਕਹਿੰਦੇ ਅਗਰ ਤੁਸੀਂ ਕੁਛ ਬੰਦੇ ਜਿਵੇਂ ਅਸੀਂ ਦਿੱਲੀ ਤੋਂ ਫਲਾਈਟ ਚਲਾਉਣੀ ਹੈ ਪੰਜਾਬ 'ਚ, ਅਗਰ ਕੋਈ ਦਿੱਲੀ ਆਉਣਾ ਚਾਹੁੰਦਾ ਤੁਸੀਂ ਲੋਕਲ ਟਰਾਂਸਪੋਰਟ ਤੁਹਾਨੂੰ ਸਭ ਆਰਗਨਾਈਜ਼ ਕਰਾ ਦੂੰਗੇ, ਮੈਂ ਕਿਹਾ ਜੀ ਬਿਲਕੁਲ ਕਰਾ ਦੂੰਗਾ, ਲੋਕਲ ਟਰਾਂਸਪੋਰਟ ਲੋਜਿਸਟਿਕ ਜਿਹੜਾ ਹੈ ਤੁਹਾਨੂੰ ਵਰਕਆਊਟ ਕਰਕੇ ਦੇ ਦਾਂਗਾ। ਸੋ ਹੁਣ ਅਸੀਂ ਮਿਊਚੁਅਲੀ, ਪਹਿਲਾਂ ਤਾਂ ਇਹ ਅਸੀਂ ਅਲੱਗ ਅਲੱਗ ਦਿਸ਼ਾਵਾਂ ਨੂੰ ਚੱਲ ਰਹੇ ਸੀ ਕੰਮ, ਹੁਣ ਅਸੀਂ ਇਕੱਠੇ ਹੋ ਕੇ ਲੱਗੇ ਹੋਏ ਹਾਂ ਪੂਰੇ ਜ਼ੋਰ ਨਾਲ ਇਸ ਚੀਜ਼ 'ਤੇ ਕੰਮ ਕਰਨ ਲਈ, ਤੇ ਮੈਨੂੰ ਲੱਗਦਾ ਰਿਜ਼ਲਟ ਬੜਾ ਛੇਤੀ ਹੀ ਆਏਗਾ, ਤੇ ਅਸੀਂ ਸਟੈਪ ਵਾਈਜ਼ ਤੁਹਾਨੂੰ ਇਨਫੋਰਮੇਸ਼ਨ ਵੀ ਦਿੰਦੇ ਰਹਾਂਗੇ ਕਿ ਵੀ ਕੀ ਚੀਜ਼ ਚੱਲ ਰਹੀ ਹੈ, ਰੈਗੂਲਰਲੀ ਤੁਹਾਨੂੰ ਅਸੀਂ ਇਨਫੋਰਮ ਕਰਦੇ ਰਹਾਂਗੇ ਜੀ। ਬਸ ਠੀਕ ਹੈ ਜੀ, ਕੱਲ ਨੂੰ ਫੇਰ ਆਪਾਂ ਇਸੇ ਸਮੇਂ ਗੱਲਬਾਤ ਕਰਾਂਗੇ ਵੀ ਲੇਟੈਸਟ ਹੋ ਚੁੱਕੀ ਆ। ਧੰਨਵਾਦ ਹੈ ਤੁਹਾਡਾ, ਫੇਰ ਮੈਂ ਕਿਉਂਕਿ ਤੁਸੀਂ ਉੱਥੇ ਬੈਠੇ ਹੋ, ਸਾਰਾ ਕੰਮ ਤੁਹਾਡਾ ਠੱਪ ਹੋਇਆ ਪਿਆ ਮੈਨੂੰ ਪਤਾ ਹੈ, ਇਸ ਤੇ ਕੰਮ ਦਿਨ ਰਾਤ ਚੱਲ ਰਿਹਾ, ਤੇ ਮੈਂ ਦਿਲੋਂ ਇਸ ਗੱਲ ਦਾ ਸਤਿਕਾਰ ਕਰਦਾ ਤੇ ਮੈਂ ਮਹਿਸੂਸ ਵੀ ਕਰਦਾ ਇਸ ਗੱਲ ਦਾ, ਮੈਨੂੰ ਨਿੱਜੀ ਤੌਰ ਤੇ ਬਹੁਤ ਦੁੱਖ ਹੈ ਜਿਹੜਾ ਕੱਲ ਟੋਰਾਂਟੋ ਦੇ ਇੱਕ ਰੇਡੀਓ ਨੇ ਤੁਹਾਨੂੰ ਲਿਆ ਕੇ ਸਡਨ ਤੇ ਬੰਦੇ
ਨਾਲ ਦੇ ਕਾਲਰ ਸੈੱਟ ਕਰਕੇ ਕੋਈ ਕੈਲੀਫੋਰਨੀਆ ਤੇ ਕੋਈ ਇੱਥੋਂ ਜਿਹੜਾ ਅਟੈਕ ਤੁਹਾਡੇ ਤੇ ਉਹਨਾਂ ਨੇ ਕੀਤਾ ਤੇ ਸ਼ਬਦਾਵਲੀ ਗੰਦੀ ਜਿਹੀ ਵਰਤੀ ਆ ਉਹਦੇ ਲਈ ਮੈਂ ਮਾਫ਼ੀ ਮੰਗਦਾ ਪਰ ਕਿਉਂਕਿ ਤੁਹਾਨੂੰ ਪਤਾ ਨੀ ਤੁਹਾਨੂੰ ਤੁਸੀਂ ਇੱਕ ਸਰਵ ਕਰ ਰਹੇ ਹੋ ਇੱਥੇ ਮੀਡੀਆ ਦਾ ਕੋਈ ਬੰਦਾ ਤੁਹਾਨੂੰ ਫੋਨ ਕਰੇ ਤੁਸੀਂ ਆ ਕੇ ਗੱਲ ਕਰਦੇ ਪਰ ਜਦ ਟ੍ਰੈਪ ਕੀਤਾ ਜਾਂਦਾ ਇੱਕ ਹੋਸਟ ਵੱਲੋਂ ਉਹ ਬਹੁਤ ਮਾੜੀ ਕੱਲ ਦੀ ਘਟਨਾ ਹੋਈ ਹੈ ਜੀ ਸਾਰੇ ਇਸ ਗੱਲ ਤੇ ਦੁੱਖ ਵੀ ਮਹਿਸੂਸ ਕਰ ਰਹੇ ਨੇ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹ ਰੇਡੀਓ ਸ਼ੋਅ ਵਾਲਾ ਫਿਰ ਜਿਹੜੀ ਉਹਨਾਂ ਨੇ ਕੋਈ ਦੋ ਤਿੰਨ ਚੀਜ਼ਾਂ ਗਲਤ ਬੋਲੀਆਂ ਕਿ ਮੈਂ ਡਰੰਕ ਹੈ ਮੈਂ ਪਹਿਲੀ ਗੱਲ ਤਾਂ ਡਰਿੰਕ ਕਰਦਾ ਨਹੀਂ ਜੀ ਤਾਂ ਮੈਨੂੰ ਡਰੰਕ ਕਹਿਣਾ ਬੜਾ ਅਜੀਬ ਜਿਹਾ ਲੱਗਿਆ ਮੈਨੂੰ ਮੈਨੂੰ ਇੱਥੇ ਵੀ ਜਿਹੜੇ ਪੰਜਾਬ 'ਚ ਫਸੇ ਹੋਏ ਆ ਉਹ ਵੀ ਸਿਟੀਜ਼ਨਸ ਕਹਿੰਦੇ ਸਿੱਧੂ ਸਾਹਿਬ ਸਾਨੂੰ ਬੜਾ ਬੁਰਾ ਲੱਗਿਆ ਕਿਸੇ ਨੇ ਤੁਹਾਨੂੰ ਬੋਲਿਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਇਹ ਸਭ ਦੀ ਆਪਣੀ ਸੋਚ ਹੈ ਮੈਂ ਕਿਹਾ ਉਹਨਾਂ ਦੀ ਜਿੱਥੇ ਤੱਕ ਸੋਚ ਹੋਣੀ ਉਹਨਾਂ ਨੇ ਉਸ ਤਰ੍ਹਾਂ ਬੋਲਿਆ ਬਾਕੀ ਮੈਨੂੰ ਕੋਈ ਇਹੋ ਜਿਹੀ ਨਹੀਂ ਇਹ ਚੀਜ਼ਾਂ ਤਾਂ ਚੱਲਦੀਆਂ ਹੀ ਹੈ ਜੀ ਬਿਕੋਜ਼ ਉਹਨਾਂ ਨੇ ਸ਼ਾਇਦ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੋਣੀ ਆਪਣੇ ਲਈ ਤਾਂ ਦੇ ਆਰ ਮੋਸਟ ਵੈਲਕਮ ਟੂ ਟੇਕ ਦ ਕ੍ਰੈਡਿਟ ਅਸੀਂ ਉਹਨਾਂ ਦੀਆਂ ਫੋਟੋਆਂ ਖਿਚਵਾ ਦਾਂਗੇ ਜਹਾਜ਼ ਨਾਲ ਜਦੋਂ ਉੱਥੇ ਉਤਰੇਗਾ ਉਹ ਆਪਣੀ ਉੱਥੇ ਜਾ ਕੇ ਫੋਟੋਆਂ ਜ਼ਰੂਰ ਖਿਚਵਾ ਲੈਣ ਕਿ ਜੀ ਉਹਨਾਂ ਨੇ ਬੰਦੇ ਲਾ ਤੇ ਬਾਕੀ ਆਈ ਐਮ ਨੋਟ ਇੰਟਰਸਟਿਡ ਇਨ ਆਲ ਦਿਸ ਗਿਮਿਕਸ ਜੀ ਤੇ ਮੇਰੇ ਤੋਂ ਤਾਂ ਜੋ ਬਣ ਸਕਦਾ ਮੈਂ ਹਾਲੀ ਵੀ ਕਰਾਂਗਾ ਤੇ ਕਰਦਾ ਰਹਾਂਗਾ ਜੀ ਧੰਨਵਾਦ ਜੀ ਸਿੱਧੂ ਸਾਹਿਬ ਆਪਣਾ ਖਿਆਲ ਰੱਖਿਓ ਤੇ ਬਹੁਤ ਪ੍ਰੈਸ਼ਰ ਮਾਊਂਟ ਹੋਣਾ ਹੁਣ ਤੇ ਖਿਆਲ ਰੱਖੋ ਆਪਣਾ ਥੈਂਕ ਯੂ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਓਕੇ ਸੋ ਇਹ ਸਿੱਧੂ ਜੀ ਸੀ ਜੀ ਇਹ ਸਭ ਜਿਹੜਾ ਮੇਰੇ ਖਿਆਲ ਲਈ ਪਿਛਲੇ ਆਪਾਂ ਦੱਸਾਂ ਜਦ ਤੋਂ ਇਹ ਗੱਲ 31 ਮਾਰਚ ਤੋਂ ਪਹਿਲੇ ਦਿਨ ਉਹ ਆਏ ਨੇ ਐਵਰੀ ਡੇ ਉਹ ਗੱਲ ਕਰਦੇ ਨੇ ਆਪਣੇ ਨਾਲ 10-15 ਦਿਨ ਸੁਣਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਬੰਦੇ ਦੀ ਟੋਨ ਤੋਂ ਪਤਾ ਲੱਗ ਜਾਂਦਾ ਕਿ ਕਿਹੜੇ ਉਹ ਕਿਹੜੀ ਵੇਵ ਲੈਂਥ ਤੇ ਬੋਲਦਾ ਮੈਂ ਸਭ ਤੋਂ ਵੱਧ ਸਾਡੇ ਉਹ ਮਿੱਤਰ ਨੇ ਨਿੱਜੀ ਪਰ ਆਹ ਹੁਣ ਜਿਹੜਾ ਮੈਂ ਕੰਮ ਆਪਾਂ ਵਿਢਿਆ ਹੋਇਆ ਲੋਕਾਂ ਸੇਵਾ ਲਈ ਵਿਢਿਆ ਹੋਇਆ ਤੇ ਇਹਦੇ 'ਚ ਮੈਂ ਕੋਈ ਓਹਲਾ ਨਹੀਂ ਰੱਖਣਾ ਚਾਹੁੰਦਾ ਵੀ ਕੋਈ ਗੱਲ ਉਹਨਾਂ ਨੂੰ ਨਾ ਪੁੱਛਾਂ ਜਿਹੜੀ ਤੁਸੀਂ ਨਹੀਂ ਪੁੱਛ ਇਹ ਗੱਲ ਆਈ ਸੀ ਕਿ ਲੋਕਾਂ ਦੀ ਇਨਫੋਰਮੇਸ਼ਨ ਜਿਹੜੀ ਕੱਲ੍ਹ ਟੋਰਾਂਟੋ ਗੱਲ ਹੋਈ ਆ ਇਹੀ ਹੋਈ ਆ ਤੁਸੀਂ ਕੌਣ ਹੋ ਤੂੰ ਕੌਣ ਹੈ ਇਸ ਦੀ ਤੂੰ ਤੇ ਤੁਸੀਂ ਤੇ ਸ਼ਰਾਬੀ ਕਬਾਬੀ ਜਿਹੜਾ ਤੁਸੀਂ ਬੁਲਵਾਉਂਦੇ ਹੋ ਲੋਕਾਂ ਤੋਂ ਕੁਛ ਪਤਾ ਹੋਣਾ ਚਾਹੀਦਾ ਯਾਰ ਵੀ ਮੈਂ ਕੀ ਗੱਲ ਕਰ ਮੋਰਓਵਰ ਗਲਤ ਇਨਫੋਰਮੇਸ਼ਨ ਉੱਤੇ ਦਿੱਤੀ ਗਈ ਇੱਕ ਅਮਰੀਕਨ ਬੰਦਾ ਕੈਲੀਫੋਰਨੀਆ ਦਾ ਜਾ ਕੇ ਨਾਲ ਉਹ ਕਹਿ ਰਿਹਾ ਜੀ 2800 ਅਮਰੀਕਨ ਡਾਲਰਾਂ ਦੇ ਵਿੱਚ ਸੈਨ ਫਰਾਂਸਿਸਕੋ ਫਲਾਈਟ ਉਤਰੀ ਆ 4000 ਕੈਨੇਡੀਅਨ ਹੋ ਗਿਆ 2800 ਕਿਵੇਂ ਵੱਧਦਾ ਫਿਰ ਕੈਨੇਡਾ ਕੈਲੀਫੋਰਨੀਆ ਵਾਲੇ ਦਾ ਬੰਦੇ ਦਾ ਹੀ ਹੈਵ ਨਥਿੰਗ ਟੂ ਡੂ ਵਿਦ ਦਿਸ ਬਿਜ਼ਨਸ ਨੰਬਰ ਦੋ ਇੱਥੇ ਵੀ ਆ ਕੇ ਸਾਡੇ ਰੇਡੀਓਆਂ ਤੇ ਵੀ ਉਹ ਇੱਧਰ ਉੱਧਰ ਬੋਲਦਾ ਫਿਰ ਉਹਦੇ 'ਚ ਗਲਤੀ ਇਹ ਬਿਲਕੁਲ ਅਮੈਰੀਕਨ ਗਵਰਨਮੈਂਟ ਨੇ ਕਿਸੇ ਤੋਂ ਪੈਸਾ ਨਹੀਂ ਲਿਆ ਉਹ ਕਹਿੰਦੇ ਪਹਿਲਾਂ ਚੱਲੋ ਫਿਰ ਅਸੀਂ ਤੁਹਾਤੋਂ ਲਵਾਂਗੇ 2018-1900 ਇਹ ਮੈਨੂੰ ਰੇਡੀਓ ਜਿਹੜਾ ਆਪਣਾ ਰੇਡੀਓ ਪੰਜਾਬੀ ਜਿਹੜਾ USA ਸਟਾਰ ਖਾਲਸਾ ਜੀ ਨੇ ਦੱਸੀ ਹਰਜੋਤ ਸਿੰਘ ਹੋਣਾ ਨੇ ਤੇ ਬੰਦੇ ਇੱਥੇ ਉਤਰੇ ਆਏ ਕੋਈ $1700-1800 ਖਰਚ ਤੁਸੀਂ ਦੇਖੋ ਵੀ ਕਿੱਥੇ ਟੋਰਾਂਟੋ ਕਿੱਥੇ ਕੈਲੀਫੋਰਨੀਆ ਕਿੱਥੇ ਫੋਨ ਹੋ ਰਿਹਾ ਔਰ ਇੱਥੋਂ ਵੀ ਕਾਲਰ ਸਰੀ ਦੇ ਕਾਲਰ ਉਹਨਾਂ ਨੇ ਵੀ ਫੋਨ ਕੀਤਾ ਓਏ ਜੀ ਸਭ ਕੋ ਗੱਲ ਕੋਈ ਸਭ ਕੋ ਫਰਾਡ ਹੈ ਇਹ ਸਾਡੇ ਇੱਕ MP ਨੂੰ ਬਦਨਾਮ ਕਰਨ ਲਈ ਸਭ ਕੁਛ ਹੋ ਰਿਹਾ ਤੁਸੀਂ ਦੇਖੋ 5 ਲੱਖ ਬੰਦਾ 2.5-3 ਲੱਖ ਬੰਦਾ ਟੋਰਾਂਟੋ ਵੱਜਦਾ 2.5-3 ਲੱਖ ਮੇਰੇ 10 ਸਾਲਾਂ ਦੇ ਵਿੱਚ ਕਦੇ ਆਪਾਂ ਟੋਰਾਂਟੋ ਦੇ ਵਿਸ਼ੇ ਤੇ ਟਾਕ ਸ਼ੋ ਕੀਤਾ ਇੱਥੇ ਨਹੀਂ ਕਦੇ ਨਹੀਂ ਕੀਤਾ ਕਮਿਊਨਿਟੀ ਦੇ ਤੌਰ ਤੇ ਅਸੀਂ ਗੱਲ ਕਰਦੇ ਮੈਨੂੰ ਟੋਰਾਂਟੋ ਦੇ ਗਰਾਊਂਡ ਦਾ ਨਹੀਂ ਪਤਾ ਅਸੀਂ ਆਪਣੀ ਮੁਸ਼ਕਲ ਕਰਦੇ ਹਾਂ ਉੱਥੇ ਔਰ ਉਹ ਹੋਸਟ ਨੇ ਵੀ ਕਦੇ ਸਾਡੀ ਸਰੀ ਦੀ ਗੱਲ ਨਹੀਂ ਕੀਤੀ ਵੀ 1 ਘੰਟਾ ਟਾਕ ਸ਼ੋ ਕੀਤਾ ਪਲੈਨ ਕਰਕੇ ਸਿੱਧੂ ਉਹਨਾਂ ਨੂੰ ਏਅਰ ਤੇ ਲਿਆ ਕੇ ਕਾਲਾਂ ਖੋਲ ਕੇ ਤੇ ਫੋਨ ਕਰਾ ਕੇ ਆਲੇ ਦੁਆਲੇ ਐਨ ਬਣਾ ਕੇ ਧਰ ਕੇ ਜਿਵੇਂ ਜਦ ਮੀਡੀਆ ਕਰਦਾ ਜਿਵੇਂ ਜਦ ਮਾੜੀ ਤੇ ਆਉਂਦਾ ਇਸ ਤਰ੍ਹਾਂ ਇਹ ਚੋਂ ਕੀ ਖੱਟਿਆ ਕੀ ਇੱਕ ਬੰਨੇ ਤੁਸੀਂ ਸੁਲਾਹ ਮਾਰਦੇ ਫਿਰਦੇ ਹੋ ਗੱਲੇ ਕੋਈ ਨੀ ਅਸੀਂ ਨਾਲ ਹਾਂ ਤੇ ਇੱਕ ਬੰਨੇ ਤੁਸੀਂ ਜਿਹੜਾ ਟਾਕ ਸ਼ੋ ਆਰਗੇਨਾਈਜ਼ ਕਰ ਰਹੇ ਮਤਲਬ ਇਹ ਜਿਹੜਾ ਡਬਲ ਸਟੈਂਡਰਡ ਹੈ ਇਹ ਨਾ ਕਰੋ ਇਹ ਦੁਨੀਆ ਜਾਣਦੀ ਹੈ ਇੱਕ ਬੰਦਾ ਦਿਨ ਹਾਂ ਕੱਲ ਨੂੰ ਕੋਈ ਤੁਸੀਂ ਖੋਟ ਕੱਢਦੇ ਹੋ ਬਈ ਆਹ ਦੇਖੋ ਤੁਸੀਂ ਲੱਗੇ ਸੀ ਆਹ ਖੋਟ ਹੈ ਫਿਰ ਮੈਨੂੰ ਦੱਸਿਓ ਉਹਨੇ ਰਾ ਕੇ ਤੇ ਫਿਰ ਮੈਂ ਦੱਸੂ ਉਸਦਾ ਬਈ ਕੀ ਗੱਲ ਐਗਜੈਕਟਲੀ ਕੀ ਹੈ ਹੁਣ ਤੁਹਾਨੂੰ ਕੋਰਸਪੋਂਡੈਂਟ ਮੈਂ ਨਹੀਂ ਦਿਖਾ ਸਕਦਾ ਪਿਛਲੇ 15 ਦਿਨਾਂ ਦੀਆਂ ਈਮੇਲ ਜਿਹੜੀਆਂ ਨੇ ਮੇਰੇ ਅਸੀਂ ਸਾਡੀ ਟੀਮ ਦੇ ਵਿਚਕਾਰ ਹੋ ਕੀ ਰਿਹਾ ਕਿਉਂਕਿ ਤੁਹਾਨੂੰ ਹਲੇ ਉਸ ਚੀਜ਼ ਦਾ ਫਾਇਦਾ ਨਹੀਂ ਦੱਸਣ ਦਾ ਸਾਨੂੰ ਇਹ ਆ ਕਿ ਅਸੀਂ ਬੰਦੇ ਲੈ ਆਈਏ ਆਪਾਂ ਹੋਰ ਰੌਲਾ ਨਹੀਂ ਪਰ ਜਿਹੜਾ ਕੁਛ ਲੋਕਲ ਤੁਸੀਂ ਸੁਣ ਰਹੇ ਹੋ ਜਿਹੜਾ ਕੁਛ ਲੋਕਲ ਹੋ ਰਿਹਾ ਅਸੀਂ ਉਸ ਚੀਜ਼ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਮੈਂ ਕੱਲ੍ਹ ਵੀ ਕਿਹਾ ਸੀ ਜਾਂ ਪਰਸੋਂ ਕਿਸੇ ਨੂੰ ਮੈਂ ਕਿਹਾ ਮਰਜ਼ੀ ਅਗਲੇ ਦੀ ਜਿਹੜਾ ਕੁਛ ਮਰਜ਼ੀ ਕਰਨ ਉਹ ਮੇਰਾ ਕੰਮ ਹੈ 3 ਘੰਟੇ ਆਪਣੇ ਸ਼ੋਅ ਦੀ ਗੱਲ ਕਰਨੀ ਮੇਰੇ ਤੋਂ ਪਹਿਲਾਂ ਕੋਈ ਕਰਦਾ ਪਿੱਛੋਂ ਕੀ ਕਰਦਾ ਸਾਡਾ ਮਤਲਬ ਨਹੀਂ ਹੈ ਨਾ ਹੀ ਮੈਨੂੰ ਦੱਸਿਆ ਕਰੋ
ਜਿੱਥੇ ਕੋਈ ਗੱਲ ਕੋਈ ਠੀਕ ਨਹੀਂ ਲੱਗਦੀ ਉਹ ਉਸ ਜਗ੍ਹਾ ਤੇ ਜਾ ਕੇ ਉਸ ਸ਼ੋਅ ਤੇ ਜਾ ਕੇ ਕਰੈਕਟ ਕਰੋ, ਮੈਨੂੰ ਦੱਸ ਕੇ ਕੋਈ ਫਾਇਦਾ ਨਹੀਂ, ਮੈਨੂੰ ਦੱਸ ਕੇ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਹੋ ਤੁਸੀਂ, ਮੈਂ ਕੁਛ ਨਹੀਂ ਕਰਨਾ ਚਾਹੁੰਦਾ, ਮੈਂ ਬੋਲਾਂ ਕੱਲ ਨੂੰ ਜਵਾਬ ਦਊ ਪਰਸਨ ਨੂੰ, ਮੈਂ ਬੋਲਾਂ ਆਪਣੇ ਕੋਲ ਸਮਾਂ ਨਹੀਂ ਹੈ, ਆਪਣੇ ਕੋਲ ਬਹੁਤ ਕੁਝ ਕਰਨ ਲਈ ਹੈ। ਇਸ ਦੇ ਲਈ ਮੈਂ ਬੇਨਤੀ ਕਰਦਾ ਹਲੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਮੁਸ਼ਕਿਲ ਉੱਥੇ ਕੀ ਆ, 30 ਤਰੀਕ ਤੱਕ ਉਹਨਾਂ ਨੇ ਵਧਾ ਤਾ, ਗਰਮੀ 35 ਡਿਗਰੀ ਹੋਊਗੀ, ਭੂਰਾ ਭਰ ਜਵਾਕ ਨੇ ਉੱਥੇ ਘਰਾਂ ਦੇ ਵਿੱਚ, ਨਾ ਏਸੀ ਲੋਕਾਂ ਦੇ ਕੋਲ ਨੇ, ਨਾ ਉਹ ਗਰਮੀ ਲਈ ਤਿਆਰ ਨੇ, ਨਾ ਬਾਹਰ ਦੁਕਾਨਾਂ ਖੁੱਲੀਆਂ ਜਿੱਥੋਂ ਸਹੂਲਤ ਲੈ ਲੈਣ। ਮਹਿਸੂਸ ਕਰੋ ਵੀ ਹੈ ਕੀ, ਫਿਰ ਤੁਸੀਂ ਕਿਵੇਂ ਕਹੋਗੇ ਅਸੀਂ ਕਮਿਊਨਿਟੀ ਨੂੰ ਸਰਵ ਕਰਦੇ, ਜਾਂ ਤੁਸੀਂ ਇਹੋ ਜਿਹਾ ਕੁਛ, ਇੱਕ ਚੱਲ ਤਾਂ ਰਹੀ ਹੈ ਨਾ ਚੀਜ਼, ਜੇ ਉਹਦੇ ਵਿੱਚ ਮਦਦ ਨਹੀਂ ਕਰ ਸਕਦੇ ਤੁਸੀਂ ਉਹਦੇ ਥੱਲੇ ਇੱਟਾਂ ਕਾਹਨੂੰ ਸਿੱਟਦੇ ਹੋ, ਕੰਡੇ ਕਾਹਨੂੰ ਬੀਜਦੇ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਫਿਰ ਵੀ, ਹਲੇ ਜਦ ਤੱਕ ਬੰਦੇ ਘਰੇ ਨਹੀਂ ਆਉਂਦੇ ਇਹ ਫਾਈਨਲ ਨਹੀਂ, ਇਹ ਕਦੇ ਵੀ ਜਿਹੜੀ ਡੀਰੇਲ ਗੱਲ ਹੋ ਸਕਦੀ ਹੈ। ਹੁਣ ਤੱਕ ਇਹਨੂੰ ਬਚਾਉਂਦੇ ਆਇਆ, ਬਚਾਉਂਦੇ ਆਇਆ, ਬਚਾਉਂਦੇ ਆਇਆ, ਕੋਸ਼ਿਸ਼ ਹੈ ਕਿ ਗੁਰੂ ਪਾਤਸ਼ਾਹ ਕੰਡ ਤੇ ਹੱਥ ਰੱਖਣ, ਸਾਡਾ ਪਰਿਵਾਰ ਸਾਡੇ ਇੱਥੇ ਆ ਜਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਤੇ ਪੰਜਾਬ ਚੱਲਦੇ ਹਾਂ, ਸਰਦਾਰ ਜੌਹਲ ਨਾਲ ਗੱਲਬਾਤ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ, ਉੱਥੇ ਮੁਸ਼ਕਲ ਆ ਰਹੀ ਹੈ ਬਹੁਤ, ਜਿਹੜੀ ਉਹਨਾਂ ਨੇ ਉਹਨਾਂ ਦੀ ਸਟੋਰੀ ਜਿਹੜੀ ਉਹਨਾਂ ਦੀ ਜਿਹੜਾ ਪੀਸ ਅੱਜ CBC ਤੇ ਮੀਰਾ ਬੇਨਜ਼ ਉਹਨਾਂ ਨੇ ਛਾਪਿਆ ਕਿ ਕੀ ਹੋ ਰਿਹਾ। ਕਾਲਰ ਕੋਈ ਗੱਲਬਾਤ ਕਰਨੀ ਚਾਹੁੰਦੇ ਨੇ, ਮੈਂ ਪਹਿਲਾਂ ਬੇਨਤੀ ਕਰ ਦਵਾਂ ਕਿਸੇ ਵੀ ਸ਼ੋਅ ਦੀ, ਕਿਸੇ ਵੀ ਹੋਸਟ ਦੀ, ਕਿਸੇ ਵੀ ਰਾਜਨੀਤਿਕ ਬੰਦੇ ਦੀ ਮੇਰੇ ਪ੍ਰੋਗਰਾਮ ਤੇ ਗੱਲ ਨਹੀਂ ਕਰਨੀ। ਸਿੱਧੂ ਸਾਹਿਬ ਅਸੀਂ ਜਿਹੜੀ ਕੈਂਪੇਨ ਰਨ ਕਰ ਰਹੇ ਹਾਂ ਉਸ ਦੀ ਗੱਲ ਕਰਨੀ, ਬਿਲਕੁਲ ਨਹੀਂ ਗੱਲ ਕਰਨੀ ਅੱਜ ਵੀ ਗਾਂਹ ਨੂੰ ਵੀ। ਜਿੰਨੇ ਲੋਕ ਸੱਤ ਨੂੰ ਸੁਣਦੇ ਆ, ਹੱਥ ਬੰਨ੍ਹ ਕੇ ਬੇਨਤੀ ਹੈ ਕਿਸੇ ਸ਼ੋਅ ਦੀ, ਕਿਸੇ ਹੋਸਟ ਦੀ, ਕਿਸੇ ਪੋਲੀਟੀਕਲ ਲੀਡਰ ਦੀ, ਮੇਰੇ ਪ੍ਰੋਗਰਾਮ ਤੇ ਤੁਸੀਂ ਗੱਲ ਨਹੀਂ ਕਰਨੀ ਕੋਈ ਵੀ, ਬਿਲਕੁਲ ਤੁਸੀਂ ਗੱਲ ਕਰਨੀ ਹੈ ਜਨਰਲ ਕੈਟੇਗਰੀ ਦੀ ਤੇ ਪਾਲਿਸੀ ਦੀ ਕਰਨੀ। ਸਰ ਜਸਪਾਲ ਸਿੰਘ ਜੀ ਲਾਈਨ ਨੰਬਰ 2, ਸਰ ਜਗਮੇਲ ਸਿੰਘ ਖਾਲਸਾ ਜੀ ਲਾਈਨ ਨੰਬਰ 3। ਹਾਂਜੀ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਖਾਲਸਾ ਜੀ। ਜਿਸ ਸੱਜਣ ਨੇ ਵੀ ਇਹ ਲਫ਼ਜ਼ ਵਰਤੇ ਨੇ ਉਹਨੇ ਚੰਗਾ ਨਹੀਂ ਕੀਤਾ, ਕਿਉਂਕਿ ਤੁਹਾਨੂੰ ਥੁੱਕਿਆ ਮੂੰਹ ਤੇ ਪਏਗਾ, ਇਹਨੂੰ ਮੂਰਖਤਾ ਹੀ ਹੋਰ ਹੋ ਨਹੀਂ ਸਕਦੀ, ਇੰਨਾ ਹੀ ਕਹਿਣਾ। ਥੈਂਕ ਯੂ, ਧੰਨਵਾਦ ਜੀ। ਸਰ ਕਰਨ ਸਿੰਘ ਜੀ ਲਾਈਨ ਨੰਬਰ 4। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਦੂਸਰਾ ਗਿੱਲ ਸਾਹਿਬ, ਤੁਸੀਂ ਕਹਿ ਦਿੱਤਾ ਹੈਗਾ ਖੁਦ ਇਹ ਗੱਲ, ਦੇਖੋ ਪ੍ਰੋਗਰਾਮ ਤੁਹਾਡਾ ਆਲ ਓਵਰ ਹੁਣ ਜੇ ਗਈ ਹੈ, ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ, ਚਾਹੇ ਪੰਜਾਬ ਆ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੈਗੇ ਆ, ਉੱਥੇ ਤੱਕ ਸੁਣਿਆ ਜਾਂਦਾ ਹੈਗਾ, ਔਰ ਹਰੇਕ ਇੰਡੀਵਿਜੁਅਲ ਦੇ ਆਪਣੇ ਆਪਣੇ ਵਿਊਜ਼ ਹੁੰਦੇ ਹੈਗੇ ਆ। ਬਿਲਕੁਲ ਗੱਲ ਤੁਹਾਡੀ ਠੀਕ ਆ, ਮੈਂ ਤਾਂ ਸਿਰਫ ਫੋਨ ਤਾਂ ਕੀਤਾ ਸੀਗਾ ਕਿ ਕੱਲ ਵੀ ਪਤਾ ਲੱਗਾ ਸੀਗਾ ਜਦੋਂ ਤੁਸੀਂ ਨੀਟੂ ਸਿੱਧੂ ਹੋਣਾ ਨਾਲ ਗੱਲ ਕੀਤੀ ਆ, ਮੈਂ ਤਾਂ ਸਿਰਫ ਫੋਨ ਗੱਲ ਸਾਹਿਬ ਤਾਂ ਹੀ ਕੀਤਾ ਕਿ ਧੰਨਵਾਦ ਆ ਇਹਨਾਂ ਦਾ, ਜਿਹੜੇ ਇਹਨਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਨਾਂ ਦਾ ਉਹ ਆਪਣਾ ਤਰੀਕਾ ਹੋ ਸਕਦਾ ਹੈਗਾ ਆ, ਬਟ ਜੋ ਸਮੇਂ ਦੇ ਨਾਲ ਉਹ ਤੁਹਾਡੇ ਪ੍ਰੋਗਰਾਮ ਤੇ ਆ ਕੇ ਗੱਲ ਕਰ ਰਹੇ ਆ ਔਰ ਆਪਣਾ ਯੋਗਦਾਨ ਆ ਜਿਹੜਾ ਇਸ ਵੇਲੇ, ਦੇਖੋ ਗਿੱਲ ਸਾਹਿਬ ਇਹਦੇ ਵਿੱਚ ਇਸ ਵੇਲੇ ਕੋਈ ਜਿਹੜਾ ਹੈਗਾ ਮਤਲਬ ਕਿ ਕੋਈ ਨੰਬਰ ਬਣਾਉਣ ਵਾਲੀ ਗੱਲ ਨਹੀਂ ਹੈਗੀ, ਇਸ ਵੇਲੇ ਤਰਾਸਦੀ ਆ ਜੀ ਇਹ ਜੰਗੀ ਪੱਧਰ ਦਾ, ਮਤਲਬ ਇਹ ਹੁੰਦਾ ਹੈਗਾ ਆ। ਹੁਣ ਆਪਾਂ ਪਹਿਲੀਆਂ ਐਗਜ਼ਾਮਪਲਾਂ ਦਿੰਦੇ ਹੈਗੇ ਬਹੁਤ ਆਪਣੇ ਰੇਡੀਓ ਦੇ ਉੱਤੇ ਆ ਕੇ ਵੀ, ਕਿ ਜੋਰਡਨ ਦੇ ਵਿੱਚੋਂ ਹਾਰਪਰ ਗਵਰਨਮੈਂਟ ਇੱਦਾਂ ਦਾ ਕੱਢ ਕੇ ਲਿਆਈ ਸੀ। ਗਿੱਲ ਸਾਹਿਬ ਅੱਜ ਜਿਹੜੀ ਸਿਚੁਏਸ਼ਨ ਇਹ ਹੋਈ ਵਾ ਕਿ ਇਨਸਾਨ ਹੀ ਇਨਸਾਨ ਤੋਂ ਡਰ ਰਿਹਾ ਹੈਗਾ, ਗੱਲ ਤਾਂ ਇਹ ਹੋਈ ਹੋ ਨਾ, ਸਭ ਤੋਂ ਵੱਡਾ ਤਾਂ ਪ੍ਰੋਬਲਮ ਇਹ ਹੋਈ ਹੋ ਆ। ਤੁਸੀਂ ਦੇਖੋ ਕਿ ਕਿਹੜੇ ਕਿਹੜੇ ਵੱਡੇ ਜਿਹੜੇ ਸੀਗੇ ਅਫਸਰ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਪਤਾ ਨਹੀਂ ਕੀ ਸੁੱਖ ਸਹੂਲਤਾਂ ਦਿੱਤੀਆਂ ਹੋਣਗੀਆਂ, ਉਹਨਾਂ ਦੀ ਡੈਡ ਬਾਡੀ ਦਾ ਅੰਤਮ ਸੰਸਕਾਰ ਵੀ ਨਹੀਂ ਪਰਿਵਾਰ ਦੇ ਮੈਂਬਰਾਂ ਨੇ ਕੀਤਾ ਹੈਗਾ, ਪੜ੍ਹੇ ਲਿਖੇ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ। ਸੋ ਇਸ ਤੋਂ ਵੱਡਾ ਤਰਾਸਦੀ ਆਪਾਂ ਕਹਿ ਸਕਦੇ ਹਾਂ, ਡਰ ਵੀ ਕਹਿ ਸਕਦੇ ਹਾਂ, ਔਰ ਦੂਸਰੇ ਜਣੇ ਦੇ ਵਿੱਚ ਗਲਤੀ ਕਰਨੀ ਬਹੁਤ ਸਖਾਲੀ ਹੁੰਦੀ ਹੈ, ਜੇ ਆਪਣੇ ਨਾਲ ਇਹੋ ਜਿਹਾ ਹੋਵੇ ਸ਼ਾਇਦ ਪਤਾ ਨਹੀਂ ਅਸੀਂ ਵੀ ਕਿੰਨੇ ਕੁ ਖੁਸ਼ਦਿਲ ਹੋਵਾਂਗੇ, ਹੈ ਨਾ ਜੀ। ਸੋ ਇੱਕ ਤਾਂ ਇਹ ਸਿਚੁਏਸ਼ਨ ਹੈਗੀ ਆ, ਔਰ ਦੂਸਰਾ ਦੇਖੋ ਜੋ ਕੈਨੇਡਾ ਗਵਰਨਮੈਂਟ ਕਰ ਰਹੀ ਹੈਗੀ ਆ, ਗੱਲ ਤਾਂ ਇਹ ਆ, ਮੈਂ ਵੈਸੇ ਜੇ ਸੋਚਾਂ ਹੈ ਨਾ ਕਿ ਜਦੋਂ ਇੱਦਾਂ ਦੇ ਮੌਕੇ ਹੁੰਦੇ ਨਾ ਗਿੱਲ ਸਾਹਿਬ, ਜਿਹੜੇ ਇਹ ਵੱਡੇ ਵੱਡੇ ਜਿਹੜੇ ਕਾਰਪੋਰੇਟਰ ਆ, ਇਹ ਹਮੇਸ਼ਾ ਹੀ ਫਾਇਦਾ ਲੈ ਕੇ ਜਾਂਦੇ ਇਹਦੇ ਵਿੱਚੋਂ, ਚਾਹੇ ਏਅਰ ਕੈਨੇਡਾ ਹੋਵੇ, ਚਾਹੇ ਬੋਇੰਗ ਹੋਵੇ, ਚਾਹੇ ਉਹ ਜਿਹੜੀ ਉੱਥੇ ਮੋਂਟਰੀਅਲ ਦੇ ਵਿੱਚ ਕੰਪਨੀ ਹੈ, ਬੰਬਾਰਡੀਅਰ ਆ ਜਿਹੜੀ, ਜਾਂ ਕੀ ਹੈਗੇ ਆ ਨਾ ਜੀ, GM ਹੋ ਗਿਆ, ਜਨਰਲ ਮੋਟਰ ਹੋ ਗਿਆ, ਜਾਂ ਹੋਰ ਹੋ ਗਿਆ। ਸੋ ਵੱਡੇ ਵੱਡੇ ਅੰਬਾਨੀ ਅਡਾਨੀ ਜਿਹੜੇ ਮਰਜ਼ੀ ਨਾਂ ਲੈ ਲਈਏ, ਸਾਰੇ ਹੀ ਲੋਕੀ ਜਿਹੜੇ ਹੈਗੇ ਆ ਜਿਹੜੇ ਕਾਰਪੋਰੇਟਰ ਆ ਜੀ, ਇਹਨਾਂ ਨੇ ਗਵਰਨਮੈਂਟਾਂ ਨੂੰ ਉਸ ਵੇਲੇ ਐਕਸਪਲਾਇਟ ਕਰਕੇ, ਹੁਣ ਏਅਰ ਇੰਡੀਆ ਏਅਰ ਕੈਨੇਡਾ ਜੇ ਆਪਣੇ ਉਹ ਬੁਲਾ ਰਿਹਾ ਹੈਗਾ ਮੁਲਾਜ਼ਮ, ਸਾਰੇ ਬੈਗ
ਉਹਦੇ ਪਿੱਛੇ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਮਿਸਟਰ ਜੱਟ ਨੇ ਵੀ ਕਹਿ ਦਿੱਤਾ ਆ। ਸੋ ਮਤਲਬ ਇਹ ਆ ਕਿ 75% ਗਵਰਨਮੈਂਟ ਦਊਗੀ, ਤਕਰੀਬਨ 25% ਜਿਹੜਾ ਹੈਗਾ ਉਹਨਾਂ ਨੂੰ ਦੇਣਾ ਪਊਗਾ। ਸੋ ਅਗਲਾ ਮਤਲਬ ਇਹਦੇ ਵਿੱਚ ਪਿੱਛੇ ਬਹੁਤ ਹਿਡਨ ਏਜੰਡੇ ਹੁੰਦੇ ਆ ਜੀ। ਔਰ ਜਿਹੜੇ ਇਹ ਇੰਨੀ ਕੋਸਟ ਆਈ ਜਾਂ ਕੁਛ ਵੀ ਆਈ ਹੈਗੀ ਆ, ਇਹਦੇ ਵਿੱਚ ਮੈਨੂੰ ਲੱਗਦਾ ਸੀਗਾ, ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਤਾਂ ਇਸ਼ੂ ਇਹ ਸੀਗਾ ਕਿ ਉਹਨਾਂ ਬੰਦਿਆਂ ਨੂੰ ਪੰਜਾਬ ਤੋਂ ਲੈ ਕੇ ਦਿੱਲੀ ਏਅਰਪੋਰਟ ਤੱਕ ਪਹੁੰਚਣਾ ਮੁਸ਼ਕਿਲ ਆ। ਤੁਸੀਂ ਸਿਰਫ ਗੱਲ ਇਹ ਕੀਤੀ ਸੀ ਪਹਿਲਾਂ ਕਿ ਉਹ ਬਹੁਤ ਜਿਹੜਾ ਸਫ਼ਰ ਹੈਗਾ ਆ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਉਹ ਸਟ੍ਰੈਸ ਭਰਪੂਰ ਹੋਣਾ ਆ। ਔਰ ਪੰਜਾਬ ਦੇ ਵਿੱਚ ਆਪਣਾ ਹਰਿਆਣੇ ਦੇ ਵਿੱਚ ਉਹਨਾਂ ਦਾ ਲੋਕਾਂ ਦਾ ਰਵੱਈਆ ਕੀ ਹੈਗਾ ਆ, ਤੇ ਕਈਆਂ ਨੇ ਦੱਸਿਆ ਹੈਗਾ ਕਿ ਐਮ ਐਲ ਏ ਆ ਜਿਹੜਾ ਉਹਨੂੰ ਵੀ ਉਹਨਾਂ ਨੇ ਭੁਪਿੰਦਰ ਸਾਹਿਬ ਦੇ ਬੇਟੇ ਨੂੰ ਮਤਲਬ ਕਿ ਹਰਿਆਣੇ ਦੇ ਵਿੱਚੋਂ ਵਾਪਸ ਮੋੜ ਦਿੱਤਾ, ਲੋਕੀ ਸੇਫ ਕਿੱਦਾਂ ਪਹੁੰਚਣਗੇ। ਹੋ ਸਕੇ ਤਾਂ ਫਲਾਈਟਾਂ ਸਾਡੇ ਅੰਮ੍ਰਿਤਸਰ ਤੋਂ ਜਾਂ ਮੋਹਾਲੀ ਚੰਡੀਗੜ੍ਹ ਤੋਂ ਆਪਣੇ ਜਿਹੜਾ ਪੰਜਾਬ ਦੇ ਏਅਰਪੋਰਟ ਹੈਗੇ ਉੱਥੋਂ ਚੱਲਣੀਆਂ ਚਾਹੀਦੀਆਂ। ਗੱਲ ਤਾਂ ਇੱਥੋਂ ਸ਼ੁਰੂ ਹੋਈ ਸੀਗੀ। ਬਾਕੀ ਮੇਰੀ ਬੇਨਤੀ ਇਹ ਵੀ ਹੈਗੀ, ਬਾਕੀ ਤੁਸੀਂ ਵੀ ਪਹਿਲਾਂ ਕਹਿ ਦਿੱਤਾ ਕਿ ਸਾਡੇ ਵੀ ਬਹੁਤ ਸਾਰੇ ਕਾਲਰ ਆ ਜਿਹੜੇ ਜਾਣ ਬੁੱਝ ਕੇ ਕਿਸੇ ਨੂੰ ਵੀ ਨਿਸ਼ਾਨੇ ਤੇ ਨਹੀਂ ਲੈਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੇ ਮੌਕੇ ਦੇ ਉੱਤੇ। ਔਰ ਗਿੱਲ ਸਾਹਿਬ ਪੋਲੀਟੀਸ਼ੀਅਨ ਹੈ, ਕੋਈ ਵੀ ਪੋਲੀਟੀਸ਼ੀਅਨ ਹੈ, ਚਾਹੇ ਮੈਂ ਆ ਚਾਹੇ ਕੋਈ ਵੀ ਆ, ਉਹਨੇ ਪੋਲੀਟਿਕਸ ਕਰਨੀ ਕਰਨੀ ਹੈ, ਮਨੁੱਖੀ ਸੁਭਾਅ ਦਾ ਇੱਕ ਹਿੱਸਾ ਆ। ਆਈ ਐਮ ਸੋਰੀ ਮੈਂ। ਔਰ ਦੂਸਰੀ ਗੱਲ ਹੁੰਦੀ ਹੈਗੀ ਕਿ ਤੁਸੀਂ ਕਿਸੇ ਨੂੰ ਵੀ ਜੇ ਨਿੰਦਿਆ ਵੀ ਕਰਨੀ ਹੈ ਨਾ ਜੀ ਕਿਸੇ ਦੀ ਵੀ, ਸ਼ਬਦਾਵਲੀ ਜਿਹੜੀ ਹੈਗੀ ਆ ਉਹ ਸਤਿਕਾਰਯੋਗ ਹੋਵੇ ਤਾਂ ਬਹੁਤ ਵਧੀਆ ਗੱਲ ਆ। ਔਰ ਦੂਸਰਾ ਇੱਕ ਮੈਂ ਇਹ ਬੇਨਤੀ ਕਰ ਦਵਾਂ, ਜੇ ਕਿਸੇ ਨੂੰ ਲੱਗ ਰਿਹਾ ਹੈਗਾ ਇਸ ਤਰ੍ਹਾਂ, ਜਿਹੜਾ ਤੁਹਾਡੀ ਨੁਕਤਾਚੀਨੀ ਕਰਦਾ, ਮੀਡੀਆ ਨੁਕਤਾਚੀਨੀ ਕਰਦਾ ਕਿਸੇ ਵੀ ਗਵਰਨਮੈਂਟ ਦੀ, ਕਿਸੇ ਵੀ ਸੰਸਥਾ ਦੀ, ਸਰਕਾਰ ਦੀ, ਉਹ ਸਮਝ ਲਓ ਤੁਹਾਡਾ ਬਹੁਤ ਅੱਛਾ ਦੋਸਤ ਆ। ਜਿਹੜਾ ਦੁਸ਼ਮਣ ਆ ਉਹ ਮੂੰਹ ਤੇ ਨਹੀਂ ਕੁਛ ਵੀ ਬੋਲਦਾ ਹੈਗਾ, ਉਹ ਪਿੱਠ ਪਿੱਛੇ ਆਪਣੀਆਂ ਚਾਲਾਂ ਚੱਲਦੇ ਹੈਗੇ, ਜਿਹੜੀਆਂ ਵੱਡ ਵੱਡੀਆਂ ਸਫਾਈ ਏਜੰਸੀਆਂ ਆਪਾਂ ਕਹਿ ਲਈਏ, ਸਾਹਮਣੇ ਗੱਲਾਂ ਕੁਛ ਹੋਰ ਹੁੰਦੀਆਂ, ਪਿੱਠ ਪਿੱਛੇ ਕੁਛ ਹੋਰ ਹੁੰਦੀਆਂ। ਸੋ ਜਿਹੜਾ ਮੀਡੀਆ ਹੈਗਾ ਆ, ਕੋਈ ਵੀ ਮੀਡੀਆ ਅਦਾਰਾ ਮੈਂ ਗੱਲ ਕਰ ਸਕਦਾ, ਮੈਂ ਆਪਣੀ ਨਹੀਂ ਗੱਲ ਕਰਦਾ ਹੈਗਾ, ਉਹ ਸ਼ੀਸ਼ਾ ਦਿਖਾਲਦਾ ਹੈਗਾ ਆ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਪਹੁੰਚਾਉਂਦਾ ਹੈਗਾ ਆ ਸਰਕਾਰਾਂ ਤੱਕ, ਗਵਰਨਮੈਂਟਾਂ ਤੱਕ। ਸੋ ਇਹਦੇ ਵਿੱਚ ਕਿਸੇ ਨੂੰ ਵੀ ਦੁੱਖ ਮਨਾਉਣ ਦੀ ਜ਼ਰੂਰਤ ਨਹੀਂ ਹੈਗੀ। ਔਰ ਬਾਕੀ ਗੱਲ ਸਾਹਿਬ ਜਿਹੜੇ ਤੁਸੀਂ ਤਹੀਆ ਕੀਤਾ ਹੋਇਆ, ਦੇਖੋ ਇਹ ਕੰਮ ਵਾਕਿਆ ਹੀ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਹੈਗਾ ਆ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਫਸੇ ਹੋਏ ਲੋਕੀ ਆ ਉਹ ਕੈਸ਼ ਤੋਂ ਤਾਂ ਆਊਟ ਹੋਏ ਹੋਏ ਆ ਪਹਿਲਾਂ ਹੀ, ਕਿਉਂਕਿ ਕੋਈ ਦੋ ਵੀਕਾਂ ਲਈ ਗਿਆ ਸੀ, ਕੋਈ ਇੱਕ ਮਹੀਨੇ ਲਈ ਗਿਆ ਸੀ, ਉਹ ਵਿਚਾਰੇ ਉੱਥੇ ਫਸ ਗਏ। ਜਦੋਂ ਐਮਰਜੈਂਸੀ ਵਾਲੇ ਹਾਲਾਤ ਹੋਣ ਦਾ ਜੀ, ਇੱਦਾਂ ਦੀ ਜਿਹੜੀ ਭਗਦੜ ਮਚ ਜਾਂਦੀ ਆ। ਤੁਸੀਂ ਜੋ ਕਰ ਰਹੇ ਆ, ਮੈਂ ਤਾਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਤਰੀਕਾ ਜਿਹੜਾ ਹੈਗਾ ਆ ਤੁਹਾਡਾ ਉਹ ਬਹੁਤ ਵਧੀਆ ਹੈਗਾ, ਔਰ ਲੋਕ ਭਲਾਈ ਵਾਲਾ ਹੈਗਾ, ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈਗਾ ਆ। ਔਰ ਜਦੋਂ ਕੋਈ ਚੰਗਾ ਕੰਮ ਕਰਦੇ ਆ ਗਿੱਲ ਸਾਹਿਬ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਤਾਂ ਮਿਹਣੇ ਸੁਣਨੇ ਪੈਂਦੇ ਆ, ਪਰ ਜਦੋਂ ਸਿੱਟਾ ਸਾਹਮਣੇ ਆਉਂਦਾ ਫਿਰ ਪਤਾ ਲੱਗਦਾ ਹੈਗਾ ਲੋਕਾਂ ਨੂੰ। ਫਿਰ ਵੀ ਮੈਂ ਬੇਨਤੀ ਹੁਣ ਤੁਹਾਡੇ ਥਰੂ ਥੋੜ੍ਹੀ ਜਿਹੀ ਕਿ ਸਾਡੇ ਜਿਹੜੇ ਐਨਡੀਪੀ ਦੇ ਲੀਡਰ ਆ ਨਾ, ਉਹਨਾਂ ਦੀ ਠੀਕ ਹੈ ਮੈਂ ਮੰਨ ਸਕਦਾ ਹਾਂ, ਬਟ ਉਹ ਵੀ ਆਪਣੇ ਤੌਰ ਦੇ ਉੱਤੇ ਕਿਉਂਕਿ ਇੱਕ ਫੈਡਰਲ ਪਾਰਟੀ ਦੇ ਲੀਡਰ ਆ, ਉਹ ਹਾਊਸ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਸਥਾਨ ਆ, ਸੋ ਉਹ ਵੀ ਆਪਣੇ ਵੱਲੋਂ ਕੁਛ ਮਾੜਾ ਮੋਟਾ ਹਿਲਜੁਲ ਦਿਖਾ ਲੈਣ। ਸੋ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਕਿ ਇਸ ਵੇਲੇ ਸਾਰਿਆਂ ਨੂੰ ਗਵਰਨਮੈਂਟਾਂ ਵਿਰੋਧੀ ਪਾਰਟੀਆਂ ਰਲ ਕੇ ਸਾਰਾ ਕੁਛ ਕਰ ਰਹੀਆਂ ਹੈਗੀਆਂ ਆ, ਬਹੁਤ ਵਧੀਆ ਗੱਲ ਹੈ ਜੀ ਇਹ। ਔਰ ਸ਼ਬਦਾਵਲੀ ਆਪਣੀ, ਔਰ ਜਿਹੜਾ ਤੁਸੀਂ ਦੱਸਿਆ ਹੈਗਾ ਕਿ ਸਿੱਧੂ ਸਾਹਿਬ ਨੂੰ ਟੋਰਾਂਟੋ ਦੇ ਵਿੱਚ, ਮੈਂ ਦੇਖੋ ਉਸ ਇਨਸਾਨ ਦਾ ਸਾਰਿਆਂ ਨੂੰ ਪਤਾ ਹੈਗਾ ਆ, ਅਸੀਂ ਉਹ ਬਹੁਤ ਅੱਜ ਤੋਂ 20-25 ਸਾਲ ਤੋਂ ਜਾਣਦੇ ਹਾਂ। ਉਹ ਝੋਟੇ ਚੋਣੇ ਵਾਲੇ ਬੰਦਿਆਂ ਦੀ ਕੈਟਾਗਰੀ ਚੋਂ ਆ, ਮੈਂ ਹੁਣ ਜੇ ਤੁਹਾਨੂੰ ਸਿੱਧਾ ਕਹਾਂ ਤਾਂ ਰਾਮ ਮਲੀਆ ਸਾਹਿਬ ਦੀ ਕੈਟਾਗਰੀ ਵਿੱਚੋਂ ਆ ਉਹ, ਤਾਂ ਉਹਦੀ ਕੀ ਉਹ ਗੱਲ ਦਾ ਕੋਈ ਐਡਾ ਵੱਡਾ ਪ੍ਰਭਾਵ ਨਹੀਂ ਪੈਂਦਾ ਹੈਗਾ। ਹਾਂ ਐਂਟਰਟੇਨਮੈਂਟ ਬਹੁਤ ਵਧੀਆ ਕਰਦੇ ਆ ਆਪਣੇ ਸ਼ੋਅ ਦੇ ਵਿੱਚ, ਔਰ ਲੋਕੀ ਉਹਨਾਂ ਨੂੰ ਸੁਣਦੇ ਵੀ ਤਾਂ ਹੀ ਆ ਜ਼ਿਆਦਾ। ਕੋਈ ਇਹ ਨਹੀਂ ਹੈਗਾ ਕਿ ਉਹ ਕੋਈ ਲਾਹੀ ਬਾਣੀ ਆ ਜਾਂ ਕੋਈ ਰੱਬੀ ਬਾਣੀ ਉਹਨੇ ਕਹਿ ਦਿੱਤੀ ਆ ਵੀ ਉਹੀ ਗੱਲ ਟੱਲ ਹੋ ਜਾਣੀ ਹੈਗੀ ਆ। ਦੈਟਸ ਆਲ ਗਿੱਲ ਸਾਹਿਬ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਬਾਈ ਜੀ, ਥੈਂਕ ਯੂ, ਥੈਂਕ ਯੂ। ਸਰ ਅਮਰਜੀਤ ਸਿੰਘ ਜੀ ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਗਿੱਲ ਸਾਹਿਬ ਇੱਦਾਂ ਹੈ ਜੀ ਕਿ ਇੱਦਾਂ ਲੱਗ ਰਿਹਾ ਕਿ ਜਿਹੜਾ ਜਿੱਦਾਂ ਜਿਹੜਾ ਵਾਇਰਸ ਤਾਂ ਆਇਆ, ਇੱਕ ਹੋਰ ਵਾਇਰਸ ਆ ਗਿਆ ਇੱਥੇ ਆਪਣੇ ਲੋਕਾਂ ਦੇ ਵਿੱਚ, ਉਹ ਹਰਜੀਤ ਸਿੰਘ ਗਿੱਲ ਦੇ ਨਾਂ ਦਾ ਆ ਗਿਆ ਜੀ। ਕਿ ਮੀਡੀਆ ਵਾਲੇ ਕੀ ਸਵੇਰੇ ਸ਼ੁਰੂ ਹੋ ਜਾਂਦੇ ਆ, ਰਾਤ ਤੱਕ ਜੀ ਇਹੀ ਗੱਲਾਂ ਚੱਲੀ ਜਾਂਦੀਆਂ ਤੁਹਾਡੇ ਬਾਰੇ। ਬੜੀ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਆ ਵੀ ਇੰਨੀ ਚਰਚਾ ਬੰਦੇ ਦੇ ਵਿੱਚ, ਕੋਈ ਗੱਲ ਤਾਂ ਹੋਊਗੀ ਕਿ ਤਦੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਧਰੀ ਚੜਦੇ ਆ ਜੀ, ਉਹ ਏਦਾਂ ਕਰਦੇ। ਤੁਹਾਡੇ ਤੇ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਆ। ਜਿੱਦਾਂ ਵੀ ਤੁਸੀਂ ਜੀ ਪਹਿਲਾਂ ਤੋਂ ਚੱਕਦੇ ਰਹੇ ਕਮਿਊਨਿਟੀ ਦੇ ਮਸਲੇ, ਜਿਹੜੇ ਬੰਦੇ ਹੁਣ ਕਹਿੰਦੇ ਆ ਕਿ ਇਹ ਪੋਲੀਟਿਕਸ ਹੋ ਰਹੀ ਆ, ਜਿਹੜੇ 2017 ਦੇ ਵਿੱਚ ਮੇਰੀ ਸਿਸਟਰ ਨੈਣੀ ਦੇ ਕੇਸ ਲਈ ਉਹਨੇ ਕੀਤਾ ਸੀ ਅਪਲਾਈ, ਉਸ ਵੇਲੇ ਪੀ ਆਰ ਨਹੀਂ ਹੋ ਰਹੀ ਸੀ, ਤੁਸੀਂ ਦੋ ਪ੍ਰੋਗਰਾਮ ਕੀਤੇ ਸੀ ਬੈਕ ਟੂ ਬੈਕ, ਤਾਂ ਉਸ ਵੇਲੇ ਕਿਹੜੀ ਪੋਲੀਟਿਕਸ ਸੀ ਤੁਸੀਂ, ਉਸ ਵੇਲੇ ਕਿਹੜੇ ਵੋਟਾਂ 'ਚ ਖੜੇ ਸੀ? ਇਹ ਤਾਂ ਜੀ ਕੁਛ ਬੰਦਿਆਂ ਦੇ ਦਿਲ 'ਚ ਹੁੰਦਾ ਕਿ ਕਮਿਊਨਿਟੀ ਲਈ ਕੁਛ ਕਰਨਾ ਹੈ, ਤੇ ਉਹ ਕਰਦੇ ਆ ਜੀ। ਬਾਕੀ ਬੰਦਿਆਂ ਨੇ ਤਾਂ ਬੋਲਣਾ ਹੁੰਦਾ, ਹਰੇਕ ਬੰਦੇ ਨੇ ਨਗੋਚਾਂ ਕੱਢਣੀਆਂ ਹੁੰਦੀਆਂ ਜੀ। ਕੋਈ ਨਾ, ਮਹਾਰਾਜ ਚੜ੍ਹਦੀ ਕਲਾ ਰੱਖੇ ਜੀ। ਅੱਜ ਕੋਈ ਨਾ, ਧੰਨਵਾਦ, ਵੀਲ ਡੂ ਬੈਸਟ ਬਾਈ ਜੀ। ਕੋਈ ਨਾ, ਇਹ ਇਸ਼ੂ ਨਹੀਂ ਹੈ ਮੈਨੂੰ ਕੋਈ, ਮੈਂ
ਸ਼ੁਰੂ ਸ਼ੁਰੂ ਚ ਮੈਨੂੰ ਇਹ ਗੱਲ ਤੰਗ ਕਰਦੀ ਸੀ, ਬਾਦਰ ਕਰਦੀ ਸੀ ਕਿ ਮੈਨੂੰ ਕੋਈ ਕਹਿੰਦਾ। ਫਿਰ ਹੁਣ ਗੱਲ ਇਹ ਆ ਵੀ ਕਿਸੇ ਕੋਲ ਮਾਈਕ, ਕਿਸੇ ਕੋਲ ਪੈਨ ਹੈ, ਉਹਦੇ ਕੋਲ ਉਹਦਾ ਕੰਟਰੋਲ ਹੈ, ਜਿਵੇਂ ਮੇਰੇ ਕੋਲ ਮੇਰਾ ਕੰਟਰੋਲ ਹੈ, ਇਸ ਤਰ੍ਹਾਂ ਹੀ ਕਿਸੇ ਕੋਲ ਆਪਣਾ ਅਗਲੇ ਦਾ ਕੰਟਰੋਲ ਆ, ਉਹਦੀ ਮਰਜ਼ੀ ਹੈ, ਖੁੱਲੀ ਦੁਨੀਆ, ਜਿਹੜਾ ਕੁਛ ਮਰਜ਼ੀ ਕਹੀ ਜਾਵੇ। ਹਾਂ, ਜਦ ਇੱਕ ਲੈਵਲ ਤੋਂ ਵੱਧ ਕੇ ਕੋਈ ਮੇਰੀ ਨਿੱਜੀ ਜ਼ਿੰਦਗੀ ਜਾਂ ਮੇਰੇ ਪਰਿਵਾਰ ਬਾਰੇ ਗੱਲ ਕਰੂ, ਫਿਰ ਉਸ ਸਮੇਂ ਫਿਰ ਮੈਂ ਫਿਰ ਮੇਰਾ ਆਪਣਾ ਅਧਿਕਾਰ ਖੇਤਰ ਸ਼ੁਰੂ ਹੁੰਦਾ, ਫਿਰ ਉਹ ਨਿੱਜੀ ਹੋ ਜੂ 1-to-1। ਉਸ ਸਮੇਂ ਫਿਰ ਕੁਛ ਵੀ ਇਹ ਗੱਲ ਹੋਊਗੀ, ਵਟ ਐਵਰ ਇਟ ਟੇਕਸ, ਫਿਰ ਉਸ ਸਮੇਂ ਮੈਂ ਫਿਰ ਜਿਹੜੀਆਂ ਕਮੀਜ਼ ਦੀਆਂ ਬਾਹਵਾਂ ਤੁਸੀਂ ਚੜਾਉਂਦੇ ਹੋ। ਜਦ ਤੱਕ ਇਹ ਕਾਮਨ ਗਰਾਊਂਡ ਤੇ ਗੱਲ ਹੋ ਰਹੀ ਹੈ, ਮੈਂ ਆਪਣੇ ਤੌਰ ਤੇ ਕਰ ਰਿਹਾ, ਕੋਈ ਕਰੇ, ਮੈਂ ਤਾਂ ਕਹਿਣਾ ਹੁਣ ਫਾਈਲ ਲੈ ਲਵੇ ਸਭ ਤੋਂ ਕੋਈ। ਅੱਜ ਮੈਂ ਚੁੱਪ ਕਰਾਉਣਾ ਸਾਰੀ ਜਿਹੜੇ ਮੇਰਾ ਗਰੁੱਪ ਹੈ, ਬਣਾਇਆ ਬਣਾਇਆ ਦਿੰਦੇ ਪੇਪਰ ਵਰਕ ਲੈ ਕੇ ਆਪਾਂ ਇੱਥੋਂ ਕੰਮ ਕਰ ਲਓ ਅੱਗੇ ਸ਼ੁਰੂ। ਰੌਲਾ ਤਾਂ ਉਹਨਾਂ ਨੂੰ ਲਿਆਉਣ ਦਾ, ਹੋਰ ਨੀ ਕੋਈ ਰੌਲਾ। ਹੁਣ ਮੇਰੇ ਨਾਲ ਪੰਜਾਬ ਤੋਂ ਸਰਦਾਰ ਜਤਿੰਦਰ ਸਿੰਘ ਜੌਹਲ ਨੇ, ਜਿਹੜਾ ਦੀ ਇੱਥੇ ਭਾਣਜੀ ਬਲਪ੍ਰੀਤ ਹੈ ਬਿਸਫੋੜ ਚ, ਉਹ ਕੰਟੀਨਿਊ ਮੇਰੇ ਨਾਲ ਕੰਟੈਕਟ ਚ ਆ, ਈਮੇਲ ਤੇ ਈਮੇਲ ਉਹ ਕੁੜੀ ਲਿਖ ਰਹੀ ਆ ਪ੍ਰਾਈਮ ਮਿਨਿਸਟਰ ਟਰੂਡੋ ਨੂੰ, ਸਭ ਨੂੰ। ਤੁਸੀਂ ਪੇਨ ਤਾਂ ਵੇਖੋ ਪੜ੍ਹ ਕੇ, ਅੱਜ ਮੀਰਾ ਬੇਨਸ ਨੇ ਸਾਰਾ ਕਵਰ ਕੀਤਾ। ਜੌਹਲ ਸਾਹਿਬ ਤੋਂ ਪੁੱਛਦੇ ਆ ਪੰਜਾਬ ਚੋਂ ਕਿੱਥੇ ਨੇ, ਕੀ ਮੁਸ਼ਕਿਲ ਦੇ ਵਿੱਚੋਂ ਲੰਘ ਰਹੇ ਨੇ। ਜੌਹਲ ਸਾਹਿਬ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਸਾਹਿਬ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਇਹ ਤੇ ਲਿਆਉਣ ਲਈ, ਤੇ ਸਾਡਾ ਜਿਹੜਾ ਮਸਲਾ ਆ ਉਹ ਬਾਕੀ ਦੁਨੀਆਂ ਦੇ ਬਾਕੀ ਪੰਜਾਬੀਆਂ ਦੇ ਪੇਸ਼ ਕਰਨ। ਜੌਹਲ ਸਾਹਿਬ ਹੁਣ ਤੁਸੀਂ ਕਿੱਥੇ ਹੋ ਪੰਜਾਬ ਦੇ ਵਿੱਚ, ਤੇ ਤੁਹਾਡੀ ਇੱਥੇ ਕਹਾਣੀ ਛਪੀ ਆ, ਗੱਲ ਕੀ ਆ ਐਗਜੈਕਟਲੀ, ਕੀ ਹੋ ਰਿਹਾ? ਅਸੀਂ ਭਾਜੀ, ਮੈਂ ਹੈਗਾ, ਮੇਰੇ ਸਹੁਰੇ ਬੈਠੇ ਆ, ਉਹਦਾ ਪਿੰਡ ਦਾ ਨਾਂ ਹੈਗਾ ਚੱਕ ਬਿਲਗਾ, ਬਰਾਮ ਦੇ ਲਾਗੇ ਆ, ਫਗਵਾੜੇ ਦੇ ਅੱਜ ਦਾ ਲਾਗੇ, ਤੇ ਇੱਥੇ ਅਸੀਂ, ਮੈਂ ਹੁਣ 22 ਤਰੀਕ ਦਾ ਇੱਥੇ ਸਟੱਕ ਹੋਇਆ, ਸਟੱਕ ਤੋਂ ਚਲੋ ਪਰਿਵਾਰ ਦੇ ਵਿੱਚ ਆ, ਬਈ ਇੱਥੇ ਅਸੀਂ ਬੈਠੇ ਹਾਂ, ਬਾਕੀ ਸਾਰੀ ਇੰਡੀਆ ਚ ਲੋਕਡਾਊਨ ਆ, ਕਿਤੇ ਜਾ ਨੀ ਸਕਦੇ, ਕਿਤੇ ਆ ਨੀ ਸਕਦੇ, ਤੇ ਸਾਡਾ ਸਭ ਤੋਂ, ਜਿੱਦਾਂ ਤੁਸੀਂ ਸ਼ੋਅ ਤੇ ਵੀ ਕਹਿ ਰਹੇ ਜੇ, ਸਾਡਾ ਸਭ ਤੋਂ ਵੱਡਾ ਮਸਲਾ ਇਹ ਹੈ ਵੀ ਅਸੀਂ ਕਿਸੇ ਤਰ੍ਹਾਂ ਵਾਪਸ ਆਪਣੇ ਪਰਿਵਾਰ ਚ ਜਾਣਾ ਚਾਹੁੰਦੇ ਹਾਂ। ਪਰਿਵਾਰ ਹੁਣ ਇੱਦਾਂ ਆ ਵੀ ਮੇਰੀ ਵਾਈਫ ਇੱਕ ਥਾਂ ਤੇ ਆ, ਮੇਰੇ ਦੋਵੇਂ ਬੱਚੇ SFU ਆ, ਤੇ ਮੈਂ ਇੱਥੇ ਬੈਠਾ ਆ। ਸੋ ਜਿਹੜੀ ਟਰਾਈ ਕੀਤੀ ਆਪਣੀ ਏਅਰਲਾਈਨਸ ਦੀ, ਤੁਸੀਂ ਜਦ ਵਾਪਸ ਗਏ ਹੋ ਇੱਥੋਂ, ਕਿਹੜੀ ਏਅਰਲਾਈਨ ਫਲਾਈ ਕਰਕੇ ਗਏ, ਤੇ ਉਧਰੋਂ ਹੁਣ ਤੱਕ ਕੋਸ਼ਿਸ਼ ਕਿਹੜੀ ਕੀਤੀ ਤੁਸੀਂ ਵਾਪਸ ਆਉਣ ਲਈ? ਮੈਂ ਭਾਜੀ, ਮੇਰੀ ਓਰਿਜਨਲ ਜਿਹੜੀ ਫਲਾਈਟ ਸੀਗੀ, ਅਸੀਂ, ਮੈਂ ਤੁਹਾਨੂੰ ਥੋੜਾ ਡਿਟੇਲਸ ਲੈ ਕੇ ਜਾਂਦਾ ਆ, ਉਹ ਮੈਂ ਉੱਥੋਂ 28 ਤਰੀਕ ਦੀ ਆਲਮੋਸਟ ਮਿਡਨਾਈਟ ਨੂੰ ਬੈਠਿਆ ਸੀਗਾ, ਤੇ ਏਅਰ ਕੈਨੇਡਾ ਦੀ ਫਲਾਈਟ ਚ ਡਾਇਰੈਕਟ ਫਲਾਈਟ ਸੀਗੀ ਵੈਂਕੂਵਰ ਟੂ ਨਿਊ ਦਿੱਲੀ। ਉਦੋਂ ਬਾਅਦ ਮੇਰੀ ਰਿਟਰਨ ਸਕੈਡਿਊਲ ਰਿਟਰਨ ਸੀਗੀ 3 ਤਰੀਕ ਨੂੰ, ਤੇ ਮੈਂ ਕੰਮ ਤੇ ਵਾਪਸ ਜਾਣਾ ਸੀ ਜਿੱਦਾਂ 6 ਨੂੰ। ਉਦੋਂ ਬਾਅਦ ਪ੍ਰਾਈਮ ਮਿਨਿਸਟਰ ਟਰੂਡੋ ਦਾ ਨੇ ਐਲਾਨ ਕੀਤਾ ਵੀ ਜਿਹੜੇ ਵੀ ਕੈਨੇਡੀਅਨ ਬਾਹਰ ਬੈਠੇ ਆ ਉਹ ਵਾਪਸ ਆ ਜਾਣ, ਤੇ ਅਸੀਂ ਕਿਹਾ ਵੀ 3 ਤਰੀਕ ਦੀ ਅਸੀਂ ਕੈਂਸਲ ਕਰਾਈ, ਤੇ ਅਸੀਂ 20-25 ਮਾਰਚ ਦੇ ਦੌਰਾਨ ਦੇਖਣ ਲੱਗ ਪਏ, ਤੇ ਸਾਨੂੰ 25 ਮਾਰਚ ਦੀ ਇੱਕ ਫਿਰ ਟਿਕਟ ਮਿਲੀ। ਉਹ ਫਿਰ ਅਸੀਂ ਏਅਰ ਕੈਨੇਡਾ ਤੋਂ ਮੈਨੂੰ ਈਮੇਲ ਆਈ ਵੀ ਹੁਣ ਉਹ ਤੁਹਾਡੀ ਕੈਂਸਲ ਹੋ ਗਈ ਆ, ਫਿਰ ਅਸੀਂ 5 ਦੀ ਕਰਾਈ, April 5 ਦੀ, ਉਹ ਵੀ ਫਿਰ ਸਾਨੂੰ ਫਿਰ ਈਮੇਲ ਆ ਗਈ ਵੀ ਹੁਣ ਸਾਡੀ ਉਹ ਵੀ ਕੈਂਸਲ ਹੋ ਗਈ ਆ। ਹੁਣ ਮੇਰਾ ਮਸਲਾ ਇਹ, ਲੱਕੀਲੀ ਮੇਰੇ ਕੋਲ ਇਨਫ ਕ੍ਰੈਡਿਟ ਹੈਗਾ ਕ੍ਰੈਡਿਟ ਕਾਰਡ ਤੇ, ਮੇਰਾ ਮਸਲਾ ਇਹ ਆ ਵੀ 3 ਤਰੀਕ ਦੀ ਜਿਹੜੀ ਕੈਂਸਲ ਹੋਈ ਸੀ, 25 ਮਾਰਚ ਦੀ ਜਿਹੜੀ ਕੈਂਸਲ ਹੋਈ ਸੀਗੀ, ਤੇ April 5 ਦੀ ਜਿਹੜੀ ਕੈਂਸਲ ਹੋਈ ਸੀਗੀ, ਮੈਨੂੰ ਕੋਈ ਪੈਸਾ ਵਾਪਸ ਨਹੀਂ ਮਿਲਿਆ, ਕੱਲਾ ਕ੍ਰੈਡਿਟ ਦੇ ਰਹੀ ਹੈ ਏਅਰ ਕੈਨੇਡਾ। ਹੁਣ ਉਹ ਕ੍ਰੈਡਿਟ ਹੁਣ ਆਲਮੋਸਟ ਮੇਰੇ ਕੋਲ $9,000 ਕ੍ਰੈਡਿਟ ਹੀ ਆ। ਦੱਸੋ ਕੀ ਕਰਨਾ, ਕਿਹੜੇ ਕਿਹੜੇ ਮੂਹਰਲੇ ਸਮੇਂ ਚ ਕਿੱਥੇ ਨੂੰ ਫਲਾਈ ਕਰਨਾ, ਦੁਨੀਆਂ ਤਾਂ ਬੰਦ ਹੋ ਰਹੀ ਆ ਬਕਸੇ ਚ, ਉਹ ਕ੍ਰੈਡਿਟ ਕੀ ਕਰਨਾ, ਮੈਨੂੰ ਦੱਸੋ ਕੀ ਕਰੋਗੇ ਕ੍ਰੈਡਿਟ? ਐਗਜੈਕਟਲੀ, ਹੁਣ ਚਲੋ ਹੋਲੀਡੇਜ਼ ਵੀ ਜਾਂਦੇ ਹਾਂ ਅਸੀਂ ਐਜ਼ ਅ ਫੈਮਿਲੀ ਆਫ 4, ਕਿਤੇ ਜਾਂਦੇ ਵੀ ਆ, ਚਲੋ ਯੂਜ਼ ਕਰ ਵੀ ਲਵਾਂਗੇ, ਤਾਂ ਵੀ ਮੈਂ ਕੰਪਲੇਂਟ ਨਹੀਂ ਕਰਦੇ, ਅਸੀਂ ਕਿਹਾ ਤਾਂ ਵੀ ਚਲੋ ਕੋਈ ਗੱਲ ਨਹੀਂ, ਉਹ ਮਸਲਾ ਮੈਂ ਵਾਪਸ ਆ ਕੇ ਏਅਰ ਕੈਨੇਡਾ ਨਾਲ ਉਠਾਵਾਂਗਾ। ਪਰ ਫਿਲਹਾਲ ਇਹ ਅਸੀਂ ਫਸੇ ਪਏ ਹਾਂ ਵੀ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਵੀ ਕ੍ਰਾਈਟੀਰੀਆ ਕੀ ਆ। ਮੈਂ ਮੈਡੀਕਲੀ, ਮੈਂ ਹੁਣ ਮੇਰੀ ਇਨਸੁਲਿਨ ਡਿਪੈਂਡੈਂਟ, ਮੈਂ ਡਾਇਬੈਟਿਕ ਆ, ਮੈਂ ਇੱਥੇ ਮੇਰੇ ਖਿਆਲ 3-4 ਦਿਨਾਂ ਤੱਕ ਮੇਰੀ ਇਨਸੁਲਿਨ ਮੁੱਕ ਜਾਣੀ ਹੈ। ਪਿਛਲੇ 2 ਦਿਨਾਂ ਤੋਂ ਮੈਂ ਟਰਾਈ ਕਰ ਰਿਹਾ ਵੀ ਕਿਸੇ ਤਰ੍ਹਾਂ ਜਾ ਕੇ ਇੱਥੇ ਫਾਰਮੇਸੀ ਤੋਂ ਲੈ ਕੇ ਆਈਏ। ਮੇਰਾ ਇੱਕ ਦਿਨ ਉਹ ਡਰਾਈਵਰ ਤਿਆਰ ਹੋ ਜਾਂਦਾ ਇੱਥੇ, ਉਹ ਡਰਾਈਵਰ ਤਿਆਰ ਹੋ ਜਾਂਦਾ ਤੇ ਸਰਪੰਚ ਕਹਿੰਦਾ ਵੀ ਚਿੱਠੀ ਦੇ ਦੇਵਾਂਗੇ, ਉਹ ਚਿੱਠੀ ਦਿੰਦਾ ਤੇ ਮੈਨੂੰ ਡਰਾਈਵਰ ਨਹੀਂ ਲੱਭਦਾ, ਅੱਜ ਉਹਨੇ ਪੱਠੇ ਪਾਉਣੇ। 2 ਦਿਨ ਮੈਨੂੰ ਆਹ ਹੀ ਹੋ ਗਿਆ, ਹੁਣ ਕੱਲ੍ਹ ਹੁਣ ਇੱਥੇ ਆਲਮੋਸਟ 12:30 ਹੋਏ ਆ।
ਰੋਜ਼ ਮੈਂ ਤੇ ਮੇਰਾ ਬ੍ਰਦਰ ਲਾ ਇੱਥੇ, ਉਹ ਵੀ ਮੇਰੇ ਲਾਗੇ ਬੈਠੇ ਆ, ਅਸੀਂ ਬਸ ਫੋਨ ਦੇ ਲਾਗੇ ਗਲੂਡ ਹੁੰਦੇ ਹਾਂ ਵੀ ਕੋਈ ਕਿਤਿਓਂ ਕੋਈ ਵੀ ਈਮੇਲ ਜਾਂ ਕੋਈ ਸਾਨੂੰ ਕਹੂਗਾ ਹਾਂਜੀ ਵੀ ਆਹ ਤੁਹਾਡੀ ਫਲਾਈਟ ਆ ਰਹੀ ਹੈ। ਜਿੱਦਣ ਸਾਡਾ ਸਾਨੂੰ ਈਮੇਲ ਉਹ ਕਾਰਪੋਰੇਟ ਫਲਾਇਰਸ ਤੋਂ ਆਈ ਵੀ ਸੀਗੀ, ਅਸੀਂ ਅਪਲਾਈ ਕੀਤਾ, ਉਹਨਾਂ ਨੇ ਜੀ ਸਾਨੂੰ ਲਿੰਕ ਕੱਲੀ, ਮੇਰਾ ਮੈਨੂੰ ਪਤਾ ਹੈ ਵੀ ਕ੍ਰੈਡਿਟ ਕਾਰਡ 'ਚ ਬਹੁਤ ਰੂਮ ਹੈਗਾ ਆ, ਕ੍ਰੈਡਿਟ ਕਾਰਡ ਮੇਰਾ ਡਿਨਾਈ ਹੋ ਗਿਆ। ਅਸੀਂ ਰਾਈਟ ਅਵੇ ਫਿਰ ਮੇਰੇ ਬ੍ਰਦਰ ਇਨ ਲਾਅ ਦਾ ਕਾਰਡ ਪਾਇਆ, ਉਹਨਾਂ ਦਾ ਵੀ ਡਿਨਾਈ ਹੋ ਗਿਆ, ਉਹਨਾਂ ਕੋਲ ਇੱਕ ਹੋਰ ਕ੍ਰੈਡਿਟ ਕਾਰਡ ਆ ਉਹ ਵੀ ਡਿਨਾਈ ਹੋ ਗਿਆ। ਫਿਰ ਅਸੀਂ ਸੋਚਿਆ ਮੇ ਬੀ ਅਸੀਂ ਵੀ ਇਹ ਨੋਰਥ ਅਮੈਰੀਕਨ ਕ੍ਰੈਡਿਟ ਕਾਰਡ ਕਰਕੇ ਵੀ ਤਾਂ ਕਰਕੇ ਡਿਨਾਈ ਹੋ ਜਾਂਦਾ। ਫਿਰ ਅਸੀਂ ਇੱਥੋਂ ਇੰਡੀਅਨ ਬੰਦਾ ਲੱਭਿਆ, ਉਹ ਬਿਜ਼ਨਸਮੈਨ ਹੈ ਲੁਧਿਆਣੇ ਦਾ, ਉਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਤੁਹਾਡਾ ਕਾਰਡ ਯੂਜ਼ ਕਰ ਸਕਦੇ ਹਾਂ। ਅਗਲਾ ਵੀ ਸਵਾਲ ਜਵਾਬ ਕਰਦਾ ਹੈ ਵੀ ਹਾਂਜੀ ਕਿਉਂ ਕਰਨਾ ਹੈ, ਉਹਨਾਂ ਨੂੰ ਥੋੜ੍ਹਾ ਸਮਝਾਇਆ, ਫਿਰ ਉਹਨਾਂ ਦਾ ਕ੍ਰੈਡਿਟ ਕਾਰਡ ਯੂਜ਼ ਕੀਤਾ ਵੀ ਅਸੀਂ ਤੁਹਾਡੇ ਕੋਲ ਪੈਸੇ ਪਹੁੰਚਾ ਦੇਵਾਂਗੇ, ਉਹਨਾਂ ਦਾ ਵੀ ਡਿਨਾਈ ਹੋ ਗਿਆ। ਫਿਰ ਮੈਂ ਭਾਜੀ ਆਪਣੇ ਬੈਂਕ ਨੂੰ ਫੋਨ ਕੀਤਾ, ਮੈਂ ਕਿਹਾ ਵੀ ਉਹ ਵੀ ਬੈਂਕ ਵਾਲੇ ਵੀ ਹੁਣ ਤੁਹਾਨੂੰ ਪਤਾ ਵੀ ਇੱਦਾਂ ਦੇ ਟਾਈਮ 'ਤੇ ਬਹੁਤ 40-45 ਮਿੰਟ ਮੈਂ ਹੋਲਡ 'ਤੇ ਰਹਿ ਕੇ ਉਹਨਾਂ ਨੂੰ ਮੈਂ ਫੋਨ ਕਰਕੇ ਕਿਹਾ ਵੀ ਮੇਰੇ ਆਹ ਮਸਲਾ ਹੈ। ਉਹ ਕਹਿੰਦਾ ਵੀ ਦੇਰ ਇਜ਼ ਨੋ ਬਡੀ ਦੈਟ ਹੈਜ਼ ਪੁੱਟ ਦਿਸ ਕ੍ਰੈਡਿਟ ਕਾਰਡ ਥਰੂ, ਵੀ ਸਾਨੂੰ ਇੱਥੇ ਕੁਛ ਵੀ ਨਹੀਂ ਨਜ਼ਰ ਆ ਰਿਹਾ ਵੀ ਕਿਸੇ ਨੇ ਕ੍ਰੈਡਿਟ ਕਾਰਡ ਟਰਾਈ ਕੀਤਾ ਹੋਵੇ। ਮੈਂ ਕਿਹਾ ਅੱਛਾ ਜੀ। ਫਿਰ ਅਸੀਂ ਮੈਂ ਈਮੇਲ ਕਰ ਲਈ ਉਹਨਾਂ ਨੂੰ ਕਾਰਪੋਰੇਟ ਫਲਾਇਰਸ ਨੂੰ, ਮੈਂ ਕਿਹਾ ਵੀ ਆਹ ਮਸਲਾ ਹੈ ਵੀ ਮੇਰੇ ਬੈਂਕ ਕਹਿ ਰਹੀ ਹੈ ਵੀ ਨਾ ਤੁਸੀਂ ਟਰਾਈ ਕੀਤਾ ਅਤੇ ਨਾ ਮੈਂ ਟਰਾਈ ਕੀਤਾ ਅਤੇ ਇਹ ਕੀ ਵੀ ਇਹ ਤੁਹਾਡੀ ਲਿੰਕ ਦੇ ਥਰੂ ਜਾ ਨਹੀਂ ਰਿਹਾ ਕ੍ਰੈਡਿਟ ਕਾਰਡ। ਉਹ ਕਹਿੰਦਾ ਵੀ ਮੇ ਬੀ ਤੁਹਾਡਾ ਕ੍ਰੈਡਿਟ ਕਾਰਡ ਡਿਸੇਬਲਡ ਹੋਵੇ ਇੰਟਰਨੈਸ਼ਨਲ ਟਰੈਵਲ ਲਈ। ਮੈਂ ਕਿਹਾ ਵੀ ਠੀਕ ਹੈ, ਹੋ ਸਕਦਾ ਵੀ ਮੈਂ ਆਹ ਸਵਾਲ ਤਾਂ ਪੁੱਛਿਆ ਨਹੀਂ। ਮੈਂ ਫਿਰ ਭਾਜੀ ਬੈਂਕ ਨੂੰ ਫੋਨ ਕੀਤਾ, ਉਹ ਕਹਿੰਦੇ ਤੇਰਾ ਕਾਰਡ ਅਨੇਬਲਡ ਆ। ਅਗੇਨ 40-45 ਮਿੰਟ ਲਾਈਨ 'ਤੇ ਰਹਿ ਕੇ ਸਰ ਕਤਰ ਗਏ ਜੀ ਭਾਜੀ। ਜਦੋਂ ਉਹ ਉਹਨਾਂ ਨੇ ਮੈਨੂੰ, ਮੈਂ ਕਿਹਾ ਤੂੰ ਸਕਰੀਨ ਸ਼ਾਟ ਮੈਨੂੰ ਘੱਲ ਕੇ ਦੱਸ ਵੀ ਤੂੰ ਕੀ ਪਾ ਰਿਹਾ। ਸਕਰੀਨ ਸ਼ਾਟ ਉਹਨਾਂ ਨੇ ਪਾਈ ਅਤੇ ਜਿਹੜਾ ਮੇਰਾ ਕ੍ਰੈਡਿਟ ਕਾਰਡ ਅਤੇ ਜਿਹੜਾ ਐਕਸਪਾਇਰੀ ਡੇਟ ਸੀ ਉਹ ਰੋਂਗ ਪਾਉਣ ਡੇ ਸੀਗੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਜਿਹੜਾ ਮੈਨੂੰ ਸਕਰੀਨ ਸ਼ਾਟ ਘੱਲਿਆ ਆ ਵੀ ਮੈਂ ਜਿਹੜਾ ਕਾਰਡ ਤੁਹਾਨੂੰ ਘੱਲਿਆ ਸੀਗਾ ਉਹ ਉਹਦੇ ਮੁਤਾਬਿਕ ਨਹੀਂ ਗਾ, ਉਹ ਗਲਤ ਇਨਫੋਰਮੇਸ਼ਨ ਆ। ਉਹਨਾਂ ਨੇ ਜੀ ਉਸ ਤੋਂ ਬਾਅਦ ਮੇਰੀ ਕੋਈ ਕਮਿਊਨੀਕੇਸ਼ਨ, ਮੇਰਾ ਕੋਈ ਈਮੇਲ ਦਾ ਜਵਾਬ ਨਹੀਂ, ਕੋਈ ਫੋਨ। ਇੱਕ ਦਿਹਾੜੀ 'ਚ ਜਦੋਂ ਮੈਂ 12-15 ਮੈਂ ਤੁਹਾਨੂੰ ਰੈਕਰਡ ਸ਼ੋਅ ਕਰ ਸਕਦਾ, 12-15 ਫੋਨ ਕਾਲ ਅਸੀਂ ਕਰਦੇ ਰਹੇ, ਕੋਈ ਜਵਾਬ ਨਹੀਂ, ਕੋਈ ਚੁੱਕਦਾ ਹੀ ਨਹੀਂ ਗਾ। ਫਿਰ ਆ ਜਾਂਦਾ ਵੀ ਫੋਨ ਬੰਦ ਹੋ ਗਿਆ। ਹੁਣ ਮੈਨੂੰ ਇਹ ਆ ਵੀ ਹੁਣ ਜਿਹੜੇ ਲੋਕੀ ਜਾਂਦੇ ਆ ਉਹ ਵੀ ਕੀ ਖਾ ਕੇ ਜਾਂ ਕਿੱਦਾਂ ਜਾਂਦੇ ਆ, ਮੈਨੂੰ ਪਲੀਜ਼ ਦੱਸੋ ਵੀ ਕਿੱਦਾਂ ਜਾਣਾ ਆ, ਵੀ ਮੈਂ ਆਪਣੀ ਫੈਮਿਲੀ ਕੋਲ ਵਾਪਸ ਆਉਣਾ ਚਾਹੁੰਦਾ। ਮੇਰੀ ਫੈਮਿਲੀ ਹੁਣ ਮੈਂ ਹਾਂਜੀ ਜੋ ਸਾਹਿਬ ਤੁਸੀਂ ਪਹਿਲਾਂ ਇੱਥੋਂ ਬਲਰੀਤ ਨੇ ਰਜਿਸਟਰ ਤੁਹਾਨੂੰ ਕੀਤਾ ਹੋਇਆ, ਪਹਿਲੀ ਤਾਂ ਗੱਲ ਇੱਕ ਨੰਬਰ ਲਿਖੋ ਪਲੀਜ਼ ਨਿਊਟਨ ਸਿੱਧੂ ਹੋਰਾਂ ਦਾ, ਜਾਂ ਤੁਹਾਨੂੰ ਜਿਹੜੀ ਇੱਥੇ ਦੀ ਮੁਸ਼ਕਲ ਆ ਪਹਿਲਾਂ ਤੁਹਾਡੀ ਇੰਸੂਲਿਨ ਦਾ ਜਿਹੜਾ ਮੈਂ ਆਪਾਂ ਹੀਲਾ ਕਰੀਏ, ਉਹਦੇ ਬਾਅਦ ਜਿਹੜੀਆਂ ਫਲਾਈਟਸ ਜੇ ਸ਼ੁਰੂ ਹੁੰਦੀਆਂ ਨੇ ਤਾਂ ਜਿਹੜੀਆਂ ਵੀ ਫਲਾਈਟਸ ਆਉਣਗੀਆਂ ਪ੍ਰਾਇਓਰਟੀ ਦੇ ਨਾਲ ਜਿਸ ਤਰ੍ਹਾਂ ਬੰਦੇ ਆਉਣਗੇ, ਤੁਹਾਡਾ ਇੱਕ ਆਸ ਦੀ ਕਿਰਨ ਆਪਾਂ ਸ਼ੁਰੂ ਕੀਤੀ ਹੋਈ ਹੈ ਕੈਂਪੇਨ, ਤੁਹਾਨੂੰ ਪਤਾ ਹੈ, ਉਹਨਾਂ ਦਾ ਨੰਬਰ ਲਿਖੋ ਤੇ ਮੈਂ ਹੁਣੇ ਤੁਹਾਨੂੰ ਵਟਸਐਪ ਕਰਦਾ ਹਰਵੀਰ ਗਰੇਵਾਲ ਉਹਨਾਂ ਦਾ ਨੰਬਰ, ਜਿਹੜੇ ਸੁਧਾਰ ਦੇ ਵਿੱਚ ਨੇ ਲੁਧਿਆਣੇ ਜ਼ਿਲ੍ਹੇ 'ਚ, ਉਹ ਵੀ ਡਾਇਬੈਟਿਕ ਨੇ, ਉਹਨਾਂ ਨੇ ਇੰਸੂਲਿਨ ਇੱਥੋਂ ਲਈ ਹੈ, ਉਹਦਾ ਅਲਟਰਨੇਟਿਵ ਕੀ ਆ ਇਹ ਲਿਆ, ਤੁਸੀਂ ਫਗਵਾੜੇ ਕੋਈ ਮਦਦ ਚਾਹੀਦੀ ਹੈ ਤਾਂ ਫਗਵਾੜੇ 'ਚ ਤੁਹਾਡੀ ਮਦਦ ਹੋ ਸਕਦੀ ਹੈ। ਬਾਅਦ ਪਰਿਵਾਰ ਜਿਹੜਾ ਪਹਿਲਾਂ 1550 ਦੇ ਮਾਲਕ ਸੀ ਉਹ ਬੇਸਡ ਨੇ ਫਗਵਾੜੇ 'ਚ, ਉੱਥੇ ਮਦਦ ਅਸੀਂ ਕਰਾਂਗੇ, ਤੁਸੀਂ ਪਹਿਲਾਂ ਤਾਂ ਸਿਹਤ ਨੂੰ ਠੀਕ ਕਰੋ, ਫਿਰ ਅਸੀਂ ਤੁਹਾਡੇ ਨਾਲ ਟੱਚ ਬੇਸ ਰਹਿ ਕੇ ਤੁਹਾਨੂੰ ਲਿਆਉਣ ਦਾ ਯਤਨ ਕਰ ਰਹੇ ਹਾਂ ਮੈਕਸੀਮਮ। ਡੋਂਟ ਯੂ ਵਰੀ ਅਬਾਊਟ ਐਨੀਥਿੰਗ, ਆਪਣਾ ਖਿਆਲ ਰੱਖੋ ਤੇ ਮੈਂ ਹੁਣੇ ਹੀ ਨੰਬਰ ਬਲਰੀਤ ਨੂੰ ਭੇਜਦਾ, ਸਾਰੇ ਉਹ ਤੁਹਾਨੂੰ ਭੇਜੇਗੀ। ਥੈਂਕ ਯੂ ਭਾਜੀ ਬਹੁਤ ਬਹੁਤ। ਸਾਡਾ ਇਹ ਹੀ ਆ, ਹੁਣ ਮੈਂ ਵੀ ਐਸੈਂਸ਼ੀਅਲ ਸਰਵਿਸਿਜ਼ 'ਚ ਹੋਣਾ ਆ, ਮੈਂ ਇੱਥੇ ਪਿੰਡ 'ਚ ਬੈਠਾ ਆ, ਮੈਂ ਕਹਾਂ ਵੀ ਵਾਪਸ ਜਾ ਕੇ ਕੰਮ ਕਰੀਏ ਤੇ ਕੈਨੇਡੀਅਨ ਦੀ ਪ੍ਰੋਟੈਕਸ਼ਨ ਕਰੀਏ, ਰਾਈਟ? ਤਾਂ ਮੇਰੀ ਵਾਈਫ ਵੀ ਐਸੈਂਸ਼ੀਅਲ ਸਰਵਿਸਿਜ਼ ਆ, ਤਾਂ ਅਸੀਂ ਹੁਣ ਪਰ ਬੜੇ ਕਸੂਤੇ ਜੇ ਫਸੇ ਹਾਂ ਇੱਥੇ। ਕੋਈ ਨਾ, ਤੁਸੀਂ ਜਾਓ ਸਾਹਿਬ, ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ 'ਚ ਰਹਿਣਾ। ਵਿਲ ਗੈਟ ਯੂ ਬੈਕ ਹੇਅਰ ਸੂਨ। ਓਕੇ ਸਰ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਸੋ ਇਹ ਮੈਨੂੰ ਜਿਹੜਾ ਦੁੱਖ ਇੱਕੋ ਹੀ ਗੱਲ ਦਾ ਹੋ ਰਿਹਾ, ਇਹ ਅਸੀਂ ਬਹੁਤ ਏਅਰ ਕੈਨੇਡਾ ਨੂੰ ਬਿਜ਼ਨਸ ਦਿੱਤਾ, ਬਹੁਤ ਜ਼ਿਆਦਾ, ਔਰ ਏਅਰ ਕੈਨੇਡਾ ਦੀ ਵੀ ਇਹ 'ਚ ਮਜਬੂਰੀ ਆ, ਮੈਂ ਮੰਨ ਸਕਦਾ, ਉਹ ਗਰਾਊਂਡਡ ਹੈ, ਔਰ ਏਅਰ ਕੈਨੇਡਾ ਨਹੀਂ ਸਾਰੀਆਂ ਏਅਰਲਾਈਨਸ ਕ੍ਰੈਡਿਟ ਕਰ ਰਹੀਆਂ ਨੇ ਕ੍ਰੈਡਿਟ। ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਵਿਆਹ ਆਹ ਦਿਨਾਂ 'ਚ ਆਪਾਂ ਜਾਣਾ ਸੀ ਟੋਰਾਂਟੋ, ਆਹ ਦਿਨਾਂ ਦੇ ਵਿੱਚ ਉਹ ਕੈਂਸਲ ਹੋ ਗਿਆ। ਸਬੂਪ ਮੈਂ ਬੁੱਕ ਕੀਤੀ ਹੋਈ ਸੀ ਹੈਮਿਲਟਨ ਉਤਰਨਾ, ਵੀ ਸਸਤੀ ਆ ਐਪਸਪੋਰਟ ਤੋਂ, ਉਹਦੀਆਂ ਟਿਕਟਾਂ $1,000 ਦੀਆਂ ਨੇ। ਸੂਟ ਕੇਸ 4 ਲੈ ਕੇ ਜਾਣੇ ਸੀ, ਉਹ 200 ਨੇ, ਉਹ 200 ਵੀ ਨਾਲ ਹੀ ਰੱਖ ਲਿਆ।
ਮੈਂ ਉਹਨਾਂ ਨਾਲ ਇੱਕ ਘੰਟਾ ਬਹਿਸ ਕੀਤੀ, ਉਹ ਮੈਂ ਕਿਹਾ ਸੂਟ ਕੇਸ ਤਾਂ ਸਾਡੇ ਜਿਹੜੇ ਨੇ ਉਹ ਤਾਂ ਚੜੇ ਨਹੀਂ, ਉਹ ਤਾਂ $200 ਰਿਫੰਡ ਕਰ ਦੋ, ਕੀ ਪਤਾ ਅਗਲੀ ਵਾਰ ਘਰ ਚੋਂ ਕਿਹਨੇ ਜਾਣਾ, ਸੂਟ ਕੇਸ ਜਾਣਿਆ ਨਹੀਂ ਜਾਣੇ, ਵਿਆਹ ਕਦ ਹੋਣਾ, ਸਾਲ ਨੂੰ ਹੋਣਾ, 200 ਨੂੰ ਹੋਣਾ, ਸਾਲ ਕਹਿੰਦੇ ਤੁਹਾਡੇ ਕੋਲ ਕ੍ਰੈਡਿਟ ਹੈ, ਤੇ ਉਹ ਸੂਟ ਕੇਸ ਵਾਲੇ ਵੀ ਐਂ ਰੱਖਣੇ ਆ 200 ਯਾਰ, ਲੁੱਟ ਨੀ ਹੋ ਗਈ ਹਲੇ ਆ ਹਲੇ ਮਹੀਨਾ ਹੋਣਾ, ਹੁਣ ਇੱਕ ਮਹੀਨੇ ਚ ਹੀ ਬੇਲ ਆਊਟ ਦੀਆਂ ਗੱਲਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣੇ ਨੇ, ਬਿਲੀਅਨ ਐਵੀਏਸ਼ਨ ਇੰਡਸਟਰੀ ਨੂੰ 2 ਬਿਲੀਅਨ, ਕਦੇ GM ਨੂੰ, ਕਦੇ ਬੰਬਾਜੀਏ ਨੂੰ, ਕਦੇ ਕਿਸੇ ਨੂੰ, ਦਈ ਚਲੋ ਚੱਕ ਚੱਕ ਕੇ ਕਾਰਪੋਰੇਟ ਮਹਿਕਮਾ ਉੱਪਰ ਯਾਰੀਆਂ ਹੈਗੀਆਂ, ਮੁੜ ਕੇ ਰਿਟਾਇਰ ਹੋ ਕੇ ਬੋਰਡ ਆਫ ਡਾਇਰੈਕਟਰ ਤੇ ਬਹਿ ਰਹੇ ਹੋ, ਆਹੀ ਕੁਛ BC ਚ ਅਸੀਂ ਦੇਖਦੇ ਹਾਂ, ਜਿਹੜੇ ਪਹਿਲੇ ਹਟੇ ਨੇ ਉਹ ਕੋਈ ਕਿਸੇ ਡਾਇਰੈਕਟਰ ਤੇ ਬੈਠਾ, ਸਾਈਟ ਸੀ ਸ਼ੁਰੂ ਕਰਨੀ ਹੈ ਜੀ, ਅਸੀਂ ਆਹ ਕਰਨਾ ਜੀ, ਅਸੀਂ ਬਿਲੀਅਨ ਡਾਲਰ ਦੇ ਪ੍ਰੋਸਪੈਰਿਟੀ ਫੰਡ ਹੋਣਗੇ, ਖਿੱਚ ਚਲੋ ਫੋਟੋਆਂ ਖਿਚਾ ਖਿਚਾ, ਮਤਲਬ ਤੁਸੀਂ ਇੱਕ ਪਰਿਵਾਰ $50,000 ਕਮਾਉਂਦਾ ਮਰ ਕੇ, ਉਹਦੇ ਚੋਂ 20% ਤੁਹਾਨੂੰ ਦਿੰਦਾ 10,000, 40,000 ਦੇ ਨਾਲ 4 ਜੀ ਰੋਟੀ ਖਾ ਰਿਹਾ, ਤੇ ਤੁਸੀਂ ਹੁਣ ਉਹਨਾਂ ਦੇ ਪੈਸੇ ਚੱਕ ਕੇ $1 billion ਤੁਸੀਂ ਦੇਣਾ, ਚਲੋ ਸਾਨੂੰ ਵੀ ਦੇ ਰਹੇ ਹੋ, ਤੇ ਪ੍ਰਾਈਵੇਟ ਕੰਪਨੀਆਂ ਨੇ, ਏਅਰ ਕੈਨੇਡਾ ਪ੍ਰਾਈਵੇਟ ਹੈ, ਵੈਸਟ ਜੈੱਟ ਪ੍ਰਾਈਵੇਟ ਹੈ, ਸਬੂਕ ਸਭ ਪ੍ਰਾਈਵੇਟ ਨੇ, ਸਮਝ ਨਹੀਂ ਲੱਗ ਰਹੀ ਬਈ ਕਿਹੜਾ ਸਿਸਟਮ। ਕੱਲ ਆਪਾਂ ਸ਼ਾਮ ਨੂੰ TV ਸ਼ੋਅ ਦੇ ਵਿੱਚ ਗੱਲ ਕਰ ਰਹੇ ਸੀ ਤਰਨਦੀਪ ਸਿੰਘ ਦਿਓਲ ਦੇ ਨਾਲ ਆਕਲੈਂਡ ਤੋਂ, ਇਸ ਸਮੇਂ ਲੀਡਰਸ਼ਿਪ ਪਤਾ ਲੱਗਦਾ ਵੀ ਕੰਮ ਕੀ ਹੋ ਰਿਹਾ। ਜਸਿੰਦਾ ਜਿਹੜੀ ਪ੍ਰਾਈਮ ਮਿਨਿਸਟਰ ਆ, ਉਹ ਕਹਿੰਦੀ ਮੈਨੂੰ ਕੋਈ ਕਾਰਪੋਰੇਟ ਬਿਜ਼ਨਸ ਵਾਲਿਆਂ ਦੀ ਮੈਨੂੰ ਜ਼ਰੂਰਤ ਨਹੀਂ ਹੈ, ਮੈਂ ਨਿਊਜ਼ੀਲੈਂਡਰ ਨੋਰਮਲ ਵਰਕਿੰਗ ਕਲਾਸ ਆ, ਉਹਨੂੰ ਮੈਂ ਸਾਂਭਣਾ, ਆ ਚੱਕੋ $600 ਵੀਕ ਦਾ, ਪਹਿਲਾਂ ਇਹ ਕਰੋ, ਰੋਟੀ ਕਰੋ ਸ਼ੁਰੂ। ਆਸਟ੍ਰੇਲੀਆ ਨੇ ਕਹਿਤਾ ਵੀ ਆਸਟ੍ਰੇਲੀਆ ਸੇਲ ਤੇ ਨਹੀਂ ਹੈ, ਤੁਸੀਂ ਚਾਈਨਾ ਵਾਲੇ ਜਿਹੜਾ ਮੂੰਹ ਚੱਕੀ ਆਉਂਦੇ ਹੋ ਵੀ ਅਸੀਂ ਰਿਸੈਸ਼ਨ ਚਲੇ ਗਏ, ਅਸੀਂ ਸਭ ਕੁਝ ਲੈ ਲਈਏ ਤੁਹਾਡਾ, ਖਰੀਦ ਲਈਏ, ਆਸਟ੍ਰੇਲੀਆ ਇਜ਼ ਨਾਟ ਔਨ ਸੇਲ, ਸਾਡਾ ਦੇਸ਼ ਹੈ। ਇਸ ਤਰ੍ਹਾਂ ਲੀਡਰਸ਼ਿਪ ਹੁੰਦੀ ਹੈ, ਜਿਹਨੂੰ ਕਹਿੰਦੇ ਆ ਵੀ ਕੀ ਹੁੰਦਾ। ਮੈਂ ਨੀ ਕਹਿੰਦਾ ਕਰ ਰਹੇ ਹਾਂ, ਸਾਰੇ ਕਹਿੰਦੇ ਅਸੀਂ ਇੱਕ ਪਰਿਵਾਰ ਵਾਂਗੂ ਲੜ ਰਹੇ ਹਾਂ, ਫੈਡਰਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਤੋਂ ਲੈ ਕੇ ਮਿਊਨਸਿਪੈਲਿਟੀ ਤੱਕ, ਜਿਵੇਂ ਬੋਡੀ ਕਰੋਨਾ ਨਾਲ ਲੜ ਰਹੀ ਹੈ, ਅਸੀਂ ਐਜ਼ ਏ ਕੈਨੇਡੀਅਨ ਲੜ ਰਹੇ ਹਾਂ ਹਰ ਪਾਸਿਓਂ। ਜੇ ਪ੍ਰਧਾਨ ਮੰਤਰੀ ਪੋਡੀਅਮ ਤੇ ਕਹਿ ਕੇ ਗੱਲ ਕਰਦਾ, ਸਾਡਾ ਭਾਈਚਾਰਾ ਘਰੋਂ ਰੋਟੀਆਂ ਲੈ ਕੇ 3-3 ਦਿਨ ਦੀਆਂ ਟਰੱਕ 'ਚ ਬਹਿੰਦਾ, ਜਿਹਨੂੰ ਚਾਹ ਦਾ ਕੱਪ ਨਹੀਂ ਮਿਲਦਾ, ਨਾ ਤੇਰੇ ਟਰਾਂਸ ਕੈਨੇਡਾ ਤੇ ਖੰਡ ਨੂੰ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਕਿਤੇ। ਕਿਤੇ ਕਰੋਨਾ ਵਾਇਰਸ ਹੋ ਗਿਆ, ਫੈਮਿਲੀ ਦੇ 5 ਜੀ ਨੇ, ਪਰਿਵਾਰ ਦੇ ਜੀ ਨੂੰ ਕੁਛ ਹੋ ਗਿਆ, ਕੀ ਦਿਓਗੇ? ਪਰਿਵਾਰ ਅਰਦਾਸ ਕਰ ਲੂ ਤੇ ਅਸੀਂ ਫਿਊਨਰਲ ਤੇ ਜਾਵਾਂਗੇ, ਇੰਨਾ ਹੀ ਕੰਮ ਹੈ ਬਸ। ਇਹ ਜਿਹੜੇ ਹੁਣ ਖੜਾਈ ਖੜੇ ਆ, ਜਿਹਨਾਂ ਨੇ ਮੇਪਲ ਲੀਫ ਪਾਇਆ ਹੈ ਪੂੰਛ ਤੇ, ਜਿਹਨਾਂ ਨੂੰ ਬਿਲੀਅਨਸ ਆਫ ਡਾਲਰ ਤੁਸੀਂ ਦੇਣੇ ਆ, ਇਹ ਸਾਡੇ ਲੋਕਾਂ ਨੂੰ ਕੈਨੇਡੀਅਨ ਦੇ $10,000 ਕ੍ਰੈਡਿਟ ਕਰ ਰਹੇ ਨੇ, ਜਿਹੜਾ ਦੁਨੀਆ ਰਿਸੈਸ਼ਨ ਤੇ ਚੱਲੀ ਆ, ਕਿਹਨੇ 10,000 ਦੀ ਵਕੇਸ਼ਨ ਕਰਨੀ ਹੈ? ਸਾਨੂੰ ਬੈਂਕ ਰਫਸੀ ਪ੍ਰੋਟੈਕਸ਼ਨ ਤੇ ਚਲੇ ਗਈ ਕੰਪਨੀ, ਕਿਸਨੇ ਮੋੜਨਾ 10,000 ਸਾਨੂੰ? ਇੱਕ ਸਿੰਪਲ ਬੰਦੇ ਦੀ ਗੱਲ ਹੈ, ਸਿੰਪਲ, ਪਤਾ ਨੀ ਸਮਝ ਨੀ ਲੱਗਦੀ ਵੀ ਤੁਸੀਂ ਕੁਛ ਡਾਇਰੈਕਸ਼ਨ ਤਾਂ ਦਓ। ਹਰ ਰੋਜ਼ ਗੱਲ ਕਰਦੇ ਹੋ ਬਈ ਬਿਲਕੁਲ ਕੋਈ ਐਵੀਏਸ਼ਨ ਇੰਡਸਟਰੀ ਕੋਈ ਨੀ ਕ੍ਰੈਡਿਟ ਰੱਖ ਸਕਦੀ ਕਿਸੇ, ਲਗੇਜ ਦਾ $100, ਲਗੇਜ ਦੇ $300, ਉਹ ਵੀ ਪਿੱਛੇ ਰੱਖੀ ਜਾਂਦੇ ਨੇ। ਕੱਲ ਨੂੰ ਸਵੂਪ ਦੀ ਅਸੀਂ ਪੂਛ ਫੜ ਲੈਣੀ ਹੈ, ਬੈਂਕ ਦਾ ਹੋ ਕੇ ਉੜ ਗਈ ਤਾਂ ਉੜ ਗਈ, ਬਸ ਖਤਮ, ਪਿੱਛੇ ਗਿਆ 1,000, ਵਿੱਚੇ ਗਿਆ 2,000, ਖਤਮ। ਅਰਾਜਕਤਾ ਹੈ, ਕੈਨੇਡੀਅਨ ਲੜਨਾ ਚਾਹੁੰਦੇ ਨੇ, ਪਰ ਕੁਛ ਰੂਲ ਮੈਂ ਥੋੜਾ ਤੈਅ ਕਰ ਸਕਦਾ, ਮਿਨਿਸਟਰੀ ਕਰ ਸਕਦੀ ਆ, ਫੈਡਰਲ ਮਿਨਿਸਟਰੀ। ਇਸ ਤਰ੍ਹਾਂ ਬੈਂਕਾਂ ਵਾਲੇ ਤੇ ਕ੍ਰੈਡਿਟ ਯੂਨੀਅਨ ਵਾਲੇ ਨੇ ਬਾਹਾਂ ਚੜਾਈ ਬੈਠੇ ਨੇ ਵੀ ਆਜੋ ਡਿਫਰ ਕਰੀਏ ਤੁਹਾਡੀਆਂ 3 ਮਹੀਨੇ ਦੀਆਂ ਪੇਮੈਂਟਾਂ, ਉਹਦੇ ਬਾਅਦ ਉਹ 6,000 ਦੀ ਪੇਮੈਂਟ ਆ ਪੈਣੀ ਆ 30,000 ਚ, ਪੁੱਛੋ ਡੀਟੇਲ, ਕੋਈ ਨੀ ਦੱਸਦਾ। ਪਹਿਲਾਂ ਤਾਂ ਪਹਿਲਾਂ ਵਿਆਜ ਪਾਇਆ ਹੋਇਆ ਪਹਿਲਾਂ ਮੌਰਗੇਜ ਚ, ਹੁਣ ਜਦ ਕੱਢਣੇ ਨੇ ਉਹਦੇ ਵਿੱਚ ਹੋਰ ਮੌਰਗੇਜ ਪਾ ਕੇ ਫੇਰ ਲੈ ਜਾ, ਕੀ ਕਰੋਗੇ ਤੁਸੀਂ? ਮੇਰੇ ਕਹਿਣ ਦਾ ਮਤਲਬ ਆ ਵੀ ਇੱਥੇ ਕਲੀਅਰ ਲੀਡਰਸ਼ਿਪ ਦਾ ਜ਼ੋਰ ਹੈ ਜਿਹੜਾ ਦੇਣਾ ਚਾਹੀਦਾ। ਉਹ ਜਵਾਕ ਜਿਹਨਾਂ ਨੂੰ ਮੈਂ ਤੁਹਾਨੂੰ ਦੱਸਿਆ ਸੀ, ਉਹਨਾਂ ਨੂੰ ਮੁਸ਼ਕਲ ਸੀ ਇੰਸੂਲਿਨ ਦੀ, ਤੇ ਉਹ ਸਾਡੇ ਏਰੀਏ ਚ ਅਹਿਮਦਗੜ੍ਹ ਰਹਿ ਰਹੇ ਨੇ, ਤੇ ਇਹ ਪਰਿਵਾਰ ਆਪਣਾ ਉਕਨਾਗਨ ਦਾ, ਉਹਨਾਂ ਦੀ ਮੈਡੀਸਨ ਦੀ ਆਪਾਂ ਮੁਸ਼ਕਲ ਜਿਹੜੀ ਉਹ ਹੱਲ ਕਰ ਦਿੱਤੀ, ਤੇ ਉਹਨਾਂ ਨਾਲ ਪਹੁੰਚਦੀ ਉੱਥੇ ਤੱਕ ਹੋ ਜਾਏਗੀ, ਲੋਕਲ ਉਹਨਾਂ ਨੂੰ ਡਿਸਪੈਂਸਰੀ ਲੱਭ ਦਿੱਤੀ ਹਰਵੀਰ ਦੇ ਆਪਣੇ ਗਰੇਵਾਲ ਉਹਨਾਂ ਨੇ। ਇਸੇ ਤਰ੍ਹਾਂ ਜੌਹਰ ਸਾਹਿਬ ਨੂੰ ਦੇਖੋ, ਇਹ ਰਿਸੋਰਸ ਨੇ ਕੁਦਰਤੀ, ਜਿੱਥੇ ਜਿੱਥੇ ਬੰਦੇ ਆਪਣੇ ਬੈਠੇ ਆ ਕੋਸ਼ਿਸ਼ ਕਰ ਰਹੇ ਆ। ਮੈਂ ਐਡ ਫਾਸਟ ਉਹਨਾਂ ਨਾਲ ਆਨਰੇਬਲ MP ਨੇ ਜਿਹੜੇ ਉਹਨਾਂ ਨਾਲ ਗੱਲ ਕਰਨੀ, ਉਦੋਂ ਪਹਿਲਾਂ ਇੱਕ ਕਾਲਰ ਨੇ, ਸਰ ਰਵਿੰਦਰ ਮੋਹਨ ਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੀ ਫਸਿਆ ਹੋਇਆ ਸੀ ਉੱਥੇ,
ਤੇ ਆਈ ਵਾਸ ਲੱਕੀ ਇਨਫ ਕਿ ਮੈਨੂੰ ਪਹਿਲੀ ਜਿਹੜੀ 4 ਤਰੀਕ ਨੂੰ ਫਲਾਈਟ ਉੱਡੀ ਸੀ ਉਹਦੇ 'ਤੇ ਜਗ੍ਹਾ ਮਿਲ ਗਈ ਸੀ। ਸੋ ਅਗਰ ਮੈਂ ਕਿਸੇ ਦਾ ਕੋਈ ਜਵਾਬ ਦੇ ਸਕਾਂ, ਕਿਸੇ ਨੂੰ ਕੋਈ ਜ਼ਰੂਰਤ ਹੈਗੀ ਹੈ ਕਿਸ ਤਰ੍ਹਾਂ ਹੋਇਆ। ਸੋ ਜਦੋਂ 22 ਤਰੀਕ ਨੂੰ ਲੋਕਡਾਊਨ ਹੋ ਗਿਆ ਸੀ, ਮੈਂ ਸਰਹੰਦ ਤੋਂ ਹਾਂ, ਸੋ ਸਰਹੰਦ ਤੋਂ ਕੋਈ ਨਾ ਕੋਈ ਹਿੱਲਾ ਬਣ ਗਿਆ ਸੀ ਜਿਹੜਾ ਮੇਰੇ ਬ੍ਰਦਰ ਨੇ ਗੁੜਗਾਓਂ, ਮੈਂ ਗੁੜਗਾਓਂ ਆ ਗਿਆ ਸੀ। ਤੇ ਉੱਥੇ ਫਿਰ ਜਦੋਂ ਇਹ ਹੋਇਆ ਕਿ ਤੁਸੀਂ ਆਪਣੇ ਰਜਿਸਟਰ ਕਰਾਓ, ਤੁਹਾਨੂੰ ਈਮੇਲ ਆਉਣੀਆਂ ਸ਼ੁਰੂ ਹੋ ਗਈਆਂ ਕਾਫੀ, ਜਿੱਦਾਂ ਸਮਾਜਿਕ ਤੌਰ ਤੇ ਵੈਸੇ ਇਨਸਾਨ ਦੀ ਫਿਤਰਤ ਹੈ, ਉਹਨੂੰ ਲੱਗਦਾ ਕਿ ਕੋਈ ਫਰੋਡ ਹੈ, ਸਾਨੂੰ ਵੀ ਲੱਗਿਆ ਕਿ ਫਰੋਡ ਹੈ, ਪਰ ਅਸੀਂ ਅਪਲਾਈ ਕੀਤਾ। ਫਿਰ ਸਾਨੂੰ ਉਹਨਾਂ ਦੀ ਫੋਨ ਕਾਲ ਆਈ, ਉਹਦੇ ਲਈ ਅਸੀਂ ਫਿਰ ਉਹਨਾਂ ਦੇ ਪੈਸੇ ਮੰਗੇ। ਉਹ ਕਹਿੰਦੇ ਵੀ ਵੀਜ਼ੇ ਉੱਤੇ ਤਾਂ ਤੁਹਾਨੂੰ 2.5 ਲੱਗੇਗਾ ਚਾਰਜਿਸ ਉੱਤੇ, ਅਗਰ ਕੈਸ਼ ਕਰ ਸਕਦੇ ਹੋ ਤਾਂ ਉਹ ਮੇਰੇ ਬ੍ਰਦਰ ਦੇ ਅਕਾਊਂਟ ਦੇ ਵਿੱਚ ਸੀਗੇ ਪੈਸੇ, ਮੇਰੇ ਹਸਬੰਦ ਮੇਰੀ ਵਾਈਫ ਤੇ ਸਾਡੇ ਦੋਨਾਂ ਚੋਂ ਕੇ 3 ਲੱਖ ਰੁਪਇਆ ਅਸੀਂ ਟ੍ਰਾਂਸਫਰ ਕੀਤਾ ਉਹਨੂੰ। ਤੇ ਸਾਨੂੰ 2 ਦਿਨ ਤੱਕ ਕੋਈ ਕਨਫਰਮੇਸ਼ਨ ਆਈ ਨਹੀਂ, ਤੇ ਸਾਨੂੰ ਵੀ ਫਿਕਰ ਹੋ ਗਿਆ ਸ਼ਾਇਦ ਕੋਈ ਫਰੋਡ ਹੋ ਗਿਆ ਸਾਡੇ ਨਾਲ। ਅਸੀਂ ਫੋਨ ਕਰਦੇ ਰਹੇ ਲਗਾਤਾਰ, ਫਿਰ ਉਹਨਾਂ ਦਾ ਫੋਨ ਆਇਆ ਵਾਪਸ ਕਿ ਨਹੀਂ ਨਹੀਂ ਤੁਹਾਡੇ ਪੈਸੇ ਸਾਨੂੰ ਮਿਲ ਗਏ, ਅਸੀਂ ਤੁਹਾਨੂੰ ਕਨਫਰਮੇਸ਼ਨ ਭੇਜ ਰਿਹਾ। ਉਹ ਕਹਿੰਦੇ ਅਸੀਂ ਇੰਨੇ ਬੀਜ਼ੀਆਂ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਫੋਨ ਕਰ ਰਹੇ ਨੇ। ਤੇ ਉਸ ਤੋਂ ਅਗਲੇ ਦਿਨ ਮੈਨੂੰ ਮਿਲ ਗਈ ਇਹਦੀ ਜਿਹੜੀ ਸੀਗੀ ਟਿਕਟ ਵਗੈਰਾ ਜੋ ਮੇਰਾ ਸਾਡੇ ਦੋਨਾਂ ਦਾ। ਸੋ ਅਸੀਂ ਲੱਕੀ ਸੀਗੇ, ਪਹਿਲੀ ਫਲਾਈਟ ਦੇ ਅਸੀਂ ਆ ਗਏ। ਉਸ ਦਿਨ ਜ਼ਿਆਦਾ ਭੀੜ ਨਹੀਂ ਸੀਗੀ, ਤਕਰੀਬਨ 150 ਬੰਦੇ ਸੀਗੇ ਉੱਥੇ ਚੜ੍ਹਨ ਵਾਲੇ। ਤੇ ਸਾਰੀ ਏਅਰਪੋਰਟ ਜਿੱਦਾਂ ਭੂਤ ਫਿਰਦੇ ਹੁੰਦੇ ਨੇ ਵਿੱਚ, ਖਾਲੀ ਹਨੇਰਾ, ਬਹੁਤ ਬੁਰਾ ਹਾਲ ਸੀ, ਮਨ ਘਬਰਾਉਂਦਾ ਸੀ ਦੇਖ ਕੇ। ਪਰ ਆਈ ਰੀਅਲੀ ਥੈਂਕਸ ਕੈਨੇਡੀਅਨ ਗਵਰਨਮੈਂਟ ਜੋ ਵੀ ਇਹਨਾਂ ਨੇ ਕੀਤਾ, ਜੋ ਸਾਨੂੰ ਵੀਜ਼ਾ ਕਰ ਰਹੇ ਨੇ ਕੱਢਣ ਦਾ। ਪਰ ਕਈ ਲੋਕਾਂ ਦੀ ਪ੍ਰੋਬਲਮ ਇਹ ਹੈ, ਮੇਰੀ ਵੀ ਕੱਲ੍ਹ ਕਿਸੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੂੰ ਜਦੋਂ ਇਹ ਉਹਨਾਂ ਦਾ ਫੋਨ ਆਇਆ, ਉਹਨਾਂ ਉਹ ਚਿੱਤੇ ਹੋ ਗਏ ਕਿ ਸ਼ਾਇਦ ਇਹ ਫਰੋਡ ਹੈ, ਸ਼ਾਇਦ ਇਹ ਨਹੀਂ ਹੈ। ਫਿਰ ਜਦੋਂ ਤੁਸੀਂ ਉੱਥੇ ਹੋ ਜਾਂਦੇ ਹੋ, ਤੁਹਾਨੂੰ ਉਹ ਕਿਊ ਦੇ ਵਿੱਚ ਬੈਕ ਲਾਈਨ ਤੇ ਲਾ ਦੇਣ। ਫਿਰ ਜਿਹੜੇ ਲੋਕ ਜ਼ਿਆਦਾ ਇੰਟਰਸਟਡ ਨੇ ਜਾਂ ਬੱਚੇ ਵਾਲੇ ਨੇ, ਉਹਨਾਂ ਨੂੰ ਅੱਗੇ ਉਹਨਾਂ ਨੂੰ ਲਿਜਾਣਾ ਸ਼ੁਰੂ ਕਰ ਦਿੰਦੇ ਨੇ। ਸੋ ਕਿਉਂਕਿ ਲੋਕ ਬਹੁਤ ਨੇ, ਆਉਣ ਵਾਲੇ ਫਲਾਈਟ ਜਸਟ ਲਿਮਿਟਡ ਨੇ, ਸੋ ਸਭ ਨੂੰ ਵੇਟ ਹੀ ਕਰਨੀ ਪੈਣੀ, ਥੋੜਾ ਪੇਸ਼ੈਂਸ ਰਹਿਣਾ ਪੈਣਾ ਹੈ। ਬਾਕੀ ਦਵਾਈਆਂ ਸਾਡੀਆਂ ਵੀ ਮੁੱਕ ਗਈਆਂ ਸੀਗੀਆਂ, ਸੋ ਅਸੀਂ ਇੱਥੇ ਜੋ ਸਾਡਾ ਫਾਰਮਾਸਿਸਟ ਸੀਗਾ ਉਹਨੂੰ ਫੋਨ ਕੀਤਾ ਕਿ ਸਾਨੂੰ ਆਪਣੀਆਂ ਦਵਾਈਆਂ ਸਾਨੂੰ ਪਲੀਜ਼ ਈਮੇਲ ਕਰ ਦਿਓ ਲਿਸਟ। ਉਹ ਕਹਿੰਦੇ ਵੀ ਅਸੀਂ ਈਮੇਲ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਜਾਂ ਫੈਕਸ ਕਰ ਸਕਦੇ ਹਾਂ ਜਾਂ ਤੁਹਾਨੂੰ ਲਿਖਾ ਸਕਦੇ ਹਾਂ ਨਾਮ। ਉਹ ਕਹਿੰਦੇ ਡਿਊ ਟੂ ਪ੍ਰਾਈਵੇਸੀ ਐਕਟ ਅਸੀਂ ਤੁਹਾਨੂੰ ਈਮੇਲ ਨਹੀਂ ਕਰ ਸਕਦੇ। ਫਿਰ ਮੈਂ ਉਹਨਾਂ ਤੋਂ ਦਵਾਈਆਂ ਸਪੈਲਿੰਗ ਮੈਨੂੰ ਭੁੱਲ ਕੇ ਲਿਖੀਆਂ, ਤੇ ਅਸੀਂ ਗੁੜਗਾਓਂ ਜਾ ਕੇ ਡਰੱਗ ਸਟੋਰ ਦੇ ਉੱਤੇ ਕੁੱਝ ਸਾਨੂੰ ਮਿਲ ਗਈਆਂ, ਕੁੱਝ ਉਹਨਾਂ ਕਹਿੰਦੇ ਸਾਨੂੰ ਹੋਮ ਡਿਲੀਵਰੀ ਹੋ ਜਾਊਗੀ। ਸੋ ਇਸ ਤਰ੍ਹਾਂ ਦਵਾਈਆਂ ਸਾਨੂੰ ਉਹਨਾਂ ਨੇ ਘਰ ਅੱਪੜਦੀਆਂ ਕਰਤੀਆਂ ਸੀਗੀਆਂ। ਸੋ ਜਿਹੜੇ ਉੱਥੇ ਹੈਗੇ ਨੇ ਡਰੱਗ ਸਟੋਰ ਫਾਰਮਾਸਿਸਟ, ਉਹ ਵੈਸੇ ਤੁਹਾਨੂੰ ਘਰ ਡਿਲੀਵਰੀ ਕਰ ਰਹੇ ਨੇ, ਅਗਰ ਤੁਹਾਨੂੰ ਅਹਿਮਦਗੜ੍ਹ ਨਹੀਂ ਮਿਲਦੀ ਜਾਂ ਤੁਹਾਨੂੰ ਮਲੇਰਕੋਟਲੇ ਜਾਂ ਇੱਧਰ ਖੰਨੇ ਕਿਤੇ ਨਾ ਕਿਤੇ, ਅੱਜ ਕੱਲ੍ਹ ਤਾਂ ਗੂਗਲ ਦੇ ਉੱਤੇ ਜਾ ਕੇ ਤੁਸੀਂ ਲੱਭ ਸਕਦੇ ਹੋ ਕਿਹੜੇ ਕਿਹੜੇ ਹੈਗੇ ਨੇ ਸਟੋਰ। ਅਗਰ ਤੁਸੀਂ ਆਪਣੀ ਦਵਾਈ ਦਾ ਇੱਥੇ ਵਾਲਾ ਨਾਂ ਦੱਸ ਦਿਓ, ਉਹ ਸਾਟ ਲੱਭ ਲੈਂਦੇ ਨੇ ਤੇ ਕੋਈ ਨਾ ਕੋਈ ਦਵਾਈ ਉਹਦੇ ਨਾਲ ਦੀ ਇਕੁਇਵਲੈਂਟ ਤੁਹਾਨੂੰ ਦੇ ਦਿੰਦੇ ਨੇ। ਸੋ ਕਾਫੀ ਹੈਲਪਫੁਲ ਨੇ ਲੋਕ ਉੱਥੇ, ਕਾਫੀ ਮੈਂ ਬੜਾ ਇੰਪ੍ਰੈਸ ਹੋਇਆ ਐਕਚੁਲੀ। ਇੰਡੀਆ ਵਿੱਚ ਮੈਨੂੰ ਲੱਗਿਆ ਕਿ ਲੋਕ ਜ਼ਿਆਦਾ ਤਿਆਰ ਨੇ ਕਰੋਨਾ ਦੇ ਅਗੇਂਸਟ ਫਾਈਟ ਵਾਸਤੇ, ਕੈਨੇਡਾ ਵਾਲੇ ਨੂੰ ਲੱਗਿਆ ਵੀ ਇੱਥੇ ਤਾਂ ਕੁਝ ਹੋ ਹੀ ਨਹੀਂ ਰਿਹਾ, ਲੋਕ ਇੱਦਾਂ ਫਿਰ ਰਹੇ ਨੇ, ਕਿਸੇ ਦੇ ਜੋ ਇਮੀਗ੍ਰੇਸ਼ਨ ਆਫਿਸਰ ਸੀਗੇ ਕਿਸੇ ਦੇ ਮੂੰਹ ਤੇ ਮਾਸਕ ਨਹੀਂ ਸੀ, ਕਈਆਂ ਦੇ ਹੱਥ ਤੇ ਗਲਵ ਨਹੀਂ ਸੀ। ਵੈਸੇ ਡਿਸਟੈਂਸ ਰੱਖਣ ਲਈ ਸਾਨੂੰ ਜ਼ਰੂਰ ਕਹਿ ਰਹੇ ਸੀਗੇ, ਕੋਈ ਸਾਨੂੰ ਉਹਨਾਂ ਨੇ ਸਾਡਾ ਲੇਜ਼ਰ ਨਾਲ ਟੈਂਪਰੇਚਰ ਚੈੱਕ ਨਹੀਂ ਕੀਤਾ, ਜੋ ਕਿ ਸਾਨੂੰ ਇੰਡੀਆ 'ਚ ਆਚਰਨ ਤੋਂ ਪਹਿਲਾਂ ਉਹਨਾਂ ਨੇ ਸਾਡਾ ਚੈੱਕ ਕੀਤਾ, ਤੇ ਸਾਨੂੰ 6-6 ਫੁੱਟ ਦੀ ਦੂਰੀ 'ਤੇ ਟੇਪ ਲਾ ਕੇ ਉਹਨਾਂ ਨੇ ਖੜਾਇਆ, ਇੱਦਾਂ ਪਲੇਨ ਦੇ ਵਿੱਚ ਇੱਕ ਬੰਦਾ ਛੱਡ ਕੇ ਡਿਸਟੈਂਸ ਨਾਲ ਬਿਠਾਇਆ ਸਾਨੂੰ। ਸੋ ਇੰਡੀਆ ਵਾਲੇ ਮੈਨੂੰ ਲੱਗਦਾ ਜ਼ਿਆਦਾ ਪ੍ਰਪੇਅਰ, ਜਿਹੜੇ ਕੈਬਨ ਕਰੂ ਵੀ ਸੀਗਾ ਟੋਰ ਤੋਂ ਲੱਗ ਕੇ ਸਿਰ ਤੱਕ ਪੂਰੇ ਰੈਪ ਸੀਗੇ, ਹੱਥਾਂ ਦੇ ਵਿੱਚ ਦਸਤਾਨੇ ਸੀਗੇ, ਅੱਖਾਂ 'ਤੇ ਗੌਰਵ ਲਾਏ ਸੀਗੇ। ਕੰਪੇਅਰ ਟੂ ਜਦੋਂ ਏਅਰ ਕੈਨੇਡਾ ਦੇ ਪਲੇਨ 'ਚ ਬੈਠੇ, ਉਹ ਜਿਹੜੀਆਂ ਏਅਰ ਹੋਸਟਸ ਸੀਗੀਆਂ ਕਿਸੇ ਦੇ ਗਲਵ ਪਾਏ ਸੀ, ਕਿਸੇ ਨਹੀਂ, ਵੈਸੇ ਕੋਈ ਕਵਰ ਵੀ ਨਹੀਂ ਛਪਾਇਆ। ਠੀਕ ਹੈ ਮੋਹਨ ਜੀ, ਥੈਂਕ ਯੂ ਤੁਹਾਡੇ ਤਜਰਬੇ ਦਾ ਜੀ। ਮੈਂ ਹੁਣ ਐਡਫਾਸਟਰ ਨਾਲ ਗੱਲ, ਐਮ ਪੀ ਨਾਲ, ਧੰਨਵਾਦ ਬਹੁਤ ਬਹੁਤ। ਹੁਣ ਮੇਰੇ ਨਾਲ ਐਬਸਫੋਰਡ ਤੋਂ ਐਮ ਪੀ ਐਡਫਾਸਟ ਨੇ, ਜਿਹੜੇ ਬਹੁਤ ਪੁਰਾਣੇ ਬਹੁਤ ਸਮੇਂ ਦੇ ਉਹ ਪੋਲੀਟੀਸ਼ੀਅਨਸ ਨੇ, ਬਹੁਤ ਵੱਡੇ ਆ, ਉਹਨਾਂ ਨੇ ਅਹੁਦਿਆਂ ਤੇ ਕੰਮ ਕੀਤਾ ਕੰਜ਼ਰਵੇਟਿਵ ਗਵਰਨਮੈਂਟ ਦੇ ਵਿੱਚ। ਉਹਨਾਂ ਨੇ ਵੀ ਇਹ ਇੱਕ ਇਹਦੇ 'ਚ ਇਸ ਕੈਂਪੇਨ ਦੇ ਵਿੱਚ ਕੰਮ ਕੀਤਾ ਸੀ। ਐਡਫਾਸਟ ਉਹਨਾਂ ਨਾਲ ਗੱਲ ਕਰਦੇ ਹਾਂ। Mr. Fast, good afternoon and thanks for your time. You're welcome. I'm glad to be on your show.
Thank you, and as you are aware about this episode, it's going on from last 10 days. We are a small group trying to bring our fellow Canadians from Punjab, and you wrote a letter of support. As per your experience, as where you have major portfolio in previous governments, how it could have been dealt till now? It could have been better till now? Well, we're obviously facing, the crisis of our lifetime with the COVID-19 pandemic around the world. But it certainly appears that the federal government was not prepared for the kinds of challenges that we would face around the world trying to repatriate Canadians. Now, my letter to Minister Champagne, who's the Foreign Affairs Minister, was nonpartisan. In fact, I thanked him for bringing home Canadians from other countries around the world. But I highlighted that there appeared to be problems with getting the tens of thousands of Canadians who are stranded in India back home. And then I started hearing stories about how chaotic it was on the ground. And now I've had a chance to speak to Canadians who have just recently returned from India, and they described how disorganized everything was on the ground. They paid more for their flights per person than they had been promised. The transportation to and from the airport was very challenging. Even on the flight itself, there was very little food, just a few snacks on that long flight. So, yes, you know, these problems, I've been made aware of them, and so I decided, you know, I want to do my part as Member of Parliament for Abbotsford, because we have a large South Asian community within Abbotsford. Yeah, just I spoke to one of your citizen of your city, Mr. Johal. He's stranded there. You know, we know this. This is epidemic, and flights are grounded, and you know, countries locked down, and there's so much. We are working as one human body fighting to coronavirus, whether it's federal or provincial or municipal jurisdiction. Mr. Johal was telling to my listeners that he had been booking with Air Canada 3 times when Prime Minister Trudeau asked Canadians to come back as soon as they can. He was scheduled to come back first week of April. Then he booked 2 times, and $9,000 have been taken by Air Canada, and they are sending him letter now again and again. It is your credit. I mean, this is our national carrier, and we are we bailed it out, and we are going to bail it out in months of aviation industry incoming. That practice, once Air Canada knows it, that we are not going to get these guys back from India, and why they are taking money, and you know that we are already in trouble. It's not simple. No, I agree with you, Harjeet. By the way, this is really an issue that should transcend politics, because, you know, around the world, we're all human beings, we're all facing the crisis of our lifetime, and we should be working together, and I have no intention of attacking any of my other MP colleagues, because I want to encourage us together as a country, as parliamentarians, to work together, especially as we try to bring Canadians back home, because as you know, this is actually becoming a humanitarian issue, because we have elderly people stuck in India, we have sick people stuck in India, we have business people who need to return to their businesses here in Canada who are facing major problems because of the COVID-19 pandemic. We've got those who want to come back to Canada because they're worried that they're going to suffer a health emergency, and they want to be treated in Canada, obviously. And so my letter to Minister Champagne was intended to encourage him to bring all the parties together, including our High Commissioner in Delhi, and I'm hoping that's what's going to happen now. So in this time, I know we are racing up, and this is we are just fighting. It's for the personal safety and our Canadian citizens to bring them back in the peers. But there's something behind the curtain
which we should be ready for that. We are going to very deep fringe of economic issues. As a experienced, as a very senior politician, parliamentarian, and can you direct my listeners and which way we should proceed now at a time? What is your advice? Well, that's interesting. What I would say is to encourage all MPs across Canada to put aside their partisan differences and work together. I mean, we shouldn't be Liberals, we shouldn't be Conservatives, we shouldn't be NDP first, we should be Canadians first, so that we can help bring our people back home. I was encouraged to do that by people like Suki Sandhu of Wake Up Surrey, who was very generous with his time to explain to me what was at stake. Yes. And I know he was very engaged in trying to get a hold of Minister Champagne, getting a hold of Nadir Patel, our High Commissioner in Delhi. And, you know, I'm just doing my very small part to help. And I'm hoping that other parliamentarians across Canada will also do their part in communicating with our government and communicating with our High Commission in Delhi to make sure we get every single Canadian home that needs to be back. Yes. Oh, I appreciate your second email to High Commissioner Patel, that to get involved and get a conference call. And we got achieved something. He deputed a senior diplomat along with our team and our Nitin Sidhu. Really thankful to Suki in this, because he knows he's involved in federal this bureaucracy, and he knows how to swing things. And thank you for your generosity. Always, you know, very noble and very positive attitude, and you're always along with everyone, whoever approaches you. Best wishes to you and family, and take care for yourself. And if we need anything, we will get in touch with you again. Thank you. You are very kind. Thank you. Bye-bye. Honorable MP Ed Fast ਗੱਲਬਾਤ ਕਰ ਰਹੇ ਸੀ, ਬੜੇ ਸੀਨੀਅਰ ਪੋਲੀਟੀਸ਼ੀਅਨ ਨੇ, ਤੁਸੀਂ ਪਤਾ ਹੈ ਉਹਨਾਂ ਨੇ, ਮਤਲਬ ਸਵਾਦ ਦੀ ਗੱਲ ਇਹ ਹੈ, ਜਿਹਨਾਂ ਉਹਨਾਂ ਨੂੰ ਪਤਾ ਹੈ ਪੰਜਾਬੀ ਮੇਰੀ ਕਮਿਊਨਿਟੀ 'ਚ ਰਹਿੰਦੇ ਨੇ, ਜਦ ਉਹਨਾਂ ਨੂੰ ਅਪਰੋਚ ਕੀਤਾ ਵਿਦ ਇਨ ਆਵਰ, ਉਹਨਾਂ ਨੇ ਇੱਕ ਲੈਟਰ ਲਿਖੀ ਮਿਸਟਰ ਸ਼ੈਂਪੇਨ, ਜਿਹੜਾ ਦੱਸ ਰਿਹਾ ਸੀ, ਜਦ ਉੱਥੇ ਐਕਟ ਨਹੀਂ ਹੁੰਦੀ, ਦੂਜੀ ਈਮੇਲ ਲਿਖੀ ਹਾਈ ਕਮਿਸ਼ਨਰ ਪਟੇਲ ਨੂੰ, ਬਈ ਤੁਸੀਂ ਕਾਨਫਰੰਸ ਕਾਲ 'ਤੇ ਆਓ, ਗੈਟ ਔਨ ਦਾ ਬੋਟ, ਲੈਟ ਅਸ ਬ੍ਰਿੰਗ ਅਵਰ ਪੀਪਲ, ਅਵਰ ਫੈਲੋ ਕੈਨੇਡੀਅਨਸ. ਇਹ ਸਵਾਦ ਹੈ, ਇਹ ਹੁੰਦਾ ਵੀ ਕਲਮ ਤੇ ਮੇਰੀ ਮੋਹਰ ਦੀ ਤਾਕਤ, ਮੇਰੇ ਕੋਲ ਦਫ਼ਤਰ, ਮੇਰੇ ਕੋਲ ਮੇਰੀਆਂ ਹਾਊਟਲਾਈਨਸ, ਮੇਰੇ ਕੋਲ ਮੇਰੇ ਫੋਨ, ਮੇਰੇ 3-4 ਸੈਕਰੇਟਰੀ ਔਰ ਵਰਕਿੰਗ ਅਤੇ ਏਡ, ਤੁਸੀਂ ਘੁਮਾ ਕੇ ਰੱਖ ਦਿਓ ਗਲੋਬ ਨੂੰ ਯਾਰ, ਤੁਹਾਡੇ ਕੋਲ ਤਨਖਾਹਾਂ, ਤੁਹਾਡੀਆਂ ਤਨਖਾਹਾਂ ਸਿਕਿਓਰ, ਤੁਹਾਡੇ ਕੋਲ ਦਫ਼ਤਰ, ਤੁਹਾਡੇ ਕੋਲ ਤੁਹਾਡੇ ਪ੍ਰਾਈਮ ਮਿਨਿਸਟਰ ਆਫਿਸ, ਪ੍ਰਾਈਮ ਮਿਨਿਸਟਰ ਸਟਾਫ, ਤੁਹਾਡਾ ਮਿਨਿਸਟਰ, ਤੁਸੀਂ ਯੂ ਕੈਨ ਡੂ ਵਟ ਐਵਰ ਯੂ ਕੈਨ. ਇਹ ਨਹੀਂ ਹੈ ਇਸ਼ੂ ਕਿ ਹਰਜੀਤ ਸਿੰਘ ਕੌਣ ਹੈ, ਹੂ ਦਾ ਹੈਲ ਆਈ ਐਮ ਨਥਿੰਗ, ਮੈਂ ਕੋਈ ਨਹੀਂ ਹੈ, ਮੈਂ ਕੌਣ ਹੈ, ਸੁਖੀ ਸੰਧੂ ਕੌਣ ਹੈ, ਜੀਨਾ ਤੱਖਰ ਅਤੇ ਨਿਊਟਨ ਸਿੱਧੂ ਕੌਣ ਹੈ, ਅਸੀਂ ਇੱਕ ਕਮਿਊਨਿਟੀ ਦਾ ਹਿੱਸਾ, ਅਸੀਂ 2.5 ਕਰੋੜ ਕੌਮ ਦਾ ਇੱਕ ਹਿੱਸਾ. ਮੇਰੇ ਮੂਹਰੇ ਮਾਈਕ ਹੈ, ਸਿੱਧੂ ਨੂੰ ਇਹਨੂੰ ਸੁਖੀ ਸੰਧੂ ਈਮੇਲ ਲਿਖਣੀਆਂ ਜਾਣਦਾ, ਜੀਨਾ ਤੱਖਰ ਭੈਣ ਜੀ ਸਿਸਟਮ ਨੂੰ ਇੱਥੋਂ ਅਸਿਸਟ ਕਰਦੇ ਰਹੇ ਹੋ, ਲੇਡੀਜ਼ ਉਹਨਾਂ ਨੂੰ ਫੋਨ ਕਰ ਦੱਸਦੀਆਂ ਨੇ ਕਿ ਆਹ ਮੁਸ਼ਕਿਲ ਆ ਭੈਣ ਜੀ, ਬੱਚਿਆਂ ਦੀ ਮੁਸ਼ਕਿਲ, ਆਹ ਮੁਸ਼ਕਿਲ. ਨਿਊਟਨ ਉੱਥੇ ਗਰਾਊਂਡ 'ਤੇ ਕੰਮ ਕਰ ਰਿਹਾ, ਕਿਸੇ ਤੋਂ ਕੁਛ ਨਹੀਂ ਮੰਗ ਰਹੇ, ਕਿਸੇ ਤੋਂ ਤਨਖਾਹ ਨਹੀਂ ਮੰਗ ਰਹੇ, ਕੋਈ ਮੋਢੇ 'ਤੇ ਬਿੱਲਾ ਨਹੀਂ ਲਾਇਆ, ਕਿਸੇ ਐ ਨਹੀਂ ਕਿਹਾ ਜਹਾਜ਼ ਦੇ ਮੂਹਰੇ ਖੜ ਕੇ ਫੋਟੋਆਂ ਖਿਚਾਉਣੀਆਂ ਨੇ, ਕੋਈ ਇਹਦੇ ਵਿੱਚੋਂ ਚੋਰੀ ਨਹੀਂ, ਕੋਈ ਯਾਰੀ ਨਹੀਂ, ਕੋਈ ਠੱਗੀ ਨਹੀਂ, ਕੁੱਕੜ ਖੇ ਕਾਹਦੇ ਲਈ ਉਡਾਉਣ ਲੱਗੇ ਹੋਏ ਹਾਂ ਅਸੀਂ, ਮੈਨੂੰ ਸਮਝਾਵੇ ਤਾਂ ਸਹੀ ਕੋਈ, ਵੀ ਆਹਾ ਸਾਡਾ ਰੌਲਾ, ਪਹਿਲੇ 10 ਦਿਨ ਇਸ ਨੂੰ ਇਸ ਤਰ੍ਹਾਂ ਲਿਆ ਗਿਆ ਵੀ ਇਹ ਇੱਕ ਟੋਟਲੀ ਕੰਪਲੀਟ ਰੌਲਾ, ਸਾਨੂੰ ਰੋਕਣ ਦੇ ਲਈ ਰੌਲਾ, ਇਹ ਦੋ ਬੰਦਿਆਂ ਦਾ ਸਰੀ ਦੇ ਵਿੱਚੋਂ ਹੀ, ਸੁਖੀ ਤੇ ਹਰਜੀਤ ਦਾ ਹੀ ਰੌਲਾ, ਨਾ ਕੋਈ ਉੱਥੇ ਨਿਊਟਨ ਆ, ਨਾ ਕੋਈ ਉੱਥੇ ਬੰਦਾ, ਨਾ ਕੋਈ ਗੱਲ, ਪਹਿਲਾਂ ਤਾਂ ਇਹਦੇ 'ਤੇ ਜ਼ੋਰ ਰੱਖ, ਸਾਡਾ ਤਾਂ ਟਰੈਕ ਰੈਕਰਡ ਸਾਹਮਣੇ ਆ, ਲੋਕਾਂ ਨੂੰ ਦੇਖਿਆ ਹੋਇਆ ਕਿ ਅਸੀਂ ਵੇਕਅਪ ਸਰੀ ਦੇ ਸਮ ਦੇ ਵਿੱਚ ਕੀ ਕੀਤਾ, ਕਿਸ ਤਰ੍ਹਾਂ ਮਿਸਟਰ ਬਲੇਅਰ, ਕਿਸ ਤਰ੍ਹਾਂ ਆਨਰੇਬਲ ਟਰੂਡੋ ਟੇਬਲ 'ਤੇ ਆ ਕੇ ਗੱਲ ਕਰਦੇ ਰਹੇ ਟੀਮ ਦੇ ਨਾਲ, ਜਿੰਨੀ ਜਾਨੀ ਸਾਡੀ ਅਬਿਲਿਟੀ ਸੀ ਉਸ 'ਚ ਵੀ ਅਸੀਂ ਇਸ ਤਰ੍ਹਾਂ ਹੀ ਕੰਮ ਕੀਤਾ, ਵੀ ਤੇਰੇ ਕੋਲ ਆ, ਤੇਰੇ ਕੋਲ ਆ, ਤੇਰੇ ਕੋਲ ਆ, ਤੇਰੇ ਕੋਲ ਆ, ਔਰ ਕਰਕੇ ਦਿਖਾਤਾ,
ਜੇ ਜਵਾਕ ਮਰਦੇ ਆ ਉਹ ਜਵਾਕਾਂ ਦੇ ਮਰਨ ਦੇ ਜ਼ੋਰ ਤੇ ਅਸੀਂ ਕੁਛ ਕਰਤਾ, ਅਸੀਂ ਕੀ ਉਹਦੇ ਚੋਂ ਕੀਤਾ, ਮੈਨੂੰ ਦੱਸੋ ਮਾੜਾ ਕੀ ਕੀਤਾ? ਜਦ ਵੀ ਵਿਰੋਧ ਤਾਂ ਇਹਨਾਂ ਦੇ ਥਰੂ ਨੀ ਜਾਣਾ, ਇਹਦੇ ਥਰੂ ਨੀ ਜਾਣਾ, ਪਾਣੀ ਪੁਲਾਂ ਤੋਂ ਜਾਊਗਾ, ਪਾਣੀ ਇੱਥੇ ਵੀ ਜਾਊਗਾ, ਅਸੀਂ ਕੌਣ ਆ? ਫਿਰ ਇਹਦੇ ਚ ਵੀ ਹਲੇ ਵੀ ਕੁਛ ਨੀ ਵਿਗੜਿਆ, ਹੁਣ ਅਸੀਂ ਇੱਕ ਜਗ੍ਹਾ ਤੇ ਆਏ ਹੋਏ ਆ, ਜ਼ੋਰ ਲਾਓ। ਏਟੀ ਟੈਲਫਰਡ ਨੂੰ ਕਹੋ ਪ੍ਰਾਈਮ ਮਿਨਿਸਟਰ ਆਫ, ਸ਼ੀ ਇਜ਼ ਆਇਰਨ ਲੇਡੀ, ਟੋਪ ਆਫ ਦਾ ਨੈਕਸਟ ਟੂ PM ਹੈ, ਪ੍ਰਾਈਮ ਮਿਨਿਸਟਰ ਦੀ ਚੀਫ ਆਫ ਸਟਾਫ ਹੈ, ਮਿਸਟਰ ਸ਼ੈਂਪੇ ਨੂੰ ਜ਼ੋਰ ਲਾਓ ਤੇ ਬੰਦੇ ਆਪਣੇ ਲੈ ਕੇ ਆਓ। ਇਹ 30-40-50 ਫਲਾਈਟਾਂ ਚਾਹੀਦੀਆਂ ਨੇ, 5-7 ਨਾਲ ਨੀ ਗੱਲ ਬਣਨੀ। ਲੋਕਾਂ ਨੇ ਗਰਮੀ ਚ ਉੱਥੇ ਬੇਹਾਲ ਹੋ ਜਾਣਾ, 30 ਤਰੀਕ ਤੱਕ ਤਾਂ ਬੰਦ ਕਰਤਾ ਉਹਨਾਂ ਨੇ, 30 ਤੱਕ ਗੱਲ ਗਈ। ਅੱਗੇ ਹੁਣ ਅਸੀਂ ਕੀ ਕਰਨਾ ਸਮਝੋ, ਉਹ ਗੱਲ ਖਤਮ ਹੋ ਗਈ ਜਿਹੜੀ ਤੁਸੀਂ ਕਹਿੰਦੇ ਹੋ, ਆ ਜਾਣਗੇ ਮਰਜ਼ੀ ਨਾਲ ਗਏ ਹੋਏ ਨੇ, ਉਹ ਤਾਂ ਹੁਣ ਪੈਨਸ਼ਨਾਂ ਦਾ ਰੌਲਾ ਹੈ। ਜਿਹੜੇ ਆ ਸਕਦੇ ਨੇ ਉਹ ਆ ਸਕਦੇ ਨੇ, ਜਿਹੜੇ ਨਹੀਂ ਆ ਸਕਦੇ, ਜਿਹਨਾਂ ਕੋਲ PR ਨੀ, ਵੀਜ਼ਾ ਨੀ, ਉਹਨਾਂ ਨੇ ਰਹਿਣਾ ਪੈਣਾ, ਭਾਣਾ ਮੰਨਣਾ ਪੈਣਾ। ਪਰ ਉੱਥੇ 10 ਕੁਇੰਟਲ ਕਣਕ ਘਰੇ ਅਗਲੇ ਨੇ ਸੁਟਾ ਦੇਣੀ ਆ, ਤੇ 20 ਕਿਲੋ ਛੋਲਿਆਂ ਦੀ ਦਾਲ ਆ ਜਾਣੀ ਆ, ਬੜੀਆਂ ਘਰ ਦੀਆਂ ਨੇ, ਉੱਥੇ ਕੱਖ ਨੀ ਮੁੱਕਣਾ। ਇੱਥੇ ਜਿੱਥੇ ਖੂਹ ਪੱਟ ਕੇ ਪਾਣੀ ਪੀਣਾ, ਜਿੱਥੇ ਇੱਥੇ ਅਨਪਲੈਨਡ 1 ਮਹੀਨੇ ਦੀ ਛੁੱਟੀ ਵੱਧ ਗਈ, ਜਿੰਦੇ ਲੱਗਣ ਲੱਗ ਜਾਣੇ, ਬੈਂਕਾਂ ਤੇ ਕ੍ਰੈਡਿਟ ਯੂਨੀਅਨ ਵਾਲੇ ਤਿਆਰ ਬੈਠੇ ਬਾਹਾਂ ਚੜਾਈ। ਇਹ ਸਮਝ ਰਹੇ ਹੋ ਗੱਲ? ਜੇ ਤੁਹਾਨੂੰ ਕੋਈ ਬੈਂਕਾਂ ਤੇ ਕ੍ਰੈਡਿਟ ਯੂਨੀਅਨ ਵਾਲਾ ਕਹੇ ਵੀ ਅੱਛਾ ਕੋਵਿਡ ਚ ਤੇਰੇ ਟੱਬਰ ਫਸਿਆ, ਨੌਕਰੀ ਚਲੇ ਗਈ, ਲਓ ਉਹ ਕਹਿੰਦਾ ਚਿੱਠੀ ਪਲੰਦਾ ਆਇਆ ਲੈ, ਉਹ ਕਹਿੰਦਾ ਦੱਸੋ ਜੀ ਕੀ ਕਰੀਏ, ਫਿਰ ਫੋਰਕਲੋਜ਼ਰ ਕਰੀਏ? ਇਹਨਾਂ ਦਾ ਕੱਖ ਨੀ ਜਾਣਾ। ਉਹਨਾਂ ਤਾਂ 10 ਲੱਖ ਦੇ ਵਿੱਚੋਂ 3 ਲੱਖ ਤੁਹਾਨੂੰ ਦਿੱਤਾ ਹੋਇਆ, 10 ਲੱਖ ਚੋਂ 5 ਲੱਖ ਦਿੱਤਾ ਹੋਇਆ, ਤੇ 5 ਲੱਖ ਉਹਨਾਂ ਨੇ ਘੜਮਚੂ ਕਹਿ ਕੇ ਲੈ ਜਾਣਾ ਥੋਤੋਂ। ਉਹਨੇ ਕਹਿਣਾ ਲਿਆ ਫੜਾ, ਉਹਦੇ ਤੇਰੀ ਵੇਚੀ ਹੈ 7 ਲੱਖ ਦੀ, ਚਾਹੇ ਲਵੇ ਨਾ ਲਵੇ ਕੋਈ। ਇਹ ਡਿਫਰ ਜੇ ਬੋ, ਇਹ ਗੱਲਾਂ ਸਭ ਡਿਫਾਂਗ ਹੈ ਇਹਦੇ, ਆ ਜਿਹੜੀਆਂ ਕਿਸ਼ਤਾਂ ਵਧਾਉਣ ਤੋਂ ਪਹਿਲਾਂ ਉਹਨੂੰ ਕਹਿ ਵੀ ਲਿਖ ਕੇ ਦੇ ਸਾਨੂੰ ਕਿੰਨੀ ਪੈਨਲਟੀ ਲੱਗਣੀ ਆ, ਕਿੰਨੀਆਂ 24 ਮਹੀਨੇ ਦੀਆਂ ਕਿਸ਼ਤਾਂ, ਕਿੰਨੇ ਮਹੀਨੇ ਹੋਰ ਹੋਣੀਆਂ ਨੇ। ਇਹ ਇਹਦੇ ਤੇ ਨੈਕਸਟ ਕੰਮ ਸ਼ੁਰੂ ਕਰਨਾ ਵੀ ਸਾਡੇ ਸੀਨੀਅਰ ਜਿੰਨੇ ਵੀ ਮਿਨਿਸਟਰ ਨੇ, ਸਾਡੇ MP ਨੇ ਓਟਵਾ ਦੇ ਵਿੱਚ, ਬੈਂਕਾਂ ਜਿਹੜੀਆਂ ਤੁਹਾਡੀ ਗਵਰਨਮੈਂਟ ਦੇ ਥੱਲੇ ਆਉਂਦੀਆਂ, ਇਹਨਾਂ ਨੂੰ ਇੰਸਟਰਕਸ਼ਨਾਂ ਦਿਓ। ਇਸ ਤਰ੍ਹਾਂ ਹੀ ਲੋਕਲ ਆ, ਮੰਤਰੀ ਸੰਤਰੀ ਸੁਣਦੇ ਆ ਸਾਰੇ ਘਰਾਂ ਚ ਬੈਠੇ। ਸੂਬੇ ਦੇ ਮੁੱਖ ਮੰਤਰੀ ਨੂੰ ਕਹੋ ਕ੍ਰੈਡਿਟ ਯੂਨੀਅਨ ਤੁਹਾਡੇ ਥੱਲੇ ਆਉਂਦੀਆਂ ਨੇ, ਸਾਡਾ ਭਾਈਚਾਰਾ ਤੇ ਬ੍ਰਿਟਿਸ਼ ਕੰਪਨੀਆਂ ਦੀ, ਸਾਡਾ ਕਚੂਮਰ ਨਾ ਕੱਢਦੀ, ਅਸੀਂ ਬਹੁਤ ਬਚੇ ਹੋਏ ਆ। ਤੇ ਕ੍ਰੈਡਿਟ ਯੂਨੀਅਨ ਮੈਂਬਰਸ ਨਾਲ ਚੱਲਦੀ ਹੈ, ਅਸੀਂ ਚਲਾਈਆਂ ਹੋਈਆਂ ਨੇ, ਕਈ ਤਾਂ ਪੰਜਾਬੀਆਂ ਨੇ, ਦੇਖਿਓ ਕਿਤੇ ਘਰ ਵੱਲ ਨੂੰ ਮੁੜਿਆ। ਇਸ ਦਾ ਖਿਆਲ ਰੱਖਿਓ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸੁੱਖੀ ਉਹਨਾਂ ਨਾਲ ਗੱਲ ਨੂਰ ਮਹਿਲ ਕਰਦੇ ਆ, ਉਹਨਾਂ ਨੂੰ ਜਿਹੜੀ ਮੁਸ਼ਕਿਲ ਆ ਉਹਨਾਂ ਨਾਲ ਗੱਲ ਕਰਨ। ਪਲੀਜ਼ ਕਾਲਰ, ਮੈਂ ਬੇਨਤੀ ਕਰਦਾ ਜੀ, ਮੈਂ ਕੁਛ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਰਿਹਾ, ਉਸ ਨੂੰ ਪਲੀਜ਼ ਸੁਣ ਲਿਓ ਸਾਰੇ। ਮੈਨੂੰ ਪਤਾ ਤੁਸੀਂ ਕਿਹੜੀ ਗੱਲ ਕਰਨੀ ਆ, ਸਾਰਿਆਂ ਡੈਸਪਰੇਟ ਨੇ, ਫਿਰ ਆਪਾਂ ਗੱਲ ਕਰਾਂਗੇ। ਲਾਈਨਾਂ ਖੋਲਦਾ ਮੈਂ, ਅੱਜ ਤੱਕ ਇਹ ਲਾਈਨਾਂ ਬੰਦ ਨਹੀਂ ਸੀ ਕੀਤੀਆਂ, ਪਰ ਮੁਸ਼ਕਲ ਆ ਥੋੜ੍ਹੀ ਜੀ, ਕਿਉਂਕਿ ਜਿਹੜੇ ਪੰਜਾਬ ਬੈਠੇ ਆ ਉਹ ਕੋਈ ਗੱਲ ਤੁਹਾਨੂੰ ਸੁਣਾਉਣੀ ਚਾਹੁੰਦੇ ਆ। ਅੱਧੀ ਰਾਤ ਦਾ ਸਮਾਂ, 1:30 ਵਜਿਆ ਹੈ ਪੰਜਾਬ, ਤੁਸੀਂ ਅੰਡਰਸਟੈਂਡ ਕਰਿਓ। ਸੁੱਖੀ ਦੇ ਮੇਰੇ ਨਾਲ ਪੰਜਾਬ ਨੇ ਜਿਹੜੇ ਨੂਰ ਮਹਿਲ ਗਏ ਹੋਏ ਨੇ ਤੇ ਅੱਗੇ ਵੀ ਉਹ ਆਉਂਦੇ ਨੇ। ਸੁਖੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ, ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਹਾਂਜੀ, ਅੱਛਾ ਜੀ, ਹੈਲੋ ਲੇਟ, ਹਾਂਜੀ ਦੱਸੋ। ਹਾਂਜੀ ਅਜੀਤ ਸਿੰਘ ਜੀ, ਮੈਂ ਵੀ ਉਹ ਜਿਹੜੀ ਇੰਟਰਵਿਊ ਕਹਿ ਲਓ ਕਿ ਜਿਹੜੀ ਆਪਣੇ ਬਾਸੀ ਹੋਣੀ ਪਾਈ ਸੀਗੀ ਨਿਊਟਨ ਸਿੱਧੂ ਹੋਣਾ ਦੇ ਨਾਲ, ਉਹ ਸੁਣ ਕੇ ਜੀ ਮਨ ਨੂੰ ਬਹੁਤ ਗੱਲ ਇੱਕ ਧੱਕਾ ਲੱਗਾ ਕਿ ਇੱਕ ਉਹ ਇਨਸਾਨ ਜਿਹੜੇ ਕਿ ਸਾਡੀ ਇੱਥੋਂ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਜਿਹਨਾਂ ਦਾ ਵਿੱਚ ਕੋਈ ਵੀ ਇੰਟਰਸਟ ਨਹੀਂ ਹੈਗਾ, ਕੁਛ ਨੀ ਲੈਣਾ ਨੀ, ਕੁਛ ਦੇਣਾ ਨੀ, ਨਾ ਉਹ ਕੈਨੇਡਾ ਵਿੱਚ ਰਹਿੰਦੇ ਹੈਗੇ ਆ, ਨਾ ਕੋਈ ਉਹਨਾਂ ਦਾ ਪੋਲੀਟੀਕਲ ਕੈਰੀਅਰ ਉੱਥੇ ਹੈਗਾ ਜਾਂ ਕੋਈ ਉਹਨੇ ਇਲੈਕਸ਼ਨ ਲੜਨੀ ਹੈਗੀ ਆ, ਪਰ ਫਿਰ ਵੀ ਮੈਨੂੰ ਸਮਝ ਲੱਗੀ ਕਿ ਬਾਸੀ ਹੋਣੀ ਉਹਨਾਂ ਨੇ ਆ ਕੇ 35 ਮਿੰਟ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਜਿਹੜੀ ਉਹਨੇ ਲਾਸਟ ਵਿੱਚ ਮੈਨੂੰ ਸਭ ਤੋਂ ਜਿਹੜੀ ਗੱਲ ਉਹਨਾਂ ਦੀ ਪਿੰਚ ਕੀਤੀ, ਜਿਹਨੇ ਉਹਨਾਂ ਨੇ ਉਹਨੂੰ ਕਾਲ ਕੱਟੀ, ਉਹਨਾਂ ਨੂੰ ਡਰੰਕ ਕਹਿ ਕੇ ਇਹ ਸ਼ਰਾਬੀ ਹੈਗੇ ਆ। ਭਾਜੀ ਤੁਸੀਂ ਮੈਨੂੰ ਦੱਸੋ, ਅਜੀਤ ਸਿੰਘ ਜੀ ਤੁਸੀਂ ਮੇਰੇ ਨਾਲ ਇਸ ਟਾਈਮ ਗੱਲ ਕਰ ਰਹੇ ਆ, ਤੁਹਾਨੂੰ 2 ਜਾਂ 4 ਮਿੰਟ ਵਿੱਚ ਪਤਾ ਲੱਗ ਜਾਣਾ ਚਾਹੀਦਾ ਕਿ ਮੈਂ ਸ਼ਰਾਬ ਪੀਤੀ ਹੈ ਕਿ ਨਹੀਂ ਪੀਤੀ ਹੈਗੀ, ਠੀਕ ਹੈ ਨਾ? ਬਿਲਕੁਲ। ਹਾਲਾਂਕਿ ਹਰੇਕ ਬੰਦੇ ਨੇ ਉਹ ਇੰਟਰਵਿਊ ਸੁਣੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਲੱਗੀ ਕਿ ਉਹਦੀ ਪੀਤੀ ਹੈਗੀ, ਠੀਕ ਹੈ ਨਾ? ਉਹ ਸਮਾਂ ਕਿ ਕਹਿ ਲਓ ਕਿ ਅਜੀਤ ਸਿੰਘ ਜੀ ਮੈਨੂੰ ਤਾਂ ਸਮਝ ਨਹੀਂ ਆਈ ਕਿ, ਮੈਂ ਤੁਹਾਨੂੰ ਦੱਸਦਾ ਕਿ ਪਿਛਲੀ ਵੀਕ ਮੈਂ ਕਾਲ ਕੀਤੀ ਸੀ ਉਹਨਾਂ ਦੇ ਰੇਡੀਓ ਸਟੇਸ਼ਨ ਤੇ ਜੀ, ਆਪਣੇ ਬਾਸੀ ਸਾਹਿਬ ਦੇ, ਇੱਕ ਦਿਨ ਕੋਈ ਪ੍ਰੋਗਰਾਮ ਚੱਲ ਰਿਹਾ ਸੀ, ਉੱਥੇ ਗੱਲ ਹੋਈ ਤਾਂ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਤਾਂ ਮੈਂ ਮੈਸੇਜ ਛੱਡਿਆ, ਉਹਨਾਂ ਦੀ ਮੈਨੂੰ ਕਾਲ ਵਾਪਸ ਆਈ। ਉਸ ਦਿਨ ਬਾਸੀ ਸਾਹਿਬ ਉਹਦੀ ਆਪਣੀ ਵਰਲਡਿੰਗ ਸੀਗੀ, ਜਦ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਇੱਥੇ MPਆਂ ਨੂੰ, ਜਿਹੜੇ ਆਪਣੇ MP ਹੈਗੇ ਉਹਨਾਂ ਨੂੰ ਪੁਸ਼ ਕਰੋ ਕਿ ਉਹ ਹੈਲਪ ਕਰਨ, ਜਿਹੜੇ ਲੋਕਾਂ ਦੀ ਇੱਥੇ ਦਵਾਈ ਮੁੱਕ ਰਹੀ ਆ ਜਾਂ ਉਹਨਾਂ ਨੂੰ ਇੱਥੋਂ ਕੱਢਣ ਦੀ ਟਰਾਈ ਕਰਨ,
ਉਹਨਾਂ ਦੀ ਆਪਣੀ ਵਰਡਿੰਗ ਸੀ ਜਿਹੜੀ ਮੈਂ ਏਅਰ ਦੇ ਉੱਤੇ ਉਹ ਲਫ਼ਜ਼ ਵਰਤ ਨਹੀਂ ਸਕਦਾ ਤੇ ਐਮਪੀਆਂ ਬਾਰੇ ਕਹਿੰਦੇ ਜਿਹੜੇ ਇਹ ਐਮਪੀ ਆਪਣੇ ਹੈਗੇ ਇਹਨਾਂ ਦੇ ਵਿੱਚ ਦਮ ਹੈ ਨੀਗਾ ਇਹ ਕੁਛ ਨੀ ਕਰਨ ਯੋਗ ਹੈਗੇ ਆਪਣੇ ਲੀਡਰ ਦੇ ਸਾਹਮਣੇ ਬੋਲਣ ਦੀ ਇਹਨਾਂ ਦੀ ਔਕਾਤ ਹੈ ਨੀ ਬੋਲ ਨਹੀਂ ਸਕਦੇ ਉਹਦੇ ਸਾਹਮਣੇ ਉਹਨਾਂ ਦੀ ਇਹ ਵਰਡਿੰਗ ਸੀਗੀ ਤੇ ਅੱਜ ਉਹ ਕਿੱਦਾਂ ਟਵਿਸਟ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਲੱਗੀ ਕਿ ਅੱਜ ਉਹ ਪੂਰੇ ਆਪਣੇ ਐਮਪੀਆਂ ਨੂੰ ਡਿਫੈਂਡ ਕਰ ਰਹੇ ਸੀ ਕਿ ਹਾਂ ਵੀ ਜਿਹੜੇ ਐਮਪੀ ਕਰ ਰਹੇ ਗੁੱਡ ਜੋਬ ਕਰ ਰਹੇ ਹੈਗੇ ਠੀਕ ਹੈ ਨਾ ਮੈਨੂੰ ਤਾਂ ਸਮਝ ਲੱਗ ਰਿਹਾ ਕਿ ਲੋਕੀ ਕੀ ਕਰਨਾ ਚਾਹੁੰਦੇ ਉੱਥੇ ਬੈਠੇ ਵੀ ਲੋਕਾਂ ਦੀ ਜਿਹੜੀ ਇੱਥੇ ਲੋਕੀ ਬੈਠੇ ਹੈਗੇ ਆ ਉਹਨਾਂ ਦੀ ਮਜਬੂਰੀ ਨੂੰ ਸਮਝ ਨਹੀਂ ਰਹੇ ਹੈਗੇ ਫਿਰ ਉਹ ਕਿੱਦਾਂ ਟਵਿਸਟ ਹੋ ਜਾਂਦੇ ਹੈਗੇ ਆ ਚਲੋ ਪਰ ਮੈਨੂੰ ਸਭ ਤੋਂ ਉਹਨਾਂ ਦੀ ਇਹੀ ਗੱਲ ਪਿੰਚ ਕੀਤੀ ਕਿ ਜਦੋਂ ਉਹਨਾਂ ਨੇ ਉਹਨਾਂ ਦੀ ਕਾਲ ਇਹ ਕਿਹਾ ਕਿ ਗੱਡੀ ਕੋਈ ਸ਼ਰਾਬੀ ਹੈਗੀ ਹਾਲਾਂਕਿ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਤੁਹਾਨੂੰ 35 ਮਿੰਟ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੈਗੀ ਤੁਸੀਂ ਇੱਕ ਨਾਲ ਆਪਣੇ ਜਰਨਲਿਸਟ ਕਹਿੰਦੇ ਹੈਗੇ ਤੁਹਾਨੂੰ ਸਾਰੀ ਨੌਲੇਜ ਹੈਗੀ ਆ ਬੰਦੇ ਨਾਲ 2 ਮਿੰਟ ਗੱਲ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਉਹਨੇ ਸ਼ਰਾਬ ਪੀਤੀ ਕਿ ਨਹੀਂ ਪੀਤੀ ਹੈਗੀ ਚਲੋ ਇਹ ਗੱਲ ਛੱਡੋ ਮੈਂ ਦੂਸਰੀ ਗੱਲ ਇਹ ਕਰਦਾ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਵੀ ਕਿਹਾ ਸੀ ਕਹੋ ਮੇਰੇ ਸਿਸਟਰ ਨਾਲ ਦਵਾਈਆਂ ਬਾਰੇ ਪਰ ਉਹ ਚਲੋ ਦਵਾਈ ਇੱਥੋਂ ਆਪਾਂ ਨੂੰ ਮਿਲ ਨਹੀਂ ਸਕੀ ਤੁਸੀਂ ਸਾਰਿਆਂ ਨੇ ਬਹੁਤ ਹਾਰਡ ਵਰਕ ਕੀਤਾ ਨਿਊਟਨ ਸਿੱਧੂ ਹੋਣਾ ਵੀ ਬਹੁਤ ਹੈਲਪ ਕਰਨ ਦੀ ਕੀਤੀ ਤੇਜਪਾਲ ਰੰਧਾਵਾ ਹੁਣ ਵੀ ਬਹੁਤ ਟਰਾਈ ਕੀਤੀ ਦਵਾਈ ਲੱਭਣ ਦੀ ਨਹੀਂ ਮਿਲ ਸਕੀ ਫਿਰ ਉਹ ਜੀ ਮੇਰੇ ਬ੍ਰਦਰ ਤੇ ਸਿਸਟਰ ਉਹ ਕਹਿ ਲਓ ਕਿ ਅੱਜ ਇੰਡੀਆ ਦੇ ਟਾਈਮ ਦੇ 12 ਵਜੇ ਤੇ ਮੈਨੂੰ ਲੱਗਦਾ ਕੁਛ 11:30 ਦਾ ਟਾਈਮ ਹੋਊਗਾ ਆਪਣੇ ਕੈਨੇਡਾ ਦਾ ਰਾਤ ਦਾ ਉਹ ਕੈਨੇਡਾ ਪਹੁੰਚ ਗਏ YVR ਏਅਰਪੋਰਟ ਤੇ ਜਿਹੜੀਆਂ ਕਾਰਪੋਰੇਟ ਫਲਾਇਰ ਦੇ ਵਿੱਚ ਉਹਨੇ 2 ਟਿਕਟਾਂ ਬੁੱਕ ਕੀਤੀਆਂ ਸੀ ਜਿਹੜੀ ਕਿ ਆਲਮੋਸਟ $7,000 ਕੋਸਟ ਆ ਗਈ ਆ ਤੇ ਫਿਰ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਕੋਈ ਭਾਜੀ ਜਦੋਂ ਉਹ ਇੰਗਲੈਂਡ ਪਹੁੰਚੇ ਆ ਤਾਂ ਉੱਥੇ ਏਅਰ ਇੰਡੀਆ ਦੀ ਲੇਡੀ ਜਿਹੜੀ ਸੀਗੀ ਸੋਰੀ ਏਅਰ ਕੈਨੇਡਾ ਦੀ ਜਿਹੜੀ ਸੀਗੀ ਕੋਈ ਨੁਮਾਇੰਦਾ ਉਹ ਕਹਿ ਰਹੀ ਸੀ ਕਿ ਸਾਰਿਆਂ 6 ਫੁੱਟ ਤੋਂ ਦੂਰ ਹੋ ਹਨਾ ਪਰ ਜਦੋਂ ਉਹਨਾਂ ਨੇ ਪਲੇਨ ਦੇ ਵਿੱਚ ਬੰਦੇ ਬਿਠਾਏ ਤਕਰੀਬਨ 350 ਜਾਂ 400 ਤੇ ਉਹ ਨਾਲ ਨਾਲ ਸੀਟਾਂ ਤੇ ਬੈਠੇ ਸੀਗੇ ਉਹਨੇ ਉਹਨੂੰ ਕਿਹਾ ਕਿ ਤੁਸੀਂ ਸਾਨੂੰ ਤੋਂ ਬਾਹਰ ਕਹਿੰਦੇ ਕਿ ਦੂਰ ਬੈਠੋ ਹੁਣ ਤਾਂ ਤੁਸੀਂ ਬਿਲਕੁਲ ਨਾਲ ਨਾਲ ਬਿਠਾਤੇ ਹੈਗੇ ਹੁਣ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਉਹ ਕਿੱਥੇ ਗਈ ਹੈਗੀ ਫਿਰ ਇੱਕ ਉੱਥੇ ਭਾਜੀ ਉਹਨਾਂ ਨੂੰ ਲੇਡੀ ਮਿਲੀ ਜਿਹੜੀ ਕਿ ਸਾਊਥ ਅਫਰੀਕਾ ਤੋਂ ਆਈ ਸੀਗੀ ਜਿਹੜੀ ਉਹ ਵੀ ਕੈਨੇਡੀਅਨ ਸਿਟੀਜ਼ਨ ਸੀ ਉੱਥੇ ਸਟੱਕ ਸੀਗੀ ਤਾਂ ਉਸਨੇ ਮੇਰੇ ਬ੍ਰਦਰ ਨੂੰ ਦੱਸਿਆ ਕਿ ਉਸਦੀ ਫਲਾਈਟ ਸਾਊਥ ਅਫਰੀਕਾ ਤੋਂ 7 ਘੰਟੇ ਦੀ ਫਲਾਈਟ ਸੀ ਇੰਗਲੈਂਡ ਦੀ ਇੰਗਲੈਂਡ ਤੋਂ ਫਿਰ ਉਹ ਸੇਮ ਫਲਾਈਟ ਦੇ ਵਿੱਚ ਬ੍ਰਦਰ ਨਾਲ ਟੋਰਾਂਟੋ ਹੁੰਦੀ ਹੋਈ ਵੈਨਕੂਵਰ ਪਹੁੰਚੀ ਹੈਗੀ ਆ ਤੇ ਉਸਦੀ ਜਿਹੜੀ ਕੋਸਟ ਆਈ ਹੈਗੀ ਉਹ $1,100 ਕੈਨੇਡੀਅਨ ਸੀਗੀ ਮੈਨੂੰ ਉਹ ਪ੍ਰਾਈਸ ਦਾ ਡਿਫਰੈਂਸ ਨਹੀਂ ਲੱਗਾ ਕਿ 7 ਘੰਟੇ ਦੀ ਫਲਾਈਟ ਉਹਨਾਂ ਦੀ ਲੰਡਨ ਤੱਕ ਆ 19 ਗਾਹਾਂ ਫਲਾਈਟ ਫਿਰ ਵੈਨਕੂਵਰ ਨੂੰ ਹੈਗੀ ਆ ਉਹਨੂੰ ਉਹਨੇ ਕੋਸਟ $1,100 ਪੇ ਕੀਤੀ ਹੈਗੀ ਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿੰਨਾ ਫਰਕ ਹੈਗਾ ਬਾਕੀ ਉਹ ਜਿਹੜੀ ਇਨਫੋਰਮੇਸ਼ਨ ਦੱਸੀ ਜਾਂਦੇ ਕਿ ਅਮਰੀਕਾ ਵਾਲੇ ਜੀ $2,500 ਜਾਂ ਉਹ ਅਮਰੀਕਾ ਵਾਲਾ ਤਾਂ ਆਪਣੀ ਸਿਟੀਜ਼ਨ ਤੋਂ ਕੋਈ ਪੈਸਾ ਨਹੀਂ ਲਿਆ ਫਰੰਟ ਤੇ ਇਹ ਵੀ ਆਪਣੇ ਸਿਟੀਜ਼ਨ ਨੂੰ ਕੱਢ ਲੈਣ ਕੋਈ ਪੈਸਾ ਨਾ ਲੈਣ ਉੱਥੇ ਲੈ ਕੇ ਭਾਵੇਂ $5,000 ਚਾਰਜ ਕਰਨ ਲੈ ਲੈਣ ਪਰ ਇੱਕ ਵਾਰੀ ਕਦਰ ਦੱਸੇ ਆਪਣੇ ਸਿਟੀਜ਼ਨ ਨੂੰ ਹੁਣ ਮੈਂ ਤੁਹਾਨੂੰ ਬਿਲਕੁਲ ਦੱਸਦਾ ਕਿ ਜਿਹੜੀ ਮੈਂ ਪਹਿਲਾਂ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵੀ ਬੁੱਕ ਕੀਤੀ ਸੀਗੀ 19 ਅਪ੍ਰੈਲ ਦੀ ਉਹਨਾਂ ਦੀ ਵੀ ਅੱਜ ਈਮੇਲ ਆ ਗਈ ਹੈ ਕਿ ਉਹ ਫਲਾਈਟ ਕੈਂਸਲ ਹੋ ਗਈ ਆ ਜੀ ਉਹ ਵੀ ਫਲਾਈਟਾਂ ਕੈਂਸਲ ਹੋ ਰਹੀਆਂ ਹੈਗੀਆਂ ਤੇ ਲੋਕੀ ਤਾਂ ਇੱਥੇ ਜਾਣ ਲਈ ਕਹਿ ਲਓ ਕਿ ਤਤਪਰ ਹੈਗੇ ਆ ਹਰੇਕ ਬੰਦੇ ਦੀ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਕੋਈ ਬੰਦਾ ਕਹਿ ਲਓ ਕਿ ਇੱਥੇ 6 ਮਹੀਨੇ ਲਈ ਤਾਂ ਆਏ ਨੀ ਹੈਗੇ ਬੈਠਣ ਲਈ ਕੋਈ 1 ਮਹੀਨੇ ਲਈ ਆਇਆ ਸੀ ਕੋਈ 1.5 ਮਹੀਨੇ ਲਈ ਆ ਗਿਆ ਬੰਦੇ ਅੱਜ ਸਟੱਕ ਹੋ ਗਏ ਹੈਗੇ ਆ ਤੇ ਸਾਡੇ ਐਮਪੀ ਮੈਨੂੰ ਤਾਂ ਸਮਝ ਲੱਗਦਾ ਹੈਗਾ ਤੁਹਾਡੇ ਰੇਡੀਓ ਤੇ ਵੀ ਕੱਲ੍ਹ ਐਮਪੀ ਸਾਹਿਬ ਬੋਲ ਕੇ ਗਏ ਉਹਨੇ ਕਿਹਾ ਵੀ ਕਿ ਹਾਂ ਉਹਨਾਂ ਨੂੰ ਈਮੇਲ ਜਿਹੜੀ ਤੁਸੀਂ ਕਹਿ ਲਓ ਕਿ ਕੈਨੇਡੀਅਨ ਕੌਂਸਲਰ ਨੂੰ ਕੀਤੀ ਆ ਉਹਨਾਂ ਨੂੰ ਉਹ ਈਮੇਲ ਬਾਰੇ ਨੌਲੇਜ ਹੈਗੀ ਆ ਉਹ ਅੱਜ ਮੈਂ ਉਹਨਾਂ ਨੂੰ ਬਾਸੀ ਸਾਹਿਬ ਦੇ ਪ੍ਰੋਗਰਾਮ ਤੇ ਸੁਣਿਆ ਉੱਥੇ ਆ ਕੇ ਸਾਨੂੰ ਕੋਈ ਈਮੇਲ ਨਹੀਂ ਆਈ ਹੈਗੀ ਮੈਨੂੰ ਸਮਝ ਨਹੀਂ ਆਉਂਦੀ ਕਦੋਂ ਟਵਿਸਟ ਕਰ ਰਹੇ ਹੈਗੇ ਇੱਕ ਸਟੈਂਡ ਤੇ ਕਦੋਂ ਨਹੀਂ ਕੱਢਦੇ ਹੈਗੇ ਫਿਰ ਵੀ ਤੁਹਾਡਾ ਜਸਰ ਮੈਂ ਧੰਨਵਾਦ ਕਰਦਾ ਕਿ ਜਿਹੜੀ ਤੁਹਾਡੀ ਟੀਮ ਜਾਂ ਸੁਖੀ ਸੰਧੂ ਜਾਂ ਨਿਊਟਨ ਸਿੱਧੂ ਹੋਣੀ ਇੱਥੇ ਜਾਂ ਜੀਨਾ ਭੈਣ ਜੋ ਵੀ ਕੰਮ ਕਰ ਰਹੇ ਹੈਗੇ ਐਟਲੀਸਟ ਉਹਦੇ ਵਿੱਚ ਇੱਕ ਲੋਕਾਂ ਨੂੰ ਆਸ ਵੀ ਕਰਨ ਤਾਂ ਨਜ਼ਰ ਆ ਰਹੀ ਹੈ ਨਾ ਕਿ ਚਲੋ ਕੋਈ ਨੀ ਕੱਲ ਨੂੰ ਜਾਂ ਪਰਸੋਂ ਜਦੋਂ ਕਿਤੇ ਫਲਾਈਟਾਂ ਸ਼ੁਰੂ ਹੋਣਗੀਆਂ ਪਰਮਾਤਮਾ ਕਰੇ ਇਸ ਤਰ੍ਹਾਂ ਹੋ ਜਾਵੇ ਜਿਹੜੇ ਇੱਥੇ ਲੋਕੀ ਬੈਠੇ ਹੈਗੇ ਆ ਜ਼ਰੂਰਤਮੰਦ ਜਿਹੜੇ ਹੈਗੇ ਜਿਹਨਾਂ ਨੂੰ ਦਵਾਈਆਂ ਦੀ ਪ੍ਰੋਬਲਮ ਹੈਗੀ ਜਾਂ ਸਾਡੇ ਸੀਨੀਅਰ ਹੈਗੇ ਆ ਉਹਨਾਂ ਨੂੰ ਪਹਿਲਾਂ ਇੱਥੋਂ ਕੱਢਿਆ ਜਾਵੇ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਸੀਂ ਸੁੱਖੀ ਖਿਆਲ ਰੱਖਣਾ ਆਪਣਾ ਪਲੀਜ਼ ਕੋਸ਼ਿਸ਼ ਕਰ ਰਹੇ ਹਾਂ ਅਸੀਂ ਛੇਤੀ ਤੁਹਾਨੂੰ ਵੀ ਕੋਈ ਵਧੀਆ ਖਬਰ ਮਿਲੇ ਤੇ ਕੋਸ਼ਿਸ਼ ਕਰ ਰਹੇ ਹਾਂ ਹੁਣ ਜਿਹੜੇ ਬੈਨੀਫਿਟਸ ਨੇ ਉਹਨਾਂ ਦੇ ਬਾਰੇ ਮੈਂ ਵਪਾਰਕ ਸੰਦੇਸ਼ ਲੈ ਲਵਾਂ ਜੀ ਉਹਨਾਂ ਬਾਰੇ ਸੁੱਖੀ ਸੰਧੂ ਨੇ ਮੇਰੇ ਨਾਲ ਉਹ ਵੀ ਆਪਣੀ ਗੱਲ ਦੱਸਣਾ ਚਾਹੁੰਦੇ ਨੇ ਕਿਉਂਕਿ ਕੰਮ ਕਰਦੇ ਆ ਸਗਾ ਲਗਾਤਾਰ ਓਟਵਾ ਤੇ ਜਿੱਥੇ ਵੀ ਉਹਨਾਂ ਨੇ ਪਹੁੰਚ ਕਰਨੀ ਆ ਸਾਰੇ ਜਿਹੜੇ ਅਪੋਜੀਸ਼ਨ ਦੇ ਐਮ ਪੀ ਐਡਫਾਇਰਸ ਨੇ ਜਿੱਥੇ ਮੁਕਲ ਨੇ ਕਮਲ ਖਹਿਰਾ ਨੇ ਸਰਤੂਰ ਨੇ ਐਮ ਐਲ ਏ ਉਹਨਾਂ ਤੋਂ ਜਗਮੀਤ ਸਿੰਘ ਹੋਣੀ ਨੇ ਸਾਰਿਆਂ ਦੇ ਨਾਲ ਉਹ ਇਨ ਟੱਚ ਨੇ ਤੇ ਉਹਨਾਂ ਨੇ ਇੱਕ ਜਗ੍ਹਾ ਲਿਆ ਕੇ ਸਾਰੀ ਪਾਵਰ ਸਾਡੀ ਇਕੱਠੀ ਕੀਤੀ ਹੈ ਉਹ ਵੀ ਇਸ ਤੇ ਕੁਛ ਗੱਲਬਾਤ ਕਰਨੀ ਚਾਹੁੰਦੇ ਆ ਸੰਧੂ ਜੀ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੇ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਲਿਸਨਰਸ ਲੋਕ ਸਾਥ ਰੇਡੀਓ ਤੋਂ ਜੀ
ਕੀ ਕੁਛ ਐਡ ਕਰਨਾ ਚਾਹੁੰਦੇ ਹੋ? ਤੁਸੀਂ ਸੁਣ ਰਹੇ ਸੀ ਮਿਸਟਰ ਫੈਸਟ ਹੋਰਾਂ ਨੂੰ ਵੀ, ਨਿਊਟਨ ਹੋਰਾਂ ਨੂੰ ਵੀ, ਹੁਣ ਸੁੱਖੀ ਨਾਲ ਗੱਲ ਆਪਾਂ ਪੰਜਾਬ 'ਚ ਕੀਤੀ ਹੈ ਤੇ ਆਪਣੀ ਮੁਹਿੰਮ ਠੀਕ ਜਾ ਰਹੀ ਹੈ, ਤੇ ਤੁਸੀਂ ਹੁਣ ਕੀ ਇਹਦੇ 'ਚ ਸੋਚਦੇ ਹੋ, ਕੀ ਐਂਟੀਸਪੇਟ ਕਰਦੇ ਹੋ ਇਸ ਤੇ? ਚਲ ਮੈਂ ਪਹਿਲਾਂ ਤਾਂ ਸਾਰੇ ਲਿਸਨਰਸ ਨੂੰ ਅਸ਼ੋਰ ਕਰਨਾ ਮੰਗਦਾ ਵੀ ਜੇ ਸਾਡੇ ਤਿੰਨ ਓਬਜੈਕਟਿਵ ਸੀ ਪਹਿਲੇ ਦਿਨ ਤੋਂ, ਵੀ ਸੇਫ ਰਿਟਰਨ ਆਫ ਆਰ ਕੈਨੇਡੀਅਨ ਸਿਟੀਜ਼ਨਸ ਐਂਡ ਪਰਮਨੈਂਟ ਰੈਜ਼ੀਡੈਂਟਸ ਫਰਮ ਪੰਜਾਬ ਇਨ ਅ ਟਾਈਮਲੀ ਮੈਨਰ, ਤੇ ਇਹ ਕੋਸਟ ਇਫੈਕਟਿਵ ਹੋਵੇ, ਤੇ ਉਸ ਉਪਰਾਲੇ ਤੇ ਅਸੀਂ ਆਹ ਨੀ ਸੋਚਿਆ ਵੀ ਕੋਈ ਬੰਦਾ ਆਹ ਪਾਰਟੀ ਚ ਆਹ ਪਾਰਟੀ ਚ, ਇਹ ਜਿਹੜੀਆਂ ਗੱਲਾਂ, ਇਹ ਜਦੋਂ ਕੋਈ ਹਿਊਮੈਨੀਟੇਰੀਅਨ ਐਫਰਟ ਹੁੰਦਾ ਫਿਰ ਸਾਡੀ ਲੈਂਸ ਹੋਣੀ ਨੀ ਚਾਹੀਦੀ ਵੀ ਕੋਈ ਬੰਦਾ ਕਿਹੜੀ ਪਾਰਟੀ ਚ ਆ। ਤੁਸੀਂ ਆਪਾਂ ਇਕੱਠੇ ਹੋ ਕੇ ਜਗਮੀਤ ਸਿੰਘ ਨੂੰ ਵੀ ਉਹੀ ਬੇਨਤੀ ਕੀਤੀ ਆ, ਫਿਰ ਆਪਾਂ ਇਕੱਠੇ ਹੋ ਕੇ ਬਿਕੋਜ਼ ਹੀ ਇਜ਼ ਅ ਫਰਸਟ ਪੰਜਾਬੀ ਨੈਸ਼ਨਲ ਲੀਡਰ ਆਫ ਐਨੀ ਪਾਰਟੀ, ਫਿਰ ਆਪਾਂ ਇਕੱਠੇ ਹੋ ਕੇ ਉਹੀ ਉਹੀ ਬੇਨਤੀ ਕੀਤੀ ਆ ਆਪਣੇ ਲਿਬਰਲ ਐਮ ਪੀਆਂ ਨੂੰ, ਬਿਕੋਜ਼ ਦੇ ਆਰ ਦਾ ਫੈਡਰਲ ਗਵਰਨਮੈਂਟ, ਉਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਸੀ। ਫਿਰ ਆਪਾਂ ਮੈਂ ਜ਼ਿੰਮੇਵਾਰੀ ਲਈ ਵੀ ਸਾਡੇ ਆਪਣੇ ਲੋਕਲ ਐਮ ਪੀਜ਼ ਨੂੰ, ਜਿੰਨਾ ਚਿਰ ਉਹ ਸਾਡੇ ਨਾਲ ਗੁੱਡ ਫੇਥ ਨਾਲ ਕੰਮ ਕਰਦੇ ਸੀਗੇ ਜਾਂ ਸਾਨੂੰ ਅਸੀਂ ਦੇਖਿਆ ਵੀ ਡਰੈਗ ਆਨ ਹੁੰਦੀ ਆ, ਫਿਰ ਅਸੀਂ ਸੋਚਿਆ ਵੀ ਕੰਜ਼ਰਵੇਟਿਵ ਪਾਰਟੀ ਦੇ ਐਮ ਪੀਜ਼ ਨੂੰ ਅਸੀਂ ਕੰਟੈਕਟ ਕਰੀਏ। ਤੇ ਮੈਂ ਸਮਝਦਾ ਜਿਹੜੀ ਐਡ ਫੈਸਟ ਦੀ ਲੈਟਰ ਸੀ ਵੀ ਇਜ਼ ਅ ਫੋਰਮਰ ਟ੍ਰੇਡ ਮਿਨਿਸਟਰ ਆਫ ਕੈਨੇਡਾ, ਉਹਦੇ ਕਾਫੀ ਲਿੰਕਸ ਵੀ ਸੀਗੇ ਹਾਈ ਕਮਿਸ਼ਨ ਦੇ ਨਾਲ, ਤੇ ਯੂਨੋ ਉਹਦੇ ਨਾਲ ਆਈ ਥਿੰਕ ਇੱਕ ਬ੍ਰੇਕ ਥਰੂ ਹੋ ਗਈ ਆ। ਨਿਊਟਨ ਸਿੱਧੂ ਵੀ ਜੀ ਉਹਨਾਂ ਨਾਲ ਮੇਰੀ ਆਈ ਥਿੰਕ 4:30 ਫਿਰ ਗੱਲ ਹੋਈ ਸੀ, ਉਹ ਕਹਿੰਦੇ 7 ਅੱਜ ਮੈਨੂੰ ਫੋਨ ਕਾਲਸ ਹਾਈ ਕਮਿਸ਼ਨ ਦੇ ਨਾਲ ਹੋ ਗਈਆਂ, 2 ਕਾਨਫਰੰਸ ਕਾਲਾਂ ਹੋ ਗਈਆਂ। ਸੋ ਇਹ ਵੀ ਗੁੱਡ ਆ, ਇਟਸ ਅ ਪੋਜ਼ਿਟਿਵ ਥਿੰਗ। ਆਪਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਸੀਂ ਆਪਦਾ ਨੁਕਸਾਨ ਆਪ ਕਰ ਰਹੇ ਹਾਂ ਜਦੋਂ ਸਾਡੀ ਸੋਚਣੀ ਬਹੁਤ ਨੀਵੀਂ ਹੁੰਦੀ ਆ। ਗੋਰੇ ਵੀ ਆਪ ਨੂੰ ਦੇਖ ਰਹੇ ਆ, ਕੱਲਾ ਐਡ ਫੈਸ ਨੀ, ਸਾਰੇ ਗੋਰੇ ਦੇਖ ਲਿਆ ਆਲ ਦਾ ਵੇ ਟੂ ਪ੍ਰਾਈਮ ਮਿਨਿਸਟਰ ਆਫਿਸ। ਜੇ ਆਪਾਂ ਇਹ ਜੇ ਟਾਈਮ ਤੇ ਹਿਊਮੈਨੀਟੇਰੀਅਨ ਟਾਈਮ ਤੇ ਆਪਾਂ ਇਕੱਠੇ ਨਹੀਂ ਹੋ ਸਕਦੇ, ਨੁਕਸਾਨ ਸੁੱਖੀ ਸੰਧੂ ਦਾ ਨਹੀਂ ਹੋਣਾ, ਹਰਜੀਤ ਗਿੱਲ ਦਾ ਨਹੀਂ ਹੋਣਾ, ਉਹ ਜੀ ਨਿਊਟਨ ਸਿੱਧੂ ਦਾ ਨਹੀਂ ਹੋਣਾ, ਨੁਕਸਾਨ ਆਪਣੀ ਕਮਿਊਨਿਟੀ ਦੀ ਇਮੇਜ ਦਾ ਹੋਣਾ। ਸੋ ਮੇਰੀ ਹਾਲੇ ਵੀ ਬੇਨਤੀ ਹੈ, ਜਿਹਨੇ ਵੀ ਹੈਲਪ ਕਰਨੀ ਆ ਸਾਡੇ ਨਾਲ ਤੁਰੋ, ਜੇ ਕੋਈ ਲਿਬਰਲ ਐਮ ਪੀ ਸਾਡੇ ਤੋਂ ਫਾਈਲ ਲੈਣਾ ਮੰਗਦੇ ਲੈ ਜਾਣ, ਹੁਣ ਸਟਾਫ ਮੈਂਬਰ ਭੇਜ ਦੇਣ, ਮੈਨੂੰ ਅੱਧਾ ਘੰਟਾ ਦੇ ਦਿਓ, ਅਸੀਂ ਫਾਈਲ ਤੁਹਾਨੂੰ ਦੇ ਦਾਂਗੇ। ਪਰ ਵੀ ਵਿਲ ਕੰਟੀਨਿਊ ਟੂ, ਹੁਣ ਕੱਲ ਮੈਨੂੰ ਕਮਲ ਖੇਰਾ ਦਾ ਫੋਨ ਮੈਸੇਜ ਆਇਆ ਵਟਸਐਪ ਤੇ, ਕਹਿੰਦੀ ਭਾਜੀ ਹਾਊ ਕੈਨ ਆਈ ਹੈਲਪ, ਐਂਡ ਆਈ ਰਿਸਪੈਕਟ ਦੈਟ, ਸ਼ੀ ਇਜ਼ ਅ ਲਿਬਰਲ ਐਮ ਪੀ, ਅਸੀਂ ਕੋਈ ਲੈਂਸ ਨਹੀਂ ਆਈ ਦੇਖੀ ਦੀ, ਦਿਸ ਇਜ਼ ਅਬਾਊਟ ਟੁਗੈਦਰਨੈਸ। ਮੈਂ ਇੱਕ ਹੋਰ ਗੱਲ ਤੁਹਾਡੇ ਲਿਸਨਰਸ ਨੂੰ ਕਹਿਣਾ ਮੰਗਦਾ, ਮੇਰਾ ਜਿਹੜਾ ਐਕਸਪੀਰੀਅੰਸ ਆ, ਮੇਰਾ ਜਿਹੜਾ ਪ੍ਰੋਫੈਸ਼ਨਲ ਫੀਫਾ ਦੇ ਨਾਲ ਤੇ ਮੇਜਰ ਕਾਮਨਵੈਲਥ ਗੇਮਾਂ ਚ, ਹੁਣ ਮੇਰਾ ਜਿਹੜਾ ਰੋਲ ਹੈਗਾ ਉਹ ਹੈਗਾ ਜੇ ਸਾਡੀ ਪਲੈਨਿੰਗ ਸਟੇਜ ਤੇ ਸਾਡਾ ਪਹਿਲਾ ਫੇਜ਼ ਸੀਗਾ, ਹੁਣ ਅਸੀਂ ਟ੍ਰਾਂਜੀਸ਼ਨ ਹੋ ਰਹੇ ਹਾਂ ਟੂ ਆਪਰੇਸ਼ਨ ਫੇਜ਼। ਸੋ ਆਪਰੇਸ਼ਨ ਫੇਜ਼ ਦਾ ਮੇਰੇ ਹੁਣ ਨੈਕਸਟ 24 ਆਵਰ ਚ ਇੱਕ ਟੈਂਪਲੇਟ ਮੈਂ ਪੁੱਟ ਟੂਗੈਦਰ ਕਰਨੀ ਆ 20-25 ਪੇਜ ਦੀ, ਵੀ ਇਕੱਲੇ ਇਕੱਲੇ ਰੋਲ ਚ 17 to 18, 17 to 20 ਡਿਫਰੈਂਟ ਫੰਕਸ਼ਨਸ ਹੋਣੇ ਆ ਫੋਰ ਅਸ, ਸਾਡੇ ਗਰੁੱਪ ਦੇ ਪੰਜਾਬ ਚ ਐਂਡ ਇੱਥੇ ਵੀ। ਉਹ ਅੱਗੇ ਤੇ ਸੀਗਾ ਇਕੱਲੇ ਫੇਸਬੁੱਕ ਤੇ ਜਾਂ ਮੈਸੇਜਿੰਗ ਜਾਂ ਕਮਿਊਨੀਕੇਸ਼ਨ ਵਿਦ ਇਲੈਕਟਿਵ ਰੈਪਰਜ਼ੈਂਟੇਟਿਵ, ਹੁਣ ਟਿਕਟਿੰਗ ਹੋਣੀ ਆ, ਲੋਜਿਸਟਿਕਸ ਹੋਣੀ ਆ, ਕਮਿਊਨੀਕੇਸ਼ਨ ਆਨ ਦਾ ਗਰਾਊਂਡ, ਕਰਫਿਊ ਪਾਸਿਸ, ਪੁਲੀਸਿੰਗ, ਸਿਕਿਉਰਿਟੀ, ਇਮੀਗ੍ਰੇਸ਼ਨ। ਸੋ ਇਕੱਲੇ ਇਕੱਲੇ ਜੀ ਡਿਪਾਰਟਮੈਂਟ ਦਾ ਅਸੀਂ ਸਾਡਾ ਵੀ ਹੁਣ ਸਟੈਂਡਰਡ ਔਰ ਸਾਡੇ ਐਕਸਪੈਕਟੇਸ਼ਨ ਜਿਹੜੀ ਰਿਸਪੋਂਸਿਬਿਲਟੀ ਕਮਿਊਨਿਟੀ ਨੇ ਹੁਣ ਦੇਣੀ ਆ, ਉਹ ਤੇ ਅਸੀਂ ਬਿਟਰੇ ਨਹੀਂ ਕਰ ਸਕਦੇ ਕਮਿਊਨਿਟੀ ਨੂੰ ਜੀ। ਸੋ ਦੈਟ ਇਜ਼ ਔਰ ਔਰ ਹਾਂਜੀ, ਤੇ ਅਸੀਂ ਪੂਰੀ ਤੇ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀ ਕਮਿਊਨਿਟੀ ਦੀ ਮੰਗ ਆ, ਜਿਹੜੀ ਡਾਇਰੈਕਟ ਫਲਾਈਟਾਂ ਵੀ ਹੋ ਜਾਣ। ਇੱਕ ਹੋਰ ਵੀ ਮੈਂ ਗੱਲ ਕਹਿਣਾ ਮੰਗਦਾ ਤੁਹਾਡੇ ਲਿਸਨਰਸ ਨੂੰ, ਪਿਛਲੇ 40 ਮਿੰਟਾਂ ਚ ਮੇਰੀ ਇੱਕ ਹੋਰ ਡਿਸਕਸ਼ਨ ਵਾਇਆ ਟੈਕਸਟ ਹੋ ਰਹੀ ਸੀ ਏਅਰ ਕੈਨੇਡਾ ਦੇ ਵਾਈਸ ਪ੍ਰੈਜ਼ੀਡੈਂਟ ਨਾਲ, ਉਹਨਾਂ ਨੇ ਸਾਨੂੰ 2 ਦਿਨ ਪਹਿਲਾਂ ਇੱਕ ਨਾ ਕਰ ਦਿੱਤੀ ਸੀਗੀ, ਬਿਕੋਜ਼ ਸਾਰਿਆਂ ਨੂੰ ਤੁਹਾਨੂੰ ਵੀ ਫੋਨ ਆਉਂਦੇ ਏਅਰ ਕੈਨੇਡਾ ਨੈਸ਼ਨਲ ਫਲੈਗ ਕੈਰੀਅਰ, ਉਹਨੀ ਇਹ ਚ ਹਿੱਸਾ ਲੈ ਰਹੀ ਏਅਰ ਕੈਨੇਡਾ, ਉਹਨਾਂ ਦੀ ਵੀ ਮਜਬੂਰੀ ਆ, ਬਿਕੋਜ਼ ਦੇ ਹੈਵ ਟੂ ਗੋ ਔਨ ਦਾ ਗਾਈਡੈਂਸ ਆਫ ਦੀ ਅਮਾਊਂਟ ਕਾਰਪੋਰੇਟ ਬਾਡੀ ਆ, ਦੇ ਹੈਵ ਟੂ ਗੋ ਬਾਏ ਦਾ ਗਾਈਡੈਂਸ ਆਫ ਦਾ ਫੈਡਰਲ ਗਵਰਨਮੈਂਟ। ਹੁਣ ਉਹਨਾਂ ਨੂੰ ਮੈਂ ਅਰਲੀਅਰ ਤੁਹਾਡੇ ਪ੍ਰੋਗਰਾਮ ਤੋਂ ਪਹਿਲਾਂ ਮੈਂ ਟੈਕਸਟ ਕੀਤੀ ਸੀ
ਤੇ ਤੁਸੀਂ ਰੀਕਨਸਿਡਰ ਕਰੋਗੇ ਤੇ ਹੁਣ ਜਿਹੜੀ ਸਾਡੀ ਕਮਿਊਨੀਕੇਸ਼ਨ ਹਾਈ ਕਮਿਸ਼ਨ ਦੇ ਨਾਲ ਬਹੁਤ ਪੋਜ਼ਿਟਿਵ ਹੋ ਗਈ ਆ, ਇਟ ਇਜ਼ ਟਰਨਡ ਔਨ ਅ ਪੋਜ਼ਿਟਿਵ ਨੋਟ। ਉਹਨਾਂ ਨੇ ਇੱਕ ਸੀਨੀਅਰ ਲਾਇਜ਼ਨ ਅਫਸਰ ਸਾਡੇ ਨਾਲ ਜੋੜਤਾ ਤੇ ਉਹ ਕਹਿੰਦੇ ਵੀ ਤੁਸੀਂ, ਉਹਨਾਂ ਨੇ ਇਸ ਗੱਲੋਂ ਬਹੁਤ ਵੱਡਾ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਆਪਦੇ ਕੰਟੈਕਟ ਡਿਟੇਲ ਸਾਡੇ ਜਿਹੜੇ ਦਿੱਲੀ ਇੰਡੀਆ ਦੇ ਕੰਟਰੀ ਮੈਨੇਜਰ ਆ ਏਅਰ ਕੈਨੇਡਾ ਦੇ, ਤੁਹਾਡੇ ਨਾਲ ਡਾਇਰੈਕਟ ਗੱਲ ਕੱਲ ਨਿਊਟਨ ਸਿੱਧੂ ਦੀ ਹੋ ਜੇ ਤੇ ਹਾਈ ਕਮਿਸ਼ਨ ਦੀ ਹੋ ਜੇ ਤੇ ਇਫ ਐਨੀ ਵੇ ਵੀ ਕੈਨ ਹੈਲਪ ਆਊਟ। ਸੋ ਮੈਂ ਸਮਝਦਾ ਵੀ ਜਦੋਂ ਵੀ ਕੋਈ ਉਪਰਾਲਾ ਹੁੰਦਾ ਅਸੀਂ ਆਹ ਨੀ ਦੇਖੀ, ਸਾਨੂੰ ਜੇ ਅਸੀਂ ਇਕੱਠੇ ਹੋ ਕੇ ਤੁਰੀਏ ਇਹ ਚ ਆਈ ਥਿੰਕ ਵੀ ਕੈਨ ਗੈਟ ਸਕਸੈਸ। ਤੁਸੀਂ ਇਹ ਵੀ ਗੱਲ ਸ਼ੁਰੂ ਕੀਤੀ ਸੀ ਜਿਹੜੇ ਨਿਊਟਨ ਸਿੱਧੂ ਤੇ ਅਟੈਕ ਹੋਈ ਸੀ ਟੋਰਾਂਟੋ ਇੱਕ ਰੇਡੀਓ ਸਟੇਸ਼ਨ ਤੇ, ਵੀ ਜੀ ਮੈਂ ਸਮਝਦਾ ਜੇ ਹੁਣ ਤੁਸੀਂ ਕੋਈ ਵੀ ਕੰਮ ਕਰਦੇ ਆ ਅਸੀਂ ਹਾਂ ਪੋਲੀਟੀਕਲੀ ਪਾਵਰਫੁਲ ਆ ਪਰ ਅਸੀਂ ਐਜ਼ ਅ ਕਮਿਊਨਿਟੀ ਫਿਰ ਵੀ ਸੋਸ਼ਲੀ ਗੱਲਾਂ ਤੇ ਅਸੀਂ ਇਨਫੈਂਸੀ ਸਟੇਜ ਤੇ ਆ, ਅਸੀਂ ਗਰੋ ਨਹੀਂ ਹੋਏ। ਜਦੋਂ ਵੀ ਕੋਈ ਬੰਦਾ ਕੋਈ ਚੰਗਾ ਕੰਮ ਕਰਦੇ ਆ ਤੁਸੀਂ ਤਾਂ ਦੇਖ ਹੀ ਲਿਆ ਵੇਕ ਅਪ ਸਰੀ ਚ, ਉਦੋਂ ਨਿੰਦਿਆ ਯੋਗ ਤਾਂ ਹੁੰਦੀ ਆ, ਤੁਹਾਡੇ ਤੇ ਅਟੈਕ ਹੁੰਦੇ ਆ, ਮੇਰੇ ਤੇ ਵੀ ਬਹੁਤ ਹੋਣੇ ਆ ਤੇ ਹੁਣ ਮੈਂ ਆਲਰੇਡੀ ਮੈਂ ਆਪਦੀ ਫੈਮਿਲੀ ਨੂੰ ਪ੍ਰਿਪੇਅਰ ਕਰਤਾ ਵਾ ਤੇ ਇਹ ਅਟੈਕ ਹੋਣੇ ਆ, ਬੱਚੇ ਅਪਸੈਟ ਹੈਗੇ ਆ, ਬਟ ਇਹ ਜਿਹੜੀ ਇਟ ਇਜ ਰਿਗਰੈਟਬਲ, ਇਟ ਇਜ ਰੋਂਗ, ਸਪੈਸ਼ਲੀ ਐਟ ਅ ਟਾਈਮ ਆਫ ਕੀ ਕਹਿੰਦੇ ਆ ਹਿਊਮੈਨਿਟੇਰੀਅਨ ਕ੍ਰਾਈਸਿਸ, ਪਰ ਯੂ ਹੈਵ ਟੂ ਪਰਸਿਵੀਅਰ, ਯੂ ਹੈਵ ਟੂ ਗੋ ਅਹੈਡ, ਤੁਹਾਨੂੰ ਆਪਦੀ ਫਿਨਿਸ਼ ਲਾਈਨ ਤੇ ਜਾਂ ਐਂਡ ਰਿਜ਼ਲਟ ਦਿਖਾ ਕੇ ਫਿਰ ਆਪਣੀ ਕਮਿਊਨਿਟੀ ਤੁਹਾਡਾ ਫੈਸਲਾ, ਰਿਪੋਰਟ ਕਾਰਡ ਤੇ ਕਮਿਊਨਿਟੀ ਨੇ ਬਣਾਉਣਾ। ਬਿਲਕੁਲ ਰਿਪੋਰਟ ਕਾਰਡ, ਰਾਈਟ, ਰਿਪੋਰਟ ਕਾਰਡ ਨੇ ਕਿਹਾ ਇਹਨਾਂ ਬੰਦਿਆਂ ਨੇ ਧੋਖਾ ਦਿੱਤਾ, ਇਹਨਾਂ ਬੰਦਿਆਂ ਨੇ ਪੈਸੇ ਖਾਧੇ, ਜਾਂ ਇਹ ਬੰਦਿਆਂ ਨੇ ਐਥਿਕਲੀ ਕੰਮ ਕੀਤਾ ਤੇ ਇਮਾਨਦਾਰੀ ਨਾਲ ਕੀਤਾ ਤੇ ਇਨਸਾਨੀਅਤ। ਬਿਲਕੁਲ ਬਿਲਕੁਲ ਠੀਕ, ਰਾਈਟ। ਤੇ ਤੁਸੀਂ ਵੀ, ਤੁਹਾਡੇ ਵੀ ਲਿੰਕਸ ਹੈਗੇ ਆ ਰੇਡੀਓ ਸਟੇਸ਼ਨ ਸਾਰਿਆਂ ਨਾਲ, ਤੁਸੀਂ ਵੀ ਬੇਨਤੀਆਂ ਕਰਦੇ ਹੋ ਤੇ ਇਕੱਠੇ ਹੋ ਕੇ ਤੁਰੋ ਜਾਂ ਸਾਡੇ ਤੋਂ ਫਾਇਲ ਲੈ ਜਾਓ। ਬਿਲਕੁਲ ਠੀਕ ਹੈ, ਚੜ੍ਹਦੀ ਕਲਾ ਚ ਰਹਿਣਾ, ਚੜ੍ਹਦੀ ਕਲਾ ਹੈਗੀ ਆ, ਉਹੀ ਸਾਡੇ ਚੜ੍ਹਦੀ ਕਲਾ ਕਰਕੇ ਤਾਂ ਅਸੀਂ ਜਿਉਂਦੇ ਹਾਂ, ਚੜ੍ਹਦੀ ਕਲਾ ਕਰਕੇ ਇੱਥੇ ਤੱਕ ਸਾਡੇ ਚ ਜੁੜਤਾ ਤੇ ਉਹ ਰਹਿਣੀ ਰਹਿਣੀ ਆ। ਉਹ ਯੂ ਨੋ ਪੰਜਾਬੀਆਂ ਦੀ ਸ਼ਾਨ ਆ ਪੂਰੀ, ਅਸੀਂ ਝੰਡਾ ਖੜਾ ਹੋ। ਧੰਨਵਾਦ ਧੰਨਵਾਦ, ਬਹੁਤ ਬਹੁਤ ਥੈਂਕ ਯੂ ਸੁਖੀ ਸੰਧੂ। ਗੱਲਬਾਤ ਕਰ ਰਹੇ ਤੇ ਅਪਡੇਟ ਉਹ ਵੀ ਟੀਮ ਦੇ ਮੈਂਬਰ ਨੇ, ਜਿਹੜਾ ਬੰਦਾ ਜੀ ਤੋੜ ਕੇ ਕੰਮ ਕਰਦਾ ਦੱਸਣਾ ਚਾਹੁੰਦਾ ਮੈਂ ਖੜਾ, ਤੇ ਉਹ ਜਿਹੜੀ ਐਗਜ਼ੀਕਿਊਸ਼ਨ ਹੈ ਬੜੀ ਔਖੀ ਹੈ, ਇਹ ਬਹੁਤ ਔਖਾ ਕੰਮ ਆ, ਇਹ ਸੌਖਾ ਨਹੀਂ ਹੈ। ਉਸਨੇ ਵਰਲਡ ਲੈਵਲ ਤੇ ਫੀਫਾ ਦੇ ਨਾਲ ਤੇ IPL ਦੇ ਨਾਲ ਕੰਮ ਕੀਤਾ, ਉਹਨੂੰ ਪਤਾ ਹੈ ਕਿ ਹੁਣ ਅਸੀਂ ਕਿਹੜੀ ਅੱਗੇ ਸਾਡਾ ਸਟੈਪ ਕੀ। ਅੱਜ ਸਵੇਰੇ 4:30 ਵਜੇ ਫੋਨ ਸ਼ੁਰੂ ਹੋ ਜਾਂਦੇ ਨੇ, 5 ਵਜੇ ਨਿਊਟਨ ਸਿੱਧੂ ਹੋਣੀ ਵੀ ਦੱਸਦੇ ਸੀ ਸਵੇਰੇ ਕੰਮ ਕਰਕੇ ਜਦ ਉੱਠਣਾ ਤਾਂ ਦੱਸਣਾ ਕਿ ਹੁਣ ਅਸੀਂ ਕਿੱਥੇ ਖੜੇ ਹਾਂ। ਸੋ ਉਹ ਹੁਣ ਜਿਹੜਾ ਅਗਲਾ ਜਿਹੜਾ ਕੰਮ ਹੈ ਉਹ ਪਤਾ ਲੱਗ ਜੂਗਾ। ਮੈਂ ਫੇਸਬੁੱਕ ਤੇ ਹੁਣੇ ਸਾਂਝਾ ਕੀਤਾ ਕਿ ਕੀ ਕਰ ਰਹੇ ਹਾਂ ਅਸੀਂ, 10 ਤਰੀਕ ਨੂੰ ਕੀ ਕਰ ਰਹੇ ਹਾਂ, 11, 12, 13 ਇਸ ਤਰ੍ਹਾਂ ਦੱਸ ਰਹੇ। ਹੁਣ ਮੈਂ ਕੁਝ ਕੁ ਜਾਣਕਾਰੀ ਤੁਹਾਨੂੰ ਦੇ ਦੇਵਾਂ ਕਿ ਜਿਹੜੇ ਆਹ ਹੁਣ ਬੈਨੀਫਿਟਸ ਨੇ ਇਹ ਕੀ ਨੇ, ਥੋੜ੍ਹਾ ਜਿਹਾ ਮੈਂ ਸਮਝਾ ਦੇਵਾਂ ਕਿ ਕੌਣ ਕੌਣ ਅਪਲਾਈ ਕਰ ਸਕਦਾ, ਕੀ ਕੌਣ। ਤੁਸੀਂ ਲੇਅ ਆਫ ਹੋ ਗਏ, ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਹੈ ਜਿਹ ਚ $2,000 ਤੁਹਾਨੂੰ ਮਹੀਨੇ ਦਾ ਮਿਲਣਾ 4 ਮਹੀਨਿਆਂ ਤੱਕ, ਤੇ ਉਹਦੇ ਬਾਅਦ ਪਿਛਲੇ 14 ਦਿਨ ਤੁਸੀਂ ਕੰਮ ਤੋਂ ਬਾਹਰ ਚਾਹੀਦੇ ਹੋ ਤਾਂ ਪਿਛਲੇ ਮਤਲਬ ਤੁਸੀਂ ਬਿਮਾਰ ਚਾਹੀਦੇ ਇਹਦੇ ਨਾਲ ਹੋ ਗਏ, ਪੀੜਿਤ ਹੋ ਗਏ, ਤੇ ਜਿਹੜੇ ਇੰਪਲਾਇਮੈਂਟ ਇੰਸ਼ੋਰੈਂਸ ਲਈ ਈ ਐਲ ਆਈ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਇਹਦੇ ਚ ਜਿਹੜੇ ਇਸ ਨੂੰ ਇਹਦੇ ਨਾਲ ਸਰਵਿਸ ਕੈਨੇਡਾ ਦੇ ਨਾਲ ਜਿਨ੍ਹਾਂ ਨੇ ਐਲੀਜੀਬਿਲਿਟੀ ਕੀਤੀ ਹੋਈ ਹੈ ਅਪਲਾਈ ਇਹ ਤੋਂ ਕੀਤਾ ਤੇ ਉਹ ਇਹਦੇ ਚ ਉਹਨਾਂ ਨੇ ਆਪੇ ਹੀ ਇਸ ਨੂੰ ਸੈੱਟ ਕਰ ਦੇਣਾ। March 15 to October 3 ਤੱਕ ਇਹ ਜਿਹੜੀ ਹੈ ਇਹ ਇਸ ਪੀਰੀਅਡ ਲਈ, ਸੋ ਇਹ ਕੁਛ ਦੱਸ ਰਹੀ ਹੈ ਤੁਹਾਨੂੰ। ਤੁਸੀਂ ਇੰਪਲਾਇਡ ਹੋ ਪਰ ਪੇ ਨਹੀਂ ਕੀਤਾ ਤੁਹਾਨੂੰ ਤੁਹਾਡੇ ਮਾਲਕ ਨੇ, ਤਾਂ ਵੀ ਤੁਸੀਂ ਇਹਦੇ ਤੇ $2,000 ਜਿਹੜਾ ਇਸ ਲਈ ਅਪਲਾਈ ਕਰਨ, ਤੇ $5,000 ਘੱਟੋ ਘੱਟ ਪਿਛਲੇ 2019 ਦੇ ਵਿੱਚ ਤੁਹਾਡੀ ਇਨਕਮ ਚਾਹੀਦੀ ਹੈ 12 ਮਹੀਨਿਆਂ ਚ, ਤੇ ਅਪਲਾਈ ਇਹਦੇ ਤੁਸੀਂ ਕਰ ਸਕਦੇ। ਸੈਲਫ ਇੰਪਲਾਇਡ ਹੋ
ਤਾਂ ਵੀ ਇਸ 'ਚ ਅਪਲਾਈ ਕਰ ਸਕਦੇ ਹੋ। ਜੇ ਤੁਹਾਡੀ ਪਿਛਲੇ 2019 ਦੇ ਵਿੱਚ 5000 ਘੱਟੋ ਘੱਟ ਇਨਕਮ ਹੈ, ਇਹਦੇ ਕਰਕੇ ਕੰਮ ਤੁਸੀਂ ਛੱਡ ਦਿੱਤਾ। ਜੇ ਸੈਲਫ ਆਈਸੋਲੇਟ ਹੋ ਬਿਮਾਰੀ ਕਰਕੇ ਤਾਂ ਇਹਦੇ 'ਚ ਤੁਸੀਂ ਅਪਲਾਈ ਕਰ ਸਕਦੇ ਹੋ। 2019 'ਚ ਤੁਹਾਨੂੰ $5,000 ਤੁਹਾਡਾ ਬਣਾਇਆ ਹੋਣਾ ਚਾਹੀਦਾ। ਕੋਈ ਬਿਮਾਰ ਹੈ ਉਹਦੀ ਕੇਅਰ ਕਰ ਸਕਦੇ ਹੋ ਤਾਂ ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਲਈ ਅਪਲਾਈ ਕਰ ਸਕਦੇ, $2,000 ਤੁਹਾਨੂੰ ਮਿਲ ਸਕਦਾ। ਬੱਚਿਆਂ ਲਈ ਕੇਅਰ ਕਰ ਰਹੇ ਹੋ ਤੇ ਤਾਂ ਵੀ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਲਾਈਨ ਉਹੀ ਹੈ ਮਾਰਚ 15 ਤੋਂ ਅਕਤੂਬਰ 3 ਤੱਕ। ਤੇ ਸੀਨੀਅਰਸ ਲਈ ਵੀ ਇਹ ਜਿਹੜਾ ਉਹਨਾਂ ਦਾ ਰਿਟਾਇਰਮੈਂਟ ਸੇਵਿੰਗ ਹੈ ਉਹਦੇ ਵਿੱਚੋਂ ਮਿਨੀਮਮ ਉਹਨਾਂ ਦਾ ਵਿਦਡਰਾ ਕਰਨਾ ਪੈਣਾ ਉਹਨਾਂ ਨੂੰ, ਤੇ ਉਹਦੇ ਚੋਂ ਵੀ ਤੁਹਾਡਾ ਐਂ ਨਾ ਹੋਵੇ ਵੀ ਉੱਧਰ ਪੈਸੇ ਪਏ ਹੋਣ ਤੇ ਇਹਦੇ ਲਈ ਤੁਸੀਂ ਅਪਲਾਈ ਕਰ, ਤੇ ਇਸ ਦਾ ਇਹਦਾ ਖਿਆਲ ਰੱਖਣਾ। ਸਟੂਡੈਂਟ ਜਿਹੜੇ ਨੇ ਉਹ ਉਹਨਾਂ ਦਾ ਸਟੂਡੈਂਟਾਂ ਦਾ ਲੋਨ ਹੈ ਜਿਹੜਾ, ਸਾਰੇ ਸਟੂਡੈਂਟ ਅਪਲਾਈ ਕਰ ਸਕਦੇ। ਡਿਫਰ ਲੋਨ ਹੋਏਗਾ, 6 ਮੰਥ ਇੰਟਰਸਟ ਫਰੀ ਮੋਰਟੋਰੀਅਮ ਲਾਇਆ ਉਹਨਾਂ ਤੇ 20 ਮਾਰਚ ਤੋਂ ਲੈ ਕੇ ਸਤੰਬਰ 30 ਤੱਕ ਇਹ ਪੀਰੀਅਡ। ਪਰਿਵਾਰ ਜਿਹੜੇ ਨੇ, ਜਿਹੜਾ ਪਰਿਵਾਰ ਦੇ ਵਿੱਚ ਕੋਈ ਬਿਮਾਰ ਹੈ ਉਹਦੀ ਤੁਸੀਂ ਕੇਅਰ ਕਰ ਰਹੇ ਹੋ ਤਾਂ ਤੁਹਾਨੂੰ ਉਸੇ $2,000 ਲਈ ਤੁਸੀਂ ਕੁਆਲੀਫਾਈ ਕਰਦੇ। ਤੇ ਉਹੀ ਸੇਮ 2019 'ਚ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ। ਤੇ ਬੱਚੇ ਨੇ ਜੇ ਚਾਈਲਡ, ਜਿਹੜਾ ਕੈਨੇਡਾ ਦਾ ਚਾਈਲਡ ਬੈਨੀਫਿਟ ਹੈ, ਐਕਸਟਰਾ $300 ਪਰ ਚਾਈਲਡ ਤੁਹਾਨੂੰ ਮਿਲਣਾ। ਰੈਗੂਲਰ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਮਿਲਦਾ ਉਹਦੇ ਨਾਲ ਪਲੱਸ 300, ਜਿਹਦੇ ਹੁਣ 18 ਸਾਲ ਤੋਂ 10 ਜਾਂ 6 ਜਾਂ 5 ਜਾਂ 4 ਬੱਚੇ ਆ ਉਹਨਾਂ ਨੂੰ $1,200, 4 ਜਵਾਕਾਂ ਨੂੰ, 5 ਜਵਾਕਾਂ ਨੂੰ $1,500 ਪਹਿਲੇ ਚਾਈਲਡ ਟੈਕਸ ਬੈਨੀਫਿਟ ਤੋਂ ਵੱਧ, 1500 ਹੋਰ ਆਉਣਾ ਨਾਲ। ਸੋ ਇਹ ਵੀ ਜਿਹੜੀ ਕੌਮ ਲੱਗੀ ਹੈ ਨਾ ਹੁਣ ਵੀ ਜਵਾਕ ਘੱਟ ਚਾਹੀਦੇ ਨੇ, ਜਵਾਕ 3-4 ਸਿੱਖਾਂ ਦੇ ਚਾਹੀਦੇ ਆ, ਖਿਆਲ ਰੱਖੋ। ਤੇ ਪਰਸਨਲ ਫਾਈਨੈਂਸ ਤੇ ਟੈਕਸਿਸ ਜਿਹੜੇ ਨੇ ਉਹ ਗੁੱਡਸ ਤੇ ਸਰਵਿਸ ਟੈਕਸ ਕ੍ਰੈਡਿਟ ਪੇਮੈਂਟ ਹੈ ਜਿਹੜੀ, ਵਨ ਟਾਈਮ ਪੇਮੈਂਟ $400 ਦੀ ਸਿੰਗਲ ਲਈ, 600 ਲਈ ਕਪਲ ਲਈ, ਤੇ ਜਿਹੜਾ ਟੈਕਸ ਕ੍ਰੈਡਿਟ ਹੈ। ਲੋ ਜਿਹੜੀਆਂ ਇਨਕਮ ਫੈਮਿਲੀ, ਲੋ ਇਨਕਮ ਫੈਮਿਲੀ ਲਈ ਬਹੁਤ ਕੁਛ ਹੈ। ਤੇ ਐਕਸਟਰਾ ਟਾਈਮ ਇਨਕਮ ਟੈਕਸ ਰਿਟਰਨ ਲਈ ਉਹ ਤੁਹਾਨੂੰ June 1 ਤੱਕ, ਸੈਲਫ ਇੰਪਲਾਇਡ ਤਾਂ ਜੂਨ ਪਹਿਲਾਂ ਹੀ ਦੇ ਵਿੱਚ ਕਰਦੇ ਆ। ਹਾਊਸਿੰਗ ਦੇ ਵਿੱਚ ਤੁਸੀਂ ਪ੍ਰੋਪਰਟੀ ਓਨ ਕਰਦੇ ਹੋ ਤਾਂ 6 ਮਹੀਨੇ ਦੀਆਂ ਪੇਮੈਂਟਾਂ, ਮੋਰਗੇਜ ਪੇਮੈਂਟਾਂ ਡਿਫਰ ਹੋ ਸਕਦੀਆਂ ਨੇ, ਪਰ ਇਸ ਤੋਂ ਪਹਿਲਾਂ ਸਭ ਪਤਾ ਕਰ ਲਿਓ ਵੀ ਤੁਹਾਨੂੰ ਫਾਇਦਾ ਤੁਸੀਂ ਕਰਨਾ ਜਾਂ ਨਹੀਂ। ਇੰਪਲਾਇਰ ਹੋ, ਬਿਜ਼ਨਸ ਤੁਸੀਂ ਕਰਦੇ ਹੋ, ਫੈਡਰਲ ਗਵਰਨਮੈਂਟ ਨੇ ਵਰਕ ਸ਼ੇਅਰ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਲਈ ਐਕਸਟੈਂਡ ਕੀਤਾ 36 ਵੀਕ ਤੋਂ ਲੈ ਕੇ 76 ਵੀਕ ਤੱਕ। ਤੇ ਇਹ ਮਾਰਚ 15 ਤੋਂ ਮਾਰਚ 14 2021 ਤੱਕ। ਤੇ ਐਮਰਜੈਂਸੀ ਵੇਜ ਜਿਹੜੀ ਸਬਸਿਡੀ ਹੈ, 75% ਵੇਜ ਸਬਸਿਡੀ ਤੁਹਾਡੇ ਇੰਪਲਾਈ ਨੂੰ ਮਿਲ ਸਕਦੀ ਜੇ ਤੁਸੀਂ ਕੰਮ ਖੋਲ੍ਹ ਕੇ ਰੱਖਦੇ ਹੋ। 25% ਕੋਲੋਂ ਪਾਉਣਾ, ਬੰਦਿਆਂ ਨੂੰ ਲੇ ਆਫ ਨਾ ਕਰੋ। ਅਦਰ ਵੇ ਹੋ ਜਾਓ, ਉੱਧਰ ਜਾ ਕੇ 2000 ਲੈਣਗੇ, ਇੱਧਰ ਜੇ 3000 ਕਮਾਉਂਦੇ ਆ ਤਾਂ $2100-2200 ਸਰਕਾਰ ਨੇ ਦੇਣਾ, ਤੁਸੀਂ 700 ਦੇਣਾ। ਬੰਦਿਆਂ ਨੂੰ ਕੰਮ ਤੇ ਲਾਈ ਰੱਖੋ, ਨਾ ਘਰੇ ਬਿਠਾਏ। ਤੇ 12 ਵੀਕ ਲਈ ਇਹ ਜਿਹੜੀ ਅਵੇਲੇਬਲ ਹੈ। ਉਹਦੇ ਬਾਅਦ ਇਨਕਮ ਟੈਕਸ ਡਿਫਰਲ ਜਿਹੜਾ ਆਪਣੇ ਬਿਜ਼ਨਸ ਲਈ ਤਾਂ August 31, 2020 ਤੱਕ ਹੈ। ਸਮਰ ਜੋਬ ਪ੍ਰੋਗਰਾਮ ਨੇ ਜਿਹੜੇ ਉਹ ਹੁਣ ਜਿਹੜੀ ਕੈਨੇਡਾ ਦੀ ਸਮਰ ਜੋਬ ਪ੍ਰੋਗਰਾਮ ਹੈ ਜਿਹੜੀ ਪਬਲਿਕ ਤੇ ਪ੍ਰਾਈਵੇਟ ਸੈਕਟਰ ਤੇ ਵਿੱਚ ਇਹਦੇ 'ਚ ਜਿਹੜੀ ਅਪਲਾਈ ਕਰਦੇ ਨੇ। ਅਵਰਲੀ ਵੇਜਿਸ ਇੰਪਲਾਈਆਂ ਦੇ ਲਈ, ਬੱਚਿਆਂ ਦੇ ਲਈ, ਪਰ ਇਹ ਜੋਬਸ ਨਿਕਲਣਗੀਆਂ ਤਾਂ ਹੀ ਹੈ। ਇਹਦੇ 'ਚ ਨੋਨ ਪ੍ਰੋਫਿਟ, ਸਮਾਲ ਬਿਜ਼ਨਸ, ਪਬਲਿਕ ਸੈਕਟਰ ਇੰਟਾਈਟਲਸ ਨੇ ਜਿਹੜੇ ਉਹ ਅਪਲਾਈ ਕਰ ਸਕਦੇ ਆ ਜੇ ਉਹ ਬੱਚਿਆਂ ਨੂੰ ਰੱਖਦੇ ਆ। ਉਹਦੇ 'ਚ ਹੋਰ ਵੀ ਮਦਦ ਮਿਲ ਸਕਦੀ। ਤੇ ਵਰਕ ਸ਼ੇਅਰ ਪ੍ਰੋਗਰਾਮ ਹੈ ਜਿਹੜਾ, ਇਹਦੇ 'ਚ ਉਹਦੇ 'ਚ ਫੈਡਰਲ ਗਵਰਨਮੈਂਟ ਜਿਹੜਾ ਕੰਮ ਤੁਸੀਂ ਸ਼ੇਅਰ ਕਰਦੇ ਹੋ ਉਹ ਵੀ ਐਕਸਟੈਂਡ ਹੋਇਆ। ਤੇ ਬਿਜ਼ਨਸ ਨੇ ਜਿਹਨੇ ਲੂਜ਼ ਕੀਤਾ ਉਹਨੂੰ ਬੇਸ ਸਬਸਿਡੀ ਮਿਲਣੀ ਹੈ ਜਿਹੜੀ ਦੱਸੀ ਹੈ, ਤੇ 30% ਲੋਸ ਤੁਹਾਨੂੰ ਦਿਖਾਉਣਾ ਪੈਣਾ ਪਿਛਲੇ ਮਾਰਚ ਤੋਂ, ਜਾਣੀ ਪਿਛਲੇ ਮਹੀਨੇ ਤੋਂ ਅਗਲੇ ਮਹੀਨੇ। ਤੇ ਪਰ ਹੁਣ ਕਈਆਂ ਦਾ ਜਿਹੜਾ ਮੰਨ ਲਓ ਮਾਰਚ ਦੀ ਦੇ ਵਿੱਚ ਜਿਵੇਂ ਟਰੱਕਿੰਗ ਇੰਡਸਟਰੀ ਦੇ ਚੈੱਕ ਆਉਂਦੇ ਨੇ ਉਹ ਤਾਂ ਆ ਰਹੇ ਨੇ ਦਸੰਬਰ ਦੇ, ਮਾਰਚ 'ਚ ਤਾਂ ਉਹਨਾਂ ਨੂੰ ਘਾਟਾ ਦਿਖਣਾ ਨਹੀਂ। ਉਹਨਾਂ ਦਾ ਤਾਂ ਮਾਰਚ ਜਿਹੜਾ ਕੰਮ ਘਟਿਆ ਉਹਦੇ ਚੈੱਕ ਆਉਣੇ ਨੇ ਉਹਨਾਂ ਨੂੰ ਮਈ 'ਚ, 2 ਮਹੀਨੇ ਬਾਅਦ।
ਜਾਂ ਜੂਨ ਦੇ ਪਹਿਲੇ ਹਫ਼ਤੇ, ਉਸ ਸਮੇਂ ਘਾਟਾ ਹੋਏਗਾ। ਤੇ ਬਿਜ਼ਨਸ ਅਕਾਊਂਟ ਦੇ ਲਈ, ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਲਈ ਇੰਟਰਸਟ ਫ੍ਰੀ ਲੋਨ ਆ $40,000 ਦਾ। ਸਮਾਲ ਬਿਜ਼ਨਸ ਵਾਲੇ ਅਪਲਾਈ ਕਰ ਦਿੰਦੇ ਨੇ, ਨੋਟ ਫੋਰ ਪ੍ਰੋਫਿਟਸ ਜਿਹੜੀ ਆਰਗੇਨਾਈਜੇਸ਼ਨ ਨੇ ਉਹ ਅਪਲਾਈ ਕਰ ਦਿੰਦੇ ਨੇ। ਤੇ ਪਰ ਉਹਨਾਂ ਨੂੰ ਦਿਖਾਉਣਾ ਪਊ ਅਸੀਂ 50,000 ਤੋਂ 1,000,000 ਜਿਹੜਾ ਪੇ ਰੋਲ ਹੈ ਉਹ 2019 'ਚ ਹੈ। ਤੇ ਸਮਾਲ ਬਿਜ਼ਨਸ ਵਾਲੇ ਵੀ ਇਸ ਤਰ੍ਹਾਂ ਹੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦਾ ਪੇ ਰੋਲ ਇੰਨਾ ਚਾਹੀਦਾ। ਤੇ ਐਗਰੀ ਫੂਡ ਸੈਕਟਰ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਤੇ ਉਹਦੇ 'ਚ ਐਗਰੀ ਬਿਜ਼ਨਸ ਹੈ ਜਿਹੜਾ ਫੂਡ ਪ੍ਰੋਸੈਸਰ ਹੈ, ਤੇ ਉਹਦੇ 'ਚ ਪ੍ਰਿੰਸੀਪਲ ਇੰਟਰਸਟ ਡਿਫਰਲ ਪੇਮੈਂਟਸ ਜਿਹੜੀਆਂ 6 ਮਹੀਨੇ ਤੱਕ ਤੇ ਉਹਦੇ 12 ਮਹੀਨੇ ਤੱਕ ਵੀ ਹੋ ਸਕਦਾ। ਅਡੀਸ਼ਨਲ ਕ੍ਰੈਡਿਟ ਲਾਈਨ $5,00,000 ਦੀ ਹੋ ਸਕਦੀ ਜੇ ਤੁਸੀਂ ਮਤਲਬ ਹੁਣ ਫਾਰਮਰ ਨੇ ਜੇ ਕੋਈ ਬਿਜ਼ਨਸ ਘੱਟਦਾ ਜਾਂ ਫੂਡ ਪ੍ਰੋਸੈਸ ਬਿਜ਼ਨਸ ਵਾਲੇ 31 ਦਸੰਬਰ ਤੋਂ ਅਗਸਤ ਤੱਕ ਆਪਣਾ ਟੈਕਸ ਜਿਹੜਾ ਇਹ ਡਿਫਰ ਕਰ ਸਕਦੇ ਨੇ। ਬਾਹਰ ਬੈਠੇ ਨੇ ਕੈਨੇਡੀਅਨਸ ਉਹ $5,000 ਲਈ ਅਪਲਾਈ ਕਰ ਸਕਦੇ ਜਿਹੜੇ COVID-19 ਕਰਕੇ ਅਫੈਕਟਡ ਨੇ, ਤੇ ਹੋਰ ਕੋਈ ਸੋਰਸ ਨਹੀਂ ਫੰਡ ਦਾ। ਤੇ ਰਿਟਰਨ ਫਲਾਈਟ ਜਿਹੜੀ ਬੁੱਕ ਕੀਤੀ ਆ ਕੈਂਸਲ ਜਾਂ ਡਿਲੇ ਹੋ ਗਈ, ਤੇ ਹੋਰ ਜਿਹੜੇ ਬੁੱਕ ਕਰਨਾ ਚਾਹੁੰਦੇ ਆ ਉਹਨਾਂ ਨੂੰ $5,000 ਮਿਲ ਸਕਦਾ ਹੈ। ਲੋਨ ਹੈ, $5,000 ਫ੍ਰੀ ਨਹੀਂ ਹੈ, ਵਾਪਸ ਦੇਣਾ। ਤੇ ਉਹਦੇ ਲਈ ਤੁਹਾਡੇ ਬੈਂਕ ਵਗੈਰਾ ਦਾ ਉਹ ਬੈਲੈਂਸ ਵਗੈਰਾ ਦੇਖਣਗੇ ਬੈਂਕ 'ਚ ਹੈ ਜਾਂ ਕ੍ਰੈਡਿਟ ਕਾਰਡ 'ਤੇ ਕੀ ਹੈ, ਅਤੇ ਇਹਦੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਅਲੱਗ ਅਲੱਗ। ਵਪਾਰਕ ਸੰਦੇਸ਼, ਉਸ ਤੋਂ ਬਾਅਦ ਆ ਕੇ ਫਿਰ ਪੁਰਾਣੀਆਂ ਗੱਲਾਂ ਯਾਦ ਕਰਦੇ ਹਾਂ ਕਿ ਹੁਣ ਸਮੇਂ ਇਸ ਸਮੇਂ ਦੇ ਵਿੱਚ ਪੁਰਾਣੇ ਸਮੇਂ ਨੂੰ ਕਿਵੇਂ ਯਾਦ ਕਰ ਰਹੇ ਹਾਂ। ਇੱਕ ਮੈਂ ਜਿਹੜੀ ਬੇਨਤੀ ਵੀ ਕੀਤੀ ਸੀ ਕਾਲੋ ਪਰਿਵਾਰ ਨੂੰ, ਜੇ ਉਹਨਾਂ ਦਾ ਕਿਸੇ ਕੋਲ ਪਤਾ ਸਤਾ, ਮਾਝੇ ਦਾ ਪਰਿਵਾਰ ਹੈ, ਨਗਿੰਦਰ ਸਿੰਘ ਕਾਲੋ ਨੇ ਉਹ ਉਹਨਾਂ ਦਾ ਪਰਿਵਾਰ ਹੈ, ਅਤੇ ਤਜਿੰਦਰ ਕਾਲੋ ਸ਼ਹਿਰ ਭੈਣ ਜੀ ਦਾ ਨੰਬਰ ਹੈ 9 ਹੈ, ਅਤੇ ਕੋਸ਼ਿਸ਼ ਕਰਕੇ ਦੇਖੋ ਜੇ ਮੂਵੀ ਆਪਾਂ ਨੂੰ ਲੱਭ ਜਾਵੇ। ਅਲਬਰਟਾ ਦੇ ਵਿੱਚ ਪਰਿਵਾਰ ਇੱਥੋਂ ਮੂਵ ਹੋਇਆ, ਉਹਨਾਂ ਦੇ ਵਿਆਹ ਦੀ ਉਹ ਜਿਹੜੀ ਮੂਵੀ ਹੈ, ਹੀਰਾ ਜਵੈਲਰਸ 'ਤੇ ਕੰਮ ਕਰਦੇ ਸੀ, ਕਈ ਨਾ ਕਈ ਵਾਰ ਪਰਿਵਾਰ ਜਾਣਦਾ ਹੁੰਦਾ। ਹੀਰਾ ਜਵੈਲਰਸ ਵਾਲੇ ਤਾਂ ਜਿਹੜੇ ਨੇ ਉਹ ਆਪਣੇ ਮੋਰਾਲੀ ਦੇ ਸੀ, ਉਹ ਤਾਂ ਮੈਨੂੰ ਪਤਾ ਲੱਗ ਗਿਆ, ਉਹ ਪਰਿਵਾਰ ਉਹਨਾਂ ਦਾ ਪਤਾ। ਪਰ ਜਿਹੜੀ ਮੂਗੀ ਹੈ ਇਹ ਕਾਹਲੋਂ ਪਰਿਵਾਰ ਦੇ ਕੋਲੋਂ ਭੁੱਲ ਗਏ, ਹੁਣ ਯਾਦ ਆ ਜਦ ਘਰੇ ਬੈਠੇ ਵੀ ਵਿਆਹ ਤਾਂ ਦੇਖੀਏ ਕਿਹੋ ਜਿਹਾ ਹੋਇਆ ਸੀ। ਹੁਣ ਸਾਡੇ ਐਡਮਿੰਟਨ ਤੋਂ ਐਮ ਪੀ ਤੇ ਮੁਕਲ ਜੀ ਮੇਰੇ ਨਾਲ ਨੇ, ਉਹ ਵੀ ਇਹਦੇ ਵਿੱਚ ਯੋਗਦਾਨ ਪਾ ਰਹੇ ਨੇ। ਉਹਨਾਂ ਨੂੰ ਪੁੱਛਦੇ ਹਾਂ ਕਿੰਨੀ ਕੁ ਕਮਿਊਨਿਟੀ ਉਹਨਾਂ ਨੂੰ ਉੱਥੇ ਐਡਮਿੰਟਨ ਦੀ ਅਤੇ ਅਲਬਰਟਾ ਦੀ ਰੀਚ ਆਊਟ ਕਰ ਰਹੀ ਹੈ, ਅਤੇ ਪਤਾ ਲੱਗ ਜਾਵੇ ਆਪਾਂ ਨੂੰ। ਪਰ ਸਰ ਸਵਾਗਤ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ, ਧੰਨਵਾਦ। ਬਹੁਤ ਚਿਰ ਬਾਅਦ ਗੱਲਬਾਤ ਹੋ ਰਹੀ ਹੈ, ਜਿਹੜੀ 5 ਸਾਲ ਪਹਿਲਾਂ ਵੜਕ ਸੀ ਉਹ ਜੀ ਹੁਣ ਆ। ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਅੱਛਾ ਮੈਨੂੰ ਇਹ ਦੱਸਿਓ, ਇਸ ਸਮੇਂ ਦੇ ਵਿੱਚ ਆਪਾਂ ਲੰਘ ਰਹੇ ਸਾਰੇ ਰਲ ਕੇ ਕੋਸ਼ਿਸ਼ ਕਰ ਰਹੇ ਹਾਂ ਆਪਣੇ ਭਾਈਚਾਰੇ ਲਈ ਕੰਮ ਕਰਨ ਲਈ। ਐਡਮਿੰਟਨ ਦੇ ਕਿੰਨੇ ਕੁ ਪਰਿਵਾਰ ਨੇ ਜਿਹੜੇ ਤੁਹਾਡੇ ਆਫਿਸ ਨੂੰ ਕੰਟੈਕਟ ਕਰ ਰਹੇ ਨੇ ਇਸ COVID-19 ਓਵਰਆਲ ਵਾਸਤੇ, ਜਾਂ ਸਿਰਫ ਤੁਸੀਂ ਗੱਲ ਕਰਦੇ ਆ ਜਿਹੜੇ ਪੰਜਾਬ ਨੇ? ਹਾਂਜੀ ਦੇਖੋ ਜੀ, ਅਫੀਸ਼ਲ ਨੰਬਰ ਤਾਂ ਨਹੀਂ ਗਏ, ਪਰ ਜਿਹੜੇ ਹਿਸਾਬ ਦੇ ਨਾਲ ਫੋਨ ਕਾਲਸ ਆ ਰਹੀਆਂ, ਈਮੇਲਸ ਆ ਰਹੀਆਂ ਕਾਫੀ ਜ਼ਿਆਦਾ ਨੇ ਉੱਥੇ ਐਕਚੁਅਲੀ। ਈਵਨ ਆਈ ਨੋ ਹਿਸਾਬ ਦੇ ਨਾਲ ਵੀ ਯੂ ਨੋ ਵੈਂਕੂਵਰ ਏਰੀਆ ਨਾਲੋਂ ਛੋਟਾ ਸ਼ਹਿਰ ਆ, ਬਟ ਈਵਨ ਐਡਮਿੰਟਨ ਦੇ ਵਿੱਚ ਵੀ ਕਾਫੀ ਕਮਿਊਨਿਟੀ ਆ, ਤੇ ਉਸ ਕਮਿਊਨਿਟੀ ਦੇ ਵਿੱਚੋਂ ਕਾਫੀ ਜਾਣੇ ਉੱਥੇ ਇਸ ਵੇਲੇ ਕਹਿ ਲਓ ਵੀ ਸਟ੍ਰੈਂਡਡ ਨੇ, ਫਸੇ ਹੋਏ ਆ, ਸਟੱਕ ਆ। ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਆਪਣੇ ਫੈਮਿਲੀ ਦੇ ਨਾਲ ਪਰਿਵਾਰ ਪਹੁੰਚੇ ਹੋਏ ਨੇ, ਛੋਟੇ ਬੱਚੇ ਨਾਲ ਆ ਜਾਂ ਬਜ਼ੁਰਗ ਵੀ ਨਾਲ ਆ, ਤੇ ਉਸ ਬਜ਼ੁਰਗਾਂ ਲਈ ਹੁਣ ਦਵਾਈਆਂ ਦੀ ਕਾਫੀ ਪ੍ਰੋਬਲਮ ਪੈਣ ਲੱਗ ਗਈ, ਬਿਕੋਜ਼ ਹੁਣ ਕਾਫੀ ਟਾਈਮ ਹੋ ਗਿਆ। ਉਪਲ ਸਾਹਿਬ, ਹੁਣ ਕੋਸ਼ਿਸ਼ ਆਪਾਂ ਕਰ ਰਹੇ ਹਾਂ ਗਰੁੱਪ ਦੇ ਨਾਲ, ਤੁਸੀਂ ਕੰਟੈਕਟ ਦੇ ਵਿੱਚੋਂ ਤੁਸੀਂ ਆਪਣੇ ਵੱਲੋਂ ਵੀ ਲੈਟਰ ਲਿਖੀ ਹੈ, ਮਤਲਬ ਹੋਰ ਜਲਦੀ ਜਿਸ ਤਰ੍ਹਾਂ ਉਹ ਕਰਦਾ ਰਹੇ ਆ, ਪਰ ਮੈਨੂੰ ਲੱਗਦਾ ਵੀ ਇਸ ਗਰੁੱਪ ਦੇ ਰਾਹੀਂ ਆਪਾਂ ਵੱਧ ਜਣੇ ਨਹੀਂ ਲਿਆ ਸਕਦੇ। ਜ਼ਿਆਦਾਤਰ ਆਪਾਂ ਨੂੰ ਸਰਕਾਰ ਨੂੰ ਕੁਛ ਇਨਵੋਲਵਮੈਂਟ ਹੋਰ ਕਰਨੀ ਪੈਣੀ ਹੈ, ਏਅਰ ਕੈਨੇਡਾ ਵਗੈਰਾ ਦੇ ਰਾਹੀਂ ਕੁਛ, ਕਿਉਂਕਿ ਸਾਰੇ ਇਹਨਾਂ ਕੋਲ ਇਹਨਾਂ ਦੇ ਇਕਵਿਪਮੈਂਟ ਨੇ, ਇਹਨਾਂ ਕੋਲ ਸਾਰਾ ਸਟਾਫ ਹੈ ਤੇ ਇਨ ਲਾਈਨ ਨੇ, ਤੇ ਹੋਰ ਕੀ ਤੁਸੀਂ ਸੋਚਦੇ ਹੋ? ਕੋਈ ਰਾਜਨੀਤੀ ਨਹੀਂ, ਵੀ ਕਿਸ ਤਰ੍ਹਾਂ ਇੱਕ ਆਪਾਂ ਕੋਸ਼ਿਸ਼ ਕਰਕੇ ਹੋਰ ਇਹਨਾਂ ਨੂੰ ਜਲਦੀ ਲਿਆ ਸਕੀਏ। ਹਾਂਜੀ, ਤੁਹਾਡੀ ਗੱਲ ਸਹੀ ਹੈ ਵੀ ਜਿਹੜੇ ਕੈਨੇਡਾ ਵਾਸਤੇ, ਗਵਰਨਮੈਂਟ ਵਾਸਤੇ ਜਿਹੜੇ ਸਭ ਤੋਂ ਵਧੀਆ ਤਰੀਕਾ ਇਹੀ ਆ ਵੀ
ਏਅਰ ਕੈਨੇਡਾ ਦੇ ਨਾਲ ਡਿਸਕਸ਼ਨ ਕਰਕੇ ਨੈਗੋਸ਼ੀਏਟ ਕਰਕੇ ਵੱਧ ਤੋਂ ਵੱਧ ਉੱਤੇ ਫਲਾਈਟਾਂ ਜਾਣੀਆਂ ਚਾਹੀਦੀਆਂ ਨੇ। ਪਤਾ ਲੱਗਦਾ ਵੀ ਦੂਜੇ ਕੰਟਰੀਆਂ ਤੋਂ ਵੀ ਕਾਫੀ ਜ਼ਿਆਦਾ ਫਲਾਈਟਾਂ ਜਾ ਰਹੀਆਂ ਤੇ ਏਅਰ ਕੈਨੇਡਾ ਦੀਆਂ, ਮੈਨੂੰ ਲੱਗਦਾ ਜਿਹੜੇ ਏਅਰ ਕੈਨੇਡਾ ਤੇ ਏਅਰ ਇੰਡੀਆ ਦੇ ਨਾਲ ਰਿਲੇਟਡ ਕਾਲ ਆ ਰਿਲੇਟਡ ਫਲਾਈਟਸ ਨੇ ਉਹ ਮੈਨੂੰ ਲੱਗਦਾ 6 ਜਾਂ 7 ਗਈਆਂ ਟੋਟਲ। ਸੋ ਉਸ ਜਿਹੜੀਆਂ ਫਲਾਈਟਾਂ ਨੇ ਉਹ ਵੀ ਵਧਾਉਣੀਆਂ ਚਾਹੀਦੀਆਂ ਨੇ ਤੇ ਉਹਦੇ ਲਈ ਮੈਂ ਫੋਰਨ ਅਫੇਅਰਸ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਆ, ਮੇਰੇ ਨਾਲ ਕੈਲਗਰੀ ਦੇ ਐਮ ਪੀ ਜਸਰਾਜ ਸਿੰਘ ਹੱਲਨ ਤੇ ਜਗਦੀਪ ਸਹੋਤਾ ਅਸੀਂ ਰਲ ਕੇ ਚਿੱਠੀ ਲਿਖੀ ਸੀਗੀ ਵੀ ਫਲਾਈਟਾਂ ਹੋਰ ਹੋਣੀਆਂ ਚਾਹੀਦੀਆਂ ਨੇ। ਐਂਡ ਉਸ ਦੇ ਲਈ ਜੇ ਫਲਾਈਟਾਂ ਹੋਰ ਆਉਂਦੀਆਂ ਨੇ ਇਹ ਵੀ ਦੇਖਣਾ ਚਾਹੀਦਾ ਵੀ ਉਸ ਦੀ ਕੋਸਟ ਲਈ ਕੀ ਕਰ ਸਕਦੇ ਨੇ। ਕੋਸਟ ਵਾਸਤੇ ਦੇਖ ਲਓ ਜੀ, ਜੇ $10,000 ਤਾਂ ਬੇਸਿਕ ਆ ਪਲੱਸ ਐਡੀਸ਼ਨਲ ਕਹਿ ਲਓ ਵੀ ਕੋਸਟ ਹੈਗੀ। ਜੇ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਆ ਉਹ ਅੱਡ ਕੋਸਟ ਆ, ਤੇ ਫਿਰ ਜਿਹੜੀ ਫਲਾਈਟ ਵੈਂਕੂਵਰ ਜਾਂ ਟੋਰੋਂਟੋ ਲੈਂਡ ਕਰਦੀ ਆ ਉਹਨਾਂ ਨੇ ਫਿਰ ਐਡਮਿੰਟਨ ਜਾਂ ਕੈਲਗਰੀ ਪਹੁੰਚਣਾ, ਉਹ ਵੀ ਐਡੀਸ਼ਨਲ ਕੋਸਟ। ਬਿਲਕੁਲ। ਸੋ ਇਹ ਕਾਫੀ ਜ਼ਿਆਦਾ ਸਪੈਸ਼ਲੀ ਫੋਰ ਫੈਮਿਲੀ ਵਾਸਤੇ ਬਹੁਤ ਕਹਿ ਲਓ ਵੀ ਜ਼ਿਆਦਾ ਐਕਸਪੈਂਸ ਹੋ ਜਾਂਦਾ ਜੀ। ਬਿਲਕੁਲ। ਇੱਕ ਤੁਸੀਂ ਮੇਰੇ ਖਿਆਲ ਆਪਣੇ ਪੱਧਰ ਤੇ ਚਲੋ ਪੰਜਾਬ ਤੋਂ ਤਾਂ ਉਹ ਗੱਲ ਚੱਲ ਜਾਣੀ ਹੈ, ਮੇਰੇ ਖਿਆਲ ਜਿਹੜੀ ਨੈਸ਼ਨਲ ਫਲਾਈਟਸ ਨੇ ਉਹਦੇ ਲਈ ਤੁਹਾਡੀਆਂ ਜਿਵੇਂ ਵੈਸਟ ਜੈਟ ਬੇਸਡ ਸੂਬੇ ਦੇ ਵਿੱਚ ਜਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੁਹਿੰਮ ਜ਼ਰੂਰ ਬਾਈ ਜੀ ਸ਼ੁਰੂ ਕਰੋ ਆਪਣੇ ਜਿੰਨੇ ਵੀ ਤੁਸੀਂ ਐਮ ਪੀ ਹੋ ਆਪਣੇ ਪਾਸੇ ਕੰਸਰਵੇਟਿਵ ਦੇ, ਤੇ ਇਹ ਕੁਛ ਨਾ ਕੁਛ ਹੋਣਾ ਚਾਹੀਦਾ ਵੀ ਜ਼ਿਆਦਾ ਫਲਾਈਟਸ ਆਉਂਦੀਆਂ ਨੇ ਵੈਨਕੂਵਰ ਜਾਂ ਟੋਰਾਂਟੋ ਉਹਨਾਂ ਨੂੰ ਐਡਮਿੰਟਨ ਜਾਂ ਕੈਲਗਰੀ ਜਾਂ ਵਿਨੀਪੈਗ ਉੱਥੇ ਤੱਕ ਕੋਈ ਨਾ ਕੋਈ ਕੰਸੈਸ਼ਨ ਜਾਂ ਕੋਈ ਸਸਤਾ ਉਹ ਇੱਕ ਜ਼ਰੂਰ ਹੋਣਾ ਚਾਹੀਦਾ ਹੁਣ, ਕਿਉਂਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਆਪਾਂ ਗੋਡ ਵਿਲਿੰਗ ਸ਼ੁਰੂ ਕਰ ਦੇਣਾ ਜੀ ਇਹ ਹੋ ਜਾਣਾ। ਹਾਂਜੀ ਐਬਸੋਲੂਟਲੀ ਜੀ, ਹੋਪਫੁਲੀ ਆਉਂਦੇ ਹਫ਼ਤੇ ਦੇ ਵਿੱਚ ਜਿਹੜਾ ਇਹ ਲੋਕਡਾਊਨ ਇੰਡੀਆ ਦੇ ਵਿੱਚ ਉਹ ਲਿਫਟ ਹੋ ਜਾਵੇ ਤੇ ਉਸ ਲਿਫਟ ਦੇ ਨਾਲ ਫਿਰ ਵੱਧ ਤੋਂ ਵੱਧ ਫਲਾਈਟਾਂ ਸ਼ੁਰੂ ਹੋਣੀਆਂ ਚਾਹੀਦੀਆਂ ਨੇ। ਇਹ ਵੀ ਹਲੇ ਈਵਨ ਉਹ ਜੇ ਲੋਕਡਾਊਨ ਲਿਫਟ ਹੋ ਜਾਵੇ ਆਪਾਂ ਨੂੰ ਇਹ ਨਹੀਂ ਪਤਾ ਵੀ ਫਲਾਈਟਾਂ ਅਲਾਓ ਹੋਣਗੀਆਂ ਕਿ ਨਹੀਂ ਜਾਂ ਕਿੰਨੀਆਂ ਫਲਾਈਟਾਂ ਅਲਾਓ ਕਰਨਗੇ ਇੰਡੀਆ ਦੇ ਇੰਡੀਅਨ ਗਵਰਨਮੈਂਟ। ਸੋ ਆਪਾਂ ਨੂੰ ਜ਼ਰੂਰ ਉਸ ਜਿਹੜੀ ਨੈਗੋਸ਼ੀਏਸ਼ਨ ਉਹ ਯੂਨੋ ਨਾਲ ਦੀ ਨਾਲ ਆਨ ਰੱਖਣੀ ਚਾਹੀਦੀ ਆ, ਕਰਦੇ ਰਹੇ ਨੈਗੋਸ਼ੀਏਸ਼ਨ ਤੇ ਵੱਧ ਤੋਂ ਵੱਧ ਫਲਾਈਟਾਂ ਦੀ ਲੋੜ ਆ, ਬਿਕਾਜ਼ ਆਈ ਡੋਂਟ ਨੋ ਵੀ ਅਫੀਸ਼ਲੀ ਕੀ ਨੰਬਰ ਨੇ ਉੱਥੇ ਇੰਡੀਆ ਪਹੁੰਚੇ ਹੋਏ, ਪਰ ਜੇ ਰਜਿਸਟਰਡ ਹੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਆ, ਫਿਰ ਕੁਛ ਇਹੋ ਜਿਹੇ ਵੀ ਪਰਿਵਾਰ ਆ ਜਿਹੜੇ ਸਾਡੇ ਨੇ ਨਹੀਂ ਰਜਿਸਟਰ ਕੀਤਾ ਹੋਣਾ। ਮੈਨੂੰ ਈਵਨ ਰਾਤੀ ਵੀ ਈਮੇਲਾਂ ਆਈਆਂ ਹੋਈਆਂ ਪਰਿਵਾਰਾਂ ਤੋਂ ਉੱਥੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਹਲੇ ਅਸੀਂ ਰਜਿਸਟਰ ਨਹੀਂ ਕੀਤਾ ਸੀ, ਜਦੋਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਚਲੋ ਕੁਛ ਇੱਕ ਦੋ ਹਫ਼ਤੇ ਅਸੀਂ ਵੇਟ ਕਰ ਲਾਂਗੇ, ਪਰ ਉੱਥੇ ਹੁਣ ਗੱਲਾਂ ਹੋਣ ਲੱਗ ਗਈਆਂ ਵੀ ਸ਼ਾਇਦ ਜਿਹੜਾ ਲੋਕਡਾਊਨ ਐਕਸਟੈਂਡ ਹੋ ਜਾਵੇ। ਆਈ ਡੋਂਟ ਨੋ ਐਗਜੈਕਟਲੀ ਕੀ ਹੋਣਾ ਕੀ ਨਹੀਂ ਹੋਣਾ, ਪਰ ਉਹ ਉਸੇ ਕਰਕੇ ਕਾਫੀ ਹੁਣ ਪਰਿਵਾਰ ਕਹਿੰਦੇ ਵੀ ਅਸੀਂ ਜਲਦੀ ਤੋਂ ਜਲਦੀ ਮੁੜ ਕੇ ਆਉਣਾ। ਐਂਡ ਸੋ ਜਿੰਨੀਆਂ ਵੀ ਫਲਾਈਟਾਂ ਆ ਸਕਦੀਆਂ ਵੀ ਨੀਡ ਦਮ ਐਸ ਮੈਨੀ ਐਸ ਪੋਸੀਬਲ। ਬਿਲਕੁਲ ਠੀਕ ਹੈ ਜੀ, ਤੇ ਇਸ ਸਮੇਂ ਬਹੁਤ ਵੱਡੀ ਜ਼ਰੂਰਤ ਹੈ ਜੀ ਜਿਹੜਾ ਐਮ ਪੀ ਦਾ ਦਫ਼ਤਰ ਹੈ, ਮੈਨੂੰ ਪਤਾ ਤੁਹਾਡਾ ਫੋਨ ਹਰ ਵਕਤ ਖੜਕਦਾ ਰਹਿੰਦਾ, ਉੱਥੇ ਜਿਹੜੇ ਪੰਜਾਬ 'ਚ ਬੈਠੇ ਜਾਂ ਉਹਨਾਂ ਦੇ ਪਰਿਵਾਰ ਇੱਥੇ ਬੈਠੇ ਆ, ਉਹ ਬੜੀ ਸਿੰਪਥੀ ਇਸ ਸਮੇਂ ਹਮਦਰਦੀ ਭਾਲਦੇ ਆ। ਜਿਵੇਂ ਕੋਸ਼ਿਸ਼ ਕਰੋ ਕਿ ਹਰ ਨਾਲ ਇਨ ਟੱਚ ਰਹੋ, ਤੇ ਅਗਲੇ ਹਫ਼ਤੇ ਫਿਰ ਅਪਡੇਟ ਦੇ ਲਈ ਮੈਂ ਤੁਹਾਨੂੰ ਫੋਨ ਕਰਾਂਗਾ ਜੀ। ਪਲੀਜ਼ ਜੀ, ਥੈਂਕ ਯੂ ਵੈਰੀ ਮੱਚ। ਇਸ ਦੇ ਨਾਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਮਿਊਨੀਕੇਸ਼ਨ ਬੜੀ ਲੋੜ ਆ ਜੀ, ਕਿਸੇ ਲੋਕਾਂ ਨੇ ਬੜੇ ਬਹੁਤ ਕਿਵੇਂ ਵੀ ਇਸ ਵੇਲੇ ਕਨਫਿਊਜ਼ਨ ਵੀ ਆ, ਸਟ੍ਰੈਸ ਵੀ ਆ, ਤੇ ਐਸਪੈਸ਼ਲੀ ਜਿਵੇਂ ਮੈਂ ਕਹਿੰਦਾ ਸੀਗਾ ਵੀ ਕੁਛ ਬਜ਼ੁਰਗਾਂ ਨੂੰ ਜਿਹਨਾਂ ਨੂੰ ਦਵਾਈਆਂ ਦੀ ਲੋੜ ਆ, ਉਹ ਕਹਿ ਲਓ ਵੀ ਲਾਈਫ ਐਂਡ ਡੈਥ ਵਾਲੀ ਸਿਚੁਏਸ਼ਨ ਵੀ ਹੋ ਸਕਦੀ ਆ ਜੇ ਆਪਾਂ ਇਹ ਪ੍ਰੋਬਲਮ ਨਹੀਂ ਛੇਤੀ ਤੋਂ ਛੇਤੀ ਸੋਲਵ ਕਰਦੇ। ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸ਼ੁਭ ਸ਼ਾਮਾਂ ਆਪਣਾ ਪਰਿਵਾਰ ਦਾ ਤੇ ਭਾਈਚਾਰੇ ਦਾ ਰੱਖੋ ਵੱਧ ਤੋਂ ਵੱਧ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਟਿਮ ਉੱਪਲ ਗੱਲਬਾਤ ਕਰਦੇ ਰਹੇ ਸੀ, ਜ਼ਿੰਦਗੀ ਦੀ ਡੈਸਟੀਨੀ ਹੈ, ਕਦੇ ਇਹਨਾਂ ਗਰਾਊਂਡਾਂ ਦੇ ਵਿੱਚ ਜਦੋਂ ਬੈਂਕਰ ਸੀ ਕਬੱਡੀ ਖੇਡਦੇ ਰਹੇ ਐਡਮਿੰਟਨ ਦੀ ਟੀਮ ਬੁਲਵਾ ਕੇ ਆਪਣੇ ਸਰੀ ਦੀਆਂ ਗਰਾਊਂਡਾਂ ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਮਿਨਿਸਟਰ ਬਣੇ, ਤਰੱਕੀ ਕੀਤੀ ਤੇ ਹੁਣ ਦੁਬਾਰਾ ਫੇਰ ਉਸੋ ਹੀ ਉਹਨਾਂ ਨੂੰ ਜਿੱਤ ਕੇ ਆਪਣੀ ਉਹਨਾਂ ਨੇ ਦੁਬਾਰਾ ਸੀਟ ਵਾਪਸ ਲਈ। ਇੱਕ ਗੀਤ ਸੁਣੀਏ, ਵਪਾਰਕ ਸੰਦੇਸ਼, ਫਿਰ ਪੁਰਾਣੀਆਂ ਯਾਦਾਂ, ਆਹ ਦਿਨਾਂ ਦੇ ਵਿੱਚ ਫਿਰ ਕੀ ਕੱਢ ਰਹੇ ਹੋ ਪੁਰਾਣਾ, ਵਿਆਹ ਦੀ ਮੂਵੀ, ਵਿਆਹ ਦੇ ਦੀਆਂ ਜਿਹੜੀਆਂ ਪਿਕਚਰਸ ਨੇ, ਫੋਟੋਆਂ, ਉਹ ਕਿਹੜੀਆਂ ਕਿਹੜੀਆਂ ਦੇਖ ਰਹੇ ਹਾਂ। ਮੈਂ ਕੋਸ਼ਿਸ਼ ਕਰ ਰਿਹਾ ਸਾਂ ਕਮਲ ਖਹਿਰਾ ਜੀ ਨੂੰ ਵੀ ਲਿਆਉਣ ਦੀ, ਇਸ ਤਰ੍ਹਾਂ ਦਾ ਮਨ ਚਾਹੀਦਾ ਐਮ ਪੀ ਨੇ ਬਰੈਂਪਟਨ ਤੋਂ ਉਹ, ਪਰ ਨਾਲ ਹੀ ਉਹ ਹੈਲਥ ਕੇਅਰ ਪ੍ਰੋਫੈਸ਼ਨਲ ਸੀ ਤੇ ਉਹਨਾਂ ਨੇ ਫਰੰਟ ਲਾਈਨ ਤੇ ਜਾ ਕੇ ਸਰਵ ਕੀਤਾ ਆਪਣੀ ਕਮਿਊਨਿਟੀ ਨੂੰ, ਤੇ ਪੋਜ਼ਿਟਿਵ ਕੋਵਿਡ ਦੇ ਨਾਲ ਹੋਏ। ਮੈਂ ਗੱਲ ਹੁਣੇ ਕਿ ਉਹਨੇ ਕੀਤੀ ਆ, ਰਿਕਵਰ ਹੋ ਰਹੇ ਨੇ, ਅਗਲੇ ਵੀਕ ਉਹਨਾਂ ਨੂੰ ਲੈ ਕੇ ਆਵਾਂਗਾ, ਜਿਹੜਾ ਇੱਕ
ਸਤਿਕਾਰ ਦੇ ਸ਼ਬਦ ਉਹਨਾਂ ਨੂੰ ਆਪਾਂ ਕੁਛ ਦੇਣੇ ਚਾਹੁੰਦੇ ਹਾਂ। ਹੁਣ ਇਹਨਾਂ ਦਿਨਾਂ ਦੇ ਵਿੱਚ ਜਦ ਘਰੇ ਬੈਠੇ ਹੋ, ਸੰਦੂਕੜੀਆਂ ਫੋਲ ਰਹੇ ਹੋ, ਕਾਗਜ਼ ਪੱਤਰ ਜਿਹੜੇ ਸੈੱਟ ਹੋ ਰਹੇ ਨੇ, ਜਿਹੜੇ ਥੱਬੇ ਟੈਕਸ ਵਾਲਿਆਂ ਦੇ, ਇੱਧਰ ਉੱਧਰ 20-20 ਸਾਲ ਦੀਆਂ ਫਾਈਲਾਂ, ਤੇ ਇੱਕ ਗੱਲ ਕਰਿਓ, ਪਲੀਜ਼ ਕਲੋਜ਼ਟਾਂ ਵੀ ਫੋਲੀਏ, ਜਿੱਥੇ ਖੂੰਜੇ ਦੇ ਵਿੱਚ ਖੜੀਆਂ ਪੁਰਾਣੀਆਂ ਪੈਂਟਾਂ ਚੌੜੀਆਂ ਬੈਗੀਆਂ ਤੇ ਖੁੱਲੇ ਆ, ਜਿਹੜੇ ਕੋਟ ਸ਼ਰਟਾਂ ਕੱਢ ਲਓ ਪਲੀਜ਼ ਉਹਨਾਂ ਨੂੰ। ਹੁਣ ਬੀਬੀਆਂ ਨੂੰ ਵੀ ਬੇਨਤੀ ਹੈ, ਜਿਹੜਾ ਪੰਜਾਬ ਜਾ ਕੇ ਦੇਣੇ ਸੀ ਹੁਣ ਨੀ ਕੋਈ ਲੈਂਦਾ ਉੱਥੇ, ਤੁਸੀਂ ਵੀ ਫੇਰ ਦਿਓ, ਹੱਥ ਕੱਢ ਦਿਓ ਸਾਫ਼, ਤੇ ਉਹਨਾਂ ਨੂੰ ਰੀਸਾਈਕਲ ਚ ਪਾਓ, ਕਿਤੇ ਕੱਪੜਾ ਕੱਟ ਕੇ ਪਾੜ ਕੇ ਕਿਤੇ ਕੰਮ ਆਜੂ, ਕਿਸੇ ਨੂੰ ਦੇ ਦਿਓ। ਤੇ ਘਰ ਦੀ ਸਫਾਈ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ, ਤੇ ਨਾਲ ਹੀ ਜਦ ਹੁਣ ਆਪਣੇ ਦਰਾਜ਼ ਜਿਹੜੇ ਖੋਲੋਂਗੇ, ਤੇ ਜਿੱਥੇ ਤੁਹਾਡਾ ਦਫ਼ਤਰ ਹੈ ਜਾਂ ਜਿਹੜਾ ਵੀ ਜਗ੍ਹਾ ਪੇਪਰ ਵਰਕ ਪਿਆ, ਉੱਥੋਂ ਫਿਰ ਫੋਟੋਆਂ ਨਿਕਲਣੀਆਂ ਪੁਰਾਣੀਆਂ, ਹੁਣ 25 ਸਾਲ ਵਾਲੀਆਂ, 20 ਸਾਲ ਵਾਲੀਆਂ, ਚਿਹਰਾ ਮੁਹਰਾ ਵੇਖੋਗੇ ਕੈਮਰੇ ਨਾਲ, ਜਿਹੜੀਆਂ ਜਿਹੜੀਆਂ ਦੂਸਰਾ ਕਲਿੱਕ ਵਾਲੇ ਕੈਮਰੇ ਸੀ, ਜਿਹਨਾਂ ਹਨੇਰੇ 'ਚ ਜਾ ਕੇ ਵੀ ਆਉਂਦੇ ਰੀਲ ਜਿਹੜੀ ਲੈ ਕੇ ਜਾਂਦੇ ਯਾਸ਼ਿਕਾ ਦੇ, ਉਹ ਕਹਿੰਦੇ ਅੰਦਰ ਜਾਣਾ ਪੈਣਾ ਰੀਲ ਪਾਉਣ ਲਈ, ਕਹਿੰਦੇ ਕਿਉਂ ਗਏ, ਇੱਥੇ ਜੇ ਚਾਨਣ ਲੱਗ ਗਿਆ ਰੀਲ ਖਰਾਬ ਹੋ ਜੀ, ਧਵਾਉਣੀ ਹੈ। ਮੂਵੀਆਂ ਦੇ ਕੁਛ ਕਲਿੱਪ ਤੁਹਾਨੂੰ, ਜਿਹੜੇ ਵਿਆਹ ਦੀਆਂ ਮੂਵੀਆਂ ਸੀ, ਕੀ ਕੁਛ ਕਰਦੇ ਸੀ ਆਪਣੇ ਨਾਲ 20 ਵਰੇ ਪਹਿਲਾਂ, 25 ਵਰੇ ਪਹਿਲਾਂ, ਕਿਵੇਂ ਗੁੱਡੀ ਆਪਣੀ ਘੁਮਾਉਂਦੇ, ਇੱਥੇ ਬੈਠੋ, ਟੇਢੇ ਬੈਠੋ, ਦੋਨੇ ਹੱਥ ਜਿਹੜੇ ਨੇ ਜਿਹਨਾਂ ਤੇ ਲਾਈ ਹੋਈ ਹੈ ਮਹਿੰਦੀ, ਬੀਬੀਆਂ ਨੂੰ ਕਹਿੰਦੇ ਖੱਬੇ ਪਾਸੇ ਨੂੰ ਜੋੜ ਕੇ ਦੇਖੋ ਤੇ ਇਹਦੇ ਵੱਲ ਨੂੰ ਝਾਕੋ, ਹੁਣ ਮੂੰਹ ਇੱਧਰ ਕਰਨਾ, ਸਰੀਰ ਇੱਧਰ ਨੂੰ ਕਹਿਣਾ, ਬੰਦੇ ਨੂੰ ਕਹਿੰਦੇ ਵੀ ਤੂੰ ਵੀ ਮੁੱਛ ਤੇ ਹੱਥ ਫੇਰ, ਤੇਰੀ ਮੁੱਛ ਦੀ ਵਿੱਚ ਦੀ ਘਰ ਵਾਲੀ ਦੀ ਫੋਟੋ ਦਿਖਾਉਣੀ, ਐਡਾ ਖਿੱਚਦੇ, ਐਡਾ ਤੰਗ ਕਰਦੇ, ਹੁਣ ਇੱਧਰ ਨੂੰ ਬੈਠ। ਭਾਈਚਾਰਾ ਚਾਹ ਪੀਂਦਾ ਪੀਂਦਾ ਜਦ ਆ ਗਿਆ ਮੂਵੀ ਵਾਲਾ, ਉਹਨੇ ਚਾਹ ਦਾ ਕੱਪ ਥੱਲੇ ਤੇ ਸਿੱਧਾ ਖੜ ਜਾਣਾ ਜਿਵੇਂ ਠਾਣੇਦਾਰ ਆ ਗਏ, ਮੂੰਹ ਚ ਕੁਛ ਖਾਂਦੇ ਖਾਂਦੇ ਉਹ ਕੱਢ ਕੇ ਥੱਲੇ ਰੱਖ ਦੇਣਾ, ਪਲੇਟ ਚ ਰੱਖ ਦੇਣਾ, ਸਿੱਧੇ ਹੋਏ ਬੰਦਾ ਆ ਗਿਆ। ਇਹ ਪੁਰਾਣੀ ਯਾਦ। ਮਿਨਹਾਸ ਸਾਹਿਬ, ਲਾਈਨ ਨੰਬਰ 2। ਹੈਲੋ ਅਰਜੀਤ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਅਰਜੀਤ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਨੂੰ ਸ਼ਾਬਾਸ਼ ਦੇਣੀ ਹੈ, ਥੈਂਕ ਯੂ ਕਹਿਣਾ। ਧੰਨਵਾਦ ਵੀਰ ਜੀ। ਵੀਰੇ ਲੱਗੇ ਰਹੋ, ਤੇ ਨਾਲ ਇੱਕ ਛੋਟੀ ਜਿਹੀ ਸਲਾਹ ਵੀ ਦੇਣੀ ਹੈ। ਮੈਂ ਪਹਿਲਾਂ ਵੀ ਪਰਸਨ ਪਰਸਨ ਦੇ ਚੁੱਕਾ, ਤੁਸੀਂ ਮੇਰੀ ਉਹ ਪਿੰਗਲਵਾੜੇ ਦੇ ਮਾਮਲੇ 'ਚ ਮਦਦ ਕਰਦੇ ਰਹਿੰਦੇ ਹੋ ਹਰ ਸਾਲ। ਜੀ ਜੀ ਜੀ। ਸਲਾਹ ਇਹ ਦੇਣੀ ਵੀਰੇ, ਜਦੋਂ ਜਾਟ ਅੰਦੋਲਨ ਹੋਇਆ ਆ ਹੋਇਆ, ਜਦੋਂ ਕੋਈ ਵੀ ਪੰਗਾ ਪੈਂਦਾ ਪੰਜਾਬੀ ਅਸੀਂ ਫਸਦੇ ਹੀ ਫਸਦੇ ਹਾਂ, ਖਾਸ ਤੌਰ ਤੇ ਜਿਹੜੀ ਸਿੱਖ ਕਮਿਊਨਿਟੀ ਉਹ ਟਾਰਗੇਟ ਬਣ ਜਾਂਦੀ ਹੈ। ਪੂਰੀ ਦੁਨੀਆਂ 'ਚ ਛਾਏ ਹੋ, ਇੰਨੇ ਪੈਸੇ ਕਮਾ ਰਹੇ ਹੋ, ਅਸੀਂ ਰਲ ਕੇ ਸਾਰੀ ਪੰਜਾਬ ਏਅਰਲਾਈਨ ਕਿਉਂ ਨਹੀਂ ਚਲਾ ਸਕਦੇ? ਜਿਹਦੇ ਕੋਲ 50% ਸ਼ੇਅਰ ਹੋਊਗਾ ਮਾਲਕ ਬਣ ਜਾਏ। ਵੈਰੀ ਗੁੱਡ। ਹੈਲੋ, ਹਾਂਜੀ ਬਿਲਕੁਲ ਜੀ ਬਿਲਕੁਲ। ਫਿਰ ਆਹ ਨੌਬਤ ਨਹੀਂ ਆਉਂਦੀ, ਮਿੰਨਤਾਂ ਕਰਨ ਲੱਗੇ ਹੋ ਅਸੀਂ, ਤੇ ਪਰ ਲੱਗੇ ਰਹੋ, ਕਾਮਯਾਬ ਤੁਸੀਂ ਹੋਵੋਗੇ। ਪਰ ਧੱਕੇ ਅਸੀਂ, ਤੁਸੀਂ ਕਿਸੇ ਵੀ ਏਅਰਲਾਈਨ ਦੇਖ ਲਓ, ਚਾਹੇ ਚਾਈਨਾ ਹੈ ਜਾਂ ਬ੍ਰਿਟਿਸ਼ ਹੈ ਜਾਂ ਕੋਈ ਵੀ ਹੈ, ਏਅਰਪੋਰਟ ਤੋਂ ਕੌਣ ਕਿੱਥੇ ਨੂੰ ਚੜ੍ਹਦਾ ਤੇ ਕਿੱਥੇ ਜਾ ਕੇ ਲੈਂਦਾ? ਉਹਦੇ 'ਚ 50% ਦਾ ਪੰਜਾਬੀ ਹੁੰਦੇ ਆ, 50% 'ਚ 90% ਸਰਦਾਰ ਹੁੰਦੇ ਆ, ਤੇ ਅਸੀਂ ਖਾਂਦੇ ਕੀ ਆ? ਧੱਕੇ ਖਾਣੇ ਜਾ ਕੇ, ਪੈਸੇ ਸਾਡੇ, ਛਿੱਤਰ ਜੁੱਤੀਆਂ ਵੀ ਸਾਡੀਆਂ, ਛਿੱਤਰ ਵੀ ਸਾਡੇ ਜੀ। ਹੈਲੋ, ਮੈਂ ਸਮਝ ਰਿਹਾ ਕੀ ਕਹਿ ਰਿਹਾ? ਇੱਕ ਦੂਸਰਾ, ਤੁਸੀਂ ਲੱਗੇ ਰਹੋ, ਇਹ ਦੇਰ ਸਵੇਰ ਜੇ ਚੰਗੇ ਤੇ ਨਹੀਂ ਰਹੇ ਤਾਂ ਮਾੜੇ ਨਹੀਂ ਰਹਿਣੇ, ਠੀਕ ਹੈ? ਤੇ ਮੈਂ ਤੁਹਾਨੂੰ ਸ਼ਾਬਾਸ਼ੀ ਦੇਣਾ ਸੁੱਖੀ ਸੰਧੂ ਨੂੰ, ਨਿਊਟਨ ਸਿੱਧੂ ਨੂੰ, ਤੇ ਆਪਣੇ ਬਾਈ ਜੀ ਜਿੰਨੇ ਵੀ ਮਦਦ ਕਰ ਰਹੇ ਆ, ਜਿਹੜੇ ਨੈਗੇਟਿਵ ਕਰਦੇ ਆ ਕਰੀ ਜਾਣ ਦਿਓ, ਉਹ ਨੰਗੇ ਹੋਣਗੇ ਦੇਰ ਸਵੇਰ, ਠੀਕ ਹੈ ਬਾਈ ਜੀ? ਤੇ ਆਹ ਮਲ ਜੀ ਹੈਸ ਟੈਗ ਸ਼ੁਰੂ ਕਰਾਓ, ਅੱਜ ਨਹੀਂ ਤਾਂ ਕੱਲ ਨੂੰ ਉਹਨੂੰ ਸੋਲਵ ਕਰੋ, ਫਿਰ ਕਿਸੇ ਦੇ ਮੰਗਣ ਦੀ ਲੋੜ ਨਹੀਂ ਹੈ, ਪੰਜਾਬੀਆਂ ਕੋਲ ਬਹੁਤ ਫਾਇਦਾ ਆ, ਪ੍ਰੋਫਿਟ ਵੀ ਹੋਏਗਾ। ਹੈਲੋ, ਠੀਕ ਹੈ ਜੀ। ਹੈਲੋ, ਠੀਕ ਹੈ ਜੀ, ਠੀਕ ਹੈ। ਇੱਥੋਂ ਵੈਨਕੂਵਰ ਤੋਂ ਨਹੀਂ, ਟੋਰਾਂਟੋ ਆ, ਜਿੱਥੇ ਜਿੱਥੇ ਪੰਜਾਬੀ ਬੈਠੇ ਆ, ਨਾਲ ਹਫ਼ਤੇ 'ਚ ਇੱਕ ਫਲਾਈਟ ਵੀ ਚੱਲ ਪਏ ਤਾਂ ਅਸੀਂ ਸੌਖੇ ਹੋ ਜਾਵਾਂਗੇ। ਬਿਲਕੁਲ ਠੀਕ ਹੈ ਜੀ, ਠੀਕ ਹੈ। ਮੈਂ ਜ਼ਿਆਦਾ ਵੱਡਾ ਬੰਦਾ ਨਹੀਂ, ਮੈਂ ਆਪਣੀ ਹਿੰਮਤ ਦੇ ਮੁਤਾਬਕ ਵਿੱਚ ਹਿੱਸਾ ਪਾਉਣ ਤਿਆਰ ਹੈ। ਥੈਂਕ ਯੂ ਵਿਨਾਸ਼ ਸਰ, ਥੈਂਕ ਯੂ, ਧੰਨਵਾਦ। ਜੇ ਤੁਸੀਂ 100-100 ਡਾਲਰ ਵੀ ਪਾਓਗੇ, ਇਹ ਪ੍ਰੋਬਲਮ ਹੱਲ ਕਰ ਸਕਦੇ ਹੋ ਤੁਸੀਂ, ਜਿਹਨਾਂ ਕੋਲ ਮਿਲੀਅਨ ਹੋ ਮਿਲੀਅਨ ਪਾ ਦੇਣ। ਥੈਂਕ ਯੂ ਵੀਰੇ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ। ਰਾਜਿੰਦਰਜੀਤ ਸਿੰਘ, ਲਾਈਨ ਨੰਬਰ 3। ਹਾਂਜੀ, ਸ਼ੇਰੇ ਪੰਜਾਬ ਪਰਸਨੈਲਿਟੀ ਵੱਧ ਤੋਂ ਵੱਧ ਮੰਨ ਗਏ, ਤੇ ਮੈਂ ਘਰੋਂ ਸੱਚ ਇਹ ਕਹਿਣਾ ਸੀਗਾ ਵੀ ਇਹ ਤਾਂ ਹੁਣੇ ਹੀ ਹੋਣਾ,
ਇਹ ਵੀ ਕੰਮ ਹੋ ਜਾਣਾ ਜੀ ਮਾਰ ਜੋ ਹੁਣ ਨਾ ਮੇਰੇ ਵਰਗੇ ਗਰੀਬ ਜੀ ਬੰਦੇ ਨੂੰ ਕਿਹਾ ਨਾ ਇਹ ਕੰਮ ਹੋ ਜਾਣਾ ਤੇ ਨੰਬਰ ਦੋ ਵੀ ਮੈਂ ਜਦੋਂ ਆਪਣਾ ਵਿਆਹ ਛਨਾਕ ਰਿਹਾ ਸੀ ਨਾ 1987 ਦੇ ਵਿਚ ਪੰਜ ਬੰਦੇ ਲੈ ਕੇ ਆਏ ਗਾ ਤੇ ਉਦੋਂ ਮੈਂ 500 ਬੰਦਾ ਲਿਜਾਦਾ ਇੰਨੀ ਜੀ ਸੀ ਵਿਗੜਿਆ ਸਰਦਾਰ ਸੀ ਮੈਂ ਉਹ ਕੰਮ ਨੀ ਲਾਈਕ ਕੀਤਾ ਗਾਣੇ ਗਾਏ ਤੇ ਪਾਰਟੀ ਦੀ ਧੋਤੀ ਚੱਕਣ ਦੀ ਬਹਿਜਾ ਬਹਿਜਾ ਕਰਾ ਦਿੱਤੀ ਫਿਰ ਉਹ 10-11 ਹਜ਼ਾਰ ਰੁਪਏ ਮੁੜ ਕੇ ਫਿਰ ਜਦੋਂ 30-40 ਲੱਖ ਲੱਗਦਾ ਉਹ ਵੀ ਤੁਹਾਨੂੰ ਜਬਰ ਤੁਸੀਂ ਦੇਖੋ ਸੀ ਬਣਦਾ ਕਿੱਦਾਂ ਮਹਾਰਾਜ ਜੀ ਬੜੀ ਕਿਰਪਾ ਹੋ ਰਹੀ ਹੈ ਜੈ ਜੈਕਾਰ ਮੰਨ ਗਏ ਰਾਜਿੰਦਰ ਜੀ ਸਿੰਘ ਜੀ ਤੁਹਾਡੇ ਬਿਸ਼ਨ ਪਦ ਮੇਰੇ ਧਰੀ ਸਮਝ ਆਉਂਦੇ ਜਿਹੜੇ ਤੁਸੀਂ ਕਹਿ ਰਹੇ ਹੋ ਪਰ ਹੁੰਦੇ ਚੜ੍ਹਦੀ ਕਲਾ ਚ ਤੁਸੀਂ ਧਾਲੀਵਾਲ ਸਾਹਿਬ ਲਾਈਨ ਨੰਬਰ 4 ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਗੱਲ ਤੇ ਸਾਰੇ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਮੈਂ ਤੁਹਾਡਾ ਟੀਮ ਦਾ ਸਾਰੀ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਦਿਨ ਰਾਤ ਲੱਗੇ ਆ ਬਹੁਤ ਔਖਾ ਕੰਮ ਆ ਜੀ ਇਹਦੂ ਲੇਬਰ ਦਾ ਕੰਮ ਮੈਨੂੰ ਤਾਂ ਸੌਖਾ ਲੱਗਦਾ ਜਿਹੜਾ ਕੰਮ ਤੁਸੀਂ ਕਰਦੇ ਦਿਨ ਰਾਤ ਸਾਰੀ ਟੀਮ ਤੇ ਮਹਾਰਾਜ ਚੜ੍ਹਦੀ ਕਲਾ ਕਰੂ ਸਫਲ ਪਾਉ ਤੇ ਵਿਆਹ ਤਾਂ ਜੀ ਹੁਣ ਦੇਖੋ ਪਹਿਲਾਂ ਅਸੀਂ ਛੋਟੇ ਹੁੰਦਿਆਂ ਨੇ ਦੇਖੇ ਦੋ ਰਾਤਾਂ ਰਹਿੰਦੀ ਸੀ ਜਨ ਫਿਰ ਇੱਕ ਰਾਤ ਤੇ ਆ ਗਈ ਫਿਰ ਸਮਝ ਲਓ ਬਦਲੀ ਗਿਆ ਕੰਮ ਫਿਰ ਮੇਜ ਕੁਰਸੀਆਂ ਆ ਗਈਆਂ ਪਹਿਲਾਂ ਥੱਲੇ ਬਹਿ ਕੇ ਕਹਿੰਦੇ ਸੀ ਕੋਰਿਆਂ ਤੇ ਰੋਟੀ ਖਾਣੀ ਆ ਸਾਡੇ ਵੇਲੇ ਤਾਂ ਹੁੰਦੇ ਹੀ ਨੀ ਸੀਗੇ ਜੀ ਮੂਵੀ ਫੋਟੋ ਲਾਉਣ ਵਾਲੇ ਵੀ ਨੀ ਹੁੰਦੇ ਤੇ ਫੋਟੋ ਲਾਉਣ ਵਾਲੇ ਕੀ ਹੋਣੇ ਆ ਉਹ ਕੁੜੀ ਚਾਹੇ ਲਾ ਲਓ ਬਹੂ ਲਾ ਲਓ ਉਹਦਾ ਤਾਂ ਮੂੰਹ ਸਿਰ ਲਵੇਟਿਆ ਹੁੰਦਾ ਸੀ ਚਾਦਰੇ ਨਾਲ ਤੇ ਚਾਦਰੇ ਨਾਲ ਮੂੰਹ ਸਿਰ ਲਵੇਟ ਕੇ ਵੀ ਬਸਕੂਏ ਲਾ ਦੇਣੇ ਮਗਰ ਕੁੜੀਆਂ ਨੇ ਵੀ ਕਿਤੇ ਮਾੜਾ ਜਾ ਕੋਈ ਅੰਗ ਨੰਗਾ ਨਾ ਹੋ ਜੇ ਉਹਦੀ ਫੋਟੋ ਕੀ ਬਣਨੀ ਆ ਜੀ ਤੇ ਹੁਣ ਟਾਈਮ ਬਹੁਤ ਬਦਲ ਗਿਆ ਤੇ ਹੁਣ ਤਾਂ ਜੀ ਦੇਖੋ ਇਹ ਵੀ ਟਾਈਮ ਬਦਲ ਗਿਆ ਰੋਟੀ ਮੇਜ਼ ਕੁਰਸੀਆਂ ਤੇ ਨੀ ਖੜਕੇ ਹੀ ਖਾਂਦੇ ਆ ਪ੍ਰਸ਼ਾਦਾ ਜੇ ਕਿਸੇ ਦੇ ਖੰਡ ਪਾਠ ਆ ਤਾਂ ਵੀ ਖੜਕੇ ਹੀ ਤੇ ਮੈਂ ਇੱਕ ਛੋਟੀ ਤੁਹਾਨੂੰ ਗੱਲ ਸੁਣਾਉਣਾ ਹੱਸੇ ਵਾਲੀ ਇੱਕ ਮਿੰਟ ਜੀ ਇਹ ਕਾਫੀ ਪੁਰਾਣੀ ਗੱਲ ਹੈ ਜੀ ਅੱਗੇ ਆਪਣੇ ਕਹਿੰਦਾ ਕਿਸੇ ਦੇ ਵੀ ਵਿਆਹ ਸ਼ਾਦੀ ਹੋਣਾ ਕਹਿੰਦਾ ਵੀ ਸਹਿਜ ਪਾਠ ਧਰਾ ਲਓ ਨਾਲੇ ਚੌਲਾਂ ਦੇ ਦੋ ਕੜਾਹੀ ਕੱਢ ਦਿਓ ਕਹਿੰਦੇ ਸੀ ਕੜਾਹੀ ਇੱਕ ਘਰੇ ਅਸੀਂ ਗਏ ਜਿਵੇਂ ਕੜਾਹੀ ਤੇ ਕਹਿੰਦੇ ਹੁੰਦੇ ਬੰਦੇ ਘਰਾਂ ਨੇ ਸੱਦ ਲਓ ਚਲੇ ਗਏ ਚੌਲਾਂ ਨੇ ਦੋ ਕੜਾਹੇ ਕੱਢ ਲਏ ਤੇ ਜਿਹੜਾ ਰਾਜਾ ਸੀਗਾ ਨਾਈ ਉਹ ਕਹਿੰਦਾ ਵੀ ਆਪਾਂ ਪ੍ਰਸ਼ਾਦ ਦਾ ਕੜਾਹ ਵੀ ਕੱਢ ਦਿਓ ਤੇ ਵੱਡੇ ਦਿਨ ਖੀਰ ਬਣਾਵਾਂਗੇ ਵੀ ਉਦੋਂ ਦੁੱਧ ਆਜੂ ਘਰਾਂ ਤੋਂ ਉਹ ਜੀ ਖੰਡ ਤੇ ਸੂਜੀ ਰੱਖੀ ਪਈ ਸੀ ਮੰਜੇ ਤੇ ਇੱਕ ਬੰਦੇ ਨੇ ਚੱਕ ਕੇ ਸੂਜੀ ਪਾਤੀ ਪਾਣੀ ਚ ਤੇ ਬਣਾਉਣੀ ਤਾਂ ਸੀਗੀ ਚਾਸ ਖੰਡ ਦੀ ਤੇ ਉਹ ਵਿੱਚ ਜਦੋਂ ਸੂਜੀ ਸੜਤੀ ਉਹ ਗੱਲ ਸਾਹਿਬ ਹੋਰ ਹੀ ਕੁਛ ਬਣ ਗਿਆ ਤੇ ਫੇਰ ਉਹਨੇ ਕਿਸੇ ਦੇ ਘਰੋਂ ਲਿਆਂਦੀ ਧਾਰੀ ਸੂਜੀ ਤੇ ਫੇਰ ਉਹ ਪ੍ਰਸ਼ਾਦ ਬਣਾਇਆ ਉਹਨਾਂ ਨੂੰ ਮਗਰੋਂ ਸੂਜੀ ਲਿਆ ਕੇ ਦਿੱਤੀ ਤੇ ਉਹ ਟਾਈਮ ਵਧ ਗਿਆ ਸੀਗਾ ਜੀ ਚਲੋ ਆਹ ਟਾਈਮ ਵਧ ਗਿਆ ਹੁਣ ਜਿਵੇਂ ਜਵਾਨਾ ਬਦਲ ਗਿਆ ਤੇ ਇੰਨੇ ਮੇਰੇ ਵਿਚਾਰ ਸੀਗੇ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਪੁਰਾਣਾ ਸਮਾਂ ਯਾਦ 20 ਕੁ ਵਰੇ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਨੇ 94-95 ਚ 25 ਵਰੇ ਪਹਿਲਾਂ ਉਹਨਾਂ ਦਾ ਬੜਾ ਕੁਛ ਬਦਲ ਗਿਆ ਕੰਮ 95 ਦੇ ਵਿੱਚ ਫੀਅਟ ਕਾਰ ਤੇ ਅੰਬੈਸਡਰ ਤੇ ਮਰੂਤੀ ਕੋਈ ਆਈ ਜਦ 92-93 ਚ ਮਰੂਤੀ ਸ਼ੁਰੂ ਹੋਈ ਤੇ ਉਹਨੂੰ ਸਜਾਉਣ ਲਈ ਰੀਵਨ ਜਿਹੜੇ ਅੱਗੇ ਪਿੱਛੇ ਨੂੰ ਮੂਹਰਿਓ ਤੇ ਬੰਨ ਤੇ ਬਸ ਇਹ ਬਾਜੇ ਵਾਲੇ ਪਿੰਡ ਵਾਲੇ ਜਿਹੜੇ ਸਾਰਾ ਜ਼ਿੰਦਗੀ ਉਡੀਕਦੇ ਜਵਾਕ ਜੰਮਣ ਤੋਂ ਲੈ ਕੇ ਜਾਂ ਲੋਹੜੀ ਤੇ ਆਉਂਦੇ ਕਦੇ ਜੰਨ ਵੀ ਚੜੂ ਉਹ ਜਿਹੜੀ ਅਸਲ ਬੈਗ ਪੇਪਰ ਜਿਹੜੇ ਕੱਛ ਚ ਦੇ ਕੇ ਤੇ ਪਿੰਡ ਦੇ ਉਹ ਹੀ ਸੀਰੀ ਹੁੰਦੇ ਉਹੀ ਜਿਹੜੇ ਨੇ ਨਾਲ ਕੰਮ ਕਰਦੇ ਤੇ ਜਦ ਬੁਗਦੂ ਨੇ ਕੱਪੜੇ ਬਦਲ ਕੇ ਨਚਾਰ ਵਾਲੇ ਪਾ ਲੈਣੇ ਤੇ ਦੇਖ ਲਾ ਵੀ ਨੰਗੇ ਪੈਰੀ ਹੀ ਕੰਮ ਕਰਦੇ ਹੁੰਦੇ ਸੀ ਪਿੰਡ ਤੇ ਗੋਹਾ ਕੂੜਾ ਵੀ ਉਹਨਾਂ ਨੇ ਕਰਨਾ ਤੇ ਨੰਗੇ ਪੈਰ ਹੀ ਹੁੰਦੇ ਸੀ ਕੁਛ ਨੀ ਸੀ ਪੈਰਾਂ ਚ ਹੁੰਦਾ ਤੇ ਫਿਰ ਉਹਨੇ ਦੋ ਦਿਨ ਪਹਿਲਾਂ ਜਦ ਝਾਵੇਂ ਨਾਲ ਰਗੜ ਕੇ ਗਿੱਟੇ ਸਾਫ਼ ਕਰ ਲੈਣੇ ਹੁਣ ਪੈਰ ਤਾਂ ਚੌੜੇ ਨੇ ਕੱਪੜੇ ਬੀਬੀਆਂ ਵਾਲੇ ਪਾਉਂਦਾ ਸੀ ਜਦ ਉਹਨੇ ਛਾਲ ਮਾਰ ਕੇ ਘੁੰਮ ਕੇ ਕਿਤੇ ਡਿੱਗਣਾ ਜੇ ਕਿਤੇ ਸ਼ਰਾਬੀ ਦੇ ਪੈਰ ਤੇ ਪੈਰ ਰੱਖਿਆ ਜਾਂਦਾ ਇਉਂ ਲੱਗਦਾ ਜਿਵੇਂ ਰੋਲਰ ਲੰਘ ਗਿਆ ਹੁੰਦਾ ਪੈਰ ਤੋਂ ਪੱਥਰ ਵਰਗਾ ਪੈਰ ਜੇ ਕਿਸੇ ਨੇ ਧੋਤੜੀ ਜੀ ਲਾ ਕੇ ਕੋਸ਼ਿਸ਼ ਕਰਨੀ ਦਾਰੂ ਖੱਬੇ ਬਾਂਹ ਚੱਕ ਕੇ ਤੇ ਸੱਜੀ ਉੱਪਰ ਕਰਕੇ ਤੇ ਰਸ ਭਰੀ ਨਾਲ ਗੋਲ ਹੋ ਕੇ ਉਹਨੇ ਬਗਤੂ ਤੇ ਹੱਥ ਜਿਹਾ ਰੱਖਣ ਦਾ ਦੀ ਕੋਸ਼ਿਸ਼ ਕਰਨੀ ਉਹਨੇ ਮੂਰਤੀ ਹੋ ਕੇ ਕਹਿਣਾ ਵੀ ਮੇਰੇ ਕੋਲ ਚਿਮਟਾ
ਚਿਮਟਾ ਹੈ ਮੇਰੇ ਕੋਲ, ਚਿਮਟਾ ਆਉਂਦਾ ਸੀ ਪੁਰਾਣੇ ਸਮੇਂ ਦੀ ਗੱਲ ਆ। ਹੁਣ ਮੈਂ ਇਹਦੇ ਤੇ ਆਪਾਂ ਇਹਦੇ ਤੇ ਗੱਲ ਕਰਨੀ ਆ ਹੁਣ, ਸਿਰਫ ਤੇ ਸਿਰਫ ਆ ਜਿਹੜੀ ਆਪਾਂ ਯਾਦਾਂ ਪੁਰਾਣੀਆਂ ਸਾਂਝੀਆਂ ਕਰ ਰਹੇ, ਮੈਂ ਹੋਰ ਇਹਤੇ ਨਾ ਰਾਜਨੀਤਿਕ ਨਾ ਕੋਵਿਡ 19 ਮੈਂ ਕੋਈ ਗੱਲ ਨੀ ਕਰਨੀ। ਮੈਂ ਬੇਨਤੀ ਕਰੂੰ ਸਾਰਿਆਂ ਨੂੰ ਪਲੀਜ਼ ਆਪਾਂ ਥੋੜਾ ਜਿਹਾ ਹੁਣ ਖੁਸ਼ ਹੋ ਲਈ। ਸਾਹਿਬ ਮਨਜੀਤ ਸਿੰਘ ਜੀ ਲਾਈਨ ਨੰਬਰ ਪਲਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਇੱਕ ਤਾਂ ਜੀ ਅੱਜ ਲਾਸਟ ਡੇ ਆ, ਫਿਰ ਲੌਂਗ ਵੀਕਐਂਡ ਆ ਤੇ ਉੱਤੋਂ ਤੁਸੀਂ ਰਿਸਟ੍ਰਿਕਸ਼ਨ ਵੀ ਲਾਤੀ ਤੇ ਅਸੀਂ ਉਹਦਾ ਸਨਮਾਨ ਕਰਦੇ ਜੀ। ਅਸੀਂ ਉਹ ਆਪਾਂ ਗੱਲ ਕਰਨੀ ਨੀ ਜਦ ਤੱਕ ਤੁਸੀਂ ਕਹੋਗੇ ਨੀ, ਹਨਾ। ਤੇ ਮੈਂ ਤਾਂ ਵੈਸੇ ਗੱਲ ਉਹੀ ਕਰਨੀ ਸੀ, ਪਰ ਤੁਹਾਡੇ ਕਹਿਣ ਦਾ ਆਪਾਂ ਇੱਜ਼ਤ ਮਾਣ ਰੱਖਣਾ ਜੀ ਪੂਰਾ। ਮੈਂ ਹੁਣ ਐਟ ਏ ਟਾਈਮ ਮੈਨੂੰ ਗੱਲ ਯਾਦ ਆ ਗਈ, ਫੀਏਟ ਗੱਡੀ ਤੋਂ ਫੀਏਟ ਗੱਡੀ ਲਈ ਸੀਗੀ ਜੀ। ਮਾਸੀ ਦੇ ਮੁੰਡੇ ਨੇ ਦੱਖਣੇ ਕੋਲੇ ਪਿੰਡ ਸੀ ਤੇ ਉਹ ਰਹਿਣ ਸਾਡੇ ਕੋਈ ਵਿਉਤ ਬਣ ਗਈ, ਉਹ ਆਪਣੇ ਕੋਲੇ ਰਹਿਣ ਲੱਗ ਗਈ ਤੇ ਮਾਸੀ ਮੇਰੀ ਕਹਿੰਦੀ ਵੀ ਅਜਨੋਰ ਉੱਥੇ ਮੱਥਾ ਟੇਕ ਕੇ ਆਉਣਾ ਦਰਾਹੇ ਕੋਲੇ, ਤੇ ਅਸੀਂ ਸਾਜਰੇ ਕਹਿੰਦੇ ਸਾਜਰੇ ਤੁਰ ਪੋ, ਅਸੀਂ ਗਏ ਜੀ ਫੀਏਟ ਗੱਡੀ ਤੇ ਹਾਂ ਉੱਥੇ ਅਸੀਂ ਗਏ ਜੀ ਤੇ ਧੁੰਦ ਸੀਗੀ, ਸਿਆਲਾਂ ਦਾ ਟਾਈਮ ਸੀ ਥੋੜਾ ਜਿਹਾ ਤੇ ਨਹਿਰ ਕੋਲੇ ਵੈਸੇ ਹੀ ਧੁੰਦ ਜ਼ਿਆਦਾ ਹੁੰਦੀ ਹੈ ਜਿੱਥੇ ਨਾ ਪਾਣੀ ਹੁੰਦਾ ਵਾ। ਉਹ ਗੱਡੀ ਪੁਰਾਣੀ ਲਈ ਸੀ, ਲਈ ਤਾਂ ਸਿੱਖਣ ਸੁੱਖਣ ਨੂੰ ਹੀ ਸੀਗੀ ਵੀ ਚਲੋ ਸਾਈਕਲ ਆ ਗਏ ਸਾਰੇ ਹੱਥ ਉੱਤ ਖੋਲ ਲਾਂਗੇ, ਤੇ ਅੰਦਰ ਹੁਣ ਹੀਟ ਤਾਂ ਹੁੰਦੀ ਨੀ ਸੀ, ਲੋਈਆਂ ਲਈਆਂ ਹੋਈਆਂ ਉੱਪਰ ਲਈਆਂ ਹੋਈਆਂ ਵੀ ਐਨ ਠੰਡ ਲੱਗੀ, ਤੇ ਉਹ ਗਰਮੀ ਜਿਹੀ ਚ ਬੈਠੇ ਸੀਗੇ ਤੁਰੇ ਤੁਰੇ ਜਾ ਕੇ ਖੜਕਾ ਜਿਹਾ ਹੋਇਆ ਕਟ ਤੇ ਪਤਾ ਲੱਗੇ ਨਾ ਵੀ ਹੋ ਕੀ ਗਿਆ, ਤੇ ਜਦੋਂ ਉੱਤਰ ਕੇ ਦੇਖਿਆ ਨਾਲੇ ਇੱਕ ਟਾਇਰ ਹੀ ਹੈ ਨਾ ਉਹਦਾ, ਪਤਾ ਨੀ ਕਿੱਥੇ ਉੱਤਰ ਕੇ ਉਹ ਟਾਇਰ ਲੈ ਗਿਆ ਜੀ ਵਿੱਚੋਂ, ਉਹ ਟਾਇਰ ਲੈ ਗਿਆ ਤੇ ਉਦੋਂ ਹਾਸੇ ਦੀ ਗੱਲ ਇਹ ਹੋਈ ਵੀ ਹੁਣ ਟਾਇਰ ਜਦ ਤੱਕ ਧੁੰਦ ਨੀ ਸੀ ਉੱਤਰਦੀ, ਅਸੀਂ ਤਾਂ ਤੁਰੇ ਸੀ ਸਾਜਰੇ ਘਰੋਂ ਵੀ ਚੱਲ ਉਹ ਇੱਕ ਪਾਸਾ ਨਹਿਰ ਦਾ ਉੱਚਾ ਇੱਕ ਪਾਸਾ ਨੀਵਾਂ, ਹੁਣ ਤੁਹਾਨੂੰ ਪਤਾ ਹੀ ਆ ਦਰਾਜਾ ਉੱਪਰੇ ਪਾਸੇ ਕਿੱਲਾ ਨੀਵਾਂ ਵਾ ਤੇ ਹੁਣ ਤਾਂ ਲਾਤੀਆਂ ਸਾਨੂੰ, ਜਦ ਤੱਕ ਧੁੰਦ ਨਾ ਉੱਪਰੀ ਸਾਨੂੰ ਟਾਇਰ ਨਾ ਲੱਭੇ ਵੀ ਟਾਇਰ ਹੈ ਕਿੱਥੇ ਆ, ਵੀ ਹੁਣ ਕਰੀਏ ਤਾਂ ਕਰੀਏ ਕੀ, ਲਾਉਣ ਦਾ ਸਟਿੱਪਣੀ ਤਾਂ ਲਾ ਲੈਂਦੇ ਪਰ ਦੂਜਾ ਟਾਇਰ ਵੀ ਚੱਕਣਾ ਜ਼ਰੂਰੀ ਸੀਗਾ, ਉਹ ਅਸੀਂ ਉਹਦਾ ਜਦ ਤੱਕ ਧੁੰਦ ਨੀ ਉੱਤਰੀ ਅਸੀਂ ਵੇਟ ਕੀਤੀ, ਤੇ ਉਹ ਸਾਨੂੰ ਵੀਟ ਕਾਰ ਬਹੁਤ ਯਾਦ ਆਉਂਦੀ ਜੀ, ਅਸੀਂ ਸਿੱਖਿਆ ਉਹਦੇ ਤੇ ਗੱਡੀ ਤੇ ਆਹ ਯਾਦਗਾਰ ਸੀਗੀ ਜੀ ਸਾਡੀ ਉਹ। ਧੰਨਵਾਦ ਧੰਨਵਾਦ ਬਲਿੰਦਰ। ਪਾਲ ਸਿੰਘ ਜੀ ਲਾਈਨ ਨੰਬਰ 4 ਸਤਿਚੰਦ ਸਿੰਘ ਸਿੱਧੂ ਜੀ ਲਾਈਨ ਨੰਬਰ 5 ਸਤਿ ਸ੍ਰੀ ਅਕਾਲ ਵਰਜੀ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ। ਹਾਂਜੀ ਅੱਜ ਤਾਂ ਸਿੰਘੋਲ ਵਾਲੀ ਦੱਸ ਸਕਦੇ ਕੋਈ ਯਾਦਦਾਸ? ਹਾਂ ਹਾਂ ਹਾਂਜੀ ਹਾਂ 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 ਹਾਂਜੀ ਇਹ ਗੱਲ ਨਾ ਮੇਰਾ ਖਿਆਲ 74 ਦੀ ਆ, ਮੇਰੇ ਭੂਆ ਜੀ ਬਣਾਉਂਦੇ ਹੁੰਦੇ ਸੀਗੇ ਬਠਿੰਡੇ, ਕਿਸੇ ਨੇ ਕਾਰਡ ਪਾ ਤਾ ਘਰੇ ਵੀ ਉਹ ਤਾਂ ਜੀ ਤੁਹਾਡੀ ਕੁੜੀ ਮਰ ਗਈ, ਚਲੋ ਜੀ ਉਹ ਇੱਕ ਕਾਰਡ ਹੀ ਹੁੰਦਾ ਸੀ ਉਹਦੇ ਉੱਤੇ ਸਟੈਂਪ ਜੀ ਲਾ ਕੇ, ਮੈਂ ਦੋਨਾਂ ਪਾਸੇ ਤੋਂ ਹਰੇਕ ਬੰਦਾ ਪੜ੍ਹ ਸਕਦਾ ਹੁੰਦਾ ਸੀ, ਛੋਟਾ ਜਿਹਾ ਕਾਰਡ ਹੁੰਦਾ ਸੀ 6x6 ਦਾ ਮੈਨੂੰ 4x6 ਦਾ, ਤੇ ਉਹ ਮਕਾਨਾ ਮਕੂਣਾ ਆ ਗਈਆਂ, ਅਸੀਂ ਵੀ ਨਿਆਣੇ ਸੀਗੇ ਤੇ ਉਧਰੋਂ ਮੇਰੇ ਪਾਪਾ ਜੀ ਹੁਣੀ ਵੀ ਆਏ ਜਿਵੇਂ ਕੁੜੀ ਨੂੰ ਬਾਡੀ ਲੈਣ ਚਲੇ ਗਏ ਸਮਝ ਲਓ ਉੱਥੇ ਨੂੰ ਬਠਿੰਡੇ ਨੂੰ, ਉਹ ਕੁਦਰਤੀ ਉੱਥੇ ਤੇ ਨੀ ਆਉਣਾ ਸੀਗਾ, ਭੂਆ ਜੀ ਨੇ ਸਾਡੇ ਪਿੰਡ ਆਉਣਾ ਸੀ, ਉਧਰੋਂ ਮਕਾਨਾ ਬੇਟੀਆਂ ਉਧਰੋਂ ਤੁਰੇ ਆਉਣ ਭੂਆ ਜੀ, ਉਹ ਲੋਕਾਂ ਨੂੰ ਯਕੀਨ ਨਾ ਆਵੇ ਵੀ ਖਨੀਆ ਭੂਤ ਤੁਰੀ ਆਉਂਦੀ ਆ, ਉਹ ਪੁੱਛੇ ਵੀ ਕੀ ਹੋ ਗਿਆ, ਕਹਿੰਦੀ ਮੁੜ ਕੇ ਉਹ ਸਾਰਾ ਸੈਟਅਪ ਜਿਹਾ ਹੋਇਆ ਵੀ ਇਹ ਤਾਂ ਕਿਸੇ ਨੇ ਝੂਠਾ ਕਾਰਡ ਪਾ ਤਾ, ਉਦੋਂ ਕੀ ਹੋਇਆ ਜਦੋਂ ਐ ਹੋਇਆ ਮਾਪਿਆਂ ਨੂੰ ਹੁੰਦਾ ਹੀ ਆ ਵੀ ਸਾਡੀ ਕੁੜੀ ਬਚ ਜਾਵੇ, ਮੇਰੇ ਬਾਪੂ ਜੀ ਤੇ ਮੇਰੇ ਦਾਦਾ ਜੀ ਨੇ ਅਖੰਡ ਪਾਠ ਸੁੱਖ ਲਿਆ, ਉਹ ਜਦੋਂ 6 ਮਹੀਨੇ ਉਮਰ 4 ਮਹੀਨੇ ਉਮਰ ਅਖੰਡ ਪਾਠ ਕਰਾਇਆ ਤਾਂ ਪਾਠੀ ਰੌਲ ਜਾਵੇ, ਉਹ ਸੀਗੇ ਥੋੜੇ ਜਿਹੇ ਮਸਤ ਸੁਭਾਅ ਦੇ, ਉਹ ਪਾਠੀ ਰੌਲ ਲਾਵੇ ਕੋਈ ਰਾਤ ਨੂੰ ਬੈਠੇ ਨਾ ਤੇ ਉਹ ਬਾਪੂ ਜੀ ਦੀ ਡਿਊਟੀ ਲਾ ਦੀ, ਕਹਿੰਦੇ ਵੀ ਇਹਨਾਂ ਨੂੰ ਬਹਾ ਦੋ ਉੱਥੇ ਵੀ ਪਾਠੀ ਦੇ ਮੂਹਰੇ ਵੀ ਚਲੋ ਪਾਠੀ ਬਦਲ ਲਾਓ ਜਾਂ ਕਿਸੇ ਨੂੰ ਦੇ, ਰਾਤ ਨੂੰ ਫਿਰ ਦੇਖ ਤਾਂ ਕਿਹਨੇ ਲੈਣੀਆਂ, ਕਹਿੰਦੇ ਰਾਤ ਹੀ ਤੜਕੇ ਆਈ ਡਿਊਟੀ ਨਾ ਕੋਈ ਲਾਵੇ, ਉਹ ਬਾਪੂ ਜੀ ਦੱਸਿਆ ਜੀ ਬਹੁਤ ਵਧੀਆ ਬੰਦੇ ਸੀ, ਉਹ ਨਾ ਉਹਨਾਂ ਨੇ ਬਾਣ ਦਾ ਪਿੰਨਾ ਲਿਆ ਆਪਦੀ ਲੱਤ ਨੂੰ ਬੰਨ ਕੇ ਪਾਠੀ ਦੇ ਕੋਲੇ ਰੱਖਤਾ, ਕਹਿੰਦਾ ਤੂੰ ਤਾਂ ਜਾਗਣਾ ਹੀ ਆ, ਮੈਂ ਕਹਿੰਦਾ ਜਾਗਣਾ ਜੇ ਤੈਨੂੰ ਲੋੜ ਹੋਈ ਤਾਂ ਰੱਸੀ ਖਿੱਚਦੀ, ਬਾਪੂ ਜੀ ਸੁੱਤੇ ਹੀ ਰਹੇ, ਉਹਨਾਂ ਨੂੰ ਕਿਸੇ ਨੇ ਜਗਾਇਆ ਹੀ ਨੀ, ਉਹ ਹੋਰ ਜਿਹੜੇ ਮੁੰਡੇ ਉੱਥੇ ਹੋਣੇ ਆ ਉਦੋਂ ਦੇ ਆਸੇ ਪਾਸੇ ਚਾਹ ਚੂ ਬਣਾਉਣ ਵਾਲੇ, ਉਹਨਾਂ ਨੇ ਡਿਊਟੀ ਦਿੱਤੀ, ਅਸੀਂ ਹੁਣ ਤੱਕ ਬਹੁਤ ਹੱਸਦੇ ਹੁੰਦੇ ਬਾਪੂ ਜੀ ਅਸੀਂ, ਕਹਿੰਦੇ ਤੂੰ ਤਾਂ ਜਾਗਣਾ ਹੀ ਆ, ਮੈਂ ਕਹਿੰਦਾ ਜਾਗਣ ਵਾਲ ਰੱਸੀ ਖਿੱਚ ਲਈ, ਇੰਨੀ ਸੀ ਗੱਲ ਸਾਹਿਬ ਬੰਦਾ ਮੂਹਰੇ ਧੂਫ ਜਾਂ ਸੌ ਜਾਵੇ ਤੇ ਉਧਰੋਂ ਟਾਈਮ ਹੋ ਜਾਵੇ ਗੁਰੂ ਦੇ ਵਜ਼ੀਰ ਦੇ 2 ਘੰਟੇ ਹੁਣ ਮੂਹਰਲਾ ਉੱਠੇ ਦਾ, ਕਈ ਵਾਰ ਜਿਹੜੀ ਨਾਲ ਘੰਟੀ ਦੇ ਥੋੜੀ ਪਈ ਹੁੰਦੀ ਬੱਗ ਵੀ ਮਾਰ ਮਾਰ ਦੇ
ਫਿਰ ਧੂਫੀਆ ਔਖਾ ਹੋ ਜਾਂਦਾ, ਕਹਿੰਦਾ ਕੋਈ ਨਾ ਹੁਣ ਬੈਠਾ ਰਹਿ, ਪੰਜ ਸੱਤ ਧੂਫਾਂ ਲਾ ਕੇ ਅੰਦਰੋਂ ਨਿਕਲ ਜਾਂਦੇ ਬੰਦੇ ਬਹੁਤ. ਉਹ ਤਾਂ ਡਿਊਟੀਆਂ ਨੇ, ਉਹ ਕਿਸੇ ਸ਼ੁੱਕਰਵਾਰ ਨੂੰ ਪੋਰ ਨਹੀਂ ਹੈ ਮੈਂ ਬਈ, ਉਹ ਖੰਡ ਪਾਠ ਦੀਆਂ ਜਿਹੜੀਆਂ ਡਿਊਟੀਆਂ ਨੇ ਖੱਖੇ ਨਾਲ ਬੋਲਦੇ ਆ ਉੱਪਰ ਟਿੱਪੀ ਪਾ ਕੇ, ਉਹ ਤਾਂ ਉੱਥੇ ਹੀ ਰਹਿ ਗਈਆਂ, ਤਾਂ ਹੀ ਤਰਸਦੇ ਆ ਉਸ ਜਗ੍ਹਾ ਨੂੰ. ਪੁਰਾਣੀਆਂ ਗੱਲਾਂ ਯਾਦ ਕਰਦੇ ਆ ਜੀ, ਤੁਸੀਂ ਵੀ ਕਰੋ. ਸ਼ਾਹ ਮਨਦੀਪ ਸਿੰਘ ਲਾਈਨ ਨੰਬਰ 2. ਸ਼ਾਹ ਗੁਰਚਰਨ ਸਿੰਘ ਲਾਈਨ ਨੰਬਰ 3. ਸਤਿ ਸ੍ਰੀ ਅਕਾਲ ਗਿੱਲ ਸਾਹਿਬ. ਸਤਿ ਸ੍ਰੀ ਅਕਾਲ ਜੀ. ਮੈਂ ਪੁਰਾਣੀ ਯਾਦ ਜੀ ਆਪਣੀ ਛੋਟੀ ਸਿਸਟਰ ਦੀ ਦੱਸਣ ਲੱਗਿਆ ਜੀ, ਵਿਆਹ ਦੀ ਕਰਾਓ ਜੀ ਯਾਦ. ਹਾਂ ਜੀ, 3 ਮਾਰਚ 1985 ਸੀ ਜੀ, ਤੇ ਚਮਕੀਲਾ ਸਾਹਿਬ ਲਾਇਆ ਸੀ ਉਹਨਾਂ ਨੇ, ਕਢਾਣੀ ਤੋਂ ਬਰਾਤ ਗਈ ਸੀ ਸਾਡੇ ਪਿੰਡ ਵਿਆਹੁਣ ਲੜਕੀ ਨੂੰ. ਅੱਛਾ ਜੀ. ਤੇ ਦੋ ਰੇਹੜੀਆਂ ਜੋੜ ਕੇ, ਉਦੋਂ ਕਦੇ ਹਾਲ ਹੂਲ ਕਿੱਥੇ ਹੁੰਦੇ ਸੀਗੇ ਜੀ, ਦੋ ਰੇਹੜੀਆਂ ਜੋੜ ਕੇ ਸਟੇਜ ਲਾ ਤਾ ਜੀ ਉੱਥੇ, ਬਲਦ ਵਾਲੀਆਂ ਦੇ ਰੇਹੜੀਆਂ ਹੁੰਦੀਆਂ ਸੀ ਆਪਣੇ, ਸਟੇਜ ਲਾ ਤਾ ਵਾ, ਦੇਖ ਲੋ ਆਲੇ ਦੁਆਲੇ ਦਸਾਂ ਪਿੰਡਾਂ ਦੀ ਜਨਤਾ ਢੁੱਕੀ ਫਿਰ ਸੁਣਨ ਵਾਸਤੇ ਜੀ ਚਮਕੀਲੇ ਨੂੰ. ਤੁਹਾਨੂੰ ਪਤਾ ਹੀ ਆ ਫਿਰ ਸਾਜ ਉਹਦੇ ਕਿਹੋ ਜਿਹੇ ਸੀਗੇ, ਧੰਨ ਧੰਨ ਲਾ ਤੀ ਉਹਨੇ, ਬਹੁਤ ਵਧੀਆ ਖੜਾ ਲਾਇਆ ਉੱਥੇ. ਵੈਰੀ ਗੁੱਡ. ਇਹ ਆ ਯਾਦਾਂ ਪੁਰਾਣੀਆਂ ਹੈ ਜੀ. ਠੀਕ ਹੈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਧੰਨਵਾਦ. ਬੁੱਟਰ ਜੀ ਲਾਈਨ ਨੰਬਰ 4. ਸਰਾਰ ਸਾਹਿਬ ਸਤਿ ਸ੍ਰੀ ਅਕਾਲ. ਸਤਿ ਸ੍ਰੀ ਅਕਾਲ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਲੱਦਿਆ ਤੁਸੀਂ ਵਿਸ਼ੇ ਨੂੰ ਤੇ ਬਦਲਿਆ. ਜਿਵੇਂ ਅੱਗੇ ਆਪਾਂ ਨੂੰ ਬਜ਼ੁਰਗ ਲੈ ਕੇ ਦਿੰਦੇ ਸੀ ਨਾ, ਜੁੱਤੀਆਂ ਤੇ ਜੁੱਤੀ ਸਰ ਲੱਗ ਜਾਂਦੀ ਥੋੜੀ ਜੀ, ਉਹ ਗਿੱਲ ਸਾਹਿਬ ਉਹ ਆਉਂਦੇ ਥੱਲੇ ਯਾਰ ਲੀਰਾਂ ਦਾ ਜਾਂ ਰੂਮ ਦੇ ਬਣਾ ਕੇ ਨਾ ਥੱਲੇ ਕੁਛ ਉਹ ਹੇਠਾਂ ਦੇ ਲਾ ਤੇ ਜਿਹੜੇ ਲੱਗਿਆ ਥਾਂ ਤਾਂ ਹੋ ਜੂਗਾ ਉਹ ਤਾਂ ਹੋ ਜਾਏ. ਤੁਸੀਂ ਹਾਸੇ ਵਾਲੇ ਗੱਲਾਂ ਪਾਸੇ ਤੁਰੇ ਆ, ਬਹੁਤ ਵਧੀਆ ਗਿੱਲ ਸਾਹਿਬ. ਤੇ ਮੈਂ ਮੇਰਾ ਬਾਪੂ ਜੀ ਥੋੜਾ ਘਣਾ ਮਾਵਾ ਮੋਵਾ ਛਕਦਾ ਸੀਗਾ, ਤੇ ਮੇਰੀ ਭਤੀਜੀ ਵੱਡੇ ਭਾਈ ਸਾਹਿਬ ਦੀ ਬੇਟੀ ਪਲੋਟੀ ਸੀਗੀ ਤੇ ਉਹਨੂੰ ਖਡਾਉਣ ਲੈ ਜਾਂਦਾ ਧਰਮਸਾਲਾ. ਤੁਹਾਨੂੰ ਪਤਾ ਵੀ ਆਮ ਹੀ ਬੰਦੇ ਜਾਂਦੇ ਹੁੰਦੇ ਬਜ਼ੁਰਗ ਆਪਣੇ ਵਰਗੇ ਜਾਂ ਆਪਣੇ ਵੱਡੇ ਬਜ਼ੁਰਗ ਆਪਣੇ, ਹਨਾ ਜੀ 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 ਜੀ. ਬੇਟੀ ਖੇਡਦੀ ਖੇਡ ਉੱਥੇ ਤਾਰਚੂ ਖੇਡ ਖੇਡਦੀ ਰਹੀ ਤੇ ਉਹਨੇ ਚੱਲ ਆਉਣ ਲੱਗੇ ਨੇ ਉਹਨੂੰ ਮੋਢਿਆਂ ਤੇ ਬਿਠਾ ਲਿਆ. ਅਮਲੀ ਦੇ ਗੇੜ ਹੁੰਦੇ ਜਿਹੜਾ ਨਸ਼ਾ ਪੱਤਾ ਖੜਦਾ, ਕਿਤੇ ਨਾ ਕਿਤੇ ਪੀਣ ਹੋਰ ਪਾਸੇ ਲੱਗ ਜਾਂਦੀ ਤੇ ਉਹਨੇ ਇਸ ਤਰ੍ਹਾਂ ਕਰਕੇ ਦੋਨੇ ਪਾਸੇ ਹੱਥ ਲੱਤਾਂ ਨਮਕਾ ਲਈਆਂ ਤੇ ਸਿਰ ਤੇ ਦੋਵੇਂ ਹੱਥ ਜੇ ਧਰ ਲਏ ਤੇ ਐ ਚੁੱਪ ਕਰਕੇ ਬਹਿ ਗਈ ਘੁੰਗੜ ਕੇ. ਗਿੱਲ ਸਾਹਿਬ ਭੁੱਲ ਗਿਆ ਆਉਂਦਾ, ਭੁੱਲ ਗਿਆ ਤੇ ਵਗਿਆ ਆਇਆ ਚੱਕਵੇ ਪੈਰੀ ਘਰੇ ਆ ਕੇ ਮੇਰੀ ਭਰਜਾਈ ਨੂੰ ਆਉਂਦਾ, ਕੁੜੇ ਹਰਜੀਤ ਵੀਰਪਾਲ ਕਿੱਥੇ ਹੈ? ਉਹਦਾ ਆਸਾ ਨਿਕਲ ਗਿਆ ਵੀ ਵੀਰਪਾਲ ਤਾਂ ਉਹਦੇ ਮੋਢਿਆਂ ਤੇ ਬੈਠੀ ਆ. ਫਿਰ ਉਹ ਕੁੜੀਓ ਤੁਸੀਂ ਬੋਲਦੇ ਨੀਗੇ, ਕੁੜੀ ਕਿੱਧਰ ਗਈ, ਪਤਾ ਨੀ ਕਿੱਥੇ ਜਾਵੜੀ, ਮੈਥੋਂ ਰੁਲ ਗਈ, ਮੈਨੂੰ ਛਾਉਂਦੀ ਨੀ. ਉਹ ਹੈਗਾ ਬਾਪੂ ਜੀ ਤੇਰੇ ਮੋਢਿਆਂ ਤੇ ਬੈਠੀ ਆ ਉਹ. ਇਹ ਯਾਦਾਂ ਜੀ. ਥੈਂਕ ਯੂ, ਜਿਉਂਦੇ ਵਾਹਦੇ ਰਹੋ, ਜਿਉਂਦੇ ਵਾਹਦੇ ਰਹੋ. ਸਾਹਿਬ ਅਵਤਾਰ ਸਿੰਘ ਲਾਈਨ ਨੰਬਰ 5. ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ. ਸਤਿ ਸ੍ਰੀ ਅਕਾਲ ਡਾਕਟਰ ਸਾਹਿਬ. ਗਿੱਲ ਸਾਹਿਬ ਤੁਹਾਨੂੰ PHU ਦੇ ਹੋਸਟਲ ਚ ਲੈ ਚੱਲਦੇ, ਤੁਸੀਂ ਦੇਖਿਆ ਜੀ, ਤੁਸੀਂ ਜਾਂਦੇ ਰਹੇ, ਹੁਣ ਬਲਜੀਤ ਕੋਲ ਜਾਂਦੇ ਰਹੇ ਹਾਂ, ਤਾਂ ਉੱਥੇ ਜਦੋਂ ਨਵੇਂ ਨਵੇਂ ਮਾਸਟਰ ਸ਼ੁਰੂ ਕੀਤੀ, ਸਾਡੇ ਨਾਲ ਡਾਕਟਰ ਮਾਵੀ ਆ ਗਿਆ, ਉਹ ਨਵੇਂ ਨਵੇਂ ਆਰਮੀ ਚ ਸ਼ਾਰਟ ਸਰਵਿਸ ਕਮਿਸ਼ਨ ਤੋਂ ਆਏ ਸੀਗੇ, ਤਾਂ ਉਹਨੇ ਸਾਡੇ ਨਾਲ MBSC ਜੁਆਇਨ ਕੀਤੀ. ਤਾਂ ਉਹਨੀ ਉਹਨਾਂ ਨੂੰ ਮਿਲਦੀ ਹੁੰਦੀ ਸੀ ਰਮ, ਉਹਨੇ ਜਿੱਦਣ ਹਰੇਕ ਫਰਾਈਡੇ ਹੋਣਾ ਉਹਨੀ ਰਮ ਦੀ ਉਹਨੇ ਕਹਿਣਾ ਵੀ ਸਾਰੇ ਮੇਰੇ ਕਮਰੇ ਚ ਆ ਜਾਓ, ਅਸੀਂ ਜਿੰਨੇ ਕ 5-6 ਜਾਣੇ ਸੀ, 5 ਜਾਣੇ ਹੁੰਦੇ ਸੀ ਇੰਕਲੂਡਿੰਗ, ਤਾਂ ਉਹਦੇ ਕਮਰੇ ਚ ਜਾਣਾ, ਉਹਨੇ ਫੌਜੀ ਆਵਾਂਗਾ ਪੂਰਾ ਇੱਕ ਇੱਕ ਮੇਜਰ ਕਰਕੇ ਡਰਾਮ ਪਾ ਕੇ ਦੇਣਾ, ਹਨਾ. ਹੁਣ ਆਪਾਂ ਦਾ ਜ਼ਿਆਦਾ ਪੀਣ ਵਾਲੇ ਉਹਨੇ ਦਾ ਕੀ ਪਾਵਾਂਗਾ, ਨਾ ਡਾਕਟਰ ਸਾਹਿਬ ਇੱਕ ਹੋਰ ਦੇ ਦਿਓ, ਨਾ ਉਹਨੂੰ ਕਹਿਣਾ ਨਹੀਂ ਨਹੀਂ ਬਸ ਇੰਨੀ ਪੀ ਲਈ ਆ. ਇੱਕ ਵਾਰ ਸਕੀਮ ਲਾ ਲਈ ਵੀ ਇਹਦੀ ਬੋਤਲ ਗੈਬ ਬੋਤਲ ਕਰਨੀ ਆ, ਤਾਂ ਪਿਛਲੇ ਪਾਸੇ ਜਦੋਂ ਬੈਕ ਵੱਲ ਹੁੰਦੇ ਉਹ ਉੱਤੇ ਰੋਸ਼ਨਦਾਨ ਜਿਹੇ ਬਣੇ ਹੁੰਦੇ ਸੀ, ਉਹ ਰੋਸ਼ਨਦਾਨ ਦੇ ਸ਼ੀਸ਼ੇ ਦੀ ਚਟਕਣੀ ਖੋਲ ਲਈ ਉਹਦੀ ਇੱਕ ਦਿਨ ਦਾ, ਮੁੜ ਕੇ ਹਰੇਕ ਹਫ਼ਤੇ ਉਹਨੇ ਮੰਡੇ ਨੂੰ ਨਵੀਂ ਬੋਤਲ ਖੋਲਣੀ, ਅਸੀਂ ਮੰਡੇ ਨੂੰ ਉਹਦੇ ਪਿਛਲੇ ਪਾਸੇ ਉਹਦੀ ਸਾਰੇ ਰੋਟੀ ਖਾਣ ਚਲ ਜਾਣਾ, ਉਹਦੇ ਨਾਲ ਇੱਕ ਜਾਣੇ ਨੇ ਪਿਛਲੇ ਉਹਦੀ ਰੋਟੀ ਖੋ ਕਰਕੇ ਉਹਦੀ ਅੱਧੀ ਬੋਤਲ ਕੱਢ ਕੇ ਉਹਦੇ ਵਿੱਚ ਚਾਹ ਪੱਤੀ ਵਾਲਾ ਪਾਣੀ ਪਾਇਆ ਹੋਣਾ, ਹਨਾ, ਉਹਨੇ ਵਿੱਚ ਇੱਕ ਪੈਕ ਲਾਇਆ, ਉਹਨੇ ਅੱਧਾ ਵਿੱਚੋਂ ਕੱਢ ਲੈਣਾ. ਉਹ ਮੁੜ ਕੇ ਉਹਨੇ ਸਾਨੂੰ ਆਲਮੋਸਟ ਸਾਲ ਇਹ ਕੰਮ ਚੱਲ ਰਿਹਾ ਪੂਰਾ ਸਾਲ, ਸਾਲ ਤੋਂ ਬਾਅਦ ਵਿੱਚ ਉਹਨੂੰ ਇੱਕ ਵਾਰੀ ਅਸੀਂ ਕਹਿੰਦੇ ਡਾਕਟਰ ਸਾਹਿਬ ਹੁਣ ਇਹ ਤਾਂ ਚੜ੍ਹਦੀ ਨੀ, ਕਹਿੰਦਾ ਮੈਨੂੰ ਹੀ ਦੇਖਦਾ ਵੀ ਚੜ੍ਹਦੀ ਨੀ, ਹਨਾ. ਫਿਰ ਉਹਨੂੰ ਦੱਸਿਆ ਵੀ ਇੱਦਾਂ
ਕਹਿੰਦਾ ਤਾਹੀਓ ਕਹਿੰਦਾ ਮੈਂ ਵੀ ਹੁਣ ਡਬਲ ਤੇ ਆ ਗਿਆ ਸੀ ਵੀ ਉਹ ਜਿੰਨੀ ਮੈਂ ਪੀਂਦਾ ਹੁੰਦਾ ਓਨੇ ਨਾਲ ਤਾਂ ਗੱਲ ਬਣਦੀ ਨੀ ਵੀ ਹੁਣ ਡਬਲ ਪੀਂਦੇ ਉਹਨੂੰ ਪੂਰਾ ਸਾਲ ਪਤਾ ਨੀ ਲੱਗਣ ਦਿੱਤਾ ਪੂਰਾ ਸਾਲ ਹਰੇਕ ਹਫ਼ਤੇ ਉਹਦੀ ਬੋਤਲ ਵਿੱਚੋਂ ਅੱਧੀ ਆ ਕੱਢ ਲਿਆਉਣਾ ਅੱਧੀ ਆ ਉਹਦੇ ਵਿੱਚ ਚਾਹ ਵਾਲਾ ਪਾਣੀ ਮੈਸ ਵਾਲੇ ਕੰਟੀਨ ਵਾਲੇ ਕੋਲ ਲੈ ਕੇ ਪਾਉਣਾ ਮੈਨੂੰ ਯਾਰ ਕਿਸੇ ਇੰਨੀਆਂ ਵੀ ਯਾਦਾਂ ਵੀ ਜੇ ਇੱਕ ਕਿਤਾਬ ਵੀ ਲਿਖਣੀ ਹੋਵੇ ਤਾਂ ਲਿਖੀ ਜਾ ਸਕਦੀ ਹੈ ਥੈਂਕ ਯੂ ਬਿਲਕੁਲ ਬਿਲਕੁਲ ਧੰਨਵਾਦ ਜੀ ਟ੍ਰਸਟੀ ਛੱਡਦੇ ਨੀ ਤੁਸੀਂ ਜਿਵੇਂ ਤੁਸੀਂ ਯਾਦ ਕਰਾਈ ਭਾਈ ਸਾਹਿਬ ਹਰ ਸਾਲ ਦੋ ਤਿੰਨ ਗੇੜੇ ਲਾਉਂਦੇ ਉੱਥੇ ਪੜ੍ਹਾਉਣ ਜਾਂਦੇ ਆ ਬਹਾਨਾ ਚਾਹੇ ਰੱਖ ਲਓ ਚਾਹੇ ਪੀ ਏ ਯੂ ਦੇ ਵਿੱਚ ਯਾਦਾਂ ਤੁਹਾਡੀਆਂ ਜਿਹੜੀਆਂ ਪੁਰਾਣੇ ਡਾਕਟਰ ਹੋ ਤੁਸੀਂ ਜਾਂਦੇ ਰਹਿੰਦੇ ਹੋ ਬਹੁਤ ਵਧੀਆ ਧੰਨਵਾਦ ਮੈਂ ਗੱਲ ਭੁੱਲ ਗਿਆ ਇੱਕ ਅੱਜ ਮੇਰੇ ਕੋਲ ਵਿਸ਼ਾ ਸੀ ਕੱਲ੍ਹ ਨੂੰ ਮੈਂ ਗੱਲ ਕਰੂੰਗਾ ਉਸ ਤੇ ਬਾਰੇ ਤੋਂ ਇੱਕ ਇੱਕ ਖਾਸ ਜਿਹੜੀਆਂ ਕੁਛ ਪਾਰਟੀਆਂ ਬੁੱਕ ਕੀਤੀਆਂ ਸੋਰੀ ਵਿਆਹ ਜਿਹੜੇ ਬੁੱਕ ਕੀਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹ ਹੁਣ ਕੋਵਿਡ ਕਰਕੇ ਕੈਂਸਲ ਹੋ ਰਹੇ ਨੇ ਉਹਨਾਂ ਦਾ ਜਿਹੜਾ ਰਿਫੰਡ ਨਹੀਂ ਹੋ ਰਿਹਾ ਕੁਛ ਐਡਵਾਂਸ ਦਿੱਤਾ 500-400 ਡਾਲਰ ਤਿੰਨ ਚਾਰ ਮੈਨੂੰ ਫੋਨ ਆਏ ਨੇ ਕਹਿੰਦੇ ਜਾਂ ਤਾਂ ਆਹ ਸਾਲ ਦੇ ਵਿੱਚ ਅੱਗੇ ਕਰਾ ਲਓ ਜੇ ਅਗਲੇ ਸਾਲ ਕਰਾਉਣਾ ਬੁੱਕ ਤਾਂ ਦੁਬਾਰਾ ਦਿਓ ਡਿਪੋਜ਼ਿਟ ਇਹ ਤਾਂ ਗੱਲ ਠੀਕ ਨਹੀਂ ਹੈ ਸੰਗਤ ਦੇ ਗੋਲਕ ਦੇ ਨਾਲ ਗੁਰੂ ਘਰ ਤੁਸੀਂ ਬਣਾਏ ਨੇ ਹੁਣ ਤੁਸੀਂ ਤਾਂ ਕੋਈ ਬਿਜ਼ਨਸ ਥੋੜਾ ਰਨ ਕਰ ਰਹੇ ਹੋ ਤੁਸੀਂ ਗ੍ਰੈਂਡ ਜਿਹੜੇ ਬੈਂਕਟ ਹਾਲ ਵਾਲੇ ਤਾਂ ਕੋਈ ਗੱਲ ਕਹਿ ਸਕਦੇ ਤੁਹਾਡੇ ਲਈ ਅਸੀਂ ਸੀਟ ਰੱਖੀ ਸੀ ਤੁਹਾਡੇ ਲਈ ਇਹ ਸਮਾਂ ਰੱਖਿਆ ਸੀ ਉਹ ਤਾਂ ਕੋਈ ਗੱਲ ਕਰਦੇ ਗੁਰਦੁਆਰਾ ਸਾਹਿਬ ਨਹੀਂ ਰਿਫੰਡ ਕਰ ਰਿਹਾ ਕਿਰਪਾ ਕਰੋ ਹੱਥ ਜੋੜਦਾ ਤੁਹਾਡੇ ਲਈ ਤੇ ਮਾੜੀ ਜਿਹੀ ਜਦ ਗੱਲ ਹੋਣੀ ਹੈ ਫਿਰ ਤੁਸੀਂ ਸਾਰਿਆਂ ਨੇ ਕਹਿਣਾ ਸਾਨੂੰ ਕਹਿੰਦਾ ਇਹ ਗੱਲਾਂ ਨਹੀਂ ਸੋਭਦੀਆਂ ਹੈ ਇਹ ਜਿਹੜੇ ਦਮੜੇ ਪੈਂਦੇ ਆ ਗੁਰੂ ਦੇ ਗੋਲਕ ਉਹਦੇ ਚੋਂ ਇਮਾਰਤਾਂ ਬਣਦੀਆਂ ਉਹਦੇ ਚੋਂ ਤੁਹਾਡੀਆਂ ਸਭਾ ਸੁਸਾਇਟੀਆਂ ਬਣਦੀਆਂ ਨੇ ਇਹ ਤੁਹਾਡੀ ਪ੍ਰੋਫਿਟ ਲਈ ਥੋੜਾ ਇਹ ਬਿਜ਼ਨਸ ਹੈ ਕਿਸੇ ਕਾਰਨ ਵਿਆਹ ਨਹੀਂ ਹੋ ਰਿਹਾ ਪਲੀਜ਼ ਰਿਫੰਡ ਕਰੋ ਅਗਲੇ ਦੇ ਡਾਲਰ ਅਗਲੇ ਨੂੰ ਊਂ ਕਹੇ ਭਾਈ ਦਾਨ ਕਰ ਕੋਈ 20-50-100 ਹੈ ਪਵਾ ਲਓ ਜੇ ਤੁਸੀਂ ਕਹਿੰਦੇ 500 ਤੈਨੂੰ ਦੇਣਾ ਨਹੀਂ ਇਹ ਇਹ ਕਿਹੜੀ ਗੱਲ ਹੋਈ ਬਈ ਇਹ ਨਹੀਂ ਠੀਕ ਹੈ ਫਿਰ ਤੁਹਾਡੇ ਨੌ ਜਨਤਕ ਕਰਨੇ ਨੇ ਮੈਂ ਬੇਨਤੀ ਕਰਦਾ ਇਸ ਤਰ੍ਹਾਂ ਨਾ ਕਰੋ ਵੀ ਫਲਾਣੇ ਗੁਰਦੁਆਰੇ ਲੋਕਾਂ ਨੇ ਆ ਕੇ ਨੌ ਲੈ ਲੈਣੇ ਨੇ ਏਅਰ ਤੇ ਫਿਰ ਜਿਹੜਾ ਹਫ਼ਤੇ ਵਾਲਾ ਗੋਲਕਾ ਫਿਰ ਜਿਹੜਾ ਅੱਧਾ ਰਹਿ ਜਾਣਾ ਆਉਣ ਵਾਲੇ ਦਿਨਾਂ 'ਚ ਲੋਕਾਂ ਨੇ ਜਾਣਾ ਬੰਦ ਕਰ ਦੇਣਾ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਜਗ੍ਹਾ ਇੱਕੋ ਜਿਹੇ ਨੇ ਬੇਨਤੀ ਹੱਥ ਜੋੜ ਕੇ ਸਾਧ ਸੰਗਤ ਵਾਂਗੂ ਸਾਰਿਆਂ ਦਾ ਜੀ ਧੰਨਵਾਦ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣਦੇ ਹੋ ਇਨਪੁਟ ਪਾਉਂਦੇ ਹੋ ਆਪਾਂ ਜਿਹੜਾ ਕੰਮ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਕਿਰਪਾ ਕਰਨ ਭਾਈਚਾਰਾ ਵਾਪਸ ਸੁੱਕੀ ਸੁਵੀਲੀ ਵਾਪਸ ਆ ਜਾਵੇ ਸਰਕਾਰ ਇਸ ਦਾ ਇਨੀਸ਼ੀਏਟਿਵ ਲਵੇ ਹੋਰ ਫਲਾਈਟਾਂ ਲਾਉਣ ਅਤੇ ਅਗਲੇ ਹਫ਼ਤੇ ਤੱਕ ਜਿਵੇਂ ਕੋਸ਼ਿਸ਼ ਨਿਊਟਨ ਸਿੱਧੂ ਨੇ ਕਹਿ ਗਏ ਨੇ ਅਤੇ ਸਾਰਿਆਂ ਨੂੰ ਬੇਨਤੀ ਆ ਰਲ ਮਿਲ ਕੇ ਆਪਾਂ ਹੰਭਲਾ ਮਾਰੀਏ ਕੋਈ ਕਿਤੇ ਵੀ ਕੁਛ ਕਰ ਸਕਦਾ ਇਨੀਸ਼ੀਏਟਿਵ ਲੈ ਸਕਦਾ ਲਓ ਅਗਵਾਈ ਕਰੋ ਅਤੇ ਸਾਰਿਆਂ ਦੇ ਚੰਗੇ ਲਈ ਆਪਾਂ ਕੰਮ ਕਰੀਏ ਅਤੇ ਬਾਕੀ ਲੌਂਗ ਵੀਕਐਂਡ ਕੱਲ੍ਹ ਤੋਂ ਸ਼ੁਰੂ ਹੈ ਸੋਮਵਾਰ ਨੂੰ ਤੁਹਾਡੀ ਤੋਂ ਮੈਂ ਇੱਕ ਦਿਨ ਛੁੱਟੀ ਲੈਣੀ ਹੈ ਕੱਲ੍ਹ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ ਅਖੀਰ ਦੇ ਵਿੱਚ ਹੈਪੀ ਰਾਏਕੋਟੀ ਬਹੁਤ ਦਿਨ ਹੋ ਗਏ ਸੁਣਿਆ ਨਹੀਂ ਮੁੰਡਾ ਬਹੁਤ ਸੁਰੀਲਾ ਗਾਉਂਦਾ ਲਿਖਦਾ ਬਹੁਤ ਸੋਹਣਾ ਹੈਪੀ ਰਾਏਕੋਟੀ ਦਾ ਗੀਤ ਚੜ੍ਹਦੀ ਕਲਾ 'ਚ ਰਹਿਣਾ ਸਦਾ ਖੁਸ਼ੀਆਂ ਖੇੜਿਆਂ 'ਚ ਰਹਿਣ ਅਤੇ ਕਾਇਮ ਰਹਿਣਾ ਪੱਬਾਂ 'ਤੇ ਸਦਾ ਕਰੋਨਾ ਸ਼ਰੋਨਾ ਕੁਛ ਨਹੀਂ ਹੈ ਦਰੜ ਕੇ ਲੰਘ ਜਾਂਗੇ ਵਿੱਚ ਰੱਬ ਰਾਖਾ।